ਸਿੱਖ ਇਤਿਹਾਸ ਤੇ ਬਹੁਤ ਸਾਰੀਆਂ ਕਿਤਾਬਾਂ ਬਹੁਤ ਸਾਰੇ ਲੇਖ ਜਿਹੜੇ ਐ ਬਹੁਤ ਸਾਰੀਆਂ ਪੁਥੀਆਂ ਬਹੁਤ ਸਾਰੇ ਨਾਵਲ ਲਿਖੇ ਗਏ ਐ ਬਿੱਤੇ ਕੁਝ ਦਿਨ ਪਹਿਲਾਂ ਇੱਕ ਕਿਤਾਬ ਇੱਕ ਨਾਵਲ ਲਿਖਤ ਸਾਹਮਣੇ ਆਈ ਐ ਪੰਥ ਦੇ ਹੰਨਾ ਹੰਨਾ ਪਾਤਸ਼ਾਹੀ ਕੋੜੀ ਦੀ ਕਾਠੀ ਤੇ ਨਿਸ਼ਾਨ ਗੜਦਾ ਸਿੰਘ ਜਦੋਂ ਨਿਸ਼ਾਨ ਨਗਾਰੇ ਲੈ ਕੇ ਪੰਥ ਜਦੋਂ ਤੁਰਦਾ ਐ ਕੋਈ ਨਿਸ਼ਾਨ ਘੋੜੇ ਦੀ ਕਾਠੀ ਦੇ ਮੂਹਰੇ ਹਿੱਸੇ ਤੇ ਹੁੰਦਾ ਤਾਂ ਉਹਨੂੰ ਹੰਨਾ ਕਹਿੰਦੇ ਆ ਵੀ ਘੋੜੇ ਤੇ ਬੈਠਾ ਵੀ ਸਿੱਖ ਪਾਤਸ਼ਾਹੀ ਹੈ ਕਿਤਨੇ ਕਿਤੇ ਸੀ ਸੁਣਦੇ ਸੁਣਦੇ ਸੀ ਵੀ ਯੋਧਿਆਂ ਨੇ ਇਦਾਂ ਜਿਹੜਾ ਹੈਗਾ ਉਹ ਜਰਵਾਨਿਆਂ ਦੇ ਮੂੰਹ ਭੰਨੇ ਆ ਤਾਂ ਉਹ ਚੀਜ਼ਾਂ ਸਾਨੂੰ 18ਵੀਂ ਸਦੀ ਦਾ ਇਤਿਹਾਸ ਬਹੁਤ ਸਾਰੇ ਪ੍ਰਾਤਮਿਕ ਸਾਡੇ ਲੇਖ ਜਿਨ੍ਹਾਂ ਦਾ ਤੁਸੀਂ ਨਾਮ ਲਿਆ ਉਹਨਾਂ ਤੋਂ ਸੁਣੀਆਂ ਮੋੜ ਸਾਨੂੰ ਇਸ ਨਾਵਲ ਦੇ ਵਿੱਚ ਸਾਰੀਆਂ ਸਾਨੂੰ ਮਿਲ ਗਈਆਂ ਜਿਹੜਾ ਧਰਤੀ ਦੇ ਕਿਸੇ ਟੁਕੜੀ ਤੇ ਰਾਜ ਕਰਨ ਵਾਲੀ ਗੱਲ ਹੈ ਉਹ ਜਿਹੜੀ ਠੀਕ ਹੈ ਵੀ ਕਿਸੇ ਕੌਮ ਨੂੰ ਲੋੜ ਹੈ ਇਹਨਾਂ ਚੀਜ਼ਾਂ ਦੇ ਵੀ ਇਹ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਪਰ ਜਿਹੜੀ ਪੰਥ ਦੀ ਪਾਤਸ਼ਾਹੀ ਹੈ ਨਾ ਉਹ ਆਪਾਂ ਇੱਥੇ ਬੈਠੇ ਵੀ ਪਾਤਸ਼ਾਹੀ ਹੈ ਹੈਨਾ ਅਸੀਂ ਆਜ਼ਾਦ ਹੈ ਪੰਥ ਨੇ ਵਿਚਰਨਾ ਹੀ ਆਜ਼ਾਦ ਰੂਪ ਚ ਇਹ ਤੁਹਾਡੇ ਅੰਦਰ ਪਈਆਂ ਨੇ ਜਿਵੇਂ ਆਪਾਂ ਪਹਿਲਾਂ ਉੱਥੇ ਗੱਲ ਕਰਦੇ ਸੀ ਵੀ ਇਹ ਸਾਖੀਆਂ ਬੱਚਿਆਂ ਨੂੰ ਇਨਸਪਾਇਰ ਕਿਉਂ ਕਰ ਰਹੀਆਂ ਨੇ ਹਨੇ ਹਨੇ ਪਾਤਸ਼ਾਹੀ ਜਿਹੜੀ ਕਾਰਨ ਇਹੀ ਹੈ ਵੀ ਹੋ ਸਕਦਾ ਅਸੀਂ ਸੁਣੀਆਂ ਨਾ ਹੋਣ ਪਰ ਇਹ ਥੋੜਾ ਥੋੜੇ ਖੂਨ ਚੋਂ ਕੱਢਦੀਆਂ ਅਗਲਿਆਂ ਖੂਨ ਚੋਂ ਨਹੀਂ ਕੱਢੀਆਂ ਖੂਨ ਚ ਥੋੜੇ ਪਈਆਂ ਹੀ ਆ ਇੱਥੇ ਲੱਖੂ ਤੇ ਜਸੂਦੋਂ ਵਿੱਚ ਭਰਾ ਸੀ ਪੰਥ ਨਾਲ ਬਹੁਤ ਵੈਰ ਰਿਆ ਉਹਨਾਂ ਦਾ ਬਾਬਾ ਜੀ ਜਦੋਂ ਕੱਲੂ ਘਾਰੇ ਚ ਸੋਚਦੇ ਆ ਵੀ ਮੈਂ ਉਹਨੂੰ ਸੋਧਣਾ ਹੈ ਤੇ ਨੇੜੇ ਜਾਣ ਦੀ ਕੋਸ਼ਿਸ਼ ਕਰਦੇ ਸਿੰਘ ਰੋਕਦੇ ਵੀ ਆ ਵੀ ਲੱਖੂ ਦੇ ਆਲੇ ਦੁਆਲੇ ਤੋਪਾਂ ਮੀੜੀਆਂ ਵੀ ਆ ਬਾਈ ਨਾ ਜਾਓ ਤੇ ਪਰ ਬਾਬਾ ਜੀ ਚਲੋ ਕਹਿੰਦੇ ਵੀ ਮੈਂ ਲੱਖੂ ਨੂੰ ਸੋਧਣਾ ਜਦੋਂ ਨੇੜੇ ਜਾਂਦੇ ਆ ਤਾਂ ਜਿਹੜੀਆਂ ਲੱਖੂ ਦੇ ਆਲੇ ਦੁਆਲੇ ਤੋਪਾਂ ਸੀ ਉਹਨਾਂ ਨੇ ਉਹ ਤੋਪਾਂ ਚਲਾਈਆਂ ਇੱਕ ਗੋਲਾ ਬਾਬਾ ਜੀ ਦੀ ਲੱਤ ਤੇ ਵੱਜ ਗਿਆ ਬਾਬਾ ਸੁੱਖਾ ਸੀ ਨਹੀਂ ਤੇ ਉਹਨਾਂ ਨੇ ਉਹ ਲੱਤ ਉਵੇਂ ਹੀ ਚੱਕ ਕੇ ਲਮਕ ਗਈ ਲੱਤ ਗੋਲਾ ਵੱਜ ਗਿਆ ਤੋਪ ਦਾ ਗੋਲਾ ਹੈ ਲਮਕ ਗਈ ਲੱਤ ਉਹ ਚੱਕ ਕੇ ਉਹਨਾਂ ਨੇ ਉਵੇਂ ਹੀ ਤੰਮਿਲ ਯਾਦ ਆ ਵੀ ਮੈਂ ਜਸਵੰਤ ਸਿੰਘ ਕਮਲਪੁਰੇ ਬੈਠਾ ਤੇ ਉਹਨੇ ਕਹਿਣਾ ਵੀ ਤੂੰ ਜੇ ਪਰਖਣਾ ਹੈ ਨਾ ਤੇਰੇ ਚ ਪੰਜਾਬ ਦਾ ਖੂਨ ਹੈ ਕਿ ਨਹੀਂ ਤਾਂ ਤੂੰ ਇਹ ਵੇਖ ਵੀ ਜਦੋਂ ਢਾਡੀ ਢੱਡ ਤੇ ਮਾਰਦਾ ਹੱਥ ਤੇ ਸਰੰਗੀ ਤੇ ਵੱਜਦੀ ਹੈ ਗਾਜ ਤੇ ਜੇ ਤੇਰੇ ਲੂੰ ਕੰਡੇ ਖੜੇ ਹੁੰਦੇ ਤਾਂ ਤੇਰੇ ਚ ਖੂਨ ਹੋਈ ਹੈ ਪੰਜਾਬ ਵਾਲਾ ਖੂਨ ਹੈ ਤੁਸੀਂ ਦੇਖਿਓ ਜੀ ਹੁਣ ਵੀ ਹਨਾ ਜਦੋਂ ਵਾਰ ਕੋਈ ਸੁਣਾਉਣੀ ਸ਼ੁਰੂ ਕਰੂਗਾ ਹਨਾ ਢਾਡੀ ਸਿੰਘ ਤੁਹਾਡੇ ਲੂੰ ਕੰਡੇ ਖੜੇ ਹੋਣਗੇ ਉਹ ਖੂਨ ਥੋੜਾ ਬਦਲਿਆ ਹੁੰਦਾ ਖੂਨ ਹਜੇ ਉਹੀ ਹੈ ਬਦਲ ਦੇਣਗਾ ਪਤਾ ਨਹੀਂ ਪਰ ਅਜੇ ਤੱਕ ਨਹੀਂ ਬਦਲ ਸਕਿਆ ਤਾਂ ਇੱਕ ਤੁਸੀਂ ਆਪਣੀ ਗੱਲਬਾਤ ਦੌਰਾਨ ਦੱਸ ਰਿਹਾ ਸੀ ਕਿ ਸਾਖੀ ਭਾਈ ਮਨੀ ਸਿੰਘ ਵਿਦੇਹੀ ਕੀ ਪੰਤ ਪ੍ਰਕਾਸ਼ ਤੇ ਜ਼ਿਕਰ ਹੋਦਾ ਉਹਨਾਂ ਦੀ ਜਦੋਂ ਸ਼ਹੀਦੀ ਹੋਈ ਇੱਕ ਸੂਫੀ ਉੱਥੇ ਆਇਆ ਉਹ ਕੀ ਕਰ ਰਿਹਾ ਸੀ ਪੀੜ ਚ ਖੜ ਕੇ ਕਿਸੇ ਨੂੰ ਪਛਾਣ ਖੜੇ ਬੰਦੇ ਨੂੰ ਪੁੱਛਿਆ ਵੀ ਕੀ ਹੋ ਰਿਹਾ ਉਹ ਕਹਿੰਦਾ ਵੀ ਇੱਕ ਸਿੱਖ ਸੰਤ ਨੂੰ ਸ਼ਹੀਦ ਕੀਤਾ ਜਾ ਰਿਹਾ ਉਹ ਕਹਿੰਦਾ ਵੀ ਕਿਵੇਂ ਸ਼ਹੀਦ ਕੀਤਾ ਜਾ ਰਿਹਾ ਉਹ ਤਾਂ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਜਾ ਰਿਹਾ ਕਹਿੰਦਾ ਪਰ ਉਹ ਏਡੀ ਹੌਲੀ ਸੋਰਸ ਚ ਚੀਕਾਂਗਾ ਤੋਂ ਮਾਰ ਰਿਹਾ ਤੋ ਬੰਦਾ ਕਹਿੰਦਾ ਚੀਕਾਂ ਉਹ ਨਹੀਂ ਮਾਰ ਰਿਆ ਚੀਕਾਂ ਤਾਂ ਸੰਗਤ ਮਾਰ ਰਹੀ ਹੈ ਜਿਹੜੀ ਆਲੇ ਦੁਆਲੇ ਖੜੀ ਹੈ ਉਹ ਕਹਿੰਦਾ ਤੂੰ ਸੁਣਿਆ ਨਹੀਂ ਵੀ ਇੱਕ ਸਿੱਖ ਸੰਤ ਨੂੰ ਸ਼ਹੀਦ ਕੀਤਾ ਯਾਰ ਤਾਂ ਜਿਹੜਾ ਸੂਫੀ ਹੈ ਉਹ ਕਹਿੰਦਾ ਯਾ ਖੁਦਾ ਵੀ ਮਨਸੂਰ ਸਿੱਖਾਂ 'ਚ ਵੀ ਪੈਦਾ ਹੋਗੇ ਤਾਂ ਉੱਥੇ ਲਾਹੌਰ ਨਿਵਾਸੀ ਇੱਕ ਗੱਲ ਬੋਲਦਾ ਉਹ ਬੰਦਾ ਕਿਹੜੀ ਦੁਨੀਆ 'ਚ ਰਹਿੰਦਾ ਬਾਬਾ ਇਹ ਤਾਂ ਪੰਥੀ ਮਨਸੂਰਾਂ ਦਾ ਹੈ ਅਨੰਦਪੁਰ ਸਾਹਿਬ ਦੀ ਧਰਤੀ ਹੈ ਅਸੀਂ ਇੱਥੇ ਮੌਜੂਦ ਹਾਂ ਖਾਲਸਾ ਸੱਜਿਆ ਇਨਾ ਪਹਾੜਾਂ ਦੀ ਧਰਤੀ ਤੇ ਉੱਤੇ ਸੱਚੇ ਪਾਤਸ਼ਾਹ ਖਾਲਸਾ ਸਾਜਿਆ ਤੇ ਜਦੋਂ ਉਸੇ ਜੀ ਪਾਤਸ਼ਾਹ ਨੇ ਪੰਜ ਸੇਰ ਮੰਗੇ ਹੋਣਗੇ ਉਦੋਂ ਕੀਆ ਮਾਹੌਲ ਜਦੋਂ ਮਾਰੇ ਨੇ ਸੇਰ ਮੰਗੇ 80000 ਤੋਂ ਵੱਧ ਹੱਥ ਖੜੇ ਹੋਗੇ ਮੈਂ ਕਿਹਾ ਬਾਪੂ ਜੀ ਵੀ 80000 ਤਾਂ ਕਹਿੰਦੇ ਸੰਗਤ ਜੀ ਅੰਦਰ ਉਹ ਕਹਿੰਦੇ ਨਹੀਂ ਜਿਹੜੀਆਂ ਮਾਵਾਂ ਗਰਭਵਤੀ ਸੀ ਉਹਨਾਂ ਦੇ ਢਿੱਡਾਂ 'ਚੋਂ ਬੱਚਿਆਂ ਨੇ ਹੱਥ ਕਦੇ ਘੱਤੇ ਭਾਈ ਤਾਰੂ ਸਿੰਘ ਜੀ ਨੇ ਉਸ ਸਮੇਂ ਬਜਨ ਕੀਤਾ ਹੈ ਕਹਿੰਦੇ ਇਹ ਪੰਥ ਖਾਲਸਾ ਇੱਡਾ ਮਹਾਨ ਹੈ ਕਿ ਜਦੋਂ ਇਹ ਸ਼ਹੀਦੀ ਦੇਗਾਂ ਦਾ ਰਗੜਾ ਪਾ ਕੇ ਸਲੋਤਰ ਖੜਾ ਕਰਦੇ ਨੇ ਨਾ ਤੇ ਵੱਡੇ ਵੱਡੇ ਮੁਗਲਾਂ ਦੇ ਸਿਰਾਂ ਤੋਂ ਸ਼ਰ ਰੁੱਟ ਜਾਂਦੀ ਨੇ ਮੈਂ ਬੈਠਾ ਇੱਥੇ ਇਸੀ ਦੀਵਾਰ ਬਾਬਾ ਜੀ ਕੋਲੇ ਆਇਆ ਕੋਈ ਜਿਵੇਂ ਆ ਖਬਰਾਂ ਆਈਆਂ ਸੁਣ ਕੇ ਆਪਾਂ ਅੱਜ ਕੱਲ ਗੱਲਾਂ ਹੀ ਕਰਦੇ ਆ ਕਿ ਬਾਬਾ ਜੀ ਕੀ ਦੀ ਸਰਕਾਰ ਬਣੂਗਾ ਤਿੰਨ ਚਾਰ ਮਹੀਨੇ ਬਣਾਂ ਦੀ ਗੱਲ ਬਾਬਾ ਜੀ ਸਰਕਾਰ ਕਿਹਨੂੰ ਬਣੂ ਬਾਬਾ ਜੀ ਕਹਿੰਦੇ ਥੋੜੀ ਪਤਾ ਨਹੀਂ ਕਿੰਦੀ ਬਣੂਗੀ ਆਹ ਪੰਜਾਂ ਚਾਰ ਸਾਲਾਂ ਵਾਲੀ ਸਾਡੀ ਤਾਂ 1469 ਦੀ ਬਣੀ ਵੀ ਸਰਕਾਰ ਜਿੱਦਣ ਬੁਰ ਨਾਲਾ ਕ ਮਹਾਰਾਜ ਆਏ ਹੈ ਜਾਂ ਜਿਹਨੂੰ ਚੱਕਰਵਰਤੀ ਸਮਰਾਟ ਅਸੀਂ ਕਹਿੰਦੇ ਆ ਜਦੋਂ ਉਹ ਧਰਤੀ ਤੇ ਆਏ ਹੈ ਤਾਂ ਉਦੋਂ ਦੀ ਸਾਡੀ ਪਾਸ਼ਾਹੀ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਮ ਦਾ ਹਨਾ ਉਹਦੇ ਦਾ ਸਾਡਾ ਰਾਜ ਚ ਉਦੋਂ ਦੀ ਸਾਡੀ ਪਾਸ਼ਾਹੀ ਅੱਲੇ ਬਾਦਸ਼ਾਹੀ ਕੋਈ ਨਹੀਂ ਖੋ ਸਕਿਆ ਖੋ ਸਕਦਾ ਹੀ ਨਹੀਂ ਕੋਈ ਜਦਵੇਂ ਬਾਬਾ ਜੀ ਹੋਰਾਂ ਨੇ ਦੱਸੀ ਜ ਤੁਹਾਨੂੰ ਗੱਲ ਵੀ ਭਾਈ ਸਾਹਿਬ ਜਦੋਂ ਇਹ ਗੱਲ ਕਰਦੇ ਨੇ ਵੀ ਜਦੋਂ ਸੀਦੀ ਦੇਗਾ ਤਿਆਰ ਕਰਦੇ ਹੋਏ ਸਿੰਘ ਸਲੋਤਰ ਪੁੱਠਾ ਕਰਕੇ ਰੱਖਦੇ ਆ ਵੱਡੀਆਂ ਵੱਡੀਆਂ ਸਲਤਨਤਾਂ ਦੇ ਸਿਰਾਂ ਤੋਂ ਤੁਸੀਂ ਕੋਸ਼ ਛਤਰ ਉੱਟ ਜਾਂਦੇ ਆ ਡਾਇਲੋਗ ਵੇਖੋ ਕਿੰਨਾ ਕਮਾਲ ਹੈ ਨਾਵਲ ਜੇ ਸਾਖੀ ਆਉਂਦੀ ਹੈ ਇੱਕ ਥਾਂ ਤੇ ਵੀ ਕੋਈ ਸੂਰਮਾ ਸਿੰਘ ਭਚੰਗੀ ਸਿੰਘ ਆਇਆ ਸੀ ਬਾਹਰ ਤੇ ਉਹਨੇ ਕਮੰਦ ਕੋਲੜਾ ਏ ਕਮਾਇਆ ਬਾਹਰ ਆ ਕੇ ਵੀ ਮੁਗਲਾਂ ਦੇ ਲਾਸ਼ਾਂ ਦੇ ਢੇਰ ਲਾਤੇ ਉੱਥੇ ਜਦੋਂ ਮੀਰ ਮੰਨੂ ਦੀ ਕੈਚ ਛੋਟੇ ਭਚੰਗੀ ਸੀ ਹੀ ਹੋ ਰਹੇ ਨੇ ਨਾ ਮੈਨੂੰ ਬਹੁਤ ਕਮਾਲ ਦੀਆਂ ਸਾਖੀਆਂ ਲੱਗਦੀਆਂ ਨੇ ਇੱਕ ਛੋਟਾ ਬੱਚਾ ਆ ਛੋਟਾ ਜਿਹਾ ਉਹ ਆਪਦੀ ਮਾਤਾ ਦੇ ਨਾਲ ਉਹਦੀ ਸਹਾਇਤਾ ਕਰ ਰਿਹਾ ਚੱਕੀ ਫੇਰ ਚ ਉਹ ਐ ਚੱਕੀ ਫੇਰ ਰਿਹਾ ਉਹਦੇ ਨਾਲ ਜਦੋਂ ਚੱਕੀ ਉਹਦੀ ਮਾਤਾ ਦੇ ਇਸ ਤੱਕ ਪਹੁੰਚ ਜਾਂਦੀ ਫਿਰ ਮਾਤਾ ਦੀ ਆਪਦੀ ਦੀ ਪ੍ਰਕਰਮਾ ਕਰਕੇ ਫਿਰ ਚੱਕੀ ਫੇਰਦੇ ਉਹਨੇ ਏਡੇ ਛੋਟੇ ਛੋਟੇ ਭਚੰਗੀ ਆ ਉਹ ਆਪਸ ਵਿੱਚ ਖੇਡ ਵੀ ਰਹੇ ਆ ਉਹ ਇੱਕ ਭਚੰਗੀ ਆ ਆਪਦੀ ਮਾਤਾ ਨੂੰ ਕਹਿੰਦਾ ਵੀ ਦੂਜਿਆਂ ਨੂੰ ਕਾਹ ਤੋਂ ਮਾਰ ਰਹੇ ਆ ਸਾਡੇ ਮੇਰੇ ਨਾਲ ਦੇ ਹਨਾ ਮਿੱਤਰਾਂ ਨੂੰ ਮੇਰੇ ਬੇਲੀਆਂ ਨੂੰ ਉਹ ਚੱਕ ਕੇ ਐ ਮਾਰ ਕਾ ਤੋਂ ਰਹੇ ਆ ਤਾਂ ਇਹ ਸੂਰਮੇ ਭਚੰਗੀ ਸ਼ਹੀਦ ਹੋ ਰਹੇ ਹਨ ਬਹੁਤ ਫਰਕ ਹੁੰਦਾ ਮਰ ਜਾਣ ਤੇ ਸ਼ਹੀਦ ਹੋਣ ਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਹ ਸਿੱਖ ਇਤਿਹਾਸ ਤੇ ਬਹੁਤ ਸਾਰੀਆਂ ਕਿਤਾਬਾਂ ਬਹੁਤ ਸਾਰੇ ਲੇਖ ਜਿਹੜੇ ਆ ਬਹੁਤ ਸਾਰੀਆਂ ਪੋਥੀਆਂ ਬਹੁਤ ਸਾਰੇ ਨਾਵਲ ਲਿਖੇ ਗਏ ਆ ਬਿੱਤੇ ਕੁਝ ਦਿਨ ਪਹਿਲਾਂ ਇੱਕ ਕਿਤਾਬ ਇੱਕ ਨਾਵਲ ਲਿਖਤ ਸਾਹਮਣੇ ਆਈ ਹੈ ਪੰਥ ਦੇ ਹਨ ਹਨੇ ਪਾਤਸ਼ਾਹੀ ਪੰਥ ਵੱਲੋਂ ਬਹੁਤ ਪਰਵਾਹ ਹੁੰਗਾਰਾ ਮਿਲ ਰਿਹਾ ਹੈ ਉਸ ਨਾਵਲ ਦੇ ਲੇਖਕ ਵੀਰ ਜਗਦੀਪ ਸਿੰਘ ਸਾਡੇ ਨਾਲ ਮੌਜੂਦ ਹੈ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਬੈਠ ਕੇ ਕੁਝ ਸਮਾਂ ਵਿਚਾਰ ਸਾਂਝੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਜਗਦੀਪ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਇਹ ਕਿ ਇਹ ਨਾਵਲ ਜਦੋਂ ਦਾ ਸੰਗਤ ਨੂੰ ਪਤਾ ਲੱਗਿਆ ਬਹੁਤ ਸਾਰਾ ਪਿਆਰ ਬਹੁਤ ਸਾਰਾ ਸਤਿਕਾਰ ਜਿਹੜਾ ਉਹ ਜਿੱਦਾਂ ਜਿਹੜੇ ਅਸੀਂ ਟਿਕਾਣੇ ਰੱਖੇ ਸੀ ਉੱਥੋਂ ਤੇ ਆਨਲਾਈਨ ਇੰਟਰਨੈਟ ਦੇ ਮਾਧਮ ਰਾਹੀਂ ਵਿਸ਼ਵ ਭਰ ਚੋਂ ਮਿਲ ਰਿਹਾ ਹੈ ਕੀ ਤੁਹਾਨੂੰ ਲੱਗਦਾ ਸੀ ਵੀ ਇੰਨਾ ਮਾਨ ਸਤਿਕਾਰ ਕੰਮ ਜਿਹੜੀ ਹੈ ਕਿੰਨਾ ਸਮਾਜਗਦੀਪ ਸਿੰਘ ਚ ਉੱਪਰ ਰਹੇ ਆ ਵੱਲੋਂ ਗੁਪਤ ਰਹੇ ਸ਼ਾਂਤ ਰਹੇ ਆ ਤਾਂ ਇਹ ਨਾਵਲ ਆਉਣ ਤੋਂ ਬਾਅਦ ਲੱਗਦਾ ਸੀ ਵੀ ਇੰਨਾ ਵੱਡਾ ਰਿਸਪੌਂਸ ਜਿਹੜਾ ਹੈਗਾ ਨਾ ਸਹਿਯੋਗ ਮਿਲੂਗਾ ਨਹੀਂ ਬਬਾ ਜੀ ਆਇ ਨਹੀਂ ਸੋਚਿਆ ਸੀ ਕਦੇ ਵੀ ਨਾਵਲ ਲਿਖੰਦਾ ਵੀ ਕੋਈ ਐ ਕੋਈ ਸਬਾਬ ਐ ਸੋਚਿਆ ਨਹੀਂ ਸੀ ਵੀ ਬਣੂੰਗਾ ਜਾਂ ਲਿਖਾਂਗੇ ਜਾਂ ਕੁਝ ਹੋਰ ਤਾਂ ਕਿ ਨਹੀਂ ਹੋਇਆ ਕੰਮ ਕੁਛ ਪਰ ਜਿਹੜਾ ਸੰਗਤ ਦਾ ਹੰਗਾਰਾ ਹੈ ਉਹ ਨਹੀਂ ਬਿਲਕੁਲ ਵੀ ਚਿਤ ਚੇਤੇ ਨਹੀਂ ਸੀਗਾ ਵੀ ਇਸ ਤਰੀਕੇ ਨਾਲ ਹੋ ਜੂਗੀ ਗੱਲ ਜਿਵੇਂ ਮੇਰੇ ਇੱਕ ਮਿੱਤਰ ਕਹਿੰਦਾ ਵੀ ਜਿੰਨਾ ਦਾ ਕੰਮ ਸੀ ਉਹਨਾਂ ਨੇ ਕਰਾ ਲਿਆ ਸੀਦਾ ਸਿੰਘਾਂ ਦਾ ਕੰਮ ਸੀ ਉਹਨਾਂ ਨੇ ਤੇਰੇ ਤੋਂ ਕਰਾ ਲਿਆ ਆਪਾਂ ਕਈ ਵਾਰੀ ਜਰੀਆ ਬੰਦੇ ਹੁੰਨੇ ਆ ਆਪਾਂ ਜਰੀਆ ਬਣ ਗਏ ਆ ਇਹਦੇ ਆਉਣ ਦਾ ਪਰ ਜੇ ਤੁਸੀਂ ਕਹੋ ਵੀ ਇਹ ਸੋਚ ਕੇ ਜਾਂ ਕੁਝ ਐਪ ਜਿਹੜੇ ਚੀਜ਼ਾਂ ਆਈਆਂ ਕੀਤੀਆਂ ਗਈਆਂ ਹੋਣਗੀਆਂ ਵੀ ਇਹਦੀ ਇੰਨੀ ਚਰਚਾ ਹੋਵੇ ਜਾਂ ਇਹ ਬਹੁਤ ਜ਼ਿਆਦਾ ਸੰਗਤ ਜਿਹਨੂੰ ਪਪੂਲਰ ਕਹਿੰਦੇ ਆ ਉਹ ਵੀ ਐਪ ਜੋ ਕੁਝ ਨਹੀਂ ਸੀਗਾ ਜਿਹੜਾ ਯਥਾਰਥੀ ਹੈ ਮੈਂ ਤਾਂ ਕਈ ਵਾਰੀ ਸੋਚਦਾ ਹੁੰਦਾ ਹਾਂ ਵੀ ਇਹਨੂੰ ਨਾਵਲ ਵੀ ਕਹਿ ਸਕਦੇ ਆ ਕਿ ਨਹੀਂ ਨਾਵਲ 'ਚ ਤਾਂ ਕਲਪਨਾ ਬਹੁਤ ਹੁੰਦੀ ਹੈ ਇਹਦੇ 'ਚ ਯਥਾਰਥ ਹੈ ਸੱਚੀ ਹੈ ਕਿਤੇ ਨਾ ਕਿਤੇ ਆਪਾਂ ਨੂੰ ਕਲਪਨਾ ਦਾ ਸਹਾਰਾ ਲੈਣਾ ਪਿਆ ਜਦੋਂ ਕਹਾਣੀ ਨੂੰ ਅੱਗੇ ਤੋਰਨਾ ਸੀ ਨਹੀਂ ਤਾਂ ਸਾਰਾ ਸੱਚ ਹੀ ਹੈ ਸੋ ਬਿਲਕੁਲ ਇੰਨੇ ਹੁੰਗਾਰੇ ਦੀ ਇੱਛਾ ਕੀਤੀ ਨਹੀਂ ਸੀ ਬਿਲਕੁਲ ਨਹੀਂ ਸੋਚਿਆ ਸੀ ਵੀ ਇਸ ਤਰੀਕੇ ਸੰਗਤ ਹੁੰਗਾਰਾ ਦੇਊਗੀ ਜੀ ਬਿਲਕੁਲ ਤਾਂ ਸੰਗਤ ਨੇ ਬਹੁਤ ਹੁੰਗਾਰਾ ਦਿੱਤਾ ਖਾਸ ਕਰਕੇ ਜਿੱਦਾਂ ਹੁਣ ਅ ਅਗਲੀ ਪੀੜ੍ਹੀ ਆ ਜਿਹੜੇ 15 18 ਵਾਲੇ ਬੱਚੇ ਨੇ ਜਾਂ ਬੱਚੀਆਂ ਹੈਗੀਆਂ ਉਹਨਾਂ 'ਚ ਬਹੁਤ ਉਤਸੁਕਤਾ ਆ ਬੇਸ਼ੱਕ ਅੱਜ ਇੰਟਰਨੈਟ ਦਾ ਮਾਦਮ ਆ ਮੋਬਾਈਲ ਆ ਜਿਹੜੇ ਟੈਬ ਪੈਡ ਸਾਡੇ ਹੱਥਾਂ ਦੇ ਵਿੱਚ ਆ ਪਰ ਉਹ ਵੀ ਇਸ ਕਿਤਾਬ ਨੂੰ ਇਸ ਨਾਵਲ ਨੂੰ ਲੱਭ ਲੱਭ ਕੇ ਪੜ੍ਹ ਰਹੇ ਆ ਪੜ੍ਹ ਰਹੇ ਆ ਬਿਲਕੁਲ ਜੀ ਮੈਨੂੰ ਇੱਕ ਐਂ ਲੱਗਦਾ ਵੀ ਇਹਨਾਂ ਖੜੋਤ ਆਈ ਹੋਈ ਸੀ ਪਿਛਲੇ ਖਾਸੇ ਚਿਰ ਤੋਂ 30 35 ਸਾਲ ਹੀ ਕੋਹ ਘਟੋ ਘਟ ਕਲੋ ਕੌਮ ਨੰਗ ਵਿਯੋਗ ਜਿਸ ਸਮਿਆਂ ਚ ਰਹੀ ਸੀ ਪਿਛਲੇ 30-35 ਸਾਲ ਤੋਂ ਸੰਘਰਸ਼ ਚ ਸੀ ਕੀ ਕੌਮ ਤਾਂ ਜਿਹੜਾ ਕੰਮ ਬਾਪੂ ਸੋਨ ਸਿੰਘ ਸੀਤਲ ਜੀ ਕਰ ਗਏ ਹਨਾ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਜੀ ਕਰ ਗਏ ਗਿਆਨੀ ਤਰਲੋਕ ਸਿੰਘ ਗਿਆਨੀ ਭਜਨ ਸਿੰਘ ਨਰਿੰਦਰਪਾਲ ਸਿੰਘ ਕਰਤਾਰ ਸਿੰਘ ਦੁੱਗਲ ਉਹਨਾਂ ਨੇ ਜਿਹੜਾ ਸਿੱਖ ਹਿਸਟਰੀ ਦੇ ਨਾਵਲਾਂ ਤੇ ਕੰਮ ਕੀਤਾ ਉਸ ਤੋਂ ਬਾਅਦ ਇੱਕ ਖੜੋਤ ਸੀ ਜਾਂ ਪੰਜਵੇਂ ਪਹਿਲਾਂ ਵੀ ਗੱਲ ਕਰਦੇ ਹੁੰਨੇ ਆ 18ਵੀਂ ਸਦੀ ਜਾਂ ਪੰਥ ਹੈ ਜਿਹੜਾ ਉਹ ਆਪ ਦਾ ਇਤਿਹਾਸ ਹੋਵੇ ਕਿਉਂ ਨਹੀਂ ਲਿਖ ਸਕਿਆ ਪੰਥ ਨੂੰ ਸਮਾਂ ਹੀ ਕਦੋਂ ਮਿਲਿਆ ਲਿਖੰਦਾ ਹਨ ਪੰਥ ਰਿਆਈ ਵਿਖੜੇ ਪੈਣਿਆਂ ਤੇ ਹੀ ਰਿਹਾ ਪੰਥ ਹਨ ਪੰਥ ਜੰਗਲਾਂ ਚ ਵਿਚਰਦਾ ਰਿਹਾ ਪੰਥ ਸ਼ਾਹਤਾਂ ਦੇ ਰੂਬਰੂ ਰਿਹਾ ਪੰਥ ਹਕੂਮਤਾਂ ਨਾਲ ਟੱਕਰ ਲੈਂਦਾ ਰਿਹਾ ਜਿਵੇਂ ਕਹਿੰਦੇ ਖਾਲਸਾ ਬਾਗੀ ਜਾਂ ਬਾਦਸ਼ਾ ਤਾਂ ਉਹਨਾਂ ਨੂੰ ਸਮਾਂ ਹੀ ਨਹੀਂ ਲੱਗਿਆ ਤਾਂ ਮੈਨੂੰ ਲੱਗਦਾ ਵੀ ਜਿਹੜੀ ਉਹ ਖੜੋਤ ਹੈ ਪਿਛਲੇ 30 35 40 ਸਾਲਾਂ ਬਾਅਦ ਮੈਂ ਇਹ ਤਾਂ ਨਹੀਂ ਕਹਿੰਦਾ ਵੀ ਉਹਨਾਂ ਦੇ ਕਿਤੇ ਬਰਾਬਰ ਜਾਵੜੀ ਇਹ ਜਿਹੜਾ ਅਸੀਂ ਦੂਨ ਸਵਾਏ ਹੋਏ ਸੀਗੇ ਲਿਖਿਆ ਨਾਵਲ ਹਨਾ ਜਾਂ ਆਪਾਂ ਕਈਏ ਵੀ ਕਰਕ ਕਲੇਜੇ ਮਾਹੀਂ ਜਨਰਿੰਦਰਪਾਲ ਸਿੰਘ ਦੇ ਖੰਨੇ ਉਤੇ ਕੀ ਵਾਲੋਂ ਨਿੱਕੀ ਇਤ ਮਾਰਗ ਜਾਣਾ ਇੱਕ ਸਰਕਾਰ ਬਾਝੋਂ ਪੜ੍ਹਨੀ ਚਾਹੀਦੀ ਐ ਸਿੱਖ ਨੌਜਵਾਨੀ ਨੂੰ ਇਹ ਨਾਵਲ ਵੀ ਉਹਨਾਂ ਦੇ ਕਿਤੇ ਨੇੜੇ ਤੇੜੇ ਜਾਵੜਿਆ ਇਹ ਨਹੀਂ ਹੈਗੀ ਗੱਲ ਪਰ ਹਾਂ ਮੈਂ ਇਹ ਜ਼ਰੂਰ ਕਹੂੰਗਾ ਵੀ ਇੱਕ ਖਰੋਤ ਸੀ ਤੇ ਕੰਟੈਂਪੋਰੀ ਹੁੰਦੀ ਹੈ ਜਿਹੜੀ ਸਾਡੇ ਸਮਕਾਲੀ ਕੋਈ ਚੀਜ਼ ਆਉਂਦੀ ਹੁੰਦੀ ਹੈ ਨਾ ਲਿਖੀ ਉਹਦੀ ਉਹਦੀ ਭਾਸ਼ਾ ਉਹਦਾ ਉਹਦੀ ਬੋਲਚਾਲ ਦੀ ਵਿਧੀ ਉਹਦਾ ਤਰੀਕਾ ਉਹਦਾ ਸਟਾਈਲ ਸਾਨੂੰ ਟੱਚ ਕਰਦਾ ਹੁੰਦਾ ਜੇ ਆਪਾਂ ਕਹੀਏ ਵੀ ਬਾਬਾ ਪ੍ਰੇਮ ਸਿੰਘ ਹੋਰੀ ਵੱਡੇ ਹਿਸਟੋਰੀਅਨ ਨੇ ਬਾਬਾ ਗੈਨੀ ਭਜਨ ਸਿੰਘ ਨਰਿੰਦਰਪਾਲ ਸਿੰਘ ਪਰ ਸਮਾਂ ਜਿਹੜਾ ਫਿਰ ਵੀ ਤੁਸੀਂ ਕਹੋ 30 35 40 ਸਾਲ 50 ਸਾਲ ਪੁਰਾਣਾ ਹੈ ਉਦੋਂ ਵੀ ਜਿਆਦਾ ਪਹਿਲ ਭਾਈ ਵੀਰ ਸਿੰਘ ਹੋਰੀ ਉਦੋਂ ਵੀ ਪੁਰਾਣਾ ਸਮਾਂ ਕਿਤੇ ਨਾ ਕਿਤੇ ਹੋ ਸਕਦਾ ਵੀ ਸਾਡੀ ਐਜੂਕੇਸ਼ਨ ਕੁਸ਼ੈਵ ਜੀ ਹੋ ਗਈ ਹੋਵੇ ਵੀ ਉਹ ਚੀਜ਼ਾਂ ਸਾਡੇ ਮਤਲਬ ਉਸ ਤਰੀਕੇ ਬੱਚਿਆਂ ਦੇ ਸਾਡੇ ਸਿੱਖ ਬੱਚਿਆਂ ਦੇ ਹਜੇ ਉਵੇਂ ਸਾਹਬ ਚ ਨਹੀਂ ਆ ਰਹੀਆਂ ਹਾਂ ਮੈਂ ਇਹ ਇਹ ਜਰੂਰ ਸੋਚੂੰਗਾ ਕਹੂੰਗਾ ਜਾਂ ਹਨਾ ਜਾਂ ਮੈਨੂੰ ਮੇਰਾ ਮੇਰਾ ਮਾਣ ਜਰੂਰ ਹੈ ਇਹ ਵੀ ਇਹ ਨਾਲ ਜਿਹੜਾ ਹੰਨੇ ਹੰਨੇ ਪਾਤਸ਼ਾਹੀ ਆ ਇਹ ਪੜ ਕੇ ਬੱਚਿਆਂ ਨੂੰ ਚੇਟਕ ਲੱਗੇ ਉਹ ਭਾਈ ਵੀਰ ਸਿੰਘ ਨੂੰ ਪੜਨ ਹਨਾ ਉਹ ਨਰਿੰਦਰਪਾਲ ਸਿੰਘ ਨੂੰ ਪੜਨ ਉਹ ਗਿਆਨੀ ਭਜਨ ਸਿੰਘ ਤਰਲੋਕ ਸਿੰਘ ਇਹਨਾਂ ਸਾਰਿਆਂ ਨੂੰ ਪੜਨ ਉਧਰ ਨੂੰ ਤੁਰਨ ਤਾਂ ਉਹ ਮੈਨੂੰ ਲੱਗਦਾ ਵੀ ਕਾਰਨ ਇਹੀ ਹੈ ਵੀ ਜਿਹੜੀ ਨੌਜਵਾਨ ਜਨਰੇਸ਼ਨ ਜਾਂ ਜਿਹੜੀ ਸਾਡੀ ਇੱਕ ਜਨਰੇਸ਼ਨ 15 ਸਾਲਾਂ ਤੋਂ ਸ਼ੁਰੂ ਹੋ ਕੇ ਤੇ 25 ਜਾਂ 35 ਸਾਲ ਤੱਕ ਦੀ ਜਨਰੇਸ਼ਨ ਆ ਉਹਨੇ ਬਹੁਤ ਇਹਨੂੰ ਲੱਭਿਆ ਜਿਵੇਂ ਮੈਨੂੰ ਮੈਸੇਜ ਆਉਂਦੇ ਆ ਭਾਜੀ ਫਲਾਨੀ ਥਾਂ ਤੋਂ ਨਹੀਂ ਲੱਭਿਆ ਭਾਜੀ ਫਲਾਨੀ ਥਾਂ ਤੋਂ ਨਹੀਂ ਲੱਭਿਆ ਜਾਂ ਬਾਹਰ ਬੈਠੇ ਜਿਹੜੇ ਜਵਾਬ ਕਰਦੇ ਬਹੁਤ ਜ਼ਿਆਦਾ ਮੈਸੇਜ ਕਰਦੇ ਤੇ ਕਾਰਨ ਇਹੀ ਹੋਊਗਾ ਵੀ ਇੱਕ ਖੜੋਤ ਸੀ ਜਿਹੜੀ ਟੁੱਟੀ ਹੈ ਹੰਨੇ ਹੰਨੇ ਪਾਸ਼ਾਹੀ ਦੀ ਆਉਣਾ ਤੁਸੀਂ ਜਿਹਾ ਸੀ ਕੁਝ ਜ਼ੁਬਾਨੀ ਕਲਾਮੇ ਕੁਝ ਗੱਲਾਂ ਆਪਣੇ ਵੱਡ ਵਡੇਰਿਆਂ ਤੋਂ ਸੁਣੀਆਂ ਵੀ ਕੌਮ ਤੇ ਬਹੁਤ ਸਾਰੇ ਅਤਿਆਚਾਰ ਕੌਮ ਦੇ ਉੱਤੇ ਜਿਹੜਾ ਮਤਲਬ ਔਖਾ ਸਮਾਂ ਵੀ ਰਿਹਾ ਸੌਖਾ ਵੀ ਰਿਹਾ ਕੱਲ ਨਾ ਬੜੀ ਗੱਲ ਈ ਕੌਮ ਨੇ ਤੇ ਉਹਦੇ ਚ ਇੱਕੋ ਚੀਜ਼ ਰਹੀ ਹੈ ਜਿਹੜੀ ਘੱਟੂ ਘੱਟ ਮਤਲਬ ਪ੍ਰੀਤ ਜਿਹੜੀ ਹੈਗੀ ਨਾ ਉਹ ਸਾਡੀਆਂ ਪੀੜ੍ਹੀਆਂ ਦੀ ਹੈਗੀ ਜਿਹੜੀ ਉਹ ਟੁੱਟੀ ਨਹੀਂ ਗਈ ਤਾਂ ਪਿਛਲੇ ਸਮਿਆਂ ਚ ਜਦੋਂ ਬੇਸ਼ੱਕ ਉਹ ਮੇਰੀ 30 32 ਸਾਲ ਆ ਤੁਸੀਂ ਮੇਰੇ ਤੋਂ ਕੋਈ 5-7 ਸਾਲ ਵੱਡੇ ਹੈਗੇ ਹੋ ਤਾਂ ਸਾਡੇ ਸਮਿਆਂ ਚ ਵੀ ਉਹ ਚੀਜ਼ਾਂ ਹੀ ਸੁਣਦੇ ਰਹੇ ਹਾਂ ਤਾ ਉਹਦੇ ਚ ਜਿਹੜੀਆਂ ਅਸੀਂ ਚੀਜ਼ਾਂ ਮਿਸ ਕਰਦੇ ਸੀ ਲੱਭਦੇ ਸੀ ਜਾਂ ਕਿਤਨੇ ਕਿਤੇ ਅਸੀਂ ਸੁਣਦੇ ਸੁਣਾਉਂਦੇ ਸੀ ਵੀ ਯੋਧਿਆਂ ਨੇ ਇਦਾਂ ਜਿਹੜਾ ਹੈਗਾ ਉਹ ਜਰਵਾਨਿਆਂ ਦੇ ਮੂੰਹ ਭੰਨੇ ਆ ਤਾਂ ਉਹ ਚੀਜ਼ਾਂ ਸਾਨੂੰ 18ਵੀਂ ਸਦੀ ਦਾ ਇਤਿਹਾਸ ਬਹੁਤ ਸਾਰੇ ਪ੍ਰਾਤਨ ਸਾਡੇ ਲੇਖ ਜਿਨ੍ਹਾਂ ਦਾ ਤੁਸੀਂ ਨਾਮ ਲਿਆ ਉਹਨਾਂ ਤੋਂ ਸੁਣੀਆਂ ਮੋੜ ਸਾਨੂੰ ਇਸ ਨਾਵਲ ਦੇ ਵਿੱਚ ਸਾਰੀਆਂ ਸਾਨੂੰ ਮਿਲ ਗਈਆਂ ਤੇ ਇੱਕੋ ਮਾਲਾ ਚ ਪਰੋਏ ਗਏ ਨੇ ਬਹੁਤ ਸਾਰੇ ਬਿਲਕੁਲ ਬਿਲਕੁਲ ਇਹ ਵੀ ਕਾਰਨ ਹੈਗਾ ਜੀ ਇੱਕ ਜਿਹੜਾ ਮੈਂ ਜਿਵੇਂ ਇੱਕ ਪਿਛਲੀ ਕਿਸੇ ਇੰਟਰਵਿਊ 'ਚ ਗੱਲ ਕੀਤੀ ਸੀ ਵੀ ਅਸੀਂ 84 ਤੋਂ ਬਹੁਤ ਇਨਸਪਾਇਰਡ ਆ ਜਿਹੜੀ ਸਾਡੀ ਜਨਰੇਸ਼ਨ ਆਪਾਂ ਹੋਗੇ ਇਸ ਤੋਂ ਅਗਲੀ ਉਦੋਂ ਅਗਲੀ ਆਉਣ ਵਾਲੀਆਂ ਜਨਰੇਸ਼ਨਾਂ ਦੇ ਵੀ ਸਾਡੀਆਂ 84 ਤੋਂ ਬਹੁਤ ਇਨਸਪਾਇਰਡ ਰਹਿਣਗੀਆਂ ਵੀ ਗੈਂਤੀ ਦੇ 65 ਸਿੰਘਾਂ ਨੇ ਜਾਂ ਕੁੱਲ ਮਿਲਾ ਕੇ ਦੇਖੋ ਤੁਸੀਂ 100 ਸਵਾ 100 ਸਿੰਘਾਂ ਨੇ ਮਤਲਬ ਇੱਕ ਕਹਿੰਦੀ ਕਹਾਉਂਦੀ ਤਾਕਤ ਦੇ ਨਾਸੀ ਧੂਆਂ ਕਿਵੇਂ ਲਿਆਤਾ ਤਾਂ ਮੇਰੇ ਮਨ 'ਚ ਹੁੰਦੀ ਸੀ ਗੱਲ ਵੀ 84 ਵਾਲਿਆਂ ਨੇ ਕਿੰਨਾ ਤੋਂ ਸਿੱਖਿਆ ਲਈ ਹੋ ਸਾਨੂੰ 84 ਇਨਸਪਾਇਰ ਕਰ ਰਿਹਾ ਹੈ ਸਾਡੇ ਸੂਰਮਿਆਂ ਨੇ ਜਿਵੇਂ ਇਹਨਾਂ ਦੇ ਪ੍ਰਧਾਨ ਮੰਤਰੀ ਕਹਿੰਦਾ ਵੀ ਇਹਨਾਂ ਨੇ ਸਾਡੇ 7000 ਬੰਦੇ ਮਾਰਦੇ ਹਨ 7000 ਫੌਜੀ ਕਹਿੰਦਾ ਉਹ ਪਰ ਐਕਚੁਅਲੀ ਤਾਂ ਗਿਣਤੀ ਬਹੁਤ ਜ਼ਿਆਦਾ ਹੈ ਚਲੋ ਮੈਂ ਉਹ ਗੱਲ ਕਰਦਾ ਵੀ ਜਦੋਂ ਤੁਸੀਂ ਉਹਨਾਂ ਨੂੰ ਦੇਖਦੇ ਹੋ ਤੁਸੀਂ ਦੇਖਦੇ ਹੋ ਵੀ ਕਿਵੇਂ ਇੱਕ ਕਹਿੰਦੀ ਘੋਂ ਦੀ ਤਾਕਤ ਦੇ ਨਾਸੀ ਧੂਆਂ ਲਿਆਤਾ ਸਾਡੇ ਸੂਰਮਿਆਂ ਨੇ ਹਨਾ ਤਾਂ ਉਹਨਾਂ ਨੇ ਕਿੰਨਾ ਤੋਂ ਸਿੱਖਿਆ ਲਈ ਹੋਊਗੀ ਤਾਂ ਉਹ ਮੈਂ ਮੇਰੇ ਮਨ ਚ ਇਹ ਸੀਗੀ ਗੱਲ ਚਲੋ ਸੋਨਦੇ ਵੀ ਰਹੇ ਆ ਬਜ਼ੁਰਗਾ ਤੋਂ ਸਾਰਾ ਕੁਝ ਪਰ ਇਹ ਸੀਗਾ ਵੀ 84 ਸਾਨੂੰ ਇੰਨਾ ਇਨਸਪਾਇਰ ਕਰ ਰਿਹਾ ਹੈ 84 ਨੇ ਸਾਡੇ ਤੇ ਇੰਨਾ ਪ੍ਰਭਾਵ ਛੱਡਿਆ ਹੈ 84 ਦੇ ਨੇ ਸਾਨੂੰ ਇੰਨੀ ਚੜਦੀ ਗੱਲਾਂ ਲਿਆਂਦਾ ਹੈ ਮੈਂ ਬਹੁਤ ਵਾਰੀ ਮੈਨੂੰ ਲੱਗਦਾ ਹੁੰਦਾ ਵੀ ਜੂਨ 84 ਦਾ ਲਲਕਾਰੇ ਮਾਰਨ ਵਾਲੀ ਗੱਲ ਹੈ ਜੂਨ 84 ਤਾਂ ਇਹ ਤਾਂ ਉਹ ਮਤਲਬ ਜਿਹੜੀ ਜਿੱਤ ਹਾਰ ਹੁੰਦੀ ਹੈ ਉਹ ਫੈਸਲੇ ਦਾ ਮਹਾਰਾਜ ਆਪ ਦੱਸਣਗੇ ਨਾ ਵੀ ਕੌਣ ਜਿੱਤੇ ਕੌਣ ਹਾਰੇ ਹੈ ਪਰ ਅਸਲ ਦੇ ਵਿੱਚ 84 ਨੇ ਸਾਨੂੰ ਇੰਨੀ ਕਿ ਚੜ੍ਹਦੀ ਕਲਾ ਚ ਲੈ ਕੇ ਆਂਦਾ ਵੀ ਉਹ ਹੁਣ ਮੇਰੇ ਮਨ 'ਚ ਇਹ ਜ਼ਰੂਰ ਸੀ ਗੱਲ ਵੀ 84 ਜਿਨ੍ਹਾਂ ਨੇ 84 ਚ ਡੇ ਮਾਰ ਕੇ ਮਾਰੇ ਜਾਂ ਉਦੋਂ ਬਾਅਦ ਵੀ ਜਿਹੜੇ ਸੂਰਮੇ ਸਾਡੇ ਹਨਾ ਵਿਚਰਦੇ ਰਹੇ ਉਹਨਾਂ ਨੇ ਡੇ ਮਾਰ ਕੇ ਮਾਰੇ ਉਹ ਕਿਹਦੇ ਤੋਂ ਸਿੱਖਿਆ ਲੈਂਦੇ ਰਹੇ ਸੀ ਤਾਂ ਮੇਰਾ ਮਨ ਇਹ ਜ਼ਰੂਰ ਸੀਗਾ ਵੀ ਉੱਥੇ ਜਾ ਕੇ ਦੇਖੀਏ ਫਿਰ ਕੁਝ ਬਜ਼ੁਰਗਾਂ ਤੋਂ ਕੋਸਾਖੀਆਂ ਸਿੱਖੀਆਂ ਸੀ ਜਾਂ ਸੁਣੀਆਂ ਸੀ ਹਨਾ ਸੁਣਾਉਂਦੇ ਰਹੇ ਆ ਛੋਟੇ ਹੁੰਦਿਆਂ ਨੂੰ ਜਾਂ ਕੁਝ ਸਮਾਈ ਇਹੋ ਜ ਆ ਗਿਆ ਵਾਪਰੀ ਹੈ ਇਹਦਾ ਕੁਝ ਗਿਆਲੇਦ ਵਾਲੇ ਉਹ ਸਾਰਾ ਕੁਝ ਪੜਿਆ ਜਦੋਂ ਫਿਰ ਉਹ ਸਾਰਾ ਕੁਝ ਕਤਰ ਕਰਨ ਵਾਸਤੇ ਇੱਕ ਇੱਕ ਸਬਬ ਬਣ ਗਿਆ ਨਾਵਲ ਦਾ ਤੇ ਜਿਵੇਂ ਹੁਣ ਅਸੀਂ ਆਪਣੀ ਮਨੁੱਖੀ ਜੀਵਨ ਦੀ ਗੱਲ ਕਰੀਏ ਬੰਦਾ ਜਿੱਥੇ ਵੀ ਜਾਂਦਾ ਉਹ ਆਪਣੀ ਜਨਮ ਭਉਣੀ ਭੁੱਲਦਾ ਜਿੱਥੇ ਉਹਦਾ ਜਨਮ ਹੋਇਆ ਹੋਵੇ ਨਾ ਤੇ ਖਾਲਸੇ ਦੇ ਜਨਮ ਭਉ ਸ਼੍ਰੀ ਅਨੰਦਪੁਰ ਸਾਹਿਬ ਆ ਇਹ ਨਾਵਲ ਦਾ ਇਸ ਜਗ੍ਹਾ ਦੇ ਨਾਲ ਸੰਬੰਧ ਕਿੰਨਾ ਕਿਹਾ ਤੇ ਕਿੰਨਾ ਇੱਕ ਗੂੜਾ ਆ ਮੈਨੂੰ ਲੱਗਦਾ ਵੀ ਇਹ ਨਾਵਲ ਦਾ ਸੰਬੰਧ ਕਹਿਣ ਤੋਂ ਪਹਿਲਾਂ ਮੈਨੂੰ ਲੱਗਦਾ ਵੀ ਸਾਡੇ ਸਾਹਾ ਦਾ ਸੰਬੰਧ ਅਨੰਦਪੁਰ ਸਾਹਿਬ ਨਾਲ ਹੈ ਮਤਲਬ ਜੇ ਅਸੀਂ ਜੇ ਆਨੰਦਪੁਰ ਸਾਡੇ ਚੇਤਿਆਂ ਚ ਵਿਸਰ ਜੂਗਾ ਤਾਂ ਖਾਲਸਾ ਨਹੀਂ ਰਹੂਗਾ ਹਨਾ ਹੋਂਦ ਨਹੀਂ ਰਹੂਗੀ ਪੰਥ ਦੀ ਹੋਂਦ ਨਹੀਂ ਰਹੂਗੀ ਜੇ ਆਨੰਦਪੁਰ ਸਾਡੇ ਬਜ਼ੁਰਗ ਕਰਦੇ ਹੁੰਦੇ ਸੀ ਗੱਲਾਂ ਵੀ ਆਨੰਦਪੁਰ ਸਾਹਿਬ ਜਾਇ ਜਿਹੜਾ ਆਨੰਦਪੁਰ ਸਾਹਿਬ ਜਾਇ ਆ ਉਹ ਸਿਰ ਮੱਥਾ ਟੇਕ ਆਇਆ ਜਿਹੜਾ ਸਿਰ ਮੱਥਾ ਟੇਕ ਆਇਆ ਉਹ ਖਾਲਸਾ ਹੋ ਗਿਆ ਸਿੱਖ ਹੈ ਸਿੰਘ ਹੈ ਫਿਰ ਖਾਲਸਾ ਹੈ ਇਹ ਦੀ ਵੀ ਕਹਿ ਲੈਣਾ ਸੋ ਆਨੰਦਪੁਰ ਦਾ ਤਾਂ ਸਾਡੇ ਸਾਡੇ ਜੀਵਨ ਚ ਆਨੰਦਪੁਰ ਦਾ ਸਾਡੇ ਰਹਿਣ ਸਹਿਣ ਚ ਆਨੰਦਪੁਰ ਦਾ ਸਾਡੇ ਸਾਹ ਲੈਣ ਚ ਬਹੁਤ ਵੱਡਾ ਯੋਗਦਾਨ ਹੈ ਆਨੰਦਪੁਰ ਬਿਨਾ ਸਾਨੂੰ ਸਾਹ ਵੀ ਨਹੀਂ ਆਉਣਾ ਸੋ ਨਾਵਲ ਹੈ ਜਿਹੜਾ ਨਾਵਲ ਦਾ ਇਹ 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 ਹੋਣਾ ਹੀ ਸੀ ਕਿਉਂਕਿ ਸਾਡੇ ਨਾਲ ਅਸੀਂ ਆਨੰਦਪੁਰ ਨਾਲ ਇੰਨੇ ਜੁੜੇ ਹੋਏ ਆ ਅਸੀਂ ਕੇਸ ਗੜਨ ਨਾਲ ਇੰਨੇ ਜੁੜੇ ਹੋਏ ਆ ਤਾਂ ਸਾਡੇ ਰਾਂਝ ਜਿਹੜੀ ਚੀਜ਼ ਬਾਹਰ ਆਊਗੀ ਮਹਾਰਾਜ ਕੋਈ ਸਾਡੇ ਤੇ ਮહેર ਕਰਨਗੇ ਕੋਈ ਚੀਜ਼ ਬਾਹਰ ਸਾਡੇ ਤੋਂ ਮਤਲਬ ਇੱਕ ਅਸੀਂ ਇੱਕ ਕੰਮ ਕਰਾਂਗੇ ਤੁਸੀਂ ਕਹੋ ਵਿਚੋਲੇ ਦਾ ਕੰਮ ਕਰ ਲਓ ਹਨਾ ਜਾਂ ਤੁਸੀਂ ਕਹੋ ਵੀ ਇੱਕ ਅਸੀਂ ਵਿਦਾ ਬਣਾਗੇ ਕੋਈ ਕਿਸੇ ਚੀਜ਼ ਦੇ ਬਾਹਰ ਆਉਣ ਦੀ ਤਾਂ ਉੱਥੇ ਮੈਨੂੰ ਇੱਕ ਵਾਰ ਯਾਦ ਆ ਮੈਨੂੰ ਕਿਸੇ ਨੇ ਪੁੱਛਿਆ ਜਾਂ ਕਿਸੇ ਕੋਈ ਉਹ ਮਿੱਤਰ ਜਿਹੜੇ ਹਨਾ ਮਤਲਬ ਨਾਸਤਿਕ ਕਹਾ ਕੇ ਖੁਸ਼ ਹੁੰਦੇ ਆ ਆਪਣੇ ਆਪ ਨੂੰ ਉਹਨਾਂ ਚੋਂ ਕਿਸੇ ਨੇ ਇਹ ਗੱਲ ਲਿਖੀ ਵੀ ਪੰਛੀਆਂ ਦੀ ਮਜਲਿਸ ਜਦੋਂ ਤੁਸੀਂ ਅਨੁਵਾਦ ਕੀਤੀ ਤਾਂ ਉਹਦੇ ਬਾਰੇ ਮੇਰੇ ਪੰਛੀਆਂ ਦੀ ਮਜਲਿਸ ਤੇ ਉਹਨਾਂ ਨੇ ਕਮੈਂਟ ਕੀਤਾ ਕਿਸੇ ਮਿੱਤਰ ਨੇ ਵੀ ਇਹਨੇ ਪੰਛੀਆਂ ਦੀ ਮਜਲਿਸ ਨੂੰ ਇੱਕ ਮਤਲਬ ਸਿੱਖੀ ਦੀ ਪੋਥੀ ਬਣਾ ਕੇ ਰੱਖਦਾ ਤੇ ਮੈਂ ਤਾਂ ਇਹ ਇਹਦੇ ਵਿੱਚ ਬਹੁਤ ਕਲੀਅਰ ਹੈ ਜੇ ਪੰਛੀਆਂ ਦੀ ਮਜਲਿਸ 'ਚ ਕੋਈ ਐਵ ਜਿਹੇ ਅੰਸ਼ ਨਾ ਹੁੰਦੇ ਹੁੰਦੇ ਜਿਹੜੇ ਸਿੱਖੀ ਨੂੰ ਜਾਂ ਮੇਰੇ ਆਪ ਦੇ ਮੇਰੇ ਸੱਭਿਆਚਾਰ ਨੂੰ ਟੱਚ ਨਾ ਕਰਦੇ ਹੁੰਦੇ ਤਾਂ ਮੈਂ ਪੰਛੀਆਂ ਦੀ ਮਜਲਿਸ ਤੋਂ ਕੁਝ ਨਹੀਂ ਲੈਣਾ ਸੀ ਮੈਂ ਪੰਛੀਆਂ ਦੀ ਮਜਲਿਸ ਦਾ ਧੰਨਵਾਦ ਨਹੀਂ ਕਰਨਾ ਸੀ ਉਹ ਸੀਗਾ ਉਹਦੇ ਚ ਉਹ ਰਮਜਾਂ ਸੀਗੀਆਂ ਸਿੱਖੀ ਵਾਲੀਆਂ ਸੂਫੀਇਜ਼ਮ ਚ ਉਹ ਜਿਹੜੀਆਂ ਮਹਾਰਾਜ ਨੇ ਸਾਡੇ ਅੰਦਰ ਬਾਬਾ ਫਰੀਦ ਜੀ ਤੋਂ ਜਾਂ ਹੋਰ ਹਨਾ ਸਾਡੇ ਕਲਚਰ ਤੋਂ ਸਾਡੇ ਅੰਦਰ ਆਈਆਂ ਵੀਆਂ ਨੇ ਤਾਂ ਉਹ ਰਮਜਾਂ ਸੀਗੀਆਂ ਤਾਂ ਉਹ ਧੰਨਵਾਦ ਕੀਤਾ ਸੀ ਆਪਾਂ ਲਈ ਤਾਂ ਹੋਰ ਬਹੁਤ ਬਹੁਤੀਆਂ ਪਈਆਂ ਨੇ ਦੁਨੀਆ ਤੇ ਉਹ ਧੰਨਵਾਦ ਨਹੀਂ ਕੀਤਾ ਸੀ ਤਾਂ ਆਪਾਂ ਤਾਂ ਕਲੀਅਰ ਹੈ ਇਸ ਗੱਲ 'ਚ ਵੀ ਇਹ ਨਾਵਲ ਤਾਂ ਫਿਰ ਤੁਸੀਂ ਕਹੋ ਵੀ ਸਿੱਧਾ ਹੀ ਹਨਾ ਵੀ ਸਿੱਖ ਹਿਸਟਰੀ ਨਾਲ ਸੰਬੰਧਿਤ ਚੀਜ਼ ਹੈ ਤਾਂ ਅਨੰਦਪੁਰ ਸਾਹਿਬ ਬਾਬਾ ਜੀ ਆਏ ਆ ਵੀ ਅਨੰਦਪੁਰ ਸਾਹਿਬ ਸਾਡੇ ਬਜ਼ੁਰਗ ਗੱਲ ਕਰਦੇ ਹੁੰਦੇ ਸੀਗੇ ਵੀ ਨੰਦਪੁਰ ਤੋਂ ਤੁਰਿਆ ਖਾਲਸਾ ਹਨ ਵਾਇਆ ਮਾਛੀਵਾੜ ਹੁੰਦਾ ਹੋਇਆ ਮਾਛੀਵਾੜੇ ਹੁੰਦਾ ਹੋਇਆ ਤੇ ਖਦਰਾਨੇ ਦੀ ਢਾਬ ਤੇ ਪਹੁੰਚਿਆ ਹਨ ਤੇ ਇਹ ਇਹ ਸਾਡਾ ਇਹ ਸਾਡੀ ਜਰਨੀ ਹੈ ਇਹ ਸਾਡਾ ਸਫਰ ਹੈ ਹਨਾ ਅਨੰਦਪੁਰ ਤੋਂ ਹੀ ਸ਼ੁਰੂ ਹੋਊਗਾ ਤੇ ਅਨੰਦਪੋਰੀ ਆਦ ਅੰਤ ਸਾਰਾ ਕੁਝ ਸਾਡਾ ਅਨੰਦਪੁਰ ਹੈ ਤਾਂ ਉਹਦੇ ਉਥੋਂ ਇਹਦਾ ਜਨਮ ਹੋਇਆ ਇਹ ਇਹ ਇੱਕ ਵਿਦ ਮਹਾਰਾ ਜੀ ਨੇ ਕਿਸੇ ਤਰੀਕੇ ਉਹ ਜੀ ਵਰਤਾਤੀ ਵੀ ਸਬਾਬ ਇਹ ਬਣ ਗਿਆ ਵੀ ਇਸ ਧਰਤੀ ਤੇ ਬਹਿ ਕੇ ਮੈਨੂੰ ਲੱਗਦਾ ਵੀ ਸ਼ਾਇਦ ਇਹ ਆਹੀ ਹੋਣਾ ਸੀ ਹਣਾ ਹੋਰ ਕਿਤੇ ਹੋ ਵੀ ਨਹੀਂ ਸਕਦਾ ਸੀ ਹਨਾ ਖਾਲਸੇ ਦੀ ਜਨਮ ਭੂਮੀ ਹੈ ਜਿਹੜੀ ਉਸ ਥਾਂ ਤੇ ਹੀ ਤੁਹਾਨੂੰ ਆ ਕੇ ਪਤਾ ਲੱਗਣਾ ਸੀ ਵੀ ਖਾਲਸੇ ਨੇ ਉਸ ਥਾਂ ਤੇ ਵਿਚਰਦੇ ਆ ਤੁਹਾਨੂੰ ਪਤਾ ਲੱਗਣਾ ਸੀ ਵੀ ਅੱਜ ਵੀ ਅਨੰਦਪੁਰ ਵਿਚਰਦਾ ਜਿਹੜਾ ਖਾਲਸਾ ਉਹ ਕਿਹੋ ਜਿਹਾ ਹੈ ਹਨਾ ਤਾਂ ਤੁਹਾਨੂੰ ਉਹਨਾਂ ਦੀਆਂ ਕੋਈ ਰਾਂਝਾਂ ਦਿਸਣੀਆਂ ਸੀ ਤੁਹਾਨੂੰ ਮਾਰੇ ਨੇ ਕੁਝ ਚਲਕਾਰੇ ਦਿਖਾਉਣੇ ਸੀ ਫੇਰ ਇਹਦਾ ਇਹਦਾ ਜਨਮ ਮਤਲਬ ਇਹਦੇ ਵਿੱਚ ਮੈਨੂੰ ਕੋਈ ਸੰਕੋਚ ਨਹੀਂ ਮੰਨਣ ਚ ਵੀ ਜੇ ਅਨੰਦਪੁਰ ਸਾਹਿਬ ਅਸੀਂ ਨਾ ਹੀ ਹੁੰਦੇ ਤਾਂ ਨਾਵਲ ਦਾ ਜਨਮ ਨਹੀਂ ਹੋਣਾ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਤਾਂ ਜਿਨ੍ਹਾਂ ਨੇ ਇਹ ਨਾਵਲ ਪੜਿਆ ਜਾਂ ਜਿਨ੍ਹਾਂ ਨੇ ਜੇ ਨਹੀਂ ਪੜਿਆ ਅਸੀਂ ਕੋਸ਼ਿਸ਼ ਅੱਜ ਕਰਾਂਗੇ ਸ਼੍ਰੀ ਅਨੰਦਪੁਰ ਸਾਹਿਬ ਦੇ ਉਸਤਾਨਾਂ ਦੇ ਉੱਤੇ ਸ਼ੂਟ ਕਰਨ ਦੀ ਉਸ ਸਥਾਨ ਦੇ ਉੱਤੇ ਜਾ ਕੇ ਦਰਸ਼ਨ ਦੇਦਾਰੇ ਆਪ ਵੀ ਕਰੀਏ ਜਗਦੀਪ ਸਿੰਘ ਉਹਨਾਂ ਦੇ ਨਾਲ ਉਹਨਾਂ ਨੇ ਹੰਗ ਸਿੰਘ ਦਲਪੰਥ ਦੇ ਉਹਨਾਂ ਸਤਿਕਾਰਯੋਗ ਸਿੰਘਾਂ ਦੇ ਉਸ ਜਿਹੜਾ ਕਿ ਪਵਿੱਤਰ ਸਥਾਨ ਦੀ ਸ਼ਹੀਦੀ ਬਾਗ ਆ ਸ਼੍ਰੀ ਅਨੰਦਪੁਰ ਸਾਹਿਬ ਦੇ ਤਖਤ ਸਾਬਾਨ ਆ ਹੋਰ ਪਵਿੱਤਰ ਸਥਾਨ ਆ ਸਾਰੇ ਜਿਨ੍ਹਾਂ ਦਾ ਜਿਹੜਾ ਕਿ ਬਹੁਤ ਗੂੜਾ ਸੰਬੰਧ ਉਹ ਇਸ ਨਵਲ ਦੇ ਨਾਲ ਜੁੜਿਆ ਹੋਇਆ ਸਿੱਖ ਪੰਥ ਦਾ ਬਹੁਤ ਕੀਮਤੀ ਦਸਤਾਵੇਜ਼ ਪੰਥ ਪ੍ਰਕਾਸ਼ ਜਗਦੀਪ ਸਿੰਘ ਜੀ ਤੁਸੀਂ ਪਿਛਲੀਆਂ ਕੁਝ ਇੰਟਰਵਿਊਜ਼ ਚ ਕਿਹਾ ਕਿ ਜਿਹੜਾ ਇਹ ਨਾਵਲ ਹੈਗਾ ਇਹ ਪੰਥ ਪ੍ਰਕਾਸ਼ ਤੇ ਬਹੁਤਾ ਆਧਾਰਤ ਆ ਜਾਂਦੇ ਜਿਹੜੇ ਪਾਤਰ ਨੇ ਜਾਂ ਤਾਂ ਇੰਚ ਕੁਝ ਹੋਰ ਵੀ ਜਿਹੜੀਆਂ ਜਿੱਦਾਂ ਸਾਖੀਆਂ ਪਰਚਲਤ ਸਾਖੀਆਂ ਬਾਹਰੋਂ ਵੀ ਕੁਝ ਜੋੜੀਆਂ ਗਈਆਂ ਹੈਗੀਆਂ ਹਾਂਜੀ ਬਾਬਾ ਜੀ ਜਿਹੜਾ ਇਹਦਾ ਮੂਲ ਸਰੋਤ ਆ ਉਹ ਪੰਥ ਪ੍ਰਕਾਸ਼ ਹੀ ਹੈ ਪਰ ਮਤਲਬ ਸਾਖੀਆਂ ਹੁਣ ਮੈਂ ਤਾਂ ਇਹ ਕਹੂੰਗਾ ਕਾਲਪਨਿਕ ਸਾਖੀਆਂ ਪਰ ਹਾਂ ਜਿਵੇਂ ਕੁਝ ਕਥਾਵਾਂ ਹੁੰਦੀਆਂ ਨੇ ਆਪਾਂ ਨੂੰ ਬਜ਼ੁਰਗ ਛੋਟੇ ਹੁੰਦਿਆਂ ਨੂੰ ਸੁਣਾਉਂਦੇ ਰਹਿੰਦੇ ਨੇ ਤੇ ਸਾਡੇ ਬਜ਼ੁਰਗ ਮੇਰੇ ਨਾਨਾ ਜੀ ਕਵੀਸ਼ਰ ਗਨੇ ਜਮੇਰ ਸਿੰਘ ਜੀ ਉਹ ਉਹ ਸੁਣਾਉਂਦੇ ਹੁੰਦੇ ਸੀ ਮੈਨੂੰ ਸਾਖੀਆਂ ਕੁਛ ਤਾਂ ਉਹ ਸਾਖੀਆਂ ਮਤਲਬ ਕੁਝ ਥੋੜਾ ਬਹੁਤਾ ਉਹਦੇ ਵਿੱਚ ਉਹਨੂੰ ਪੇਸ਼ਕਾਰੀ ਹਨਾ ਫਰਕ ਪੈ ਗਿਆ ਹੋਊਗਾ ਪਰ ਉਹ ਸਾਖੀਆਂ ਮੈਂ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਵੀ ਉਹ ਜਿਹੜੀਆਂ ਦੰਦ ਕਥਾਵਾਂ ਵਾਂਗੂ ਪ੍ਰਚਲਿਤ ਸਾਖੀਆਂ ਉਹਦੇ ਚ ਇਹ ਹੁੰਦਾ ਵੀ ਉਹ ਉਹ ਚੜਦੀ ਕਲਾਈ ਲੈ ਕੇ ਆਉਂਦੀਆਂ ਹੁੰਦੀਆਂ ਪੰਥ 'ਚ ਉਹ ਹੋ ਸਕਦਾ ਲਿਖਤੀ ਰੂਪ 'ਚ ਕਿਤੇ ਨਾ ਮਿਲਦੀਆਂ ਹੁਣ ਪਰ ਉਹ ਕਲਪਨਾ ਨਹੀਂ ਹੁੰਦੀ ਉਹ ਉਹ ਕਿਸੇ ਤਰੀਕੇ ਜਿਵੇਂ ਆਪਾਂ ਕਹਿੰਦੇ ਦੰਦ ਕਰਦਾ ਮਤਲਬ ਵੀ ਆ ਉਹ ਸੀਨਾ ਬਸੀਨਾ ਹਨਾ ਇੱਕ ਸੀਨੇ ਤੋਂ ਦੂਜੇ ਸੀਨੇ ਚਾਂ ਜਾਂਦੀ ਜਾਂਦੀਆਂ ਹੋਗਾ ਆਪਣੇ ਤੱਕ ਪਹੁੰਚੀਆਂ ਹੁੰਦੀਆਂ ਕਥਾਵਾਂ ਬਣ ਜਾਂਦੀਆਂ ਬਾਤਾਂ ਬਣ ਜਾਂਦੀਆਂ ਉਹ ਸਾਖੀਆਂ ਕਿਤਨਾ ਕਿਤੇ ਇਹਦੇ ਚ ਆਈਆਂ ਜਿਵੇਂ ਮਨ ਯਾਦ ਹੈ ਵੀ ਬਜ਼ੁਰਗ ਗੱਲ ਕਰਦੇ ਹੁੰਦੇ ਸੀ ਉਹਦਾ ਥੋੜਾ ਬੋੜਾ ਰੂਪ ਆ ਇਹ ਹੋ ਸਕਦਾ ਵੀ ਜਦੋਂ ਕੋਈ ਲਿਖਦਾ ਨਾਵਲ ਤਾਂ ਉਹ ਕਥਾ ਰਸ ਲਈ ਜਾਂ ਕੁਝ ਤੁਸੀਂ ਕਹਿ ਸਕਦੇ ਹੋ ਵੀ ਕੋ ਥੋੜੀ ਬਹੁਤੀ ਕਲਪਨਾ ਦਾ ਕੋਈ ਨਾ ਕੋਈ ਅੰਸ਼ ਉਹਦੇ ਚ ਆ ਜਾਂਦਾ ਹੁੰਦਾ ਪਰ ਉਹਦੇ ਨਾਲ ਸਾਖੀ ਦੀ ਭਾਵਨਾ ਨੂੰ ਫਰਕ ਨਹੀਂ ਪੈਂਦਾ ਹੁੰਦਾ ਜਿਵੇਂ ਇੱਕ ਸਾਖੀ ਹੈ ਵੀ ਮੀਰ ਮੰਨੂ ਦੀ ਕੈਦ ਚ ਜਦੋਂ ਬੀਬੀਆਂ ਕੈਦ ਨੇ ਤਾਂ ਉਹ ਜਿਵੇਂ ਸਾਡੇ ਪ੍ਰਚਲਿਤ ਆ ਜਾਂ ਕਿਹਾ ਜਾਂਦਾ ਵੀ ਸਵਾ ਸਵਾ ਮੰਨ ਦੇ ਪੀਸ ਨੇ ਪੀਛ ਦੀਆਂ ਤੇ ਉਹਨਾਂ ਦੇ ਸਾਹਮਣੇ ਉਹਨਾਂ ਦੇ ਬੱਚਿਆਂ ਨੂੰ ਕੋਇਆ ਜਾ ਰਿਹਾ ਨਾ ਬਰਛੀਆਂ ਦੇ ਟੰਗਿਆ ਜਾ ਰਿਹਾ ਵੱਡ ਵੱਡ ਕੇ ਟੁਕੜੇ ਉਹਨਾਂ ਦੀਆਂ ਲਾਸ਼ਾਂ ਨੂੰ ਨਾ ਟੁਕੜੇ ਕਰਕੇ ਉਹਨਾਂ ਦੇ ਹਾਰ ਬਣਾ ਕੇ ਮਾਂਮਾ ਦੇ ਗਲ ਚ ਪਾਏ ਜਾ ਰਹੇ ਉੱਥੋਂ ਦੀ ਇੱਕ ਸਾਖੀ ਮੈਨੂੰ ਯਾਦ ਸੀਗੀ ਉਹ ਜਿਹੜੀ ਇਹਦਾ ਇਹਦਾ ਹਿੱਸਾ ਵੀ ਬਣਿਆ ਹੁੰਦੇ ਆ ਨੇ ਪਾਸ਼ਾਹੀ ਚ ਇੱਕ ਮਾਈ ਬੈਠੀ ਇੱਕ ਮੁਗਲ ਸਪਾਈ ਨੂੰ ਆਵਾਜ਼ ਮਾਰਦੀ ਐ ਮੀਰ ਮੰਨੂ ਦੀ ਕੈਦ ਹੈ ਤਾਂ ਉਹ ਮੁਗਲ ਸਪਾਈ ਨੂੰ ਆਵਾਜ਼ ਮਾਰਦੀ ਐ ਇੱਕ ਮੁਗਲ ਸਪਾਈ ਦੂਜੇ ਨੂੰ ਕਹਿੰਦਾ ਕਹਿੰਦਾ ਵੀ ਉਹ ਆਵਾਜ਼ ਮਾਰ ਰਹੀ ਐ ਤੈਨੂੰ ਤਾਂ ਉਹ ਕਹਿੰਦਾ ਵੀ ਜਾ ਦੂਜਾ ਮੁਗਲ ਸਪਾਈ ਕਹਿੰਦਾ ਵੀ ਜਾ ਚਲਾ ਜਾ ਜੇ ਆਵਾਜ਼ ਮਾਰਦੀ ਐ ਸੁਣ ਲਾ ਕੀ ਕਹਿੰਦੀ ਐ ਉਹ ਥੋੜਾ ਜਿਹਾ ਤਰਸ ਚ ਨੇ ਕਿਉਂਕਿ ਉਹ ਜਿਹੜਾ ਕੁਝ ਉੱਥੇ ਵਾਪਰ ਰਿਹਾ ਉਹ ਪੱਥਰਾਂ ਨੂੰ ਵੀ ਰੋਣ ਲਾ ਦੇਵੇ ਜਿਹੜਾ ਕੁਝ ਉੱਥੇ ਹੋ ਰਿਹਾ ਤਾਂ ਉਹ ਜਿਹੜੇ ਮੁਗਲ ਸਪਾਈ ਆ ਉਹ ਤਾਂ ਉਹ ਤਾਂ ਇੱਕ ਤਰੀਕੇ ਨਾਲ ਕਹੋ ਵੀ ਨੌਕਰ ਨੇ ਹਨਾ ਮੀਰ ਮੰਨੂ ਦੇ ਜਾਂ ਉਹ ਕਹਿੰਦਾ ਵੀ ਤੂੰ ਜਾ ਕੇ ਪੁੱਛਿਆ ਕੀ ਆ ਜੇ ਪਾਣੀ ਮੰਗਦੀ ਹੋਊ ਜਾਂ ਕੁਝ ਮੰਗਦੀ ਹੋਊ ਤਾਂ ਦੇ ਦੀ ਹਨਾ ਇਹ ਅਸੀਂ ਵੀ ਕਿਤੇ ਮਤਲਬ ਹਨਾ ਸੂਬੇਦਾਰ ਆਰਗੇ ਰਾਜੇ ਆਰਗੇ क्रੂਅਲ ਜਾਂ ਤੁਸੀਂ ਕਹੋ ਵੀ ਜ਼ਾਲਮ ਨਾ ਬੰਜਗੇ ਵੀ ਜੇ ਪਾਣੀ ਮੰਗਦੀ ਹੋਈ ਜਾਂ ਕੋਈ ਚੀਜ਼ ਮੰਗਦੀ ਹੋਈ ਤਾਂ ਦੇ ਦੀ ਤਾਂ ਉਹ ਮੁਗਲ ਸਪਾਈ ਜਿਹੜੀ ਬੀਬੀ ਨੇ ਆਵਾਜ਼ ਮਾਰੀ ਸੀ ਉਹਦੇ ਕੋਲ ਜਾਂਦਾ ਹੈ ਜਦੋਂ ਵਾਪਸ ਆਉਂਦਾ ਆਵਦੇ ਦੂਜੇ ਮਿੱਤਰ ਸਪਾਈ ਕੋਲੇ ਤਾਂ ਉਹ ਰੋ ਰਿਆ ਹੁੰਦਾ ਬਹੁਤ ਉੱਚੀ ਚ ਤਾਂ ਉਹ ਕਹਿੰਦਾ ਕੀ ਗੱਲ ਹੋ ਗਈ ਉਹ ਤਾਂ ਗੱਲ ਹੋ ਨਹੀਂ ਰਹੀ ਮੁਗਲ ਸਪਾਈ ਤਾਂ ਰੋ ਰਿਆ ਉਹ ਕਹਿੰਦਾ ਵੀ ਕੀ ਇਹੋ ਜਾਂ ਕੀ ਮੰਗ ਲਿਆ ਉਹਨੇ ਤੇਰੇ ਤੋਂ ਜਿਹੜਾ ਤੂੰ ਰੋਣ ਹੀ ਲੱਗ ਪਿਆ ਰੋਂਦਾ ਰੋਂਦਾ ਉਹ ਇੱਕ ਗੱਲ ਕਹਿੰਦਾ ਉਹਨੂੰ ਕਹਿੰਦਾ ਵੀ ਜਦੋਂ ਮੈਂ ਉਹ ਬੀਬੀ ਕੋਲੇ ਗਿਆ ਤਾਂ ਉਹਨੇ ਮੈਨੂੰ ਕਿਹਾ ਜਿਹੜਾ ਹਾਰ ਤੂੰ ਮੇਰੇ ਗਲ ਚ ਪਾ ਕੇ ਗਿਆ ਬੱਚੇ ਦੇ ਟੁਕੜਿਆਂ ਦਾ ਉਹ ਮੇਰੇ ਪੁੱਤ ਦਾ ਲੈ ਮੇਰੇ ਪੁੱਤ ਦਾ ਹਾਰ ਤਾਂ ਉਹ ਫਲਾਨੀ ਮਾਈ ਦੇ ਗਲ ਚ ਪਾਇਆ ਉਹ ਲਿਆ ਕੇ ਮੇਰੇ ਗਲ ਚ ਪਾ ਦੇ ਤੇ ਜਿਹੜੇ ਜਿਹਦੇ ਬੱਚਿਆਂ ਦਾ ਟੁਕੜਿਆਂ ਦਾ ਹਾਰ ਇਹ ਮੇਰੇ ਗੱਲ ਚ ਪਾਇਆ ਇਹਦੀ ਮਾਈ ਪਤਾ ਨਹੀਂ ਕਿੱਥੇ ਹੋਊਗੀ ਲੱਭ ਕਿਉਂ ਦੇ ਗੱਲ ਚ ਪਾ ਤੋ ਉਹ ਮੋਗਲ ਸਪਾਈ ਇੱਕ ਦੂਜੇ ਨਾਲ ਗੱਲ ਕਰ ਰਹੀ ਹੈ ਵੀ ਇਹਨਾਂ ਨੂੰ ਇਹ ਦ੍ਰਿੜਤਾ ਕਿੱਥੋਂ ਮਿਲੀ ਹੈ ਇਹਨਾਂ ਨੂੰ ਕੌਣ ਕਿਵੇਂ ਮਾਰ ਲੂਗਾ ਕੋਈ ਮੀਰ ਮੰਨੂ ਜਾਂ ਕੋਈ ਜ਼ਕਰੀਆ ਖਾਨ ਕੋਈ ਲਖ ਤੁਰੇ ਫਿਰ ਨੌਰੰਗਜੀਬ ਜਾਂ ਜਿੰਨੇ ਵੀ ਉਦੋਂ ਬਾਅਦ ਕੋਈ ਫਰਕ ਸ਼ੀਰ ਆ ਪਹਿਲਾਂ ਆਏ ਆ ਜਿਹੜੇ ਜਾਂ ਉਦੋਂ ਬਾਅਦ ਦਾ ਜਿਹੜਾ ਵਰਤਾਰਾ ਅੱਜ ਤੱਕ ਚੱਲ ਰਿਹਾ ਹੈ ਵੀ ਇਹ ਇਹ ਇਹਨਾਂ ਨੂੰ ਕੋਈ ਕਿਵੇਂ ਮਾਰ ਮਾਰ ਕਿਵੇਂ ਸਕਦਾ ਜਿਹੜੇ ਲੋਕ ਇੰਨੇ ਸਿੱਧਕਾਂ ਚ ਪੱਕੇ ਹੋਣ ਜਿਹੜੇ ਲੋਕ ਇੰਨੇ ਦ੍ਰਿੜ ਹੋਣ ਉਹਨਾਂ ਨੂੰ ਕੋਈ ਕਿਵੇਂ ਮਾਰ ਸਕਦਾ ਹੈ ਮੁੱਲਾਪੁਰ ਦੇ ਕਮਾਦਾਂ ਚ ਬੈਠੀ ਇੱਕ ਮਾਈ ਆਜੇ ਜਵਾਕ ਨੂੰ ਪਿਆਰ ਕਰ ਰਹੀ ਹੈ ਛੋਟਾ ਜਿਹਾ ਬੱਚਾ ਉਹਦਾ ਤਾਂ ਉਹਨੂੰ ਪਿਆਰ ਕਰ ਰਹੀ ਹੈ ਹੁਕਮਾਦਾਂ ਚ ਲੁਕੀਆਂ ਬੈਠੀਆਂ ਭਾਈ ਮਲੀ ਸਿੰਘ ਦੀ ਸਿੰਘਣੀ ਤੇ ਹੋਰ ਸਿੰਘਲੀਆਂ ਵੀ ਨਾਲ ਉੱਥੇ ਉਹ ਜਵਾਕ ਨੂੰ ਕਹਿੰਦਾ ਵੀ ਮਾਤਾ ਤੂੰ ਮੈਨੂੰ ਇੰਨਾ ਅੱਜ ਪਿਆਰ ਕਰ ਤੋ ਕਰੀ ਜੰਨੀ ਹੈ ਛੋਟਾ ਜਿਹਾ ਬੱਚਾ ਹੀ ਹੈ ਤਾਂ ਉਹ ਉਹਨੂੰ ਹੁਣ ਮਾਤਾ ਨੂੰ ਕੋ ਸੋਚਦਾ ਨਹੀਂ ਰਿਹਾ ਉਹਨੇ ਸੁਣ ਰੱਖਿਆ ਵੀ ਮੀਰ ਮੰਨੂ ਜਿਹੜਾ ਕੁਝ ਕਰ ਰਿਹਾ ਹੈ ਬੇਬੀਆਂ ਨਾਲ ਵੀ ਹੋ ਸਕਦਾ ਅਸੀਂ ਵੀ ਕੈਦ ਹੋਈਏ ਤੇ ਤਾਂ ਉਹ ਕਹਿੰਦੀ ਵੀ ਮੈਂ ਤੈਨੂੰ ਬੋਲ ਤਾਂ ਕੁਝ ਸਕੀ ਨਹੀਂ ਥੋੜੇ ਹੰਝੂ ਆਏ ਉਹਦੀਆਂ ਅੱਖਾਂ 'ਚ ਤੇ ਕਹਿੰਦੀ ਵੀ ਮੈਂ ਤੈਨੂੰ ਅਜੇ ਸਿੰਘ ਦੀ ਸਾਕੀ ਸੁਣਾਵਾਂ ਉਹ ਕਹਿੰਦਾ ਅਜੇ ਸਿੰਘ ਬਾਬਾ ਬੰਦਾ ਸਿੰਘ ਭਾਦਰ ਦਾ ਪੁੱਤ ਹੈ ਕਹਿੰਦੀ ਹਾਂ ਤੈਨੂੰ ਸਾਕੀ ਸੁਣਾਵਾਂ ਉਹ ਸਾਕੀ ਸੁਣਾਉਂਦੀ ਹੈ ਅਜੇ ਸਿੰਘ ਦੀ ਵੀ ਐਂ ਕਰਕੇ ਬਾਬਾ ਬੰਦਾ ਸਿੰਘ ਭਾਦਰ ਛੋਟੇ ਹੁੰਦੇ ਸੀ ਉਹਨਾਂ ਦੇ ਮੂਰੇ ਹਿਰਨ ਮਾਰਿਆ ਉਹਨਾਂ ਨੇ ਹਿਰਨ ਸ਼ਿਕਾਰ ਕੀਤਾ ਹਿਰਨ ਮਰਿਆ ਉਹਦੇ ਬੱਚੇ ਮਰ ਗਏ ਉਹਦੇ ਮੂਰੇ ਤੜਫਦੇ ਬਾਬੇ ਦੇ ਤਾਂ ਉਹ ਬਰਾਕੀ ਹੋ ਗਿਆ ਤੇ ਇੱਕ ਸਮਾਂ ਆਇਆ ਵਜਾਇਆ ਵੀ ਫਰਖ ਸ਼ੇਰ ਦੀ ਕੈਚ ਬਾਬਾ ਜੀ ਦੇ ਪੌਣੇ 4 ਸਾਲ ਦਾ 4 ਸਾਲ ਦੇ ਭਚੰਗੀ ਦਾ ਕਾਲ ਜਾ ਕਹਿੰਨੇ ਜਿਹਨੂੰ ਆਪਾਂ ਦਿਲ ਕੱਢ ਕੇ ਬਾਬਾ ਜੀ ਦੇ ਮੂੰਹ ਚ ਪਾ ਰਹੇ ਆ ਤੇ ਉਹ ਤੁਹਾਨੂੰ ਗੁਰੂ ਨਾਨਕ ਕਹਿ ਰਿਹਾ ਕੀ ਫਰਕ ਕੀ ਐ ਇਸ ਗੱਲ ਚ ਜਿਹੜਾ ਹਿਰਨ ਵੇਖ ਕੇ ਡੋਲ ਗਿਆ ਸੀ ਹਿਰਨ ਮਰੀ ਵੇਖ ਕੇ ਡੋਲ ਗਿਆ ਸੀ ਉਹ ਆਪਦੇ ਬੱਚੇ ਦਾ ਕਾਲਜਾ ਕਢਾ ਕੇ ਮੂੰਹ ਚ ਪਾਉਂਦਾ ਹੋਇਆ ਤੁਹਾਨੂੰ ਗੁਰੂ ਨਾਨਕ ਸਤਿ ਕਰਤਾਰ ਕਿਵੇਂ ਕਹਿ ਰਿਹਾ ਤਾਂ ਉਹ ਬੱਚਾ ਪੁੱਛਦਾ ਆਪਦੀ ਮਾਂ ਨੂੰ ਵੀ ਕਿਵੇਂ ਮਾਂ ਉਹ ਕਹਿੰਦੀ ਵੀ ਮਹਾਰਾਜ ਦਾ ਸਿਰ ਤੇ ਹੱਥ ਹੈ ਜਦੋਂ ਮਹਾਰਾਜ ਦਾ ਸਿਰ ਤੇ ਹੱਥ ਹੋ ਜਾਂਦਾ ਮਹਾਰਾਜ ਦਾ ਸਿਰ ਸਿਰ ਤੇ ਹੱਥ ਕਿਵੇਂ ਆਊਗਾ ਉਹ ਕਹਿੰਦੀ ਪੁੱਤ ਵੀ ਪੀੜਾਂ ਜਿਹੜੀਆਂ ਹੁੰਦੀਆਂ ਨਾ ਉਹਨਾਂ ਨੂੰ ਸਹਿਣਾ ਹੁੰਦਾ ਕਿਸੇ ਵੀ ਤਰੀਕੇ ਦੀ ਪੀੜ ਹੋਵੇ ਉਹਦੇ ਚ ਚੜਦੀ ਕਲਾ ਚ ਰਹਿਣਾ ਹੁੰਦਾ ਉਹ ਕਹਿੰਦਾ ਕਿਵੇਂ ਰਹਿ ਜਾਂਦਾ ਭਚੰਗੀ ਆ ਛੋਟਾ ਕਿਵੇਂ ਰਹਿ ਜਾਂਦਾ ਮਾਂ ਉਹ ਕਹਿੰਦੀ ਵੀ ਜਕਾਰੇ ਛੱਡੀ ਜਾਂਦੇ ਜਦੋਂ ਕੋਈ ਪੀੜ ਹੋ ਰਹੀ ਹੋਵੇ ਨਾ ਸਰੀਰ ਤੇ ਲੱਗਦਾ ਹੋਵੇ ਪੀੜ ਹੋ ਰਹੀ ਹੈ ਉਹਨੂੰ ਜਿੱਤਣ ਵਾਸਤੇ ਜਕਾਰੇ ਛੱਡੀ ਜਾਂਦੇ ਉਹੀ ਭਚੰਗੀ ਜਦੋਂ ਮੀਰ ਮੰਨੂ ਦੀ ਕੈਚ ਉਹਦੀ ਮਾਂ ਚੱਕੀ ਪੀ ਰਹੀ ਹੈ ਤੇ ਉਹਨੂੰ ਖਿੱਚ ਕੇ ਲੈ ਕੇ ਜਾਂਦੇ ਆ ਤੇ ਜਾਂਦਾ ਹੋਇਆ ਆਪਣੀ ਮਾਂ ਕੋਲੋਂ ਵੇਖਦਾ ਆ ਉਹਦੀ ਮਾਂ ਵੱਲ ਮਾਂ-ਪਿਓ ਅੱਖਾਂ ਵਿੱਚੀ ਬੈਠੀ ਆ ਪਰ ਜਦੋਂ ਉਹ ਜਾਂਦਾ ਤੇ ਮੁਗਲ ਸਪਾਹੀ ਉਹਨੂੰ ਸੱਟ ਕੇ ਤਾਂ ਉਹਨੂੰ ਨੇਜੇ ਤੇ ਬੋਚਣਾ ਚਾਹੁੰਦੇ ਆ ਤਾਂ ਜਦੋਂ ਉਹਨੂੰ ਉੱਤੇ ਸੜਦੇ ਆ ਤਾਂ ਉਹ ਜਕਾਰਾ ਛੱਡਦਾ ਤੁੱਤਲੀ ਜ਼ਬਾਨ ਚ ਆ ਉਹਦੇ ਚ ਖੁਸ਼ੀਆਂ ਦੇ ਜਤਾਰੇ ਜਿਦਾਵੇ ਨਿਹਾਲ ਹੋ ਜਾਵੇ ਉਦੋਂ ਬਾਅਦ ਉਹ ਪੁਰੋਇਆ ਜਾਂਦਾ ਜਕਾਰਾ ਉਹਦੀ ਮਾਂ ਪੂਰਾ ਕਰਦੀ ਆ ਤਾਂ ਤਨ ਤਨ ਬਾਬਾ ਫਤਿਹ ਸਿੰਘ ਜੀ ਦੇ ਮਨ ਨੂੰ ਭਾਵੇ ਹੁਣ ਇਹ ਜਿਹੜੀ ਦ੍ਰਿੜਤਾ ਆ ਕੌਮ ਚ ਜਾਂ ਸਿਦਕਾਂ ਦੀ ਜਿਹੜੀ ਇਹ ਪਰਪੱਕਤਾ ਆ ਕੌਮ ਚ ਇਹ ਇਹ ਮੇਂ ਮਤਲਬ ਇਹ ਸਾਖੀਆਂ ਕਿਤੇ ਨਾ ਕਿ ਤੂੰ ਇਹ سینਾ ਬਸੀਨਾ ਕਹਿ ਲੋ ਜਾਂ ਕਿਸੇ ਤਰੀਕੇ ਇਹ ਚਲਦੀਆਂ ਰਹੀਆਂ ਸੀ ਜਿਹੜੀਆਂ ਮੈਨੂੰ ਲੱਗਦਾ ਸੀ ਵੀ ਸਾਨੂੰ ਕਿਤੇ ਨਾ ਕਿਤੇ ਅੰਦਰੋਂ ਇੰਨਾ ਕੁ ਇੰਨੀ ਕੁ ਤਾਕਤ ਦੇ ਰਹੀਆਂ ਇੰਨੀ ਕੁ ਸਾਨੂੰ ਹੋ ਸਕਦਾ ਸੀ ਉਹਨਾਂ ਜਿੱਡੇ ਜਾਂ ਉਹਨਾਂ ਦੇ ਕਿਸੇ ਉਹਦੇ ਤੱਕ ਤਾਂ ਨਾ ਪਹੁੰਚ ਸਕੀਏ ਪਰ ਸਾਨੂੰ ਮਾਣ ਤਾਂ ਹੋ ਰਿਹਾ ਨਾ ਸਾਨੂੰ ਇਹ ਤਾਂ ਹੋ ਰਿਹਾ ਨਾ ਵੀ ਅਸੀਂ ਉਹਨਾਂ ਦੀ ਵੰਸ਼ ਚੋਂ ਆ ਅਸੀਂ ਉਹਨਾਂ ਦੀ ਲਾੜ ਹੈ ਜਿਹੜੇ ਨੇਜਿਆਂ ਦੇ ਪਰੋਏ ਜਾਂਦੇ ਹੋਏ ਵੀ ਜਕਾਰੇ ਛੱਡਦੇ ਹੁੰਦੇ ਸੀ ਸੋ ਇਹ ਸਾਖੀਆਂ ਹਾਂ ਪੰਥ ਪ੍ਰਕਾਸ਼ ਚ ਨਹੀਂ ਆਈਆਂ ਇਹ ਸਾਖੀਆਂ ਪਰ ਇਹ ਹੈ ਸਿੱਖ ਸਾਖੀਆਂ ਹੀ ਜਿਹੜੀਆਂ ਕਿਸੇ ਨਾ ਕਿਸੇ ਤਰੀਕੇ ਰੂਪ ਬਦਲ ਕੇ ਹੌਲੀ-ਹੌਲੀ ਸਾਡੇ ਕੋਲੇ ਪਹੁੰਚਦੀਆਂ ਰਹੀਆਂ ਨੇ ਸਾਡੇ ਬਜ਼ੁਰਗਾਂ ਰਹੀ ਸਾਡੇ ਕੋਲੇ ਆਉਂਦੀਆਂ ਰਹੀਆਂ ਨੇ ਤਾਂ ਉਹ ਸਾਖੀਆਂ ਵੀ ਇਸ ਨਾਵਲ ਦਾ ਹਿੱਸਾ ਬਣੀਆਂ ਨੇ ਜਿੱਦਾਂ ਇਤਿਹਾਸ ਦੇ ਵਿੱਚ ਬਹੁਤ ਸਾਰੇ ਅਜਿਹੇ ਪਲ ਬਹੁਤ ਸਾਰੇ ਅਜਿਹਾਂ ਜਿਹੜਾ ਕਿ ਉਹ ਬਿਰਤਾਂਤ ਹੈਗਾ ਜਿੰਨੂੰ ਸਾਡੇ ਵਰਗੇ ਜਿਹੜਾ ਕਿ ਇਨਸਾਨਾਂ ਦੇ ਸਾਡੇ ਵਰਗੇ ਬੰਦਿਆਂ ਦੇ ਸੁਣਨ ਦਾ ਵੀ ਜਿਹੜਾ ਉਹ ਜੀਰਾ ਨਹੀਂ ਹੈਗਾ ਤਾਂ ਉਹ ਸਿੱਖ ਹੋਣਗੇ ਤਾਂ ਉਹ ਯੋਧੇ ਹੋਣਗੇ ਜਿਨ੍ਹਾਂ ਨੇ ਟੋਟੇ ਮਾ ਮਾਸਤੇ ਉਹਦਾ ਪੁੱਤ ਸਭ ਤੋਂ ਪਿਆਰਾ ਹੁੰਦਾ ਮਾਵਾਂ ਨੇ ਬੱਚਿਆਂ ਦੇ ਟੋਟੇ ਜਿਹੜੇ ਦੁੱਧ ਚੁੰਗਦੇ ਬੱਚਿਆਂ ਦੇ ਟੋਟੇ ਕਰਵਾ ਕੇ ਗੱਲਾਂ ਦੇ ਵਿੱਚ ਹਾਰ ਪੁਆਏ ਤੇ ਕਿਹਾ ਧੰਨ ਗੁਰੂ ਨਾਨਕ ਖਾਲਸਾ ਕਾਲ ਪ੍ਰੂਖੀ ਮੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਤਾਂ ਅੱਜ ਜਿੱਥੇ ਅਸੀਂ ਹੁਣ ਜਿਹੜੇ ਹਾਲਾਤਾਂ 'ਚ ਆ ਜਾਂ ਵਿਸ਼ਵ ਦੇ ਵਿੱਚ ਜਿੱਥੇ ਵੀ ਜਦੋਂ ਸਿੱਖੀ ਦੇ ਹਾਲਾਤ ਆ ਜਾਂ ਗੱਲਾਂ ਬਹੁਤ ਸਾਰੀਆਂ ਹੈਗੀਆਂ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਵੀ ਜਾ ਰਹੀਆਂ ਨੇ ਪਹਿਲਾਂ ਵੀ ਲਿਖੀਆਂ ਸਾਡੇ ਪ੍ਰਾਤਨ ਪੰਥ ਵੀ ਨੇ ਆਪਣੀ ਹੰਨਾ ਹੰਨਾ ਪਾਤਸ਼ਾਹੀ ਵੀ ਆ ਤਾਂ ਸਾਰਿਆਂ ਦੇ ਵਿੱਚ ਇੱਕ ਜਿੱਦਾਂ ਇੱਕ ਡਰ ਜਿਆ ਪੈਦਾ ਹੈਗਾ ਜਿੱਦਾਂ ਇੱਕ ਚਲੋ ਡਰ ਇਨਸਾਨਾਂ ਦਾ ਹੀ ਆ ਵੀ ਸਿੱਖੀ ਨੂੰ ਖਤਰਾ ਬਹੁਤ ਸਾਰੇ ਕਿ ਤਰ੍ਹਾਂ ਕਿਤੇ ਵੱਡੇ ਛੋਟੇ ਹਮਲੇ ਆਦਿਕ ਵੀ ਹੋ ਰਿਹਾ ਔਰ ਇੱਕ ਪਾਸੇ ਉਹ ਸਿੱਖਾਂ ਦੀ ਜ਼ਿੰਦਗੀ ਹੈ ਜਾਂ ਸਿੱਖੀ ਦੇ ਵਿੱਚ ਉਹ ਪਰਖ ਦਾ ਸਮਾਂ ਸੀ ਜਦੋਂ ਬੱਚਿਆਂ ਦੇ ਵੀ ਟੋਟੇ ਗਲਚ ਪੁਆਏ ਔਰ ਇੱਕ ਪਾਸੇ ਅੱਜ ਹੈਗਾ ਜਿੱਥੇ ਬੇਸ਼ੱਕ ਉਦੋਂ ਜ਼ੁਲਮ ਕਿਸੇ ਹੋਰ ਤਰੀਕੇ ਨਾਲ ਹੁੰਦਾ ਸੀਗਾ ਅੱਜ ਕਾਨੂੰਨੀ ਤੌਰ ਤੇ ਹੈਗਾ ਉਦੋਂ ਜਦੋਂ ਗੋਲੀਆਂ ਸੀਗਾਂ ਤਾਂ ਸਾਡੇ ਸੀਨੇ ਨਹੀਂ ਪਿੱਛੇ ਹੋਏ ਅੱਜ ਹਮਲੇ ਹੋਰ ਤਰੀਕੇ ਦੇ ਹੋ ਰਹੇ ਆ ਗਦਾਰ ਉਦੋਂ ਵੀ ਸੀ ਅੱਜ ਵੀ ਬਹਾਦਰ ਉਦੋਂ ਵੀ ਸੀ ਅੱਜ ਵੀ ਹੈਗੇ ਆ ਤਾਂ ਤੁਸੀਂ ਜੇ ਅਸੀਂ ਤੁਲਨਾ ਕਰਨੀ ਹੋਵੇ ਉਦੋਂ ਦੇ ਸਮੇਂ ਦੀ ਸਿੱਖੀ ਦੇ ਵਿੱਚ ਜਿਹੜਾ ਇੱਕ ਅਖਿਆਈ ਵਾਲਾ ਸਮਾਂ ਅਸੀਂ ਇਹਨਾਂ ਜੰਗਲਾਂ 'ਚ ਬੈਠੇ ਹੋਏ ਆ ਤੇ ਇੱਕ ਅੱਜ ਦੀ ਅਖਿਆਈ ਵਾਲਾ ਸਮਾਂ ਉਹਨੂੰ ਤੁਸੀਂ ਕਿਵੇਂ ਦੇਖਦੇ ਜਿਹੜਾ ਬਾਬਾ ਜੀ ਨੈਰੇਟਿਵ ਹੈ ਨਾ ਨੈਰੇਟਿਵ ਸੈੱਟ ਕਰ ਦਿੰਦੇ ਆ ਕਈ ਵਾਰੀ ਸਾਡੇ ਵਾਲੇ ਦਿਵਾਲੇ ਕਿਸੇ ਤਰੀਕੇ ਦਾ ਹੈਬ ਜਾ ਵੀ ਉਹ ਨੈਰੇਟਿਵ ਵਿੱਚ ਜਦੋਂ ਕੁਝ ਗੱਲਾਂ ਬਾਹਰ ਆਉਂਦੀਆਂ ਸਾਨੂੰ ਡਰਾ ਜਾਂਦੀਆਂ ਨੇ ਹਨਾ ਜਾਂ ਕਹਿ ਲਓ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਕੋਈ ਭੈ ਮੰਨਣ ਲੱਗ ਜਾਂਦੇ ਦੂਜੀ ਗੱਲ ਹੁੰਦੀ ਹੈ ਵੀ ਜਦੋਂ ਅਸੀਂ ਆਪ ਦੇ ਆਪ ਨੂੰ ਛੋਟਾ ਕਰਕੇ ਦੇਖਣ ਲੱਗ ਜਾਂਦੇ ਉਦੋਂ ਵੀ ਅਸੀਂ ਮੈਨੂੰ ਯਾਦ ਆਣੇ ਹਨੇ ਹਨੇ ਚ ਇੱਕ ਸਾਖੀ ਆਉਂਦੀ ਹੈ ਵੀ ਜਦੋਂ ਪੰਥ ਰਾਮ ਰੌਣੀ ਦਾ ਕਿਲਾ ਬਣਾ ਰਿਹਾ ਸੀ ਹਲਾ ਦਾ ਪੰਥ ਸਹਿਮਤ ਨਹੀਂ ਹੋ ਰਿਹਾ ਸੀ ਕਿ ਕਿਲਾ ਕਿ ਬਣਾਉਣਾ ਹੈ ਸ਼ੇਰਾਂ ਦੇ ਸ਼ੇਰਾਂ ਵਾਲੇ ਦਾ ਜੰਗਲ ਹੁੰਦੇ ਆ ਸ਼ੇਰ ਥੋੜਾ ਕਿਲਿਆਂ ਚ ਰਹਿੰਦੇ ਹੁੰਦੇ ਆ ਕਿਹ ਕਮਾਲ ਦੀ ਗੱਲ ਆ ਵੀ ਤੁਸੀਂ ਐਡੀਆਂ ਐਡੀਆਂ ਸਲਤਨਤਾਂ ਨਾਲ ਤਾਕਤਾਂ ਨਾਲ ਟੱਕਰ ਲੈਣੀ ਆ ਤੇ ਤੁਸੀਂ ਗਾਣਾ ਵੀ ਅਸੀਂ ਜੰਗਲਾਂ ਜਾਂਦੇ ਹੀ ਟੱਕਰ ਲਾਵਾਂਗੇ ਚਲੋ ਪੰਥ ਨੇ ਗੁਰਮਤਾ ਕਰਕੇ ਵਿਚਾਰ ਕਰਕੇ ਕਿਲਾ ਬਣਾਉਣਾ ਸ਼ੁਰੂ ਕਰਤਾ ਤਾਂ ਉੱਥੇ ਇੱਕ Hindu ਵਪਾਰੀ ਖੜਾ ਕੋਈ ਦਿੱਲੀ ਦਾ ਰਾਮਰੌਣੀ ਦਾ ਕਿਲਾ ਬਣ ਰਿਹਾ ਤੇ ਛੋਟਾ ਪਚੰਗੀ ਆ ਇੱਕ 8-7 ਸਾਲਾਂ ਦਾ ਪਚੰਗੀ ਹੋਣਾ ਇਹ ਵੀ ਸੀਨਾ ਵਸੀਨਾ ਕਥਾਵਾਂ ਜਿਹੜੀਆਂ ਚੱਲਦੀਆਂ ਉਹਨਾਂ ਜੋ ਕਥਾ ਇਹ ਇੱਕ ਪਚੰਗੀ ਖੜਾ ਤੇ ਉਹ ਕੰਮ ਕਰ ਰਿਹਾ ਖੜਾ ਵੀ ਕਿਉਂ ਉਹ ਸਮਾਨ ਅੰਦਰ ਢੋਣ ਦੀ ਜਾਂ ਕੋਈ ਰਾਮਰੌਣੀ ਦਾ ਕਿਲਾ ਜਿੱਥੇ ਬਣ ਰਿਹਾ ਉਹ ਅੰਮ੍ਰਿਤਸਰ ਸਾਹਿਬ ਉੱਥੇ ਸਮਾਨ ਪਹੁੰਚਾਉਣ ਦੀ ਕੋਈ ਬਠਲ ਚੱਕਣ ਜਾਂ ਕਿਸੇ ਵੀ ਤਰੀਕੇ ਦੀ ਕੋਈ ਸੇਵਾ ਚ ਲੱਗਿਆ ਹੋਇਆ ਤਾਂ ਉਹ ਜਿਹੜਾ ਹਿੰਦੂ ਵਪਾਰੀ ਹੈ ਉਹ ਖੜਾ ਦੇਖ ਰਿਹਾ ਵੀ ਇਹ ਛੋਟਾ ਜਿਹਾ ਜਵਾਕ ਹੈ ਵੀ ਇਹ ਨੂੰ ਇੰਨਾ ਚਾਹ ਕਾ ਤੂੰ ਉਹਨੇ ਖੜਾ ਕੇ ਜਵਾਕ ਨੂੰ ਪੁੱਛਿਆ ਵੀ ਤੈਨੂੰ ਇੰਨਾ ਚਾਹ ਕਾ ਤੋ ਚੜਿਆ ਜਿਵੇਂ ਦਿਨੇ ਆ ਵੀ ਬਾਲਾਂ ਨੂੰ ਵਿਆਹ ਦਾ ਚਾਹ ਹੁੰਦਾ ਤੈਨੂੰ ਇਹ ਚਾਹ ਕਿਉਂ ਚੜਿਆ ਉਹ ਕਹਿੰਦਾ ਅਸੀਂ ਪੰਥ ਦਾ ਕਿਲਾ ਬਣਾ ਰਹੇ ਹਾਂ ਕਹਿੰਦਾ ਕਿਲਾ ਬਣਾ ਕੇ ਕੀ ਕਰੋਗੇ ਸੱਤਾਂ ਅੱਠਾਂ ਸਾਲਾਂ ਦਾ ਪਚੰਗੀ ਆ ਇਹ ਜਿਹੜਾ ਇਹ ਗੱਲ ਕਹਿ ਰਿਹਾ ਕਹਿੰਦਾ ਅਸੀਂ ਪੰਥ ਦਾ ਕਿਲਾ ਬਣਾ ਰਹੇ ਹਾਂ ਕਹਿੰਦਾ ਕਿਲਾ ਬਣਾ ਕੇ ਕੀ ਕਰੋਗੇ ਕਹਿੰਦਾ ਕਿਲਾ ਬਣਾ ਕੇ ਟੱਕਰ ਲਵਾਂਗੇ ਤੁਹਾਨੂੰ ਖਾਲਸਾ ਇਕੱਠਾ ਹੋਊਗਾ ਇੱਥੇ ਕਿਲੇ 'ਚ ਬੈਠਾਂਗੇ ਤੇ ਅਸੀਂ ਟੱਕਰ ਲਵਾਂਗੇ ਮੁਗਲ ਹਕੂਮਤ ਨਾਲ ਫੇਰ ਉਹ ਕਹਿੰਦਾ ਫੇਰ ਜਾਂ ਜਿੱਤਾਂਗੇ ਕਹਿੰਦਾ ਤੇ ਜਾਂ ਸ਼ਹੀਦਾਂ ਪ੍ਰਾਪਤ ਹੋਣਗੀਆਂ ਸਾਡੇ ਦੋਵਾਂ ਹੱਥਾਂ 'ਚ ਲੱਡੂ ਆ ਕਹਿੰਦਾ ਇੱਕ ਪਾਸੇ ਸਾਡੀ ਸ਼ਹਾਦਤ ਹੈ ਦੂਜੇ ਪਾਸੇ ਸਾਡੇ ਕੋਲੇ ਪਾਤਸ਼ਾਹੀ ਹੈ ਹੁਣ ਇਹ ਨੈਰੇਟਿਵ ਹੈ ਪੰਥ ਦਾ ਜਿਹੜਾ ਸੱਤਾਂ ਅੱਠਾਂ ਸਾਲਾਂ ਦਾ ਪਚੰਗੀ ਵੀ ਸਾਨੂੰ ਸਿਹਤ ਤਾਂ ਸਾਨੂੰ ਆਈਆਂ ਨਾ ਵੀ ਚਲੋ ਅਸੀਂ ਗੱਲਾਂ ਕਰਦੇ ਕਰਦੇ ਕਈ ਵਾਰੀ ਜੋੜ ਤਾਂ ਲੈਨੇ ਆ ਵੀ ਸਹਿਬਜਾਦਿਆਂ ਨਾਲ ਹਨਾ ਜਾਂ ਬਾਬਾ ਫਤਾਹ ਸਿੰਘ ਜੀ ਨਾਲ ਜਾਂ ਹੋਰਨਾਂ ਆਪ ਦੇ ਆਪ ਨੂੰ ਵੀ ਸਾਡੇ ਉਹ ਭਾਈ ਸੀ ਜਾਂ ਹੋਰ ਪਰ ਮਤਲਬ ਅਸੀਂ ਅੰਦਰੋਂ ਡ੍ਰਿਡਤਾ ਉਹ ਸਾਡੇ ਅੰਦਰ ਹੋਣੀ ਜ਼ਰੂਰੀ ਹੈ ਵੀ ਆਈ ਤਾਂ ਉੱਥੇ ਹੀ ਆ ਨਾ ਵੀ ਜਦੋਂ ਤੁਹਾਨੂੰ ਵजीर खान ਕਹਿੰਦਾ ਵੀ ਛੋਟੇ ਛੋਟੇ ਜਵਾਕ ਆ ਲੈ ਜਾਓ ਇਹਨਾਂ ਨੂੰ ਬਾਜ਼ਾਰ ਚ ਮਠਿਆਈਆਂ ਦੀ ਦੁਕਾਨ ਤੇ ਲੈ ਜਾਓ ਖੜਾਉਣਿਆਂ ਦੀ ਦੁਕਾਨ ਤੇ ਲੈ ਜਾਓ ਪਰ ਹੁਣ ਮਸਲਾ ਇਹ ਆ ਵੀ ਬਾਬਾ ਫਤੇਹ ਸਿੰਘ ਤਾਂ ਸ਼ਸਤਰਾਂ ਵਾਲੀ ਦੁਕਾਨ 'ਚ ਹੀ ਵੜੂਗਾ ਸ਼ਸਤਰਾਂ ਵਾਲੀ ਹੱਟੀ ਤੇ ਹੀ ਵੜੂਗਾ ਜਾਂ ਸ਼ਸਤਰਾਂ ਸ਼ਸਤਰ ਜਿੱਥੇ ਕੋਈ ਬੰਦਾ ਰੱਖ ਕੇ ਬੈਠਾ ਉੱਥੇ ਹੀ ਵੜੂਗਾ ਨਾ ਉਹ ਤਾਂ ਤੇਗ ਹੀ ਚੱਕੂਗਾ ਤੇ ਤੇਗ ਚੱਕ ਕੇ ਬਾਬਾ ਫਤੇਹ ਸਿੰਘ ਇਹੀ ਕਹੂਗਾ ਨਾ ਕਹਿੰਦਾ ਵੀ ਸੋਚਾਂ ਨਾ ਤਾਂ ਕਹਿੰਦਾ ਨਾ ਕਹਿੰਦਾ ਵੀ ਜੇ ਅਸੀਂ ਤੁਹਾਨੂੰ ਛੱਡ ਦਈਏ ਤਾਂ ਛੱਡ ਦਿਓ ਫਿਰ ਅਸੀਂ ਜੰਗਲਾਂ 'ਚ ਜਾਵਾਂਗੇ ਅਸੀਂ ਸਿੰਘਾਂ ਨੂੰ ਇਕੱਠੇ ਕਰਾਂਗੇ ਤੁਹਾਡੇ ਨਾਲ ਟੱਕਰ ਲਵਾਂਗੇ ਉਹਦੇ ਫੇਰ ਫੜ ਲਿਆ ਫੇਰ ਛੱਡਤਾ ਤਾਂ ਫੇਰ ਜੰਗਲਾਂ 'ਚ ਜਾਵਾਂਗੇ ਫੇਰ ਸਿੰਘਾਂ ਨੂੰ ਇਕੱਠੇ ਕਰਾਂਗੇ ਫੇਰ ਤੁਹਾਡੇ ਨਾਲ ਟੱਕਰ ਲਵਾਂਗੇ ਤੇ ਉਹਨਾਂ ਚਰ ਲੈਦੇ ਰਾਵਾਂਗੇ ਜਿੰਨਾ ਚਿਰ ਤੁਹਾਡੇ ਜ਼ੁਲਮੀ ਰਾਜ ਦੀਆਂ ਜੜਾਂ ਨਹੀਂ ਪਟ ਦਿੰਦੇ ਹੁਣ ਇਹ ਇਹ ਦ੍ਰਿੜਤਾ ਹੈ ਇੱਕ ਇਹ ਇੱਕ ਇੱਕ ਪੰਥ ਦਾ ਇੱਕ ਨੈਰੇਟਿਵ ਹੈ ਹੈਨਾ ਕੈ ਰਾਜ ਕਰੇ ਹਨ ਕੈ ਲੜ ਮਰੇ ਹਨ ਤੀਜੇ ਦਾ ਸਾਡੇ ਕੋਲ ਹੀ ਆਪਸ਼ਨ ਹੀ ਹੈ ਨਹੀਂ ਕੋਈ ਖਾਲਸਾ ਜਾਂ ਬਗੀ ਜਾਂ ਬਾਦਸ਼ਾ ਵਿਚਾਰ ਆ ਰਹਾ ਤਾਂ ਸਾਡੇ ਕੋਲ ਹੈ ਹੀ ਨਹੀਂ ਕੋਈ ਹੁਣ ਸਮੱਸਿਆ ਇਹ ਹੋ ਗਈ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਸਾਡੇ ਕੋਲ ਰਾਹ ਆ ਗਈ ਹੋਣ ਵਚਾਲੜੇ ਸਮਝੌਤੇ ਕਰਨੇ ਸ਼ੁਰੂ ਕਰਦੇ ਅਸੀਂ ਜਿੱਥੇ ਕੌਮ ਜਾਂ ਮੈਂ ਆਪਦੀ ਨਿੱਜੀ ਦੀ ਵੀ ਗੱਲ ਕਰਾਂ ਜਿੱਥੇ ਸਮਝੌਤਾ ਆਜੂਗਾ ਨਾ ਉੱਥੇ ਫਿਰ ਮੇਰੇ ਚ ਦ੍ਰਿੜਤਾ ਘਟੂਗੀ ਉੱਥੇ ਮੇਰੇ ਚ ਸਦਕ ਘਟੂਗਾ ਕਿਉਂਕਿ ਸਦਕ ਤੇ ਦ੍ਰਿੜਤਾ ਤੋਂ ਥਿੜਕ ਕੇ ਹੀ ਸਮਝੌਤਾ ਕੀਤਾ ਜਾਣਾ ਹੁੰਦਾ ਹੈ ਹਣਾ ਜਿਵੇਂ ਉਹ ਮਸ਼ੂਰ ਹੈ ਨਾ ਵੀ ਛਤਰਾਜ ਦੀ ਲੜਾਈ ਜਿਹਦੇ ਵੀ ਪਿਆਦੇ ਮਰ ਜਾਂਦੇ ਹੁੰਦੇ ਆ ਰਾਜੇ ਨਹੀਂ ਮਰ ਜਾਂਦੇ ਹੁੰਦੇ ਕਿਉਂਕਿ ਉਹਨਾਂ ਨੇ ਸਮਝੌਤੇ ਅਜ ਦਸਕਤ ਕਰਨੇ ਹੁੰਦੇ ਸਮਝੌਤੇ ਜਿਹੜੇ ਬੰਦੇ ਕਰਨ ਲੱਗ ਜਾਂਦੇ ਹਨ ਸਮਝੌਤਾ ਨਹੀਂ ਕਰਨਾ ਹੁੰਦਾ ਜਿਵੇਂ ਉਹ ਮਹਾਰਾਜਾ ਰਣਜੀਤ ਸਿੰਘ ਉਹ ਕਹਿੰਦੇ ਨਾ ਉੱਥੇ ਇੱਕ ਥਾਂ ਤੇ ਵੀ ਅਕਾਲੀ ਫੂਲਾ ਸਿੰਘ ਵੀ ਹਜੇ ਰੁਕ ਜੋ ਤੇ ਅਕਾਲੀ ਫੂਲਾ ਸਿੰਘ ਕਹਿੰਦੇ ਵੀ ਨਹੀਂ ਅਰਦਾਸ ਹੋਈ ਵੀ ਆ ਰੁਕਣਾ ਨਹੀਂ ਜਾਂ ਸ਼ਾਮ ਸਿੰਘ ਟਾਰੀ ਨੂੰ ਵੀ ਕਹਿੰਦੇ ਇੱਕ ਥਾਂ ਤੇ ਕਹਿੰਦੇ ਵੀ ਪਤਾ ਲੱਗਿਆ ਜਦੋਂ ਵੀ ਤੋਪਾਂ ਚੋਂ ਦੂਜਾ ਬੰਬਾਂ ਚੋਂ ਬਰੂਦ ਦੀ ਥਾਂ ਤੇ ਤੂੜੀ ਨਿਕਲ ਰਹੀ ਹੈ ਤਾਂ ਹੁਣ ਆਪਾਂ ਰੁਕ ਅਰਦਾਸ ਤੋਂ ਥਿੜਕਣਾ ਥੋੜਾ ਮਹਾਰਾਜ ਅੱਗੇ ਤੁਸੀਂ ਅਰਦਾਸ ਕੀਤੀ ਹੈ ਜਿਹੜਾ ਜੱਤ ਕੇ ਮੁੜੀਏ ਤੇ ਜਾਂ ਸਿੱਧੀ ਪਾਈਏ ਹੁਣ ਥਿੜਕ ਨਹੀਂ ਸਕਦੇ ਸਾਡੇ ਜਿੱਥੇ ਸਮਝੌਤਾ ਆ ਜਾਂਦਾ ਉੱਥੇ ਥਿੜਕਣ ਸ਼ੁਰੂ ਹੋ ਜਾਂਦੀ ਜਿੱਥੇ ਫਿਰ ਸਾਡੇ ਚ ਥਿੜਕਣ ਆ ਗਈ ਜਿਹੜੇ ਸਾਨੂੰ ਡਰ ਵੀ ਹੈ ਨਾ ਉਹ ਸਾਡੇ ਆਪ ਦੇ ਅੰਦਰ ਦੇ ਡਰ ਆ ਜੇ ਦ੍ਰਿੜਤਾ ਸਾਡੇ ਚ ਇੰਨੀ ਹੋਵੇ ਵੀ ਭਾਈ ਤਾਰੂ ਸਿੰਘ ਵਾਂਗੂ ਕੋਈ ਹਨਾ ਕਵੇ ਵੀ ਕਿਸੇ ਨੇ ਆ ਕੇ ਕਿਹਾ ਜਾਂ ਜਕਰੀਆ ਖਾਨ ਕਹਿੰਦਾ ਵੀ ਮੁਸਲਮਾਨ ਬਣ ਜਾਓ ਕਹਿੰਦਾ ਵੀ ਮੁਸਲਮਾਨ ਨੂੰ ਬੜਾ ਮੌਤ ਨਹੀਂ ਆਉਂਦੀ ਹਣਾ ਸਾਡੇ ਚ ਕਿਤੇ ਨਾ ਕਿਤੇ ਮੈਂ ਆਪਦੀ ਨਿੱਜੀ ਦੀ ਗੱਲ ਕਰੂੰਗਾ ਹਣਾ ਆਪਾਂ ਆਪਣੇ ਆਪਣੇ ਕੋਲੇ ਇਨਾ ਹੱਕ ਨਹੀਂ ਵੀ ਆਪਾਂ ਕਿਸੇ ਹੋਰ ਦੀ ਗੱਲ ਕਰੀਏ ਵੀ ਜੇ ਮੈਂ ਕਦੇ ਸਮਝੌਤਾ ਕਰ ਰਿਹਾ ਵੀ ਮੈਂ ਮਾਸ ਬਚਾਲਾ ਆਪਦਾ ਹਣਾ ਜਦੋਂ ਪੰਥ ਪ੍ਰਕਾਰ ਚ ਸਾਖੀ ਹੁੰਦੀ ਹੈ ਨਾ ਭਾਈ ਮਨੀ ਸਿੰਘ ਜੀ ਦੀ ਤਾਂ ਉੱਥੇ ਉਹਨਾਂ ਦਾ ਨਾਮ ਲਿਖਿਆ ਸਾਖੀ ਭਾਈ ਮਨੀ ਸਿੰਘ ਜੀ ਵਿਦੇਹੀ ਕੀ ਜਿਹੜੇ ਦੇਹ ਤੋਂ ਪਾਰ ਹੋ ਚੁੱਕੇ ਆ ਵਿਦੇਹੀ ਅਸੀਂ ਦਿਹਾਂ ਚ ਹੀ ਖੜੇ ਆ ਜਿਹੜਾ ਬੰਦਾ ਦੇਹ ਚ ਖੜਾ ਹੈ ਨਾ ਉਹਦੀ ਦੇਹ ਦੀਆਂ ਫਿਰ ਲੋੜਾਂ ਵੀ ਆ ਉਹਦੀਆਂ ਇੱਛਾਵਾਂ ਵੀ ਆ ਉਹ ਸਮਝੌਤੇ ਕਰੂਗਾ ਹੀ ਕਰੂਗਾ ਫਿਰ ਜਿਹੜੇ ਸਾਡੇ ਮਨ ਚ ਜਿਹੜੇ ਡਰ ਪੈਦਾ ਹੋਏ ਵੀ ਹਨ ਉਹ ਇਸੇ ਕਰ ਨਹੀਂ ਹੋਏ ਵੀ ਨਹੀਂ ਤਾਂ ਡਰ ਵਾਲੀ ਕੋਈ ਗੱਲ ਹੈ ਨਹੀਂ ਜੀ ਅਸੀਂ ਉਹੀ ਆ ਨਾ ਜਿਹੜਾ ਕਹਿੰਦਾ ਵੀ ਭਜੰਗੀ ਕਹਿੰਦਾ ਵੀ ਜਾਂ ਸ਼ਹੀਦੀ ਤੇ ਜਾਂ ਸਾਡੇ ਕੋਲੇ ਬਾਦਸ਼ਾਹੀ ਪਾਤਸ਼ਾਹੀ ਸਾਡੇ ਦੋਵੇਂ ਹੱਥੇ ਲੱਡੂ ਆ ਹਣੇ ਫਿਰ ਜਦੋਂ ਸਾਡੀ ਸਾਡਾ ਇਹ ਨੈਰੇਟਿਵ ਬਦਲ ਜੂਗਾ ਜਾਂ ਸਾਡਾ ਇਹ ਚੇਂਜ ਹੋਇਆ ਅੰਗਰੇਜ਼ਾਂ ਤੋਂ ਬਾਅਦ ਉਹਦੂ ਬਾਅਦ 47 ਤੋਂ ਬਾਅਦ ਜਦੋਂ ਇਹ ਨੈਰੇਟਿਵ ਚੇਂਜ ਹੋਇਆ ਵੀ ਸਮਝੌਤਾ ਕਰਕੇ ਕੁਛ ਕੁਛਕ ਚੀਜ਼ ਲੈ ਲਓ ਨਾ ਉਹ ਜਿਵੇਂ ਇੱਕ ਅੰਗਰੇਜ਼ੀ ਦੀ ਖਾਨਾ ਸਮਥਿੰਗ ਇਜ਼ ਬੈਟਰ ਦੈਨ ਨਥਿੰਗ ਇਹ ਬਕਵਾਸ ਗੱਲਾਂ ਹੈ ਤੁਹਾਡੇ ਕੋਲੇ ਪਾਤਸ਼ਾਹੀ ਹੋਈ ਹੈ ਤੁਸੀਂ ਪਾਤਸ਼ਾਹੀ ਹੀ ਲੈਣੀ ਹੈ ਵਿਚਾਰਣਾ ਨਵਾਬੀ ਲੈ ਕੇ ਆਏ ਅਗਲੇ ਤੁਹਾਡੇ ਕੋਲੇ ਹਣੇ ਜਕਰੀਆ ਖਾਨ ਕਹਿੰਦਾ ਸਮਝੌਤਾ ਕਰ ਲਓ ਨਵਾਬੀ ਲਿਆਓ ਨਵਾਬੀ ਉਹਨਾਂ ਨੇ ਫੁੱਟਬਾਲ ਬਣਾਈ ਜਿਹੜੀ ਖਿੱਲਤ ਪਈ ਆ ਕਦੇ ਉਹਨੂੰ ਸਿੰਘ ਪੈਰ ਮਾਰ ਕੇ ਉਧਰ ਕਰ ਦਿੰਦੇ ਆ ਕਰੀ ਉਹਨੂੰ ਸਿੰਘ ਪੈਰ ਮਾਰ ਕੇ ਤੇ ਕਾਰਨ ਕੀ ਆ ਉਹ ਕਹਿੰਦੇ ਵੀ ਮਹਾਰਾਜ ਨੇ ਆਪਣੇ ਨਾਲ ਪਾਤਸ਼ਾਹੀ ਦਾਵਾ ਕੀਤਾ ਪਾਤਸ਼ਾਹੀ ਦਾਵਾ ਕੀਤਾ ਵਿਆ ਮਹਾਰਾਜ ਕਹਿੰਦੇ ਵੀ ਮੈਂ ਤੁਹਾਨੂੰ ਪਾਤਸ਼ਾਹੀ ਦੇਣੀ ਸੀ ਤੁਸੀਂ ਸਲਤਨਤਾਂ ਦੀਆਂ ਨਵਾਬੀਆਂ ਲੈਂਦੇ ਵੀਰੇ ਆਹ ਡਰੇੜਤਾ ਅਸੀਂ ਕਹਿੰਦੇ ਆ ਚਲੋ ਜੀ ਕੋਈ ਲੂਪ ਹੋਲ ਕੱਢ ਲੇ ਕੋਈ ਮਾੜਾ ਜੀ ਸਾਡਾ ਬੰਦਾ ਜੀ ਕੋਈ ਫੁਲਾਨੀ ਥਾਂ ਤੇ ਪਹੁੰਚ ਜੇ ਮਾੜੀ ਜੀ ਗੱਲ ਕਰ ਮਾੜੀ ਮੂੜੀ ਦਾ ਤਾਂ ਮਸਲਾ ਹੀ ਹੈ ਨਹੀਂ ਗੱਲ ਤਾਂ ਕਲੀਅਰ ਜੀ ਹੈ ਸਾਫ ਸਪਸ਼ਟ ਪੰਥ ਦਾ ਪਾਤਸ਼ਾਹੀ ਦਾਵਾ ਹੀ ਆ ਤੇ ਜੇ ਪਾਤਸ਼ਾਹੀ ਦਾਵੇ ਉਹ ਤੇ ਅਸੀਂ ਕੰਪਰੋਮਾਈਜ਼ ਕਰ ਰਹੇ ਹਾਂ ਜਿੱਥੇ ਅਸੀਂ ਮਾਸ ਬਚਾ ਰਹੇ ਹਾਂ ਜੋ ਕੁਝ ਕਹਿ ਰਹੇ ਹਨ ਹੈਨਾ ਤੇ ਇਟਸੋ ਇਹ ਕਾਰਨ ਹੈ ਵੀ ਜੇ ਸਾਡੇ ਡਰ ਵੀ ਪੈਦਾ ਹੋਏ ਹਨ ਅੰਦਰ ਉਹ ਇੰਨਾ ਕਾਰਨਾਂ ਕਰਕੇ ਹੋਏ ਮੈਨੂੰ ਲੱਗਦਾ ਇਹ ਗੱਲ ਇੱਕ ਤੁਸੀਂ ਕੱਲ ਪੋਸਟ ਵੀ ਪਾਈ ਸੀ ਹਾਲਾਂਕਿ ਉਹ ਸਾਡੇ ਨਾ ਨਾ ਪਾਤਸ਼ਾਹੀ ਤੋਂ ਥੋੜਾ ਵੱਖਰੀ ਗੱਲ ਆ ਵੀ ਇਹੀ ਗੱਲ ਵੀ ਸਮਝੌਤੇ ਜਾਂ ਜਿੱਦਾਂ ਕੰਪਰੋਮਾਈਜ਼ ਹੈ ਵੀ ਜਿੱਦਾਂ ਸਾਡੇ ਚ ਗੱਲ ਆ ਵੀ ਸਾਡੇ ਬੰਦੇ ਸਾਡੇ ਚਿਹਰਿਆਂ ਵਾਲੇ ਜਾਂ ਸਾਡੇ ਸਿੱਖ ਕੁਝ ਪਦਵੀਆਂ ਤੇ ਚਲੇ ਜਾਣ ਸਾਡਾ ਭਲਾ ਹੋ ਜਾਊਗਾ ਸਾਡਾ ਕੋ ਚੰਗਾ ਹੋ ਜਾਊਗਾ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਸਾਡੇ ਪੰਥ ਦੇ ਜਿਹੜਾ ਹੈਗਾ ਉਹ ਪੁਰਾਤਨ ਇਤਿਹਾਸ ਨੂੰ ਮੁਤਲਕ ਅਸੀਂ ਬਰਾਬਰ ਤੇ ਗੱਲ ਕਰੀ ਬਾਬਾ ਜੀ ਗੱਲ ਉਹੀ ਹੈ ਗੱਲ ਸਮਝੌਤਿਆਂ ਦੀ ਹੈ ਜਿੱਥੇ ਤੁਸੀਂ ਸਮਝੌਤੇ ਕਰਨ ਲੱਗ ਜਾ ਮੈਨੂੰ ਯਾਦ ਹੈ ਮਹਿੰਦਰ ਸਿੰਘ ਰੰਧਾਵਾ ਡਾਟਰ ਮਿੰਦਰਦਰ ਦਾਵਾ ਵੱਡੀ ਸ਼ਖਸੀਅਤ ਨੇ ਹੈਗੇ ਸੀ ਮੈਨੂੰ ਯਾਦ ਆ ਵੀ 84 ਚ ਡਾਟਰ ਮਿੰਦਰਦਰ ਦਾਵਾ ਸ਼ੇਵ ਕਰਦੇ ਹੁੰਦੇ ਸੀ ਤੇ ਵਾਲ ਕੱਟੇ ਹੁੰਦੇ ਸੀ ਤੇ 84 ਚ ਉਹਨਾਂ ਤੇ ਵੀ ਟਾਰਚਰ ਹੋਇਆ ਹਨਾ ਉਹਨਾਂ ਨੂੰ ਵੀ ਪੁਲਿਸ ਨੇ ਹਨਾ ਟਾਰਚਰ ਕੀਤਾ ਮੈਂ ਬਾਪੂ ਜਸਵੰਤ ਸਿੰਘ ਕਮਲ ਕੋਲੇ ਬੈਠਾ ਤੇ ਮੈਂ ਕਿਹਾ ਵੀ ਬਾਪੂ ਜੀ ਵੀ ਰੰਦਾਵਾ ਸਾਹਿਬ ਜੀ ਦਾ ਦਾੜੀ ਵੀ ਹੈਣੀ ਸੀ ਉਹਨਾਂ ਨੂੰ ਕਾਹ ਤੋਂ ਪੁਲਿਸ ਨੇ ਟਾਰਚਰ ਕੀਤਾ ਤਾਂ ਜਸਵੰਤ ਸਿੰਘ ਕਮਲ ਕਹਿੰਦੇ ਮੈਨੂੰ ਬਾਪੂ ਜੀ ਕਹਿੰਦੇ ਵੀ ਉਹਦੇ ਅੰਦਰ ਦਾੜੀ ਸੀ ਸਰਕਾਰ ਨੂੰ ਫਰਕ ਨਹੀਂ ਪੈਂਦਾ ਵੀ ਜੇ ਤੁਸੀਂ ਦਾੜੀ ਵਾਲੇ ਹੋ ਤੇ ਸਾਡੀ ਕੁਰਸੀ ਤੇ ਬੈਠੇ ਹੋ ਤੇ ਤੁਹਾਡਾ ਲਾਲ ਕਲੇ ਵਾਲ ਮੂੰਹ ਹੈ ਉਹਨਾਂ ਨੂੰ ਫਰਕ ਨਹੀਂ ਪੈਂਦਾ ਤੁਹਾਡੇ ਅੰਦਰ ਦਾੜੀ ਹੋਣੀ ਉਹ ਉਹ ਉਹਨਾਂ ਨੂੰ ਚੁਬਦੀ ਹੈ ਅੰਦਰ ਦਾੜੀ ਮਤਲਬ ਮੈਟਾਫਰ ਹੈ ਇਹ ਵੀ ਤੁਹਾਡੀ ਦ੍ਰਿੜਤਾ ਇੰਨੀ ਹੈ ਜਿਵੇਂ ਮੈਂ ਗੱਲ ਕਰਦੇ ਸੀ ਆਪਾਂ ਪਹਿਲਾਂ ਵੀ ਸਾਡਾ ਇੱਕ ਮਿੱਤਰ ਸੀਗਾ ਮਤਲਬ ਸਾਡੇ ਤੋਂ ਵੱਡਾ 8-10 ਸਾਲ 84 ਚ ਜਦੋਂ ਹਮਲਾ ਹੁੰਦਾ ਤਾਂ ਉਹ ਭੱਜ ਲਿਆ ਉਧਰੋਂ ਆ ਆਪਣੇ ਪਿੰਡਾਂ ਵੱਲੋਂ ਫਰੀਦਕੋਟ ਵੱਲੋਂ ਭੱਜ ਕੇ ਤੇ ਹਰੀਕੇ ਪੱਤਨ ਤੇ ਇਹਨਾਂ ਨੇ ਵੱਡਾ ਮਾਕਾ ਲਾਇਆ ਹੋਇਆ ਸੀ ਤੇ ਹਰੀਕੇ ਪੱਤਨ ਤੇ ਆ ਗਿਆ ਤਾਂ ਉੱਥੇ ਪੁਲਿਸ ਜਾਂ ਫੌਜ ਰੋਕ ਰਹੀ ਸੀ ਵੀ ਤੁਸੀਂ ਦਰਬਾਰ ਸਾਹਿਬ ਨੂੰ ਨਹੀਂ ਜਾ ਸਕਦੇ ਉਹ ਕਹਿੰਦਾ ਸਾਡੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਵਾਲ ਘੱਟੇ ਵੇ ਮੁੰਡੇ ਕਹਿੰਦਾ ਸਾਡੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਉਹ ਕਹਿੰਦਾ ਥਾਣੇਦਾਰ ਖੜਾ ਸੀ ਉੱਥੇ ਥਾਣੇਦਾਰ ਕਹਿੰਦਾ ਵੱਡੀਆਂ ਵੱਡੀਆਂ ਗੱਲਾਂ ਕਰਦਾ ਮੂੰਹ ਤੇ ਤੇਰੇ ਦਾੜੀ ਨਹੀਂ ਉਹ ਕਹਿੰਦਾ ਮੇਰੇ ਮੂੰਹ ਤੇ ਦਾੜੀ ਨਹੀਂ ਕੌਮ ਦੀ ਦਾੜੀ ਨੂੰ ਤਾਂ ਨਹੀਂ ਹੱਥ ਪਾਉਣ ਦੇਣਾ ਹਣਾ ਫੇਰ ਥਾਣੇਦਾਰ ਨੂੰ ਕਹਿੰਦਾ ਵੇਖ ਮੇਰੇ ਪੱਗ ਬੰਨੀ ਆ ਕਹਿੰਦਾ ਆਪਾਂ ਇੱਕੋ ਜੀ ਆ ਕਹਿੰਦਾ ਕੋਈ ਨਹੀਂ ਤੂੰ ਮੁੜ ਜਾ ਐ ਜੋ ਉਹ ਕਹਿੰਦਾ ਨਹੀਂ ਥਾਣੇਦਾਰਾ ਕਹਿੰਦਾ ਤੇਰਾ ਤੇ ਮੇਰਾ ਬਹੁਤ ਫਰਕ ਹੈ ਤੇਰਾ ਮੂੰਹ ਲਾਲ ਕਿਲੇ ਵਾਲ ਨੂੰ ਆ ਮੇਰਾ ਮੂੰਹ ਗਾਲ ਤਖਤਲ ਨੂੰ ਗੱਲ ਇਹ ਹੈ ਤੁਸੀਂ ਕਿਸੇ ਅਹੁਦੇ ਤੇ ਪਹੁੰਚ ਕੇ ਤੁਸੀਂ ਪਹਿਲੀ ਗੱਲ ਤਾਂ ਜਿਹੜੇ ਤੁਸੀਂ ਮਤਲਬ ਇਹ ਇਹ ਸਮਝਣਾ ਪਊਗਾ ਵੀ ਜਿਹੜੇ ਪੰਥ ਜਿਹੜੇ ਅੱਜ ਉਹਦੇ ਚ ਵਿਚਰ ਰਹੇ ਆ ਨਾ ਤੁਸੀਂ ਸੋਵਰਨ ਤਾਂ ਹੈ ਨਹੀਂਗੇ ਹਣਾ ਤੁਸੀਂ ਆਜ਼ਾਦ ਤਾਂ ਹੈ ਨਹੀਂਗੇ ਇਹ ਤਾਂ ਤਾਂ ਕਿ ਥੋਡੀਆਂ ਮਤਲਬ ਸੰਸਥਾਵਾਂ ਯਾਦ ਨਹੀਂ ਹੈਗੀਆਂ ਮੈਨੂੰ ਬਹੁਤ ਇੱਕ ਦਿਨ ਇਹ ਡਰੋਨ ਵਾਲੀ ਖਬਰ ਸੀ ਵੀ ਸ਼੍ਰੋਮਣੀ ਕਮੇਟੀ ਨੇ ਕੁਝ ਮੁਲਾਜ਼ਮ ਕੋਈ ਕਾਰਨ ਸੀਗਾ ਉਹਨਾਂ ਨੇ ਕੱਢਤੇ ਤੇ ਉਹ ਹਾਈ ਕੋਰਟ ਗਏ ਹਾਈ ਕੋਰਟ ਕਹਿੰਦੀ ਦੁਬਾਰਾ ਰੱਖੋ ਥੋਡੀਆਂ ਐਡੀਆਂ ਐਡੀਆਂ ਸੰਸਥਾਵਾਂ ਵੀ ਯਾਦ ਨਹੀਂ ਹੈਗੀਆਂ ਉਹ ਵੀ ਇੱਕ ਕੁੰਡੇ ਥੱਲੇ ਆ ਜਦੋਂ ਤੁਸੀਂ ਕਿਸੇ ਕੁੰਡੇ ਥੱਲੇ ਆ ਜਾਂਦੇ ਆ ਨਾ ਉੱਥੇ ਫਿਰ ਹਾਥੀ ਜਦੋਂ ਉਹਦੇ ਥੱਲੇ ਆ ਜਾਂਦਾ ਨਾ ਅੰਕੁਸ਼ ਹੁੰਦਾ ਜਿਹੜਾ ਹਾਥੀ ਦੇ ਸਿਰ ਤੇ ਰੱਖਿਆ ਹੁੰਦਾ ਅੰਕੁਸ਼ ਦੇ ਹਿਸਾਬ ਨਾਲ ਚੱਲਦਾ ਹਾਥੀ ਫਿਰ ਨਹੀਂ ਤਾਂ ਜੰਗਲ ਜੰਗਲ 'ਚ ਫਿਰਦੇ ਹਾਥੀ ਨੂੰ ਹੱਥ ਪਾਉਣਾ ਬ ਜਿਹੜੇ ਹਾਥੀ ਦੇ ਸਿਰ ਤੇ ਅੰਕੁਸ਼ ਹੋਵੇ ਉਹਨੂੰ ਰੋਕ ਲੈਂਦਾ ਮਹਾਵਤ ਉਹਦੇ ਸਿਰ ਤੇ ਉਹ ਲਾ ਕੇ ਸੋ ਗੱਲ ਇਹ ਹੈ ਵੀ ਤੁਹਾਡੇ ਤੇ ਅੰਕੁਸ਼ ਹੈ ਜਿਹੜਾ ਅੰਕੁਸ਼ ਹੈ ਨਾ ਉਹ ਫਿਰ ਤੁਹਾਨੂੰ ਸਮਝੌਤੇ ਕਰਾਊਗਾ ਤੁਹਾਡੇ ਤੋਂ ਹਨਾ ਤੁਹਾਡੇ ਤੋਂ ਕੁਸ਼ ਐਵ ਜੀਆਂ ਮਤਲਬ ਗੱਲਾਂ ਐਵ ਜੀਆਂ ਕਰਵਾਊਗਾ ਜਿਹੜੀਆਂ ਤੁਹਾਨੂੰ ਲੱਗਣਗੀਆਂ ਵੀ ਥੋੜਾ ਜਿਹਾ ਮਾਸ ਵੀ ਬਚ ਜੇ ਥੋੜਾ ਜਿਹਾ ਕੋਈ ਇੱਛਾਵਾਂ ਵੀ ਪੂਰੀਆਂ ਹੁੰਦੀਆਂ ਨੇ ਐਵ ਜਾਂ ਕੁਝ ਸੋ ਇਹ ਕਾਰਨ ਵੱਡਾ ਨਾ ਜਿਹੜਾ ਮੈਨੂੰ ਲੱਗਦਾ ਵੀ ਸਾਡੇ ਡਰ ਦਾ ਕਾਰਨ ਵੀ ਸਾਡੀ ਦ੍ਰਿੜਤਾ ਜਿਹੜੀ ਘੱਟ ਹੋਈ ਹੈ ਜਾਂ ਸਾਡੇ ਚ ਸਦਕ ਦੀ ਕਿਤੇ ਨਾ ਕਿਤੇ ਕੋਈ ਕਮੀ ਹੋਈ ਹੈ ਹਨਾ ਜਾਂ ਅਸੀਂ ਸਮਝੌਤੇ ਕਰਨ ਲੱਗੇ ਆ ਬਸ ਇਹ ਉਹੀ ਹੈ ਮੈਂ ਕਹੂੰਗਾ ਵੀ ਸ਼ਾਮ ਸਿੰਘ ਟਾਰੀ ਜਦੋਂ ਕਿਰਪਾਨ ਡਿੱਗਦੀ ਹੈ ਡਿੱਗੀ ਤਾਂ ਕੀ ਹੈ ਚਲੋ ਇਹ ਤਾਂ ਹੱਥ ਚ ਹੀ ਗਈ ਹੈ ਕਿਰਪਾਨ ਵੀ ਜਦੋਂ 1846 ਚ ਨਿਸ਼ਾਨ ਸਾਹਿਬ ਦੀ ਥਾਂ ਤੇ ਯੂਨੀਅਨ ਜੈਕ ਆਉਂਦਾ ਹੈ ਪੰਜਾਬ ਚ ਹਨਾ ਸਭ ਤੋਂ ਲੇਟ ਆਇਆ ਹਿੰਦੁਸਤਾਨ ਤਾਂ ਸਾਰਾ ਕਬਜ਼ੇ ਚ ਕਰ ਲਿਆ ਸੀ ਮੈਨੂੰ ਯਾਦ ਆ ਵੀ ਸ਼ਾ ਮੁਹੰਮਦ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਉਹ ਕਹਿੰਦਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਇਹ ਗੋਰਿਆਂ ਦਾ ਤੇ ਪੰਜਾਬ ਦਾ ਜੰਗ ਨਹੀਂ ਸੀ ਹਿੰਦੁਸਤਾਨ ਤੇ ਪੰਜਾਬ ਦਾ ਜੰਗ ਸੀ ਕਿਉਂਕਿ 46400 ਪੂਰਬੀਏ ਸੀ ਜਿਹੜੇ ਅੰਗਰੇਜ਼ੀਆਂ ਦੀ ਫੌਜ ਚਾਹੀ ਸੀ ਇਹ ਇਹ ਮੁੜ ਕੇ ਸਾਨੂੰ 18 ਮਾਰਦੇ ਸੀ 1857 ਦੇ ਗਦਰ ਚ ਤੁਸੀਂ ਹਿੱਸਾ ਨਹੀਂ ਲਿਆ 1857 ਦੇ ਗਦਰ ਚ ਅਸੀਂ ਹਸਾਲੀਏ ਸ਼ਰਮ ਨਹੀਂ ਆਉਦੀ ਤੁਹਾਨੂੰ 1846 ਚ ਸਾਡੇ ਤੇ ਤੁਸੀਂ ਚੜ ਕੇ ਆਏ ਅਈ ਤੁਹਾਡੇ 1857 ਵਾਲੇ ਗਦਰ ਚ ਹਸਾਲੀਏ ਹਨਾ ਚਲੋ ਖੈਰ ਇਹ ਗੱਲਾਂ ਹੋਰ ਪਾਸੇ ਜਾਵੜਦੀਆਂ ਪਰ ਮਸਲਾ ਇਹ ਹੈ ਵੀ ਉਥੋਂ ਪੰਗਾ ਸ਼ੁਰੂ ਹੋ ਗਿਆ ਹੈ ਸਭਰਾਮਾ ਤੋਂ ਬਾਅਦ ਉਸ ਤੋਂ ਬਾਅਦ ਪੰਥ ਨੂੰ ਉਹਨਾਂ ਨੇ ਵੇਖਿਆ ਵੀ ਇਹਨਾਂ ਦੀਆਂ ਰੁਚੀਆਂ ਤੇ ਸਾਰਾ ਕੁਝ ਅੰਗਰੇਜ਼ਾਂ ਨੇ ਉਸ ਤੋਂ ਬਾਅਦ 47 47 ਤੋਂ ਬਾਅਦ ਤਾਂ ਫਿਰ ਆਪਾਂ ਜਾਣਦੇ ਹਾਂ ਵੀ ਜਿਹੜੇ ਤਰੀਕੇ ਆਪਣੇ ਤੇ ਗਲਬਾ ਪਿਆ ਤਾਂ ਅਸੀਂ ਕਿਉਂਕਿ ਬਹੁਤ ਸਾਰੇ ਹਲਚਲ ਵੀ ਹੈਗੀ ਹੈ ਨਾ ਪੰਥ 'ਚ ਪਹਿਲਾਂ ਵੀ ਹੁੰਦੀ ਰਹੀ ਹੈ ਸੱਚੇ ਪਾਤਸ਼ਾਹ ਦੇ ਸਮੇਂ ਮਹਾਰਾਜ ਨੇ ਜਿਨ੍ਹਾਂ ਨੂੰ ਪ੍ਰਚਾਰਕ ਥਾਪਿਆ ਸੀ ਵੀ ਪੰਥ ਦੀ ਜਿਹੜੀ ਆ ਉਹ ਚੜ੍ਹਦੀ ਕਲਾ ਕਰਨਗੇ ਉਹ ਜਦੋਂ ਕਿਰਾਏ ਪੈ ਗਏ ਤੇ ਸੱਚੇ ਪਾਤਸ਼ਾਹ ਨੇ ਫਿਰ ਕਿਰਾਇਆ ਪਾ ਪਾ ਕੇ ਉਹਨਾਂ ਨੂੰ ਸਾੜਿਆ ਵੀ ਮਸੰਦਾਂ ਨੂੰ ਤੇ ਜਿੱਦਾਂ ਜਗਦੀਪ ਸਿੰਘ ਜੀ ਆਪਣੇ ਨਾਵਲ ਦਾ ਨਾਮ ਹਨ ਹਨੇ ਪਾਤਸ਼ਾਹੀ ਹਾਲਾਂਕਿ ਤੁਸੀਂ ਪਹਿਲਾਂ ਕਈ ਵਾਰ ਗੱਲ ਕਰ ਚੁੱਕੇ ਹੋ ਇਹਦੇ ਨਾਮ ਤੇ ਇੱਕ ਚਰਚਾ ਤੇ ਫਿਰ ਇਹ ਸਾਰੀ ਗੱਲ ਜਿਹੜੀ ਸੀ ਹੁਣੇ ਬਿਲਕੁਲ ਇੱਕ ਮਿੰਟ ਪਹਿਲਾਂ ਕਰਕੇ ਹਟਿਆ ਵੀ ਜਦੋਂ ਅਸੀਂ ਸਮਝੌਤਿਆਂ ਚ ਤੇ ਜਿਹੜਾ ਹੈਗਾ ਕੁਛ ਨਾ ਕੁਛ ਕੰਪਰੋਮਾਈਜ਼ ਦੇ ਵਿੱਚ ਪੈ ਜਾਵਾਂਗੇ ਤੇ ਅੱਜ ਦੇ ਸਮੇਂ ਚ ਵੀ ਹਨ ਹਨੇ ਪਾਤਸ਼ਾਹੀ ਵਾਲੇ ਕੋਈ ਗੁਰਸਿੱਖ ਮੌਜੂਦ ਹੈਗੇ ਪੰਦੇ ਵਿੱਚ ਪਹਿਲਾਂ ਇਹਦਾ ਨਾਮ ਜਿਹੜਾ ਹੈਗਾ ਉਹ ਸਾਨੂੰ ਦੱਸ ਦਿਓ ਹਨੇ ਹਨੇ ਪਾਤਸ਼ਾਹੀ ਮੈਂ ਦੱਸ ਚੁੱਕਿਆ ਬੱਬਾ ਜੀ ਕਈ ਵਾਰੀ ਵੀ ਹਨਾ ਘੋੜੇ ਦੀ ਕਾਠੀ ਨੂੰ ਕਹਿੰਦੇ ਆ ਘੋੜੇ ਦੀ ਕਾਠੀ ਤੇ ਨਿਸ਼ਾਨ ਗੜਦਾ ਸਿੰਘ ਹਨ ਜਦੋਂ ਨਿਸ਼ਾਨ ਨਗਾਰੇ ਲੈ ਕੇ ਪੰਥ ਜਦੋਂ ਤੁਰਦਾ ਤਾਂ ਉਹ ਨਿਸ਼ਾਨ ਘੋੜੇ ਦੀ ਕਾਠੀ ਦੇ ਮੂਰਲੇ ਹਿੱਸੇ ਤੇ ਹੁੰਦਾ ਤਾਂ ਉਹਨੂੰ ਹੰਨਾ ਕਹਿੰਦੇ ਆ ਵੀ ਘੋੜੇ ਤੇ ਬੈਠਾ ਵੀ ਸਿੱਖ ਪਾਤਸ਼ਾਹੀ ਹੈ ਭਾਵੇਂ ਜਿਹੜਾ ਧਰਤੀ ਦੇ ਕਿਸੇ ਟੁਕੜੇ ਤੇ ਰਾਜ ਕਰਨ ਵਾਲੀ ਗੱਲ ਹੈ ਉਹ ਜਿਹੜੀ ਠੀਕ ਹੈ ਵੀ ਕਿਸੇ ਕੌਮ ਨੂੰ ਲੋੜ ਹੈ ਇਹਨਾਂ ਚੀਜ਼ਾਂ ਦੇ ਵੀ ਇਹ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਪਰ ਜਿਹੜੀ ਪੰਥ ਦੀ ਪਾਤਸ਼ਾਹੀ ਹੈ ਨਾ ਉਹ ਆਪਾਂ ਇੱਥੇ ਬੈਠੇ ਵੀ ਪਾਤਸ਼ਾਹੀ ਹੈ ਹਨਾ ਅਸੀਂ ਆਜ਼ਾਦ ਹੈ ਪੰਥ ਨੇ ਵਿਚਰਨਾ ਹੀ ਆਜ਼ਾਦ ਰੂਪ ਚ ਪੰਥ ਨੇ ਕਿਸੇ ਕਿਸੇ ਦੇ ਦਬਦ ਵਿੱਚ ਕਿਸੇ ਦੇ ਉਹ ਵੀ ਮੈਨੂੰ ਕਿਤੇ ਗੁਰੂ ਗ੍ਰੰਥ ਸਾਹਿਬ ਚੋਂ ਮਹਾਰਾਜ ਚੋਂ ਕੋਈ ਸ਼ਬਦ ਪੜਨ ਲੱਗਿਆ ਡਰ ਹੋਵੇ ਦਸਮ ਮਹਾਰਾਜ ਚੋਂ ਕੋਈ ਸ਼ਬਦ ਪੜਨ ਲੱਗਿਆ ਮੈਨੂੰ ਕੋਈ ਡਰ ਹੋਵੇ ਸਾਡੇ ਕਿਸੇ ਪ੍ਰਾਤਨ ਇਤਿਹਾਸਕ ਗ੍ਰੰਥ ਚੋਂ ਕੋਈ ਸਾਖੀ ਸੁਣਾਉਣ ਲੱਗਿਆ ਮੈਨੂੰ ਇਹ ਡਰ ਪੈ ਜੇ ਵੀ ਉੱਥੇ ਮੈਂ ਯਾਦ ਨਹੀਂਗਾ ਜੇ ਮੈਂ ਉਹ ਸੁਣਾ ਰਿਹਾ ਤਾਂ ਪੰਥ ਸੋਵਰਨ ਹੀ ਪੰਥ ਆਜ਼ਾਦ ਹੀ ਹੈ ਆਪਾਂ ਪਾਤਸ਼ਾਹ ਹੀ ਇੱਥੇ ਬੈਠੇ ਵੀ ਆਪਾਂ ਪਾਤਸ਼ਾਹੀ ਆ ਜائیں ਜائیں ਬਹੇ ਜ਼ਮੀਨ ਮਲ ਤੈਂ ਤੈਂ ਤਖਤ ਬਿਠਾਈ ਜਿੱਥੇ ਜਿੱਥੇ ਜ਼ਮੀਨ ਮਲ ਕੇ ਬੈਜੂਗਾ ਉਹ ਤੁਹਾਡਾ ਤਖਤ ਹੀ ਆ ਉਹ ਅਸੀਂ ਉਹ ਤਾਂ ਹੈ ਨਹੀਂਗੇ ਵੀ ਲਾਲ ਕਿਲੇ ਤੇ ਜਾਵੜੇ ਤੇ ਇੱਥੇ ਜੀ ਤਖਤ ਲਾ ਲੋ ਆਪ ਦਾਸਨ ਲਾ ਲੋ ਤੇ ਬਾਬਾ ਬਘੇਲ ਸਿੰਘ ਕਹਿੰਦੇ ਸਾਨੂੰ ਥੋੜੇ ਤਖਤ ਨਹੀਂ ਚਾਹੀਦੇ ਸਾਡੇ ਤਾਂ ਗੁਰੂ ਘਰ ਬਣਾਓ ਇੱਥੇ ਤੇ ਉਹਨਾਂ ਨੇ ਉਹ ਜਿਹੜੇ ਹਨਾ ਦਿੱਲੀ ਦੇ ਚਹਾਸਾ ਗੁਰਦੁਆਰੇ ਬਣਾਏ ਹਾਂ ਇਹ ਜਰੂਰ ਆ ਵੀ ਤੁਹਾਨੂੰ ਦੱਸ ਦਿੰਨੇ ਆ ਅਸੀਂ ਵੀ ਤਖਤ ਥੋੜੇ ਸਾਡੇ ਤੋਂ ਉੱਚੇ ਨਹੀਂ ਤਖਤ ਤਕੜੀ ਹਿਸਕੇ ਲਿਆ ਕੇ ਉਹਨਾਂ ਨੇ ਕੋੜਿਆਂ ਦੇ ਮਗਰ ਪਾ ਕੇ ਜਾਂ ਗੱਡਿਆਂ ਦੇ ਲੱਦ ਕੇ ਲਿਆ ਕੇ ਤੇ ਸਿਰ ਤੋਂ ਅਕਾਲ ਤਖਤ ਸਭ ਤੋਂ ਨੀਵਾ ਉਹ ਤਾਂ ਚਲੋ ਹੁਣ ਸ਼ੌਂਡੀ ਕਮੇਟੀ ਨੇ ਚੱਕ ਕੇ ਪਤਾ ਨਹੀਂ ਕੀ ਕਰਨ ਉਹ ਉੱਚੀ ਥਾਂ ਤੇ ਰੱਖਦਾ ਉਹ ਪਹਿਲਾਂ ਨੀਵਾ ਹੁੰਦਾ ਸੀ ਨੂੜਿਆ ਮੈਨੂੰ ਕੱਲ ਪਰਸੋ ਹੀ ਆਪਣੇ ਹਿਸਟੋਰੀਅਨ ਨੇ ਫਰੀਦਕੁਰਤੋ ਗਿਆਨੀ ਭੱਕਰ ਸਿੰਘ ਪਾਜੀ ਭੱਕਰ ਸਿੰਘ ਹੋਰੀ ਉਹਨਾਂ ਨੇ ਮੈਨੂੰ ਦੱਸਿਆ ਵੀ ਇਹ ਤਾਂ ਸੰਗਲਾ ਚ ਨੂੜ ਕੇ ਰੱਖਿਆ ਹੁੰਦਾ ਸੀ ਸਿੰਘਾਂ ਨੇ ਇਹ ਜਿਹੜਾ ਤਖਤ ਸੀਗਾ ਉਹਨਾਂ ਦਾ ਤਖਤੇ ਤੌਕਸ ਜੀ ਨੂੰ ਸੱਲ ਕਹਿੰਦੇ ਆ ਜਿਹੜੀ ਦਰਬਾਰ ਦਾ ਹਾਂ ਤਾਂ ਉੱਚਾ ਕਰਕੇ ਲਾਇਆ ਹੋਇਆ ਪਤਾ ਨਹੀਂ ਕੀ ਕਾਰਨ ਹੋ ਗਿਆ ਤੇ ਸੋ ਇਹ ਹੈ ਵੀ ਪਾਤਸ਼ਾਹੀ ਤਾਂ ਰਹੂਗੀ ਰਹੂਗੀ ਜਦੋਂ ਨਿਹੰਗ ਸਿੰਘ ਕਹਿੰਦੇ ਆ ਵੀ 96 ਕਰੋੜੀ ਖਾਲਸਾ 96 ਕਰੋੜੀ ਸ਼ਹੀਦ ਸਿੰਘਾਂ ਦੀ ਫੌਜ ਤੁਹਾਡੇ ਨਾਲ ਹੈ ਸਦਾ ਤੁਸੀਂ ਕੱਲੇ ਤਾਂ ਹੁੰਦੇ ਨਹੀਂ ਸਿੱਖ ਕਦੇ ਕੱਲਾ 2.5 ਲੱਖ ਦਾ ਮਤਲਬ ਕੀ ਹੈ ਸ਼ਹੀਦ ਸਿੰਘ ਨਾਲ ਨੇ ਤੁਹਾਡੇ ਸਦਾ ਹੀ ਹੈਨਾ ਕਈ ਵੇ ਤੁਸੀਂ ਕਿਸੇ ਨਿਹੰਗ ਸਿੰਘ ਨੂੰ ਪੁੱਛੋ ਨਾ ਜੀ 96 ਕਰੋੜ ਗਿਣਤੀ ਚ 96 ਕਰੋੜ ਤੁਸੀਂ ਕਦੋਂ ਹੋਵੋਗੇ ਉਹ ਕਹਿੰਦੇ ਵੀ ਮਹਾਰਾਜ ਕਲਾ ਹੀ ਐਵ ਦੀ ਵਰਤਾ ਦੇਣਗੇ ਵੀ ਹਵਾ ਹੀ ਇਹੋ ਜੀ ਚੱਲੂਗੀ ਜਿਹਨੂੰ ਉਹ ਹਵਾ ਲੱਗੂਗੀ ਉਹ ਅਮਰਤਾਰੀ ਹੋ ਜਾਊਗਾ ਹੈਨਾ ਇਹ ਇਹ ਇੱਕ ਦ੍ਰਿੜਤਾ ਹੈ ਇਹ ਹੈ ਸੋਵਰਨਿਟੀ ਪੰਥ ਦੀ ਹੈਨਾ ਤੁਹਾਡੇ ਉੱਥੇ ਮਾਗੀ ਮੇਲੇ ਤੇ ਪਿਛਲੇ ਜਾਂ ਉਦੋਂ ਪਿਛਲੇ 2018 ਕੇ 19 ਦੀ ਗੱਲ ਹੈ ਮੈਂ ਰਾਤ ਨੂੰ ਮੁੜਿਆ ਆਉਣਾ ਖੂਬ ਸਾਹ ਤੋਂ ਇੱਧਰ ਨੂੰ ਸ਼ਹਿਰ ਵੱਲ ਨੂੰ ਤੇ ਇੱਕ ਭਚੰਗੀ ਸਿੰਘ ਛੋਟਾ ਜਾ 7-8 ਸਾਲਾਂ ਦਾ ਹੋਊਗਾ ਉਹ ਐ ਮੇਰੇ ਮੂੰਹ ਨੂੰ ਕ੍ਰਾਸ ਮਾਰਿਆ ਹੁਣ ਇਹ ਤੇ ਰੋਲਾ ਪਾਉਂਦਾ ਆਉਂਦਾ ਦਿੱਲੀਏ ਦਿੱਲੀਏ ਖਾ ਜਾਗੇ ਤੈਨੂੰ ਕੱਚੀ ਨੂੰ ਮੈਂ ਉਹਨੂੰ ਕਿਹਾ ਬੱਬਾ ਜੀ ਦਿੱਲੀ ਕੇ ਬਿੱਲੀ ਬਿੱਲੀ ਕਿਉਂ ਆਉਂਦਾ ਦਿੱਲੀ ਦੀ ਗੱਲ ਕਰਦੇ ਹੁਣ ਇਹ ਇਹ ਪੰਥ ਦੀ ਪਾਤਸ਼ਾਹੀ ਹੈ ਇਹ ਤੁਹਾਡੀ ਸਾਰ ਵਾਰੈਂਟੀ ਆ ਉਹ 7-8 ਸਾਲਾਂ ਦਾ ਬਚਾਂਗੀ ਉਹਨੂੰ ਕਿਸੇ ਨੇ ਦੱਸਿਆ ਥੋੜਾ ਵੀ ਦਿੱਲੀ ਕੀ ਕਰ ਰਹੀ ਹੈ ਜਾਂ ਕੀ ਨਹੀਂ ਕਰ ਰਹੀ ਇਹ ਤੁਹਾਡੇ ਖੂਨ ਚ ਪਈਆਂ ਨੇ ਚੀਜ਼ਾਂ ਇਹ ਤੁਹਾਡੇ ਅੰਦਰ ਪਈਆਂ ਨੇ ਹਨਾ ਜਿਵੇਂ ਆਪਾਂ ਪਹਿਲਾਂ ਉੱਥੇ ਗੱਲ ਕਰਦੇ ਸੀ ਵੀ ਇਹ ਸਾਖੀਆਂ ਬੱਚਿਆਂ ਨੂੰ ਇਨਸਪਾਇਰ ਕਿਉਂ ਕਰ ਰਹੀਆਂ ਨੇ ਹਨ ਇਹਨੇ ਪਾਸ਼ਾਹੀ ਜਿਹੜੀ ਕਾਰਨ ਇਹੀ ਹੈ ਵੀ ਹੋ ਸਕਦਾ ਅਸੀਂ ਸੁਣੀਆਂ ਨਾ ਹੋਣ ਪਰ ਇਹ ਥੋੜਾ ਥੋੜੇ ਖੂਨ ਚੋਂ ਕੱਢਦੀਆਂ ਅਗਲੀਆਂ ਨੇ ਖੂਨ ਚੋਂ ਨਹੀਂ ਕੱਢੀਆਂ ਖੂਨ ਚ ਤੁਹਾਡੇ ਪਈਆਂ ਹੀ ਆ ਉਦੋਂ ਹੀ ਤੁਹਾਨੂੰ ਯਾਦ ਆ ਜਾਂਦਾ ਮੈਨੂੰ ਯਾਦ ਆ ਵੀ ਮੈਂ ਦੁਸਾਂਤ ਸਿੰਘ ਕਮਲਕੁਰੇ ਬੈਠਾ ਤੇ ਉਹਨੇ ਕਹਿਣਾ ਵੀ ਤੂੰ ਜੇ ਪਰਖਣਾ ਹੈ ਨਾ ਤੇਰੇ ਚ ਪੰਜਾਬ ਦਾ ਖੂਨ ਹੈ ਕਿ ਨਹੀਂ ਤਾਂ ਤੂੰ ਇਹ ਵੇਖ ਵੀ ਜਦੋਂ ਢਾਡੀ ਢੱਡ ਤੇ ਮਾਰਦਾ ਹੱਥ ਤੇ ਸਰੰਗੀ ਤੇ ਵੱਜਦੀ ਹੈ ਗਾਜ ਤੇ ਜੇ ਤੇਰੇ ਲੂਮ ਕੰਡੇ ਖੜੇ ਹ ਹਣਾ ਜਦੋਂ ਵਾਰ ਕੋਈ ਸੁਣਾਉਣੀ ਸ਼ੁਰੂ ਕਰੂਗਾ ਹਨਾ ਢਾਡੀ ਸਿੰਘ ਤੁਹਾਡੇ ਲੂੰਗਣਡੇ ਖੜੇ ਹੋਣਗੇ ਉਹ ਖੂਨ ਥੋੜਾ ਬਦਲਿਆ ਹੁੰਦਾ ਖੂਨ ਹਜੇ ਉਹੀ ਹੈ ਬਦਲ ਦੇਣਗਾ ਪਤਾ ਨਹੀਂ ਪਰ ਹਜੇ ਤੱਕ ਨਹੀਂ ਬਦਲ ਸਕਿਆ ਤਾਂ ਇਹ ਪਾਤਸ਼ਾਹੀ ਹੋਈ ਬੱਬਾ ਜੀ ਸਾਡੀ ਪਾਸ ਚ ਹੀ ਹੈ ਹਰੇਕ ਥਾਂ ਤੇ ਅਸੀਂ ਆਏ ਥੋੜਾ ਅੱਜ ਆਏ ਨਹੀਂ ਕਹਿ ਸਕਦੇ ਠੀਕ ਹੈ ਤੁਸੀਂ ਇੱਕ ਕਿਸੇ ਗਲਬੇ ਵਿੱਚ ਹੈਗੇ ਹੋ ਪੰਥਾਂ ਆ ਜਾਂ ਆਪਦੇ ਆਪ ਨੂੰ ਪਰ ਮੈਨੂੰ ਲੱਗਦਾ ਵੀ ਪੰਥ ਨਹੀਂ ਹਾਂ ਕੋਸ਼ਕ ਚੀਜ਼ਾਂ ਜਿਹੜੇ ਮੋਰੀ ਹੁੰਦੇ ਨੇ ਜਾਂ ਮੋਢੀ ਐ ਜਾਂ ਸਾਨੂੰ ਆਗੂ ਸਿੱਖ ਲੱਗਦੇ ਹੁੰਦੇ ਆ ਕਈ ਵਾਰੀ ਉਹਨਾਂ ਦੇ ਸਵਾਲਾਂ ਤੋਂ ਸਾਨੂੰ ਜਾਂ ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਲੱਗਦਾ ਹੁੰਦਾ ਵੀ ਯਾਰ ਇਹ ਗੁਲਾਮਾਂ ਜਿਹੜੀਆਂ ਗੱਲਾਂ ਕਰ ਰਹੇ ਆ ਪੰਥ ਨਹੀਂ ਗੁਲਾਮ ਥੋੜਾ ਪੰਥ ਪੰਥ ਤਾਂ ਗੁਲਾਮ ਜੰਮਿਆ ਨਹੀਂ ਪੰਥ ਤਾਂ ਯਾਦ ਆ ਧਰੋ ਯਾਦ ਮੈਂ ਕਹਿੰਦੇ ਨਾ ਪ੍ਰੋਫੈਸਰ ਪੂਰਨ ਸਿੰਘ ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੌਲ ਕਰਨ ਪਿਆਰਤੀ ਕਰਨ ਗੁਲਾਮੀ ਪਰ ਟੈਨ ਮੰਨਣ ਕਿਸੇ ਦੀ ਖੜ ਜਾਂਦੇ ਡਾਂਗਾ ਮੋਢੇ ਥੀ ਉਲਾਰ ਕੇ ਤੁਰੋਂ ਸਤਗੁਰਾਂ ਦੇ ਸਤਗੁਰਾਂ ਨੇ ਆਜ਼ਾਦ ਤੁਰੋਂ ਆਜ਼ਾਦ ਕੀਤੇ ਇਹ ਬੰਦੇ ਹਨ ਇੱਕ ਥਾਂ ਤੇ ਉਹ ਕਵਤਾ ਜੀ ਕਹਿੰਦੇ ਤੁਰੋਂ ਆਜ਼ਾਦ ਹੋਏ ਬਾਬਾ ਜੀ ਅਕਾਲਪੁਰਖ ਦੀ ਫੌਜ ਹੈ ਅਕਾਲਪੁਰਖ ਦੀ ਫੌਜ ਕਿਸੇ ਉਹਦੇ ਥੱਲੇ ਨਹੀਂ ਜਿਹੜੀ ਅਕਾਲਪੁਰਖ ਨੂੰ ਸਿੱਧੀ ਦੇੰਦਾਰ ਉਹ ਕਹਿੰਦਾ ਵੀ ਇੱਕ ਜਰਮਨ ਦਾ ਲਖਾਰੀ ਹੈ ਇੱਕ ਨਿਹੰਗ ਸਿੰਘ ਨੂੰ ਪੁੱਛਦਾ ਪੁਰਾਣੀ ਗੱਲ ਹੈ 47 ਦਾ ਪਹਿਲਾਂ ਦੀ ਉਹ ਉਹਦੀ ਇੱਕ ਕਿਤਾਬ ਹੈ ਜਰਨੀ ਫਰੋਮ ਕਲਕੱਤਾ ਟੂ ਪੰਜਾਬ ਸ਼ਾਇਦ ਮੈਂ ਭੁੱਲਦਾ ਨਾ ਹੋਵਾਂ ਉਹ ਕਹਿੰਦਾ ਵੀ ਮੈਨੂੰ ਇੱਕ ਨਿਹੰਗ ਸਿੰਘ ਦਿਖਾਇਆ ਚੋਣੇ ਪੁੱਛਿਆ ਕਹਿੰਦਾ ਤੂੰ ਤੇਰਾ ਗੁਰੂ ਕੌਣ ਹੈ ਕਹਿੰਦਾ ਅਕਾਲ ਕੰਦਾ ਵੀ ਜਿਹੜਾ ਬੰਦਾ ਪ੍ਰਮਾਤਮਾ ਨੂੰ ਆਪਦਾ ਉਸਤਾਦ ਤੇਰਾ ਲੀਡਰ ਕੌਣ ਹੈ ਕੰਦਾ ਅਕਾਲ ਅਕਾਲਪੁਰਖੀ ਫੌਜ ਆ ਸਾਡਾ ਉਹ ਲੀਡਰ ਹੈ ਹੁਣ ਜੇ ਤੁਸੀਂ ਅਕਾਲਪੁਰਖ ਨੂੰ ਲੀਡਰ ਮੰਨ ਲੇ ਮੰਨ ਰਹੇ ਹੋ ਆਪਦਾ ਫੇਰ ਤੁਸੀਂ ਸੋਵਰਨ ਹੀ ਹੋ ਜੇ ਤੁਸੀਂ ਨਹੀਂ ਮੰਨ ਰਹੇ ਤੁਹਾਡ ਗੱਲ ਹੈ ਜੇ ਤੁਸੀਂ ਅਕਾਲਪੁਰਖ ਨੂੰ ਲੀਡਰ ਮੰਨ ਰਹੇ ਹੋ ਫੇਰ ਤੁਸੀਂ ਆਜ਼ਾਦ ਹੋ ਪਾਤਸ਼ਾਹੀਆ ਪੰਥ ਸੋ ਇਸ ਕਰਕੇ ਪਾਤਸ਼ਾਹੀ ਪੰਥ ਦੀ ਸਦਾ ਹੀ ਹੈਗੀ ਹੈ ਜੇ ਆਪਾਂ ਨੂੰ ਆਏ ਜੇ ਲੱਗੇ ਵੀ ਕੋਈ ਫਲਾਨਾ ਚੀਫ ਮਨਿਸਟਰ ਟਮਕਾਣ ਇਹ ਤਾਂ ਛੋਟੀ ਮੁੱਟੀ ਨਹੀਂ ਗੱਲਾਂ ਨੇ ਇਹ ਤਾਂ ਇਹ ਤਾਂ ਪੰਜਾਤਰੀ ਇੱਥੇ ਮੈਂ ਬੈਠਾ ਇੱਥੇ ਸ਼ੀ ਦੀਵਾਰ ਬਾਬਾ ਜੀ ਕੋਲੇ ਆ ਜਿੰਵੇਂ ਆ ਖਬਰਾਂ ਆ ਸੁਣ ਕੇ ਆਪਾਂ ਅੱਜ ਕੱਲ ਗੱਲਾਂ ਆ ਕਰਦੇ ਆ ਕਿ ਬਾਬਾ ਜੀ ਕਿਹਦੀ ਸਰਕਾਰ ਬਣੂਗਾ 3-4 ਮਹੀਨੇ ਪਹਿਲਾਂ ਦੀ ਗੱਲ ਬਾਬਾ ਜੀ ਸਰਕਾਰ ਕਿਹਨੂੰ ਬਣੂ ਬਾਬਾ ਜੀ ਕਹਿੰਦੇ ਥੋੜੀ ਪਤਾ ਨਹੀਂ ਕਿਹਦੀ ਬਣੂਗੀ ਆਹ 5-4 ਸਾਲਾਂ ਵਾਲੀ ਸਾਡੀ ਤਾਂ 1469 ਦੀ ਬਣੀ ਵੀ ਸਰਕਾਰ ਜਿੱਦ ਦਿਨ ਗੁਰੂ ਨਾਨਕ ਮਹਾਰਾਜ ਆਏ ਆ ਜਾਂ ਜਿਹਨੂੰ ਚੱਕਰਵਰਤੀ ਸਮਰਾਟ ਅਸੀਂ ਕਹਿੰਦੇ ਆ ਜਦੋਂ ਉਹ ਧਰਤੀ ਤੇ ਆਏ ਆ ਤਾਂ ਉਦੋਂ ਦੀ ਸਾਡੀ ਤਾਂ ਪਾਤਸ਼ਾਹੀ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦਾ ਹੈ ਨਾ ਉਦੋਂ ਦਾ ਸਾਡਾ ਰਾਜ ਚੱਲਦਾ ਉਦੋਂ ਦੀ ਸਾਡੀ ਪਾਤਸ਼ਾਹੀ ਹੈ ਸਾਡੀ ਪਾਤਸ਼ਾਹੀ ਕੋਈ ਨਹੀਂ ਖੋ ਸਕਿਆ ਖੋ ਸਕਦਾ ਹੀ ਨਹੀਂ ਕੋ ਤਾ ਸੀ ਗਏ ਗੱਲ ਕਰੀਏ ਹਨਾਣਾ ਪਾਤਸ਼ਾਹੀ ਦੀ ਪ੍ਰੇਰਣਾ ਹੁੰਦੀ ਨਾ ਬੰਦੇ ਨੂੰ ਹਰ ਇੱਕ ਬੰਦੇ ਨੂੰ ਹੁਣ ਅਸੀਂ ਇਹ ਕੰਮ ਕਰਦੇ ਆਂ ਸਾਨੂੰ ਹੁੰਦਾ ਵੀ ਉਹਨ ਤੋਂ ਇਹ ਅਸੀਂ ਦੇਖ ਕੇ ਕੁਝ ਨਾ ਕੋਸ਼ਿਸ਼ ਕਰੀਏ ਤਾਂ ਤੁਹਾਡੀ ਜ਼ਿੰਦਗੀ 'ਚ ਇੱਕ ਜਿਹੜਾ ਬੜਾ ਵੱਡਾ ਕੰਮ ਸੱਚੇ ਪਾਤਸ਼ਾਹ ਨੇ ਤੁਹਾਨੂੰ ਕਰਾਇਆ ਪ੍ਰੇਰਣਾ ਕਿੰਨ ਤੋਂ ਮਿਲੀ ਤਾਂ ਪ੍ਰੇਰਣਾ ਬਾਬਾ ਜੀ ਦੋ ਤਿੰਨ ਗੱਲਾਂ ਨੇ ਇੱਕ ਤਾਂ ਮੈਂ ਹਮੇਸ਼ਾ ਹੀ ਪਹਿਲਾਂ ਵੀ ਕਹੀਆਂ ਇਹ ਗੱਲਾਂ ਲਿਖੀਆਂ ਵੀ ਆ ਇਹਦੇ ਵਿੱਚ ਵੀ ਜਦੋਂ ਮਨੰਦਪੁਰ ਸਾਹਿਬ ਆਏ ਆ ਤਾਂ ਮਹਾਰਾਜ ਨੇ ਕੋਈ ਸਬਾਬ ਐਵਜਾ ਬਣਾਤਾ ਵੀ ਸੀ ਦੀਬਾਗ ਰਹਿਣ ਦਾ ਮੌਕਾ ਮਿਲਿਆ ਸੀ ਦੀਬਾਗ ਰਹਿੰਦੇ ਆ ਉਹਨਾਂ ਸਿੰਘਾਂ 'ਚ ਵਿਚਰੇ ਬਾਬਾ ਗੁਰਦੇਵ ਸਿੰਘ ਤਾਂ ਉਹਨਾਂ ਦੇ ਜਥੇ ਦੇ ਸਿੰਘ ਜਿਹੜੇ ਉਹਨਾਂ ਦੇ ਉਹਨਾਂ ਦੇ ਜੀਵਨ ਉਹਨਾਂ ਦੇ ਵਿੱਚ ਰਹਿੰਦਾ ਢਾਂਗ ਉਹ 18ਵੀਂ ਸਦੀ ਵਾਲੇ ਸਿੰਘਾਂ ਵਾਲੀ ਸਾਰਾ ਉਵੇਂ ਹੀ ਤਮੇ ਪੰਥ ਪ੍ਰਕਾਸ਼ ਪੜਦਾ ਹੋਇਆ ਜਦੋਂ ਉਹਨੇ ਦਰਸ਼ਨ ਕਰਦਾ ਹੁੰਦਾ ਸੀ ਮੈਨੂੰ ਐਂ ਲੱਗਦਾ ਹੁੰਦਾ ਸੀ ਵੀ ਇਹ ਉਹੀ ਸਿੰਘ ਵਿਚਰ ਰਹੇ ਨੇ ਦੂਜਾ ਇੱਕ ਵੱਡੀ ਪ੍ਰੇਰਨਾ ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ਵਾਲੇ ਹੈ ਨਾ ਮੈਨੂੰ ਲੱਗਦਾ ਵੀ ਮਹਾਰਾਜ ਦੀ ਕੋਈ ਵੱਡੀ ਮਿਹਰ ਹੈ ਗਿਆਨੀ ਸ਼ੇਰ ਸਿੰਘ ਜੀ ਤੇ ਜਿਹੜਾ ਉਹ ਇਸ ਤਰੀਕੇ ਨਾਲ ਅੱਜ ਸਾਨੂੰ ਦੱਸ ਰਹੇ ਨੇ ਰੂਬਰੂ ਕਰਾ ਰਹੇ ਨੇ ਸਾਡੇ ਪ੍ਰਾਤਨ ਗ੍ਰੰਥਾਂ ਨਾਲ ਜਿਵੇਂ ਮੈਨੂੰ ਸ਼ਾਇਦ ਹੋ ਕਿਰਾਇਆ ਹੋਵੇ ਹੋਰ ਨੇ ਵੀ ਕਿਸੇ ਨੇ ਪਰ ਮੇਰੇ ਮੇਰੇ ਕੋਲੇ ਉਵੇਂ ਪਹੁੰਚੀ ਨਹੀਂ ਸੀ ਕਦੇ ਕੋਈ ਚੀਜ਼ ਜਿਵੇਂ ਗਿਆਨੀ ਜੀ ਦਾ ਪ੍ਰਭਾਵ ਹੈ ਜਾਂ ਗਿਆਨੀ ਜੀ ਨੂੰ ਆਪਾਂ ਸੁਣਿਆ ਹੈ ਜਾਂ ਉਹਨਾਂ ਨੇ ਜਿਵੇਂ ਸੂਰਜ ਪ੍ਰਕਾਸ਼ ਗ੍ਰੰਥ ਜਾਂ ਪੰਥ ਪ੍ਰਕ ਰੂਬਰੂ ਕਰਾਇਆ ਤਾਂ ਉਹ ਮੇਰਾ ਮੇਰੀ ਵੱਡੀ ਪ੍ਰੇਰਨਾ ਸੀ ਜਦੋਂ ਮੈਂ ਪ੍ਰੰਤ ਪ੍ਰਕਾਸ਼ ਪੜ੍ਹ ਰਿਹਾ ਸੀ ਤਾਂ ਮੈਂ ਗਿਆਨੀ ਜੀ ਨੂੰ ਸੁਣਦਾ ਵੀ ਹੁੰਦਾ ਸੀ ਨਾਲ ਨਾਲ ਤਾਂ ਨਾਵਲ ਦੀ ਇੱਕ ਵੱਡੀ ਪ੍ਰੇਰਨਾ ਗਿਆਨੀ ਛੇੜ ਸਿੰਘ ਜੀ ਨੇ ਮਾਲੇ ਵਾਲੇ ਤਾਂ ਇੱਕ ਤੁਸੀਂ ਆਪਣੀ ਗੱਲਬਾਤ ਦੌਰਾਨ ਦੱਸ ਰਿਖ ਸੀ ਕਿ ਸਾਖੀ ਭਾਈ ਮਨੀ ਸਿੰਘ ਵਿਦੇਹੀ ਕੀ ਪੰਥ ਪ੍ਰਕਾਸ਼ 'ਚ ਜ਼ਿਕਰ ਹੁੰਦਾ ਉਹਨਾਂ ਦੀ ਜਦੋਂ ਸ਼ਹੀਦੀ ਹੋਈ ਇੱਕ ਸੂਫੀ ਉੱਥੇ ਆਇਆ ਉਹ ਕੀ ਕਿੱਟਰਾ ਸੀ ਭਾਈ ਮਨੀ ਸਿੰਘ ਜੀ ਨੂੰ ਜਦੋਂ ਬੰਦ-ਬੰਦ ਕੱਟੇ ਜਾਂਦਾ ਜਲਾਦ ਨੇ ਤੁਸੀਂ ਕੋਈ ਫਤਵਾ ਵਾਲਾ ਆ ਦੋ ਜਿਹਨੇ ਕਾਜ਼ੀ ਨੇ ਤਜਲਾਦ ਭਾਈ ਸਾਹਿਬ ਦੇ ਬੰਦ-ਬੰਦ ਕੱਟਣ ਲਿਏ ਨਖਾਸ ਚੌਕ ਦੀ ਘਟਨਾ ਹੈ ਲਾਹੌਰ ਦੀ ਤਾਂ ਉੱਥੇ ਬਹੁਤ ਸਿੱਖ ਸੰਗਤਾਂ ਵੀ ਇਕੱਠੀਆਂ ਹੋਈਆਂ ਤੇ ਕੁਝ ਤਮਾਸ਼ੀਨ ਵੀ ਨੇ ਮੁਸਲਮਾਨ ਵੀ ਨੇ ਉਹ ਸਾਰੇ ਇਕੱਠੇ ਹੋਏ ਹੋਏ ਉੱਥੇ ਇੱਕ ਭੀੜ ਲੱਗੀ ਵੀ ਆ ਮੱਝ ਮੱਝ ਲੱਗ ਗਿਆ ਉਹ ਭੀੜ ਖੜੀ ਵੇਖ ਕੇ ਇੱਕ ਕੋਈ ਸੂਫੀ ਲੰਘ ਰਿਹਾ ਉੱਥੋਂ ਤਾਂ ਉਹਨੇ ਭੀੜ ਚ ਖੜ ਕੇ ਕਿਸੇ ਨੂੰ ਪਛਾਣ ਖੜੇ ਬੰਦੇ ਨੂੰ ਪੁੱਛਿਆ ਵੀ ਕੀ ਹੋ ਰਿਹਾ ਉਹ ਕਹਿੰਦਾ ਵੀ ਇੱਕ ਸਿੱਖ ਸੰਤ ਨੂੰ ਸ਼ੀਰ ਕੀਤਾ ਜਾ ਰਿਹਾ ਉਹ ਕਹਿੰਦਾ ਵੀ ਕਿਵੇਂ ਸ਼ਹੀਦ ਕੀਤਾ ਜਾ ਰਿਹਾ ਉਹ ਕਹਿੰਦਾ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਜਾ ਰਿਹਾ ਕਹਿੰਦਾ ਪਰ ਉਹ ਐਡੀ ਹੌਲੀ ਸੁਰਚ ਚੀਕਾਗਾ ਤੋਂ ਮਾਰ ਰਿਹਾ ਤਾਂ ਉਹ ਬੰਦਾ ਕਹਿੰਦਾ ਚੀਕਾ ਉਹ ਨਹੀਂ ਮਾਰ ਰਿਹਾ ਚੀਕਾ ਤਾਂ ਸੰਗਤ ਮਾਰ ਰਹੀ ਹੈ ਜਿਹੜੀ ਆਲੇ-ਦੁਆਲੇ ਖੜੀ ਹੈ ਉਹ ਨਹੀਂ ਚੀਕ ਮਾਰ ਰਿਹਾ ਹਨਾ ਹੋ ਸਕਦਾ ਕਹਿੰਦਾ ਜਲਾਦ ਨੇ ਵੀ ਚੀਕ ਮਾਰੀ ਹੋਵੇ ਪਰ ਉਹ ਚੀਕਾ ਨਹੀਂ ਮਾਰ ਰਿਹਾ ਉਹ ਕਹਿੰਦਾ ਤੂੰ ਕਮਾਲ ਕਰਦਾ ਚੀਕਾ ਨਹੀਂ ਮਾਰ ਰਿਹਾ ਬੰਦੇ ਦੇ ਬੰਦ-ਬੰਦ ਅੰਗ ਕੱਟੇ ਜਾ ਰਹੇ ਐ ਤੇ ਉਹ ਚੀਕਾ ਨਹੀਂ ਮਾਰ ਰਿਹਾ ਉਹ ਕਹਿੰਦਾ ਤੂੰ ਸੁਣਿਆ ਨਹੀਂ ਯਾਤਰੀ ਨੂੰ ਕਹਿੰਦਾ ਸੂਫੀ ਨੂੰ ਕਹਿੰਦਾ ਉਹ ਜਿਹੜਾ ਲਾਹੌਰ ਦਾ ਵਸਨੀ ਉਹ ਕਹਿੰਦਾ ਤੂੰ ਸੁਣਿਆ ਨਹੀਂ ਵੀ ਇੱਕ ਸਿੱਖ ਸੰਤ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ। ਤਾਂ ਜਿਹੜਾ ਸੂਫੀ ਹੈ ਉਹ ਕਹਿੰਦਾ ਯਾ ਖੁਦਾ ਵੀ ਮਨਸੂਰ ਸਿੱਖਾਂ 'ਚ ਵੀ ਪੈਦਾ ਹੋਗੇ। ਤਾਂ ਉੱਥੇ ਲਾਹੌਰ ਨਿਵਾਸੀ ਇੱਕ ਗੱਲ ਬੋਲਦਾ। ਉਹ ਕਹਿੰਦਾ ਕਿਹੜੀ ਦੁਨੀਆ 'ਚ ਰਹਿਣਾ ਬਾਬਾ? ਇਹ ਤਾਂ ਪੰਥ ਹੀ ਮਨਸੂਰਾਂ ਦਾ ਹੈ। ਸਾਰਾ ਹੀ ਮਨਸੂਰ ਹੈ। ਮੈਨੂੰ ਯਾਦ ਆਉਂਦੀ ਹੈ ਵੀ ਸ਼ਾਇਦ ਬਲਗਨ ਜੀ ਦੀ ਕਵਤਾ ਇਹ। ਵੀ ਦੁਨੀਆ ਇੱਕ ਮਨਸੂਰ ਤੇ ਨਾਜ਼ ਕਰਦੀ। ਇੱਥੇ ਪੰਥ ਮਨਸੂਰਾਂ ਦਾ ਪਾਲਦਾ। ਸਾਡੇ ਬੱਚੇ ਵੀ ਖਲ ਲੋਹਾ ਸਕਦੇ ਕੀ ਮਾਨ ਤਬਰੀਜ਼ ਦੀ ਖਲ ਦਾ ਏ ਸਿੰਘ ਪਿੱਛੋਂ ਗੁਰੂ ਦਾ ਸਿੰਘ ਸਜਦਾ ਪਹਿਲਾਂ ਸੀਸ ਨਜ਼ਰਾਨੇ ਵਿੱਚ ਖਲਦਾ ਏ ਉਸ ਬਾਗ ਵਿੱਚ ਕੰਮ ਕੀ ਪੱਤ ਝੜਾਂ ਦਾ ਜਿੱਥੇ ਖਾਲਸੇ ਦਾ ਸਿੱਕਾ ਚੱਲਦਾ ਏ ਸੋ ਇਹ ਤਾਂ ਪੰਥੀ ਮਨਸੂਰਾ ਦਾ ਹੈ ਨਾ ਇਹ ਤਾਂ ਪੰਥੀ ਸ਼ਹਾਦਤਾਂ ਦੇਣ ਵਾਲਿਆਂ ਦਾ ਇਹ ਤਾਂ ਪੰਥ ਸਾਜਿਆ ਹੀ ਤਲੀ ਤੇ ਸੀਸ ਧਰ ਕੇ ਜਦੋਂ ਕੋਈ ਪੇਸ਼ ਹੁੰਦਾ ਹੈ ਨਾ ਮਹਾਰਾਜ ਕੋਲੇ ਸਾਜਿਆ ਹੀ ਉੱਥੋਂ ਜਾਂਦਾ ਹੈ ਨਾ ਜਦੋਂ ਸੀ ਬਾਬਾ ਵੀਰ ਸਿੰਘ ਤੀਤ ਸਿੰਘ ਜੀ ਦੀ ਸਾਕੀ ਸੁਣਦੇ ਹੋਂ ਜਦੋਂ ਬੰਦੂਕ ਦਾ ਨਿਸ਼ਾਨਾ ਪਰ ਰੱਖਣਾ ਕਿਆ ਕਮਾਲ ਸਾਕੀ ਆ ਉਹ ਜਦੋਂ ਬਾਬਾ ਬੀਰ ਸਿੰਘ ਤੀਤ ਸਿੰਘ ਜਦੋਂ ਭਾਈ ਡੱਲਾ ਜੀ ਕਹਿੰਦੇ ਆ ਵੀ ਬੰਦੂਕ ਦਾ ਨਿਸ਼ਾਨਾ ਪਰ ਰੱਖੋ ਤੇ ਮਹਾਰਾਜ ਕਹਿੰਦੇ ਆ ਵੀ ਲਿਆਓ ਤੁਹਾਡੇ ਜਿਹੜੇ ਸੂਰਮੇ ਸਪਾਈ ਆ ਪਰਖੀਏ ਤਾਂ ਉਹ ਸਾਰੇ ਡੋਲਦੇ ਆ ਤੇ ਭਾਈ ਸਾਹਿਬ ਕਹਿੰਦੇ ਸਿੱਖਾਂ ਨੂੰ ਆਵਾਜ਼ ਮਾਰਿਓ ਆਵਾਜ਼ ਮਾਰਨ ਲੱਗੇ ਇਹ ਗੱਲ ਕਹਿ ਦਿਓ ਵੀ ਮਹਾਰਾਜ ਨੇ ਬੰਦੂਕ ਦਾ ਨਿਸ਼ਾਨਾ ਪਰ ਰੱਖ ਕੇ ਦੇਖਣਾ ਇੱਕ ਤਾਂ ਹੁੰਦੀ ਹੈ ਕਿਸੇ ਨੂੰ ਆਵਾਜ਼ ਮਾਰਨੀ ਜੀ ਤੁਹਾਨੂੰ ਮਹਾਰਾਜ ਨੇ ਸੱਦਿਆ ਇੱਕ ਹੁੰਦਾ ਵੀ ਇਹ ਕਹਿਣਾ ਮਹਾਰਾਜ ਨੇ ਗੋਲੀ ਮਾਰਨੀ ਤੇ ਕਹਿੰਦੇ ਵੀ ਜਿੰਨੀ ਸਪੀਡ ਨਾਲ ਜਿੰਨੀ ਤੇਜ਼ੀ ਨਾਲ ਜਿੰਨੀ ਮਤਲਬ ਤੁਸੀਂ ਕਹੋ ਫੁਰਤੀ ਨਾਲ ਉਹ ਦੋਵੇਂ ਸਿੱਖ ਭੱਜੇ ਆਉਂਦੇ ਆ ਬੀਰ ਸਿੰਘ ਧੀਰ ਸਿੰਘ ਉਹਨਾਂ ਚੋਂ ਇੱਕ ਨੇ ਤਾਂ ਕਹਿੰਦੇ ਹਜੇ ਦਸਤਾਰ ਵੀ ਨਹੀਂ ਸਜਾਈ ਵੀ ਕੱਛ ਚ ਲੈ ਕੱਛ ਚ ਜਾਤੇ ਉਹ ਦਸਤਾਰ ਸਜਾਉਂਦਾ ਕਾਲੀ ਚ ਵੀ ਕਿਤੇ ਲੇਟ ਨਾ ਹੋ ਜਾ ਤੇ ਮਹਾਰਾਜ ਮੂਰੇ ਆ ਕੇ ਜਦੋਂ ਖੜਦੇ ਆ ਤੇ ਲੜ ਰਹੇ ਆ ਇਸ ਗੱਲ ਪਿੱਛੇ ਮਹਾਰਾਜ ਮੈਂ ਪਹਿਲਾਂ ਆਇਆ ਉਹ ਕਹਿੰਦਾ ਮਹਾਰਾਜ ਮੈਨੂੰ ਪਹਿਲਾਂ ਸੁਣਿਆ ਸੀ ਉਹ ਕਹਿੰਦਾ ਨਹੀਂ ਮਹਾਰਾਜ ਭੱਜਿਆ ਮੈਂ ਪਹਿਲਾਂ ਸੀ ਉਹ ਇਸ ਗੱਲ ਤੇ ਲੜ ਰਹੇ ਆ ਮਹਾਰਾਜ ਮਸਕਰਾ ਰਹੇ ਉਹਨਾਂ ਨੂੰ ਦੇਖ ਕੇ ਮਹਾਰਾਜ ਬੰਦੂਕ ਤਾਂ ਕਰਦੇ ਉਹ ਦੋਵੇਂ ਛਾਲਾ ਮਾਰਨ ਲੱਗ ਜਾਂਦੇ ਵੀ ਕਿਤੇ ਨਿਸ਼ਾਨਾ ਮਾਰੇ ਤਾਂ ਉਹਨਾਂ ਨੂੰ ਲੰਘ ਜੇ ਕਦੇ ਕਰਮਾਂ ਚ ਇਹ ਲਿਖੀ ਹੋਵੇ ਸਾਡੇ ਵੀ ਮਹਾਰਾਜ ਦੀ ਬੰਦੂਕ ਚੋਂ ਨਿਕਲੀ ਗੋਲੀ ਉਹ ਛਾਲਾ ਜਦੋਂ ਮਹਾਰਾਜ ਬੰਦੂਕ ਨੀਵੀਂ ਕਰਦੇ ਉਹ ਬਹਿ ਜਾਂਦੇ ਆ ਵੀ ਸਾਡੇ ਗੋਲੀ ਵਾਜ ਜੇ ਕਿਤੇ ਇੰਨੀ ਦ੍ਰਿੜਤਾ ਤੁਸੀਂ ਕਿੱਥੋਂ ਲੈ ਕੇ ਆਉਂਗੇ ਇਹ ਦ੍ਰਿੜਤਾ ਇਹ ਹੈ ਜਿਹੜਾ ਮਨਸੂਰਾਂ ਦਾ ਪੰਥ ਹੈ ਮਨਸੂਰ ਨੇ ਤਾਂ ਸ਼ਾਇਦ ਕਿਤੇ ਗਿਲਾ ਕਰ ਲਿਆ ਹੋਵੇ ਇਹ ਪੰਥ ਉਹ ਹੈ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਨ ਨਾ ਗਿਜੈ ਇਹ ਉਹ ਪੰਥਾ ਬਾਬਾ ਜੀ ਇਹਨੂੰ ਕੌਣ ਖਤਮ ਕਰ ਲਊਗਾ ਆਨੰਦਪੁਰ ਸਾਹਿਬ ਦੀ ਧਰਤੀ ਹੈ ਅਸੀਂ ਜਿੱਥੇ ਮੌਜੂਦ ਆ ਖਾਲਸਾ ਸਾਜਿਆ ਇੰਨਾ ਪਹਾੜਾਂ ਦੀ ਧਰਤੀ ਤੇ ਉੱਤੇ ਸੱਚੇ ਪਾਤਸ਼ਾਹ ਨੇ ਖਾਲਸਾ ਸਾਜਿਆ ਤੇ ਜਦੋਂ ਸੱਚੇ ਪਾਤਸ਼ਾਹ ਨੇ ਪੰਜ ਸੇਰ ਮੰਗੇ ਹੋਣਗੇ ਬਿਲਕੁਲ ਉਦੋਂ ਕੀ ਮਾਹੌਲ ਹੋਊਗਾ ਸਾਡੇ ਬਜ਼ੁਰਗ ਸਾਖੀ ਸੁਣਾਉਂਦੇ ਸੀ ਮੈਂ ਉਸ ਦਿਨ ਵੀ ਗੱਲ ਕਰਦਾ ਸੀ ਪਿਛਲੀ ਇੰਟਰਵਿਊ ਚ ਵੀ ਵੀ ਕਹਿੰਦੇ ਵੀ ਮਹਾਰਾਜ ਨੇ ਸਿਰ ਮੰਗੇ ਤਾਂ 80000 ਦੇ 80000 ਨੇ ਹੱਥ ਖੜੇ ਕਰਤੇ ਜਦੋਂ ਮਹਾਰਾਜ ਨੇ ਸਿਰ ਮੰਗੇ 80000 ਤੋਂ ਵੱਧ ਹੱਥ ਖੜੇ ਹੋਗੇ ਮੇਗਾ ਬਾਪੂ ਦੀ ਵੀ 80000 ਤੱਕ ਕਹਿੰਦੇ ਸੰਗਤ ਸੀ ਅੰਦਰ ਉਹ ਕਹਿੰਦੇ ਨਹੀਂ ਜਿਹੜੀਆਂ ਮਾਵਾਂ ਗਰਭਵਤੀ ਸੀ ਉਹਨਾਂ ਦੇ ਢਿੱਡਾਂ ਚੋਂ ਬੱਚਿਆਂ ਨੇ ਹੱਥ ਖੜੇ ਕਰਦੇ ਹਨਾ ਉਥੇ ਉਥੇ ਜਿਹੜੇ ਸਿੱਖ ਉਸ ਹਾਲ ਚ ਨਹੀਂ ਸੀ ਉਸ ਜਿੱਥੇ ਮਹਾਰਾਜੇ ਨੇ ਪੰਡਾਲ ਲਾਇਆ ਸੀ ਉਥੇ ਹੈ ਨਹੀਂ ਸੀ ਉਥੇ ਜਿਹੜੇ ਸਿੱਖ ਬਾਹਰ ਫਿਰਦੇ ਸੀ ਕੋਈ ਲੰਗਰ ਦੀ ਸੇਵਾ ਕਰਦਾ ਕੋਈ ਘੋੜਿਆਂ ਦੀ ਸੇਵਾ ਕਰਦਾ ਕੋਈ ਸ਼ਸਤਰ ਮਾਜ ਰਿਹਾ ਉਹਨਾਂ ਨੇ ਹੱਥ ਖੜੇ ਕਰਤੇ ਹਨ ਜਦੋਂ ਉਹ ਆਵਾਜ਼ ਮਹਾਰਾਜੇ ਨੇ ਮਾਰੀ ਵੀ ਮੈਨੂੰ ਪੰਜ ਸਿਰ ਚਾਹੀਦੇ ਆ ਆਨੰਦਪੁਰ ਦੇ ਧਰਤੀ ਤੇ ਜਿੰਨੇ ਆਲੇ ਦੁਆਲੇ ਦਰਖਤ ਲੱਗੇ ਸੀ ਉਹਨਾਂ ਨੇ ਹੱਥ ਖੜੇ ਕਰਤੇ ਜਦੋਂ ਮਹਾਰਾਜੇ ਨੇ ਕਿਹਾ ਮੈਨੂੰ ਪੰਜ ਸਿਰ ਚਾਹੀਦੇ ਆ ਆਨੰਦਪੁਰ ਦੇ ਜ਼ਰਰੇ ਜ਼ਰਰੇ ਨੇ ਹੱਥ ਖੜਾ ਕਰਤਾ ਇਹ ਮਹਾਰਾਜ ਉਹ ਧਰਤੀ ਆ ਹਣਾ ਜਿਹੜੀ ਜਿਹੜੀ ਨੂੰ ਮਹਾਰਾਜ ਦੀ ਛੋਹ ਪ੍ਰਾਪਤ ਹੋਈ ਹੈ ਜਿੱਥੇ ਮਹਾਰਾਜ ਹਣਾ ਜਿਵੇਂ ਨੜ ਸਾਹਿਬ ਆਪਾਂ ਖੜੇ ਆ ਮਹਾਰਾਜ ਇੱਥੇ ਜਦੋਂ ਕਹਿਲੂਰੀਆਂ ਨੇ ਸ਼ਾਇਦ ਪਹਾੜੀ ਰਾਜਿਆਂ ਨੇ ਮਹਾਰਾਜ ਨੇ ਵਿਆਹ ਤੇ ਸੱਦਿਆ ਉਹਨਾਂ ਨੂੰ ਤਾਂ ਉਹਨਾਂ ਨੇ ਉਹ ਪਰਲੀ ਪਹਾੜੀ ਤੋਂ ਲੁੱੱਕ ਕੇ ਹਣਾ ਮਹਾਰਾਜ ਤੇ ਹਮਲਾ ਕੀਤਾ ਤਾਂ ਨੜ ਵੱਡਾ ਪੱਥਰ ਜੀ ਨੂੰ ਨੜ ਕਹਿੰਦੇ ਆਪਾਂ ਉਹਦੇ ਚ ਹਜੇ ਵੀ ਗੋੜੀਆਂ ਦੇ ਨਿਸ਼ਾਨ ਹੈ ਥਾਂ ਥਾਂ ਤੇ ਬੱਬਾ ਜੀ ਤੁਸੀਂ ਜਿੱਥੇ ਜਾਓਗੇ ਮਹਾਰਾਜ ਤੁਹਾਡੇ ਅੰਗ ਸੰਗ ਨੇ ਹਨ ਤੁਸੀਂ ਇਥੋਂ ਥੋੜਾ ਜਿਹਾ ਗਾਂ ਜਾਓਗੇ ਗੁਰੂ ਕੇ ਲਾਹੌਰ ਤੁਹਾਡੇ ਨਾਨਕੇ ਨੇ ਹਨ ਉਹ ਖਾਲਸੇ ਦੇ ਨਾਨਕੇ ਨੇ ਤੁਸੀਂ ਤਾਰਾਗੜ ਜਾਓਗੇ ਤੁਸੀਂ ਲੋਹਗੜ ਜਾਓਗੇ ਤੁਸੀਂ ਨੰਦਗੜ ਜਾਓਗੇ ਕੇਸਗੜ ਜਾਓਗੇ ਜਿੱਧਰ ਜਿੱਧਰ ਜਾਓਗੇ ਸਹੀ ਦੀ ਬਾਗ ਜਾਓਗੇ ਗੁਰੂ ਕੇ ਬਾਗ ਜਾਓਗੇ ਨੰਗ ਸਿੰਘਾਂ ਦੀ ਛਾਉਣੀ ਚ ਜਾਓਗੇ ਕਿੱਥੇ ਵੀ ਜਾਓਗੇ ਮਹਾਰਾਜ ਤੁਹਾਡੇ ਅੰਗ ਸੰਗ ਨੇ ਇਹ ਉਹ ਧਰਤੀ ਹੈ ਤੇ ਇੱਥੇ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਕਰਮਾਂ ਦੀ ਖੇਡ ਹੈ ਵੈਸੇ ਤਾਂ ਕਹਿੰਦੇ ਪਰ ਅਰਦਾਸ ਕਰਿਓ ਵੀ ਇੱਥੇ ਤੁਹਾਨੂੰ ਉੱਡੇ ਫਿਰਦੇ ਬਾਜ ਸਿੰਘ ਸ਼ੂਰਮੇ ਜਿਹੜੇ ਸ਼ਹੀਦ ਸਿੰਘ ਹਨ ਅਜੇ ਵੀ ਕੇਸਗੜ੍ਹ ਦੇ ਗੁੰਮ ਤਾਂ ਦੇ ਉੱਡੇ ਫਿਰਦੇ ਤੁਹਾਨੂੰ ਦਰਸ਼ਨ ਦੇਣਗੇ ਪਰ ਉਹ ਆ ਵੀ ਸਾਡਾ ਵਿਸ਼ਵਾਸ ਓਡਾ ਪੱਕਾ ਹੋਵੇ ਹੈ ਵਿਸ਼ਵਾਸ ਸਾਡਾ ਉਹ ਮੈਨਾਂ ਨਾ ਹੋਵੇ ਵੀ ਜਿਵੇਂ ਕਹਿੰਦੇ ਵੀ ਬਾਬਾ ਫਰੀਦ ਜੀ ਜੰਗਲ 'ਚ ਤਪ ਕਰਦੇ ਸੀ ਹਾਲਾਂਕਿ ਸਾਖੀ ਆਏ ਨਹੀਂ ਬਾਬਾ ਫਰੀਦ ਜੀ ਤੇ ਕੋਈ ਹੋਵੇ ਪਰ ਇਹ ਸਮਝਾਉਣ ਨੂੰ ਨੇ ਸਾਖੀਆਂ ਬੜੀਆਂ ਸੋਹਣੀਆਂ ਕਹਿੰਦੇ ਵੀ ਬਾਬਾ ਫਰੀਦ ਜੀ ਜੰਗਲ 'ਚ ਤਪ ਕਰਦੇ ਸੀ ਤਪ ਕਰਦੇ ਕਰਦੇ ਕਦੇ ਤੇ ਲੱਗੀ ਏ ਲੱਗੀ ਤੇ ਖੂਹ ਕੋਲੇ ਜਾਵੜੇ ਇੱਕ ਖੂਹ ਸੀਗਾ ਉਹਦੇ ਚ ਪਾਣੀ ਸੀ ਡੂੰਗਾ ਖੂਹ ਕੋਲੇ ਜਾਵੜੇ ਤੇ ਜਦੋਂ ਦੇਖਿਆ ਪਾਣੀ ਡੂੰਗਾ ਤੇ ਉਹ ਡੋਲੂ ਤੇ ਰਸਾ ਲੱਭਣ ਲੱਗ ਗਏ ਸੂਫੀ ਸਾਖੀ ਆ ਇਹ ਬਹੁਤ ਸੋਹਣੀ ਉਹ ਡੋਲੂ ਤੇ ਰਸਾ ਲੱਭਣ ਲੱਗ ਗਏ ਉਹ ਹਜੇ ਡੋਲੂ ਜਾਂ ਰਸਾ ਜਾਂ ਕੁਛ ਲੱਭ ਹੀ ਰਿਹਾ ਪਰੋਂ ਇੱਕ ਹਿਰਨਾ ਦੀ ਢਾਰ ਆਈ ਜੰਗਲ ਚੋਂ ਉਹਨਾਂ ਨੇ ਖੂਹ ਚ ਮੂੰਹ ਕੀਤਾ ਪਾਣੀ ਤਾਂ ਆ ਗਿਆ ਉਹਨਾਂ ਨੇ ਪੀਤਾ ਤੇ ਨਿਕਲ ਗਏ ਹੁਣ ਬਾਬਾ ਫਰੀਦ ਜੀ ਗੀਲਾ ਕਰ ਰਹੇ ਆ ਪ੍ਰਮਾਤਮਾ ਨਾਲ ਕਹਿੰਦੇ ਪ੍ਰਮਾਤਮਾ ਮੈਂ ਕਿਦਾਂ ਦਾ ਤੇਰਾ ਤਪ ਕਰਦਾ ਮੈਂ ਤੇਰੀ ਭਗਤੀ ਕਰ ਰਿਹਾ ਜੰਗਲ ਚ ਰਹੇ ਨਾ ਬਾਬਾ ਫਰੀਦ ਜੀ ਮੈਂ ਮੈਂ ਤੇਰੀ ਤੇਰਾ ਤਪ ਕਰ ਰਿਹਾ ਭਗਤੀ ਕਰ ਰਿਹਾ ਮੈਂ ਤੇਰਾ ਭਗਤ ਐ ਮੇਰੇ ਵਾਸਤੇ ਪਾਣੀ ਤਾਂ ਨਹੀਂ ਆਇਆ ਉਹ ਹਿਰਨਾਂ ਦੀ ੜ ਆਈ ਉਹਨਾਂ ਵਾਸਤੇ ਤੂੰ ਪਾਣੀ ਤਾਂ ਲਿਆਂਦਾ ਕਹਿੰਦੇ ਵੀ ਪ੍ਰਮਾਤਮਾ ਅੱਲਾ ਤਾਲਾ ਬੋਲ ਕੇ ਇਹ ਗੱਲ ਕਹਿੰਦੇ ਉਹਨਾਂ ਨੂੰ ਬਾਬਾ ਫਰੀਦ ਜੀ ਨੂੰ ਕਹਿੰਦੇ ਤੇਰਾ ਵਿਸ਼ਵਾਸ ਡੋਲੂ ਤੇ ਰਸਤੇ ਦੇ ਵਾਂਹਲਾ ਸੀ ਤੇਰਾ ਵਿਸ਼ਵਾਸ ਏਡਾ ਪੱਕਾ ਹੁੰਦਾ ਤਾਂ ਪਾਣੀ ਤਾਂ ਆ ਜਾਂਦਾ ਕਈ ਵਾਰੀ ਸਾਡੇ ਵਿਸ਼ਵਾਸ ਮੈਨੂੰ ਲੱਗਦਾ ਹੈ ਵੀ ਹਨਾ ਕਿਤੇ ਨੁਕਸ ਕਹਿ ਲਓ ਜਾਂ ਤੁਸੀਂ ਕਹੋ ਵੀ ਘਾਟ ਕਿਤੇ ਨਾ ਕਿਤੇ ਸਾਡੇ ਵਿਸ਼ਵਾਸ ਦੀ ਹੈ ਹਨਾ ਵਿਸ਼ਵਾਸ ਨਹੀਂ ਏਡਾ ਪੱਕਾ ਹੁੰਦਾ ਜੇ ਵਿਸ਼ਵਾਸ ਏਡਾ ਪੱਕਾ ਹੋਊਗਾ ਤਾਂ ਬੱਬਾ ਜੀ ਮਹ ਆਪਣੀ ਜਿੱਤ ਕਰੋ ਜੇ ਤੁਹਾਡਾ ਨਿਸ਼ਚਾ ਹੋ ਜਾਊਗਾ ਨਾ ਤੁਸੀਂ ਜਿੱਤ ਜਿਓਗੇ ਯਹੂਦੀ ਜਦੋਂ ਲੜ ਰਹੇ ਸੀ ਨਾ ਯਹੂਦੀ ਮਾਰੇ ਜਾ ਰਹੇ ਸੀ ਤਾਂ ਉਹ ਮਰਨ ਦੇ ਵਿੱਚੋਂ ਇੱਕ ਜਿਹੜੀ ਇੰਟੈਲੈਕਚੁਅਲ ਜਮਾਤ ਸੀ ਉਹਨਾਂ ਦੀ ਤਾਂ ਉਹਨਾਂ ਨੇ ਇੱਕ ਸਲੋਗਨ ਜਿਹੜਾ ਪੈਦਾ ਕੀਤਾ ਸੀ ਉਹ ਇਹ ਸੀ ਯੂ ਵਿਲ ਇਟ ਯੂ ਵੈਨ ਇਟ ਵੈਨ ਇਟ ਹੈ ਨਾ ਜੇ ਤੁਸੀਂ ਨਿਸ਼ਚਾ ਕਰ ਲੈਣੇ ਹੋ ਤਾਂ ਤੁਸੀਂ ਜਿੱਤੋਗੇ ਉਹੀ ਗੱਲ ਹੈ ਜਿਹੜੀ ਮਹਾਰਾਜ ਕਹਿ ਰਹੇ ਆ 300 ਸਾਲ ਪਹਿਲਾਂ ਨਿਸ਼ਚੈ ਕਰ ਆਪਣੀ ਜੀਤ ਕਰੋ ਜੇ ਤੁਸੀਂ ਨਿਸ਼ਚਾ ਕਰ ਲੋਗੇ ਤੁਹਾਨੂੰ ਕੋਈ ਹਰਾ ਨਹੀਂ ਸਕਦਾ ਤੇ ਜਿੱਥੇ ਜਿੱਥੇ ਤੁਸੀਂ ਦੇਖ ਲਓ ਪੰਥ ਨੇ ਜਿੱਥੇ ਨਿਸ਼ਚਾ ਕੀਤਾ ਭਾਵੇਂ ਤੁਸੀਂ ਬਾਬਾ ਦੀਪ ਸਿੰਘ ਜੀ ਦੀ ਸਾਖੀ ਲੈ ਲਓ ਭਾਵੇਂ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਜਿਹੜੇ ਅਕਾਲ ਤਖਤ ਸਾਹਿਬ ਦੇ ਸ਼ਹੀਦ ਹੋਇਆ ਵੀ 30 ਸਿੰਘ ਹੈ ਤੇ ਮੈਂ ਤੁਹਾਨੂੰ ਦੱਸਦਾ ਵੀ ਕਮਾਲ ਦੀ ਸਾਖੀ ਨਿਸ਼ਚਾ ਕਿੰਦੀ ਕਮਾਲ ਦੀ ਚੀਜ਼ ਹੈ ਹਲਾਗੇ ਲੰਬਾ ਹੋ ਜੂਗਾ ਗੱਲ ਪਰ ਫਿਰ ਵੀ ਬਾਬਾ ਸੁੱਖਾ ਸਿੰਘ ਭਾਈ ਸੁੱਖਾ ਸਿੰਘ ਜਿਨ੍ਹਾਂ ਨੂੰ ਜਿਹੜੇ ਬਾਬਾ ਸੁੱਖਾ ਸਿੰਘ ਤੇ ਮਹਤਾਬ ਸਿੰਘ ਜਿਨ੍ਹਾਂ ਨੇ ਮੱਸੀ ਰੰਗੜ ਦਾ ਸਿਰ ਲਾਇਆ ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਬਾਬਾ ਸੁੱਖਾ ਸਿੰਘ ਭਾਈ ਸੁੱਖਾ ਸਿੰਘ ਤੇ 10 ਨਾਵਲ ਲਿਖੇ ਜਾ ਸਕਦੇ ਐਡਾ ਕਮਾਲ ਜੀਵਨ ਐਡਾ ਵਿਸ਼ਾਲ ਉਹਨਾਂ ਨੇ ਕਿਹਾ ਮੱਲਾ ਮਾਰੀਆਂ ਨੇ ਹਰੇਕ 18ਵੀਂ ਸਦੀ 'ਚ ਤੁਸੀਂ ਹਰੇਕ ਵੱਡੀ ਮੱਲ ਜਿਹੜੀ ਕੋਈ ਪੰਥ ਨੇ ਮਾਰੀ ਇਕੱਠੇ ਹੋਏ ਉਥੇ ਬਾਬਾ ਸੁੱਖਾ ਜੰਗ ਦਾ ਨਾਮ ਆਊਗਾ ਹੀ ਆਊਗਾ ਬਾਬਾ ਸੁੱਖਾ ਸਿੰਘ ਜੀ ਜਦੋਂ ਅ ਦਿਵਾਨ ਕੌੜਾ ਮੱਲ ਇੱਕ ਜੰਗ ਦੇ ਵਿੱਚ ਜਦੋਂ ਚੜਾਈ ਕਰ ਜਾਂਦੇ ਆ ਤਾਂ ਉਸ ਤੋਂ ਬਾਅਦ ਪੰਥ ਜਦੋਂ ਰਾਤ ਨੂੰ ਅਬਦਾਲੀ ਨਾਟਕ ਕਰ ਰਹੇ ਹਣ ਅਬਦਾਲੀ ਨਾਲ ਪੰਥ ਬਾਬਾ ਜੀ ਦਾ ਬਾਬਾ ਜੀ ਜਾਂ ਸਾਰਾ ਪੰਥ ਰਲ ਕੇ ਅ ਦਿਵਾਨ ਕੌੜਾ ਮਲ ਜੀ ਨਾਲ ਤਾਂ ਅਬਦਾਲੀ ਨਾਲ ਟੱਕਰ ਲੈ ਰਿਆ ਤਾਂ ਜਿੱਦਣ ਦੀਵਾਨ ਸਾਹਿਬ ਚੜ੍ਹਾਈ ਕਰ ਜਾਂਦੇ ਆ ਜੰਗ 'ਚ ਤਾਂ ਪੰਥ ਰਾਵੀ ਦਰਿਆ ਦੇ ਕੰਢੇ ਤੇ ਇੱਕ ਥਾਂ ਤੇ ਪੜਾ ਕੇ ਹੀ ਖੜਾ ਰਾਵੀ ਦਰਿਆ ਦੇ ਪਰਲੇ ਪਾਸੇ ਅਬਦਾਲੀ ਦੀਆਂ ਫੌਜਾਂ ਕਮਾਲ ਦੀ ਸਾਖੀ ਜਿਹੜੀ ਆਪਾਂ ਨਿਸ਼ਚੇ ਦੀ ਗੱਲ ਕਰਦੇ ਆ ਕਿੱਡਾ ਨਿਸ਼ਚਾ ਹੁੰਦਾ ਤਾਂ ਅਮਰਤ ਵੇਲੇ 1.5 2 ਵਜੇ ਕਿਤੇ ਬਾਬਾ ਜੀ ਉੱਠੇ ਆ ਤੇ ਉਹ ਕਹਿੰਦੇ ਵੀ ਇਸ਼ਨਾਨ ਪਾਣੀ ਕਰਨ ਚੱਲੇ ਆ ਮੈਂ ਦਲ ਬੈਠਾ ਹੈ ਨਾ ਪੜਾ ਲਾਇਆ ਹੋਇਆ ਉੱਥੇ ਤੇ ਦਰਿਆ 'ਚ ਇਸ਼ਨਾਨ ਕਰਨ ਚੱਲੇ ਆ ਦਰਿਆ ਤੋਂ ਪਾਰ ਅਬਦਾਲੀ ਬਾਬਾ ਜੀ ਉੱਠੇ ਆ ਕਹਿੰਦੇ ਇਸ਼ਨਾਨ ਪਾਣੀ ਕਰਨ ਜਾਣੇ ਆ ਇਸ਼ਨਾਨ ਕਰਨ ਆ ਰਹੇ ਆ ਰਾਵੀ ਦਰਿਆ 'ਤੇ ਕੋਠ ਕੋਸ਼ਕ ਪੁਚੰਗੀ ਸਿੰਘ ਹੋਰ ਉੱਠੇ ਬਾਬਾ ਜੀ ਇਹ ਤੁਹਾਡੇ ਨਾਲ ਹੀ ਜਾਂਦੇ ਭਾਈ ਭਾਈ ਸੁੱਖਾ ਸਿੰਘ ਜੀ ਦੀ ਗੱਲ ਹੈ ਬਾਬਾ ਸੁੱਖਾ ਸਿੰਘ ਤਾਂ ਉਹ ਜਦੋਂ ਪੁਚੰਗੀ ਵੀ ਉੱਠੇ ਆ ਤੇ ਉਹ ਨਾਲ ਇਸ਼ਨਾਨ ਕਰਨ ਰਾਵੀ ਦਰਿਆ 'ਚ ਚੱਲੇ ਆ ਤੇ 12 ਦੇ ਕਰੀਬ 12 13 ਦੀ ਗਿਣਤੀ ਬਣਦੀ ਹੈ ਤਾਂ ਉਹਦੇ 'ਚ ਭਾਈ ਰਾਏ ਸਿੰਘ ਵੀ ਹੈ ਭਾਈ ਮਤਾਬ ਸਿੰਘ ਦਾ ਜਿਹੜਾ ਪੁਚੰਗੀ ਹੈ ਜਿਹਦੇ گاਹ ਭਾਈ ਰਤਨ ਸਿੰਘ ਪੰਗੂ ਪੁਚੰਗੀ ਹੈ ਜਿਹਨਾਂ ਦੇ ਤਾਂ ਬਾਬਾ ਸੁੱਖਾ ਸਿੰਘ ਜੀ ਰਾਵੀ 'ਚ ਇਸ਼ਨਾਨ ਕਰਨ ਆਏ ਆ ਇਹ 10 12 ਜਿੰਨੇ ਕੁ ਸਿੰਘ ਹੈ ਇਹ ਰਾਵੀ 'ਚ ਇਸ਼ਨਾਨ ਕਰਨ ਵਾਸਤੇ ਜਦੋਂ ਵੜੇ ਆ ਟਿਕੀ ਰਾਤ ਹੈ ਅਮਰਤ ਵੇਲ ਹੈ ਜਿਹੜਾ ਉਹ ਮੁਗਲਾਂ ਦੀ ਦਾ ਰਾਤ ਹੀ ਹੈ ਤਾਂ ਜਦੋਂ ਟਿਕੀ ਰਾਤ ਖੜਕਾ ਹੁੰਦਾ ਜਾਂ ਦਰਿਆ 'ਚ ਕਿਸੇ ਦੇ ਵੜਨ ਦੀ ਆਵਾਜ਼ ਆਉਂਦੀ ਹੈ ਤੇ ਜਿਹੜੇ ਉਹਨਾਂ ਦੇ ਸੂਹੀ ਹੈ ਪਰਲੇ ਪਾਸੇ ਉਹਨਾਂ ਨੂੰ ਲੱਗਦਾ ਵੀ ਸਿੱਖ ਹਮਲਾ ਕਰ ਰਹੇ ਹੈ ਕਿਉਂਕਿ ਉਹਨਾਂ ਨੇ ਸੁਣਿਆ ਵੈ ਵੀ ਗਰੀਲੇ ਹੈ ਰਾਤ ਨੂੰ ਹਮਲਾ ਕਰਦੇ ਹੈ ਭੱਜ ਕੇ ਸੂਈਆਂ ਨੇ ਜਾ ਕੇ ਅਫਦਾਲੀ ਨੂੰ ਕਿਹਾ ਜੀ ਸਿੱਖ ਹਮਲਾ ਕਰ ਰਹੇ ਹੈ ਦਰਿਆ ਪਾਰ ਕਰਨ ਲੱਗੇ ਹੁਣ ਦੂਰੋਂ ਦੇਖ ਰਿਹਾ ਨਹੀਂ ਕਿਵੇਂ ਹੈ ਅਫਦਾਲੀ ਆਪ ਅੱਗੇ ਆਇਆ ਦੇਖ ਦੇਖਦਾ ਵੀ ਮੌਕਾ ਦੇਖਣ ਵਾਸਤੇ ਰਾਵੀ ਦਰਿਆ ਦੇ ਇਧਰਲੇ ਪਾਸੇ ਅਬਦਾਲੀ ਖੜਾ ਪਰਲੇ ਪਾਸੇ ਬਾਬਾ ਜੀ ਹੁਰੀ ਇਸ਼ਨਾਨ ਕਰ ਰਹੇ ਜਦੋਂ ਬਾਬਾ ਜੀ ਹੁਰੀ ਇਸ਼ਨਾਨ ਕਰਦੇ ਕਰਦੇ ਬਾਣੀ ਪੜਦੇ ਪੜਦੇ ਦਿਮਾਲੇ ਸਜਾਰੇ ਆ ਰਾਵੀ ਦਰਿਆ 'ਚ ਹੀ ਖੜੇ ਆ ਦਿਮਾਲੇ ਸਜਾਰੇ ਆ ਜਦੋਂ ਉਹ 10-12 ਮੂਰਤਾਂ ਦੇਖੀਆਂ ਅਬਦਾਲੀ ਨੇ ਕਹਿੰਦੇ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਹਨੇ ਆਪਦੇ ਸਪਾਈਆਂ ਨੂੰ ਆਪਦੇ ਸੂਬੇਦਾਰਾਂ ਨੂੰ ਆਪਦੇ ਸੈਨਾਪਤੀਆਂ ਨੂੰ ਕਿਹਾ ਕਹਿੰਦਾ ਐ ਐ ਜਾਪ ਰਿਹਾ ਜਿਵੇਂ ਅੱਲਾਹ ਕਾਲ ਪੁਰਖ ਧਰਤੀ ਤੇ ਇਸ਼ਨਾਨ ਕਰਨ ਆਇਆ ਹੋਵੇ ਇਹ ਉਹਦੇ ਖਾਸ ਅੰਗ ਰੱਖੇ ਕੋਣ ਇਸ ਕਰਕੇ ਇਹਨਾਂ ਨੂੰ ਇਹ ਇਹ ਹਮਲਾ ਕਰਨਗੇ ਆਪਾਂ ਜਿੱਤ ਨਹੀਂ ਸਕਾਂਗੇ ਤਕੜੇ ਹੋ ਜੋ ਅਬਦਾਲੀ ਚਾਰ ਟੁਕਰੀਆਂ ਬਣਾਉਂਦਾ ਆ ਆਪਣੀ ਫੌਜ ਦੀਆਂ ਮਤਲਬ ਸਾਰੀ ਫੌਜ ਦੀਆਂ ਨਹੀਂ ਚਾਰ ਵੱਡੀਆਂ ਟੁਕਰੀਆਂ ਬਣਾਉਂਦਾ ਵੈਸੇ ਬਾਕੀ ਫੌਜ ਪਿੱਛੇ ਖੜੀ ਐ 12 12000 ਦੇ ਚਾਰ ਜਥੇ 12 1248 48000 ਫੌਜ 12 ਸਿੰਘਾਂ ਨਾਲ ਲੜ ਰਹੀ ਐ ਤੇ 12 ਸਿੰਘਾਂ ਨੂੰ ਪਤਾ ਲੱਗ ਜਾਂਦਾ ਇਹਨਾਂ ਨੂੰ ਬਾਬਾ ਸੁੱਖਾ ਸਿੰਘ ਹੋਰਾਂ ਨੂੰ ਵੀ ਉਹ گاؤں ਉਹਨਾਂ ਨੂੰ ਆਏ ਲੱਗਦਾ ਵੀ ਅਸੀਂ ਹਮਲਾ ਕਰਤਾ ਹੁਣ ਇਹ ਕਹਿੰਦੇ ਪਛਾਣ ਨਹੀਂ ਮੋੜਨਾ ਝੂਠੇ ਪੈ ਜਾਗੇ ਨਾਲੇ ਤਾਂ ਅਬਦਾਲੀ ਦੇ ਮੂਰੇ ਤੇ ਨਾਲੇ ਜਦੋਂ ਪੰਥ ਕੋਲੇ ਖਬਰ ਜਾਊਗੀ ਕੀ ਕਵਾਂਗੇ ਵੀ ਜਦੋਂ ਉਹਨਾਂ ਨੂੰ ਅਫਦਾਲੀ ਨੂੰ ਲੱਗਿਆ ਵੀ ਇਹ ਹਮਲਾ ਕਰਨਾ ਇਹ ਤੁਸੀਂ ਪਛਾਣ ਮੋੜਾ 12 ਸਿੰਘਾਂ ਨੇ ਟੱਕਰ ਲਈ 48000 ਅਫਦਾਲੀ ਦੇ ਸਪਾਹੀਆਂ ਨਾਲ ਸੋ ਇਹ ਦੇਖੋ ਤੁਸੀਂ ਵੀ ਦ੍ਰਿੜਤਾਈ ਹੈ ਨਾ ਨਿਸ਼ਚਾਈ ਹੈ ਨਾ ਉੱਥੇ ਬਾਬਾ ਜੀ ਫਿਰ ਸ਼ਹਾਦਤ ਵੀ ਬਾਬਾ ਜੀ ਦੀ ਉਸੇ ਰੰਗ ਚ ਹੀ ਹੋਈ ਹੈ ਤੇ ਉੱਥੇ ਬਾਬਾ ਜੀ ਨੇ ਜਿਹੜਾ ਹੈਗਾ ਅਫਦਾਲੀ ਨੂੰ ਲਬਦੇ ਲਬਦੇ ਉਹ ਆਪਾਂ ਕਦੇ ਫੇਰ ਗਾਂ ਸਾਖੀ ਦੀ ਗੱਲ ਕਰਾਂਗੇ ਲੰਬੀ ਸਾਖੀ ਹੈ ਪਹਿਲੀ ਵਾਰੀ ਕਹਿੰਦੇ ਜੰਗ ਦੇ ਮੈਦਾਨ ਚ ਕਿਤੇ ਬਾਬਾ ਜੀ ਡਿੱਗੇ ਜਦੋਂ ਡਿੱਗੇ ਜਿਹੜੀ ਵਾਰੀ ਪਹਿਲੀ ਵਾਰੀ ਉਹ ਡਿੱਗੇ ਉੱਥੇ ਉਹ ਸ਼ਹੀਦ ਹੋਏ ਹੈ ਤਾਂ ਉਹਨਾਂ ਨੇ ਨਿਸ਼ਚਾ ਕੀਤਾ ਸੀ ਵੀ ਆਪਾਂ ਇਹ ਨਹੀਂ ਅਫਦਾਲੀ ਦੇ ਜਾਂ ਉਹਦੀਆਂ ਫੌਜਾਂ ਦੇ ਮਨ ਚ ਜਾਣ ਦੇਣਾ ਵੀ 12 ਸਿੰਘ ਮਤਲਬ ਜਿਹੜੇ ਸਿੰਘ ਹੈ ਉਹ ਹਮਲਾ ਕਰਨ ਆ ਰਹੇ ਸੀ ਤੇ ਅਸੀਂ ਇਕੱਠੇ ਹੋ ਕੇ ਜਦੋਂ ਸਾਨੂੰ ਵੇਖਿਆ ਉਹ ਵਾਪਸ ਮੁੜ ਗਏ ਕੋਈ ਮਨ ਦੇ ਮਨ ਚ ਇਹ ਗੱਲ ਨਹੀਂ ਜਾਣੀ ਚਾਹੀਦੀ 12 ਦੇ 12 ਸਿੰਘ ਹਾਲਾਂਕਿ ਉਹ ਇਸ਼ਨਾਨ ਕਰਨ ਆਏ ਸੀ ਜੰਗ ਕਰਨੀ ਆਏ ਸੀ ਉਹਨਾਂ ਨੇ ਜਾ ਕੇ 48000 ਫੌਜ ਨਾਲ ਟੱਕਰ ਲਈ ਇਹ ਹੁੰਦਾ ਬਾਬਾ ਜੀ ਨਿਸ਼ਚੈ ਜਦੋਂ ਤੁਹਾਡਾ ਨਿਸ਼ਚੈਦ ਰਹਿੜ ਹੋ ਇਹ 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 ਸਾਖੀਆਂ ਨੇ ਜਿਹੜੀਆਂ ਸਾਨੂੰ ਤਾਕਤ ਦਿੰਦੀਆਂ ਨੇ ਜਿਹੜੀਆਂ ਸਾਨੂੰ ਪ੍ਰੇਰਣਾ ਦਿੰਦੀਆਂ ਨੇ ਵੀ ਤੁਸੀਂ ਕੌਣ ਹੋ ਕਿੱਥੋਂ ਆਏ ਹੋਣ ਇਹ ਆਊਗਾ ਤਾਂ ਹਨ ਹਨੇ ਪਾਤਸ਼ਾਹੀ ਦਾ ਇੱਕ ਅਜਿਹਾ ਰੂਪ ਇੱਕ ਇਹ ਅਜਿਹਾ ਚਲਕਾਰਾ ਸੀ ਤੁਹਾਨੂੰ ਮੋੜ ਅਗਲੇ ਹਿੱਸੇ ਦੇ ਵਿੱਚ ਦਿਖਾਵਾਂਗੇ ਜਿੱਥੇ ਕਿ ਗੁਰਦੁਆਰਾ ਸ਼ਹੀਦੀ ਬਾਗ ਜਿੱਥੇ ਨਿਹੰਗ ਸਿੰਘਾਂ ਦਾ ਵਾਸਾ ਆ ਤੇ ਕਿਸ ਤਰ੍ਹਾਂ ਅੱਜ ਵੀ ਉਹਨਾਂ ਰੂਹਾਂ ਦੇ ਵਿੱਚ ਨਵੇਂ ਸਰੀਰ ਨਵੇਂ ਜਾਮੇ ਜਿਹੜੇ ਆਏ ਹੋਏ ਆ ਤੇ ਉਹਨਾਂ ਦੇ ਵਿੱਚ ਉਹ 18ਵੀਂ ਸਦੀ ਦੇ ਸਿੰਘਾਂ ਦੀ ਚਲਕਾਰੇ ਪੈਂਦੇ ਆ ਤਾਂ ਗੱਲਬਾਤ ਦੌਰਾਨ ਜਗਦੀਪ ਸਿੰਘ ਜੀ ਤੁਸੀਂ ਦੱਸਿਆ ਕਿ ਜਿੱਦਾਂ ਲੋਕ ਕੁਝ ਸਾਖੀਆਂ ਪੰਥ ਪ੍ਰਕਾਸ਼ ਚੋਂ ਨੇ ਕੁਝ ਹੋਰ ਜਿਹੜਾ ਪ੍ਰਾਤਨ ਗ੍ਰੰਥਾ ਚੋਂ ਸਾਖੀਆਂ ਵੀ ਜਿੱਦਾਂ ਸਫਰ ਕਰਦੀਆਂ ਟਰੈਵਲ ਕਰਦੀਆਂ ਤਾਂ ਇਹ ਜਗ੍ਹਾ ਦੇ ਨਾਲ ਵੀ ਜਿੱਥੇ ਆਪਾਂ ਇਸ ਖਲੋਤੇ ਹੋਏ ਆ ਇਸ ਵਕਤੇ ਜਿਹੜਾ ਇਤਿਹਾਸਿਕ ਬੋਰਡ ਹੈ ਇਹਦੇ ਨਾਲ ਵੀ ਸੰਬੰਧ ਹੈਗਾ ਇਹਨਾਂ ਚੀਜ਼ਾਂ ਦਾ ਬਾਬਾ ਜੀ ਜਿਹੜੀਆਂ ਸਾਖੀਆਂ ਦੇ ਟਰੈਵਲ ਕਰਨ ਦੀ ਗੱਲ ਹੈ ਸਫਰ ਕਰਨ ਦੀ ਗੱਲ ਹੈ ਜਿਵੇਂ ਆਪਾਂ ਕੱਲ ਬਜ਼ੁਰਗਾਂ ਦੀ ਸਾਖੀ ਨੇ ਵੀ ਉਹਦੇ ਕੋਲੇ ਪਹੁੰਚ ਜਾਣਾ ਹੁੰਦਾ ਜੀ ਨੂੰ ਸੁਣਾਈ ਜਾਣੀ ਹੁੰਦੀ ਹੈ ਪੰਥ ਪ੍ਰਕਾਸ਼ ਪੜਨ ਤੋਂ ਵੀ ਪਹਿਲਾਂ ਜਿਵੇਂ ਮੈਂ ਕਿਹਾ ਸੀ ਦਿਬਾਗ ਜਦੋਂ ਮੈਂ ਆ ਕੇ ਰਹਿਣਾ ਸ਼ੁਰੂ ਕੀਤਾ ਆ ਤਾਂ ਇੱਥੇ ਸਿੰਘਾਂ ਦੇ ਵਿਚਰਦੇ ਸਿੰਘਾਂ ਦੇ ਜੀਵਨ ਤੇ ਸਾਰਿਆਂ ਦਾ ਪ੍ਰਭਾਵ ਸਾਖੀਆਂ ਪੰਥ ਪ੍ਰਕਾਸ਼ ਪੜਨ ਤੋਂ ਪਹਿਲਾਂ ਵੀ ਆਉਣ ਲੱਗੀਆਂ ਸੀ ਕੋਲੇ ਬਾਬਾ ਜੀ ਹੋਰੀ ਬਾਬਾ ਸ਼ਕਤੀ ਸਿੰਘ ਜੀ ਤੇ ਅਸੀਂ ਇਕੱਠੇ ਰਹਿੰਦੇ ਰਹੇ ਹਾਂ ਪਿੱਛੇ ਉਹਨਾਂ ਕਮਰਿਆਂ 'ਚ ਤਾਂ ਬਾਬਾ ਜੀ ਇੱਕ ਦਿਨ ਮੈਨੂੰ ਕੋਈ ਸੀ ਦੀ ਦੇ ਗੰਤਿਆਰ ਕਰਦੇ ਕੋਈ ਇੱਕ ਸਾਖੀ ਸੁਣਾਉਂਦੇ ਸੀ ਤੇ ਉਹ ਮੈਂ ਪੰਥ ਪ੍ਰਕਾਸ਼ ਚ ਬਹੁਤ ਮਗਰੋਂ ਪੜੀ ਉਹ ਸਾਖੀ ਹੰਨੇ ਹੰਨੇ ਪਾਸੇ ਚਾਈ ਵੀ ਹੈ ਉਹ ਸਾਖੀ ਤੁਹਾਨੂੰ ਬਾਬਾ ਜੀ ਸੁਣਾਉਣਗੇ ਭਾਈ ਤਾਰੂ ਸਿੰਘ ਜੀ ਦੀ ਸਾਖੀ ਹੈ ਤੁਸੀਂ ਇਹਨਾਂ ਤੋਂ ਸੁਣੋ ਜੀ ਬਿਲਕੁਲ ਜੀ ਵਾਹਿਗੁਰੂ ਜੀ ਕਹਾਂ ਸਾਹ ਵਾਹਿਗੁਰੂ ਜੀ ਕੀ ਫਤਿਹ ਜੀ ਜੇ ਸਮੇਂ ਨਾ ਜੀ ਭਾਈ ਤਾਰੂ ਸਿੰਘ ਜੀ ਨੂੰ ਮੁਗਲ ਫੜ ਕੇ ਲੈ ਗਏ ਸੀ ਨਾ ਜੀ ਤੇ ਉਦੋਂ ਜਦੋਂ ਸਾਰਾ ਉਹ ਵਰਤਾਰਾ ਵਰਤਿਆ ਤੇ ਭਾਈ ਤਾਰੂ ਸਿੰਘ ਜੀ ਨੂੰ ਅੰਦਰ ਵੀ ਸਾਨੂੰ ਮਾਫੀ ਦੇ ਦਿਓ ਉਹ ਕਹਿੰਦੇ ਮੈਂ ਕੌਣ ਹਾਂ ਨਾ ਮਾਫ ਕਰਨ ਵਾਲਾ ਮਾਫ ਤਾਂ ਗੁਰੂ ਦਾ ਪੰਥ ਖਾਲਸਾ ਹੀ ਕਰ ਸਕਦਾ ਏ ਉਹ ਬਖਸ਼ਣ ਆ ਰ ਮੈਂ ਤੇ ਪੰਥ ਖਾਲਸੇ ਦੇ ਚਰਨਾਂ ਦੀ ਧੂੜ ਆ ਵੀ ਇੰਨੀ ਨਿਮਰਤਾ ਹੀ ਭਾਈ ਤਾਰੂ ਸਿੰਘ ਜੀ ਦੇ ਵਿੱਚ ਹਾਲਾਂਕਿ ਖੁਦ ਉਹ ਸਾਰੀਆਂ ਸ਼ਕਤੀਆਂ ਦੇ ਮਾਲਕ ਹੀ ਪਰ ਫਿਰ ਵੀ ਉਹਨਾਂ ਨੇ ਆਖਿਆ ਵੀ ਪੰਥ ਦੇ ਕੋਲ ਜਾਓ ਪੰਥ ਜੋ ਹੁਕਮ ਕਰੇਗਾ ਉਵੇਂ ਹੀ ਸਿਰ ਮੱਥੇ ਹੋਊਗਾ ਜਦੋਂ ਉਹ ਮੁਗਲਾਂ ਦੇ ਗਏ ਪੈਰੋਕਾਰ ਤੇ ਪੰਥ ਖਾਲਸੇ ਦੇ ਜਾ ਕੇ ਛਰਨੇ ਪਏ ਤੇ ਉਹਨਾਂ ਆਖਿਆ ਵੀ ਭਾਈ ਤਾਰੂ ਸਿੰਘ ਜੀ ਦੇ ਜਿਹੜੇ ਆ ਚਰਨਾ ਦੀ ਜਿਹੜੀ ਜੁੱਤੀ ਆ ਉਹ ਜਦੋਂ ਮਾਰੀ ਜਾਊਗੀ ਉਹਦੇ ਸਿਰ ਤੇ ਮੁਗਲ ਦੇ ਪਾਪੀ ਦੇ ਸਿਰ ਤੇ ਮਾਰੀ ਜਾਊਗੀ ਤੇ ਫੇਰ ਜਾ ਕੇ ਉਹਦੀ ਗਤੀ ਹੋਊਗੀ ਜਦੋਂ ਵਾਪਸ ਆਇਆ ਇਹਨਾਂ ਦੇ ਭਾਈ ਤਾਰੂ ਸਿੰਘ ਜੀ ਨੇ ਫਦੇ ਬੁਲਾਈ ਤੇ ਕਹਿੰਦੇ ਜਦੋਂ ਇਹ ਸਾਰਾ ਉਹਨਾਂ ਨੇ ਦੱਸਿਆ ਵੀ ਵਰਤਾਰਾ ਵੀ ਪੰਥ ਖਾਲਸਾ ਨੇ ਇਹ ਹੁਕਮ ਕੀਤਾ ਵੀ ਭਾਈ ਤਾਰੂ ਸਿੰਘ ਜੀ ਆਪ ਜੀ ਦੇ ਚਰਨਾਂ ਦੀ ਜੁੱਤੀ ਜਦੋਂ ਉਹਦੇ ਮੁਗਲ ਦੇ ਸਿਰ ਤੇ ਵੱਜੂਗੀ ਨਾ ਤੇ ਫੇਰ ਉਹਦਾ ਛਡਕਾਰ ਆਣਾ ਵਾ ਤਾਂ ਭਾਈ ਤਾਰੂ ਸਿੰਘ ਜੀ ਨੇ ਉਸ ਸਮੇਂ ਬਜਨ ਕੀਤਾ ਸੀ ਕਹਿੰਦੇ ਇਹ ਪੰਥ ਖਾਲਸਾ ਏਡਾ ਮਹਾਨ ਹੈ ਵੀ ਜਦੋਂ ਇਹ ਸ਼ਹੀਦੀ ਦੇ ਦੇਗਾਂ ਦਾ ਰਗੜਾ ਪਾ ਕੇ ਸਲੋਤਰ ਖੜਾ ਕਰਦੇ ਨੇ ਨਾ ਤੇ ਵੱਡੇ ਵੱਡੇ ਮੁਗਲਾਂ ਦੇ ਸਿਰਾਂ ਤੋਂ ਸ਼ਦਰ ਉੱਡ ਜਾਂਦੇ ਨੇ ਤੇ ਐਡਾ ਇਹ ਪੰਥ ਖਾਲਸੇ ਨੂੰ ਮਹਾਰਾਜ ਕਲਗੀਧਰ ਪਾਸ਼ਾ ਨੇ ਬਲ ਬਖਸ਼ਿਆ ਏ ਕਿ ਜਿਹਦੇ ਵੱਲ ਕੈੜੀ ਨਿਗਾਹ ਕਰ ਲੈਣ ਉਹਦੀਆਂ ਜੜਾਂ ਵੀ ਪੁੱਟ ਦਿੰਦੇ ਨੇ ਤੇ ਜੇ ਕਿਸੇ ਨੂੰ ਬਖਸ਼ਣ ਤੇ ਆ ਜਾਣ ਤੇ ਫਿਰ ਇਹ ਵੱਡੇ ਵੱਡੇ ਪਾਪੀ ਜਾਮਲ ਪਾਪੀ ਵਰਗੇ ਵੀ ਭਾਵੇਂ ਹੋਣ ਇਹ ਮਹਾਰਾਜ ਕਾਲਪੁਰਖ ਦਾ ਇਹ ਪੰਥ ਹੈ ਇਹ ਉਹਨਾਂ ਨੂੰ ਵੀ ਬਖਸ਼ ਦਿੰਦੇ ਤੇ ਇਹ ਮਹਾਰਾਜ ਨੇ ਵੀ ਐਡਾ ਵੱਡਾ ਇਹ ਪੰਥ ਨੂੰ ਮਹਾਨਤਾ ਬਖਸ਼ੀ ਹੈ ਨਾਵਲ ਦੇ ਵਿੱਚ ਇਹ ਸਾਖੀ ਹੋਣ ਕਰਕੇ ਤਾਂ ਅਸੀਂ ਇਹ ਨਾਲ ਨਿਸ਼ਾਨ ਸਾਹਿਬ ਦਾ ਇਤਿਹਾਸ ਸਾਨੂੰ ਜ਼ਰੂਰ ਦੱਸਦੇ ਹਾਂ ਕਿਉਂਕਿ ਨਾਵਲ ਦਾ ਹੀ ਇੱਕ ਹਿੱਸਾ ਹੈਗਾ ਇਤਿਹਾਸ। ਹਾਂਜੀ। ਇਹ ਜਿਹੜਾ ਬੋਰਡ ਸਾਹਿਬ ਹੈ ਨਾ ਜੀ ਇਹਦੇ ਥੱਲੇ ਗੁਰੂ ਕਲਗੀਧਰ ਸਾਹਿਬ ਮਹਾਰਾਜ ਦਾ ਪ੍ਰਥਾ ਪ੍ਰਸਾਦੀਆਥੀ ਬਾਈ ਦਾ ਹੁੰਦਾ ਹੈ ਜੀ। ਜਿਹੜਾ ਪ੍ਰਥਾਦੀਆਥੀ ਸੀ ਨਾ ਜੀ ਹੁਣ ਆਪਣੇ ਇਥੇ ਕਥਾ ਦਾ ਵੀ ਵਿਚ ਵੀ ਪ੍ਰਸੰਗ ਚੱਲਦਾ ਏ। ਰਾਜਾ ਰਤਨ رائے ਹੋਇਆ ਜੀ ਸਾਹਮ ਦਾ। ਉਹਨੇ ਮਹਾਰਾਜ ਨੂੰ ਹਾਥੀ ਪੇਟ ਕੀਤਾ ਸੀ। ਉਹ ਕਹਿੰਦੇ ਵੀ ਹਾਥੀ ਬਾਬਾ ਜੀ ਜ਼ਿਆਦਾ ਵੱਡਾ ਨਹੀਂ ਸੀ। ਛੋਟੇ ਜਿਹੇ ਕੱਦ ਦਾ ਹਾਥੀ ਮਧਰਾ ਛੋਟਾ ਹਾਥੀ ਜਿਹੜਾ ਹੋਗਾ ਨਾ ਮਧਰੇ ਜੇ ਕੱਦ ਦਾ ਉਹ ਵੱਡੇ ਹਾਥੀ ਨਾਲੋਂ ਜ਼ਿਆਦਾ ਸੋਹਣਾ ਲੱਗਦਾ ਵਾ ਤੇ ਉਹ ਕਹਿੰਦੇ ਵੀ ਚਿੱਟੇ ਰੰਗ ਦਾ ਬਾਬਾ ਜੀ ਹਾਥੀ ਸੀ ਤੇ ਸੁੰਡ ਤੋਂ ਲੈ ਕੇ ਨਾ ਪੂਛ ਤੱਕ ਉਹਦੇ ਕਾਲੀ ਧਾਰੀ ਸੀ ਉਹਦੇ ਸਰੀਰ ਦੇ ਉੱਤੇ ਤੇ ਮੱਥੇ ਦੇ ਉੱਤੇ ਇੱਕ ਚੰਦਰਮਾ ਬਣਿਆ ਸੀ ਉਹ ਕਹਿੰਦੇ ਵੀ ਹਾਥੀ ਜਿਹੜਾ ਸੀ ਨਾ ਬਾਬਾ ਜੀ ਉਹ ਮਹਾਰਾਜ ਨੂੰ ਉਹਨੇ ਚੌਰ ਸਾਹਿਬ ਕਰਨਾ ਤੇ ਮਹਾਰਾਜ ਨੂੰ ਉਹਨੇ ਮਹਾਰਾਜ ਦੇ ਚਰਨ ਧਵਾਉਣੇ ਬੜੇ ਚੋਜ ਕਰਨੇ ਇਥੇ ਜਦੋਂ ਉਹ ਆਇਆ ਸੀ ਨਾ ਤੇ ਮਹਾਰਾਜ ਨੇ ਕਿਹਾ ਤਾਂ ਵੀ ਉਹਦੇ ਸੰਗਲ ਖੋਲ ਦੋ ਕਹਿੰਦੇ ਉਹਨੇ ਦੁਕਾਨਾਂ ਤੇ ਜਾਇਆ ਕਰਨਾ ਬਾਬਾ ਜੀ ਜਿਹੜੀ ਦੁਕਾਨ ਤੇ ਜਾਣਾ ਤੇ ਸ਼ੁਰੂ-ਸ਼ੁਰੂ ਚ ਉਥੋਂ ਫਲ ਫਰੂਟ ਖਾਣਾ ਤੇ ਸਾਮਾਨ ਖਲਾਰਦਿਆ ਕਰਨਾ ਤੇ ਕਲਗੀਧਰ ਪਾਸ਼ਾ ਮਹਾਰੇ ਨੇ ਆਖਿਆ ਕਹਿੰਦੇ ਹਾਥੀ ਨੂੰ ਹੁਣ ਮਤਲਬ ਸੰਗਲ ਨਹੀਂ ਪਾਉਣਾ ਇਹਨੂੰ ਬੰਨ ਕੇ ਨਹੀਂ ਰੱਖਣਾ ਇਹ ਹਾਠੀ ਸਾਡਾ ਖੁੱਲਾ ਹੀ ਰਹੂਗਾ ਦੁਕਾਨਦਾਰਾਂ ਨੇ ਆ ਕੇ ਬੇਨਤੀ ਕੀਤੀ ਮਹਾਰਾਜ ਜੀ ਸਾਡਾ ਨੁਕਸਾਨ ਕਰ ਜਾਂਦਾ ਮਹਾਰੇ ਨੇ ਆਖਿਆ ਵੀ ਜੇ ਇਸ ਕਿਸੇ ਦਾ ਵੀ ਨੁਕਸਾਨ ਹੁੰਦਾ ਹੈ ਉਹ ਆ ਕੇ ਖਜਾਨਚੀ ਸਿੰਘ ਪਾਸੋਂ ਆਪਣਾ ਦੱਸ ਕੇ ਨਾ ਵੀ ਕਿੰਨਾ ਕੁ ਨੁਕਸਾਨ ਹੋਇਆ ਉਹਨਾਂ ਲੈ ਜਾ ਕੇ ਰਿਹਰਜਾਨਾ ਜਦੋਂ ਇਹ ਗੱਲ ਵਾਪਰ ਗਈ ਨਾ ਜੀ ਤੇ ਉਹਨਾਂ ਹੀ ਵਪਾਰੀਆਂ ਦਾ ਕਹਿੰਦੇ ਨਜ਼ਰੀਆ ਬਦਲ ਗਿਆ ਉਹ ਕਰਿਆ ਕਰਨ ਮਹਾਰਾਜ ਦਾ ਵੀ ਓਦਾਂ ਪਤਾ ਨਹੀਂ ਬੌਣੀ ਹੋਣੀ ਹੈ ਕਿ ਨਹੀਂ ਹੋਣੀ ਮਹਾਰਾਜ ਦਾ ਹਾਥੀ ਇਥੇ ਚਰਨ ਪਾ ਜਾ ਕਰੇ ਦੇ ਸਾਡਾ ਵੀ ਇਥੇ ਹਨਾ ਵੀ ਦਿਹਾੜੀ ਬਣ ਜਾ ਕਰੂਗੀ ਇਸ ਬੂੜ ਦੇ ਨਾਲ ਉਹ ਹਾਥੀ ਵੱਜਦਾ ਹੁੰਦਾ ਸੀ ਤਾਂ ਨਾਵਲ ਹਨ ਹਨ ਪੀਰੀ ਦੇ ਵਿੱਚ ਭਾਈ ਨੰਦ ਲਾਲ ਸਾਹਿਬ ਦੇ ਲੰਗਰਾਂ ਦਾ ਵੀ ਜ਼ਿਕਰ ਹੈਗਾ ਇਹ ਸਾਖੀ ਵੀ ਹੈਗੀ ਹੈ ਤਾਂ ਹੁਣ ਅਸੀਂ ਉੱਥੇ ਹੀ ਖਲੋਤੇ ਆ ਤਾ ਇਹ ਕਿੰਨਾ ਖਾਸ ਆ ਇਹ ਚੀਜ਼ਾਂ ਜਦੋਂ ਗੁਰੂ ਮਹਾਰਾਜ ਦੇ ਬੜੇ ਪਿਆਰ ਦੀ ਜਿਹੜੀ ਸਾਖੀ ਆ ਭਾਈ ਨੰਦ ਲਾਲ ਸਾਹਿਬ ਦੇ ਲੰਗਰ ਛਕਣ ਵਾਲੀ ਹੈ ਨਾ ਗੁਰੂ ਪਾਛਮ ਜਦੋਂ ਲੰਗਰ ਛਕਾਇਆ ਉਹਨਾਂ ਨੇ ਬਿਲਕੁਲ ਬੱਬਾ ਜੀ ਇਹ ਉਹੀ ਪ੍ਰਾਤਨ ਲੰਗਰ ਹੈ ਤਰਨਤਾਲ ਕੋਲੇ ਪੜਾਇਆ ਜਿਹੜਾ ਸੀ ਦੀ ਬਾਗ ਦਾ ਉੱਥੇ ਇਹਨਾਂ ਨੇ ਸਾਮਕੇ ਰੱਖਿਆ ਹੋਇਆ ਕਹਿੰਦੇ ਵੀ ਮਹਾਰਾਜ ਇੱਕ ਸਮੇਂ ਦਾ ਪ੍ਰਸਾਦਾ ਇੱਥੇ ਛਕਦੇ ਹੁੰਦੇ ਸੀ ਭਾਈ ਨੰਦ ਲਾਲ ਜੀ ਬਾਰੇ ਉਹਨਾਂ ਦੀ ਸੇਵਾ ਬਾਰੇ ਸਾਰੀਆਂ ਪੰਥ ਜਾਨੂ ਇਹਨਾਂ ਸਾਰੀਆਂ ਗੱਲਾਂ ਤੋਂ ਤਾਂ ਮਰਿਆਦਾ ਇੱਥੇ ਉਹੀ ਚੱਲਦੀ ਬੱਬਾ ਜੀ ਜਦੋਂ ਮੈਂ ਕਈ ਵਾਰੀ ਗੱਲ ਕੀਤੀ ਹੈ ਹੁਣ ਵੀ ਆਪਾਂ ਉਹੀ ਗੱਲ ਕਰਦੇ ਆ ਵੀ ਜਦੋਂ ਮੈਂ ਪੰਥ ਪ੍ਰਕਾਸ਼ ਪੜ੍ਹ ਰਿਹਾ ਸੀ ਇੱਥੇ ਬੈਠਾ ਤਾਂ ਮੈਂ ਦੇਖਿਆ ਵੀ ਆਲੇ ਦੁਆਲੇ ਵਰਤਾਰੇ ਉਹੀ ਵਾਪਰ ਰਹੇ ਆ ਹੁਣ ਜਿਹੜੀ ਇੱਥੇ ਵੀ ਲੰਗਰ ਦੀ ਮर्याਦਾ ਹੈ ਇਹ ਉਹੀ ਪੰਥ ਦੀ ਜਿਹੜੀ ਪ੍ਰਾਤਨ ਮर्याਦਾ ਚੱਲੀ ਆਉਂਦੀ ਹੈ ਜਦੋਂ ਲੰਗਰ ਤਿਆਰ ਹੋ ਗਿਆ ਪ੍ਰਸ਼ਾਦਾ ਤਿਆਰ ਹੋ ਗਿਆ ਤਾਂ ਨਗਾਰਾ ਵੱਜੂਗਾ ਹੁਣ ਤੁਸੀਂ ਕਮਾਲ ਵੇਖੋ ਇਹਦੇ 'ਚ ਹੁਣ ਤਾਂ ਇੱਥੇ ਜਦੋਂ ਅਸੀਂ ਵਿਚਰ ਰਹੇ ਆ ਇਹ ਤਾਂ ਚਲੋ ਤੁਸੀਂ ਆਪਾਂ ਕਹਿ ਸਕਦੇ ਆ ਵੀ ਸਾਡੇ ਕੋਲੇ ਆਪਦੀ ਇੱਕ ਥਾਂ ਐ ਜਾਂ ਪੰਥ 100 ਵਾਰੈਂਟੀ ਨਾਲ ਵਿਚਰ ਰਿਹਾ ਸਾਰਾ ਕੁਝ ਇੱਕ ਸਮਾਂ ਸੀ ਜਦੋਂ ਪੰਥ ਜੰਗਲਾਂ 'ਚ ਵਿਚਰ ਰਿ ਜਿਵੇਂ ਛੋਟੇ ਘਲੂ ਘਰ ਦਾ ਮੰਨ ਲਓ ਸਮਾਂ ਉਹ ਸਮੇਂ ਪੰਥ ਜੰਗਲਾਂ ਚ ਵਿਚਰ ਰਿਹਾ ਆਲੇ ਦੁਆਲੇ ਲੱਖ ਪਤਰਾਏ ਹੋਰੀ ਸਾਰੇ ਕਿਹੜਾ ਪਾਈ ਬੈਠੇ ਆ ਜੰਗਲ ਚ ਸਿੰਘ ਬੈਠੇ ਆ ਪਰ ਮਰਿਆਦਾ ਤਾਂ ਫਾਲੋ ਕਰਨੀ ਆ ਸਾਰੀ ਮਰਿਆਦਾ ਦਾ ਪਾਲਣ ਕਰਨਾ ਹੈ ਜਿਹੜਾ ਜਿੰਨਾ ਕੁ ਰੁੱਖਾ ਮਿਸਾ ਸਿੰਘਾਂ ਕੋਲੇ ਹੈਗਾ ਜਿਹੜਾ ਉਹ ਤਿਆਰ ਕਰਦੇ ਆ ਪ੍ਰਸ਼ਾਦਾ ਉਹ ਤਿਆਰ ਕਰਕੇ ਨਗਾਰਾ ਵਜਾਉਂਦੇ ਆ ਹੁਣ ਪੰਥ ਬੈਠਾ ਜੰਗਲਾਂ ਚ ਲੋਕ ਕੇ ਆ ਆਲੀ ਦਵਾਲੇ ਮੁਗਲ ਮੁਗਲ ਸੈਨਾ ਜਾਂ ਲਖਪਤਰਾਈ ਦੇ ਹੋਰ ਜਿਹੜੀ ਹੈਗੀ ਹੈ ਸਪਾਈ ਉਹ ਘੇਰਾ ਪਾ ਕੇ ਬੈਠੇ ਆ ਬੈਠੇ ਗਰੀਲਾ ਜੰਗ ਦੇ ਹਿਸਾਬ ਨਾਲ ਪਰ ਮਰਿਆਦਾ ਤਾਂ ਨਿਭਾਉਣੀ ਆ ਮਰਿਆਦਾ ਨਿਭਾਉਣ ਲੱਗੇ ਫਿਰ ਉਹ ਨਗਾਰਾ ਵਜਾਉਂਦੇ ਆ ਪ੍ਰਸ਼ਾਦਾ ਤਿਆਰ ਕਰਦੇ ਮੁਗਲਾਂ ਨੂੰ ਪਤਾ ਲੱਗ ਜਾਂਦਾ ਕਿੱਥੇ ਬੈਠੇ ਆ ਦੁਸ਼ਮਣ ਨੂੰ ਪਤਾ ਲੱਗ ਜਾਂਦਾ ਕਿੱਥੇ ਬੈਠੇ ਆ ਹਮਲਾ ਕਰਦੇ ਕੋ ਸਿੰਘ ਮਾਰ ਜਾਂਦੇ ਸ਼ੀਰ ਹੋ ਜਾਂਦੇ ਚੜਾਈ ਕਰ ਜਾਂਦੇ ਜੂਝਦੇ ਆ ਜਦੋਂ ਉਸ ਤੋਂ ਬਾਅਦ ਜਦੋਂ ਅਰਦਾਸ ਹੁੰਦੀ ਹੈ ਉਹ ਇਹ ਹੁੰਦੀ ਹੈ हे ਸੱਚੇ ਪਾਤਸ਼ਾਹ ਗਲਗੀਧਰ ਪਿਤਾ ਜੀਓ ਆਪ ਜੀ ਦੇ ਚਲਾਏ ਹੋਏ ਲੰਗਰਾਂ ਦੀ ਮਰਿਆਦਾ ਨਿਭਾਉਂਦੇ ਹੋਏ ਅੱ ਚੜਾਈ ਕਰਗੇ ਮਹਾਰਾਜ ਬੋਡੀ ਕਰਿਓ ਜੀ ਹੁਣ ਇੱਕ ਕਮਾਲ ਦੇਖੋ ਮर्यादा ਨਿਭਾਉਂਦੇ ਹੋਏ ਅਸੀਂ ਕੰਪਰੋਮਾਈਜ਼ ਕਰ ਸਕਦੇ ਆ ਇਸ ਗੱਲ ਤੇ ਵੀ ਦੁਸ਼ਮਣ ਖੜਿਆ ਸਾਨੂੰ ਘੇਰ ਕੇ ਤੇ ਮर्यादा ਕੋਈ ਨਹੀਂ ਦੇਖੀ ਜਾਊਗੀ ਆਪਾਂ ਨਗਾਰਾ ਨਹੀਂ ਵਜਾਉਂਦੇ ਜੋ ਹੌਲੀ ਬਲਾ ਨਗਾਰਾ ਹੌਲੀ ਵਜਾ ਲੋ ਉੱਥੇ ਸਗੋਂ ਸਿੰਘ ਹੋਰ ਜੋਸ਼ ਨਾਲ ਨਗਾਰਾ ਵਜਾਉਂਦੇ ਤੁਸੀਂ ਲੁੱਕ ਕੇ ਬੈਠੇ ਹੋਏ ਆ ਕਿਸੇ ਥਾਂ ਤੇ ਤੁਸੀਂ ਲੁੱਕ ਕੇ ਕਹਿੰਦੇ ਆ ਵੀ ਉਹ ਚੀ ਗਵੇਰਾ ਨੇ ਲਿਖੀ ਆ ਨਾ ਗਰੀਲਾ ਵਾਰਫੇਰ ਬਹੁਤ ਮਸ਼ਹੂਰ ਗਰੀਲਾ ਸੀਗਾ ਤੇ ਉਹਦੀ ਗਰੀਲਾ ਵਾਰਫੇਅਰ ਚੱਕ ਗੱਲ ਆਉਂਦੀ ਉਹ ਜਿਹੜੀ ਸਭ ਤੋਂ ਵੱਡੀ ਕਰਦਾ ਵੀ ਜਦੋਂ ਗਰੀਲੇ ਜੰਗਲ ਚ ਵਿਚਰ ਰਹੇ ਆ ਉਹਨਾਂ ਨੇ ਅੱਗ ਵੀ ਨਹੀਂ ਬਾਲਣੀ ਧੂਏ ਤੋਂ ਪਤਾ ਲੱਗ ਜਾਊਗਾ ਕਿੱਥੇ ਬੈਠੇ ਮੈਂ ਕਹਿੰਦਾ ਕਿਹੜੀ ਗਰੀਲਾ ਵਾਰਫੇਅਰ ਸਿੰਘਾਂ ਦੀ ਦੇਖੋ ਇੱਥੇ ਤੁਸੀਂ ਉਹ ਦੱਸ ਰਹੇ ਆ ਦੁਸ਼ਮਨ ਨੂੰ ਅਸੀਂ ਕਿੱਥੇ ਬੈਠੇ ਆ ਓਹ ਨਗਾਰੇ ਵਜਾ ਵਜਾ ਦੱਸ ਰਹੇ ਐ ਪਰ ਇਹ ਮਰਿਆਦਾ ਹੈ ਪੰਥ ਦੀ ਬਾਬਾ ਜੀ ਇਹ ਨਹੀਂ ਬਦਲੀ ਜਾ ਸਕਦੀ ਇੱਥੇ ਸਮਝੌਤਾ ਨਹੀਂ ਕੀਤਾ ਜਾ ਸਕਦਾ ਵੀ ਆਪਾਂ ਨਗਾਰਾ ਹੌਲੀ ਵਜਾਈਏ ਨਗਾਰਾ ਵਜਾਉਣਾ ਹੀ ਵਜਾਉਣਾ ਹੈ ਜਦੋਂ ਲੰਗਰ ਪ੍ਰਸ਼ਾਦਾ ਤਿਆਰ ਹੋਣਾ ਅੱਜ ਤਾਂ ਅਸੀਂ ਮੈਂ ਕਹਿੰਦਾ ਵੀ ਅਸੀਂ ਵਿਚਰ ਰੋਮੇ ਰਹੇ ਹਾਂ ਅਸੀਂ ਭਾਵੇਂ ਜੰਗਲਾਂ 'ਚ ਵਿਚਰ ਰਹੇ ਹਾਂ ਦੁਸ਼ਮਣ ਘੇਰਾ ਪਾ ਕੇ ਬੈਠਾ ਉਹਦੇ ਵੀ ਨਗਾਰਾ ਵਜਾ ਕੇ ਦੱਸਣਾ ਭਾਈ ਜੇ ਕੋਈ ਭੁੱਖਾ ਤੇ ਆਇਆ ਤਾਂ ਆ ਕੇ ਛਕ ਲਵੇ ਇਹ ਸਾਡੀ ਮर्याਦਾ ਇਹਦੇ ਨਾਲ ਅਸੀਂ ਕੰਪਰੋਮਾਈਜ਼ ਨਹੀਂ ਕਰਦੇ ਸੋ ਇਹ ਜਿਹੜੀ ਇੱਥੇ ਪ੍ਰਾਤਨ ਮर्याਦਾ ਉਹਵੇਂ ਚੱਲ ਰਹੀ ਹੈ ਸਰਬਲੋਬ ਵੇਕ ਜੀ ਨੂੰ ਕਹਨੇ ਆ ਸੀ ਤਾਂ ਉਸੇ ਮर्याਦਾ ਨਾਲ ਪ੍ਰਸ਼ਾਦਾ ਪਾਣੀ ਤਿਆਰ ਹੁੰਦਾ ਲੱਕੜ ਤੋਂ ਬਿਨਾਂ ਹੋਰ ਕੋਈ ਅੱਗ ਨਹੀਂ ਬਾਲੀ ਜਾਣੀ ਇੱਥੇ ਹਣਾ ਚਾਪਤੀ ਅੰਦਰ ਨਹੀਂ ਵੜਨੀ ਦੇਸੀ ਘਿਓ ਤੋਂ ਬਿਨਾ ਹੋਰ ਕੋਈ ਘਿਓ ਅੰਦਰ ਨਹੀਂ ਵੜਨਾ ਸਰਬ ਲੋਹ ਦੇ ਭਾਂਡੇ ਤੋਂ ਬਿਨਾ ਹੋਰ ਕੋਈ ਭਾਂਡਾ ਅੰਦਰ ਨਹੀਂ ਵੜਨਾ ਇੱਥੇ ਹੀ ਦੀਦੇਗਾ ਤਿਆਰ ਹੋਣੀਆਂ ਇੱਥੇ ਹੀ ਰਗੜੇ ਲੱਗਣੇ ਆ ਇੱਥੇ ਹੀ ਸਨਹਰੇ ਇਹਨਾਂ ਕੋਲੇ ਜਿਹੜੇ ਅੰਦਰ ਪਏ ਆ ਉਹ 1.5 150 ਸਾਲ ਪੁਰਾਣੇ ਸਨਹਰੇ ਵੀ ਆ ਸਲੋਤਰ ਇਹਨਾਂ ਕੋਲੇ ਪੁਰਾਣੇ ਬਾਬਾ ਦੀਪ ਸਿੰਘ ਹੋਰਾਂ ਦੇ ਸਲੋਤਰ ਵੀ ਇੱਥੇ ਪਏ ਹੋਏ ਆ ਸੋ ਇਹ ਉਸੇ ਮर्यादा ਨੂੰ ਸਾਹਮ ਰਿਹਾ ਪੰਥ ਦੂਜੀ ਲੰਗਰਾਂ ਦੀ ਜਿਹੜੀ ਇੱਕ ਹੋਰ ਮर्यादा ਆਉਂਦੀ ਹੈ ਵੀ ਜਦੋਂ ਦਲ ਤੋਂ ਕੋਈ ਸਿੰਘ ਘਰੇ ਚਲਾ ਗਿਆ ਆਪੇ ਮਤਲਬ ਭਾਵੇਂ ਜਹੇਦਾਰ ਨੂੰ ਦੱਸ ਕੇ ਹੀ ਗਿਆ ਸਿੰਘ ਸਾਹਿਬ ਨੂੰ ਦੱਸ ਕੇ ਹੀ ਗਿਆ ਪਰ ਜਦੋਂ ਵਾਪਸ ਆਊਗਾ ਤਾਂ ਲਾングਰੀ ਸਿੰਘ ਅਰਦਾਸ ਕਰੂਗਾ ਇੱਥੇ ਬੱਬਾ ਜੀ ਦੀ ਬਾਗ ਵਿੱਚ ਇਹ ਮਰਿਆਦਾ ਵੀ ਹੈ ਜਿਹੜੇ ਬਿਬੇਕੀ ਸਿੰਘ ਬੈਠੇ ਆ ਜੋ ਗੇਟ ਤੋਂ ਵੀ ਬਾਹਰ ਜਾ ਕੇ ਆਉਣਗੇ ਬਾਹਰੋਂ ਪਾਣੀ ਨਹੀਂ ਛਕਣਾ ਖੂਹ ਤੋਂ ਬਿਨਾ ਜਾਂ ਚੱਲਦੀ ਹੋਈ ਮੋਟਰ ਤੋਂ ਬਿਨਾ ਵਗਦੇ ਪਾਣੀ ਤੋਂ ਬਿਨਾ ਕੋਈ ਹੋਰ ਪਾਣੀ ਨਹੀਂ ਛਕਣਾ ਜੇ ਛਕ ਲਿਆ ਬਾਹਰੋਂ ਆ ਕੇ ਇੱਥੇ ਲਾングਰੀ ਸਿੰਘ ਤੋਂ ਅਰਦਾਸ ਕਰਾਉਣੀ ਹੈ ਜੇ ਕੋਈ ਸਿੰਘ ਘਰੇ ਜਾ ਆਇਆ ਉਹਨੇ ਆ ਕੇ ਆਪ ਦੇ ਜਿਹੜੇ ਕੜੇ ਤੇ ਹੋਰ ਹੈ ਉਹ ਸਾਰੇ ਕੋਲੇ ਕੋਲਿਆਂ 'ਚ ਸਿੱਟਣੇ ਆ ਇਹ ਪੁਰਾਣੀ ਮਰਿਆਦਾ ਚੱਲੀ ਜਾਂਦੀ ਹੈ ਦਾਲ ਪੰਥ 'ਚ ਜਦੋਂ ਕੋਈ ਬਾਹਰ ਜਾ ਆਉਂਦਾ ਸੀ ਤੁਸੀਂ ਦੇਖੋ ਵੀ ਹਨੇ ਹਨੇ ਪਾਤਸ਼ਾਹੀ ਚ ਆਉਂਦੀਆਂ ਇਹ ਗੱਲਾਂ ਵੀ ਭਾਈ ਸ਼ਵੇਕ ਸਿੰਘ ਜਕਰੀਆ ਖਾਂ ਦੇ ਨੌਕਰੀ ਕਰਦੇ ਸੀ ਤੇ ਜਦੋਂ ਉਹ ਦਾਲ 'ਚ ਕੋਈ ਨਾ ਕੋਈ ਭਾਵੇਂ ਸਨੀਆਂ ਭਾਵੇਂ ਪੰਥ ਦੇ ਭਲੇ ਆਸਤੇ ਕੁਝ ਨੀਆਂ ਲੈ ਕੇ ਆਉਂਦੇ ਸੀ ਉਹ ਦਾਲ 'ਚ ਪਿੱਛੇ ਖੜੇ ਰਹਿੰਦੇ ਸੀ ਆ ਕੇ ਹੱਥ ਜੋੜ ਕੇ ਹਨਾ ਨਮਸਕਾਰ ਕਰਨਾ ਧਰਤੀ ਨੂੰ ਹੱਥ ਲਾ ਕੇ ਮੱਥੇ ਨੂੰ ਲਾਉਣਾ ਇਹ ਤਰੀਕਾ ਹੈ ਪੰਥ ਨੂੰ ਨਮਸਕਾਰ ਕਰਨ ਦਾ ਤੇ ਉਹਨਾਂ ਨੇ ਕਹਿੰਨਾ ਮੇਰੀ ਅਰਦਾਸ ਕਰੋ ਜੀ ਫਿਰ ਮੈਂ ਤੁਸੀਂ ਮੈਨੂੰ ਸ਼ਾਮਲ ਕਰੋ ਫਿਰ ਉਹ ਤਨਖਾਈ ਆ ਤਨਖਾਈ ਦਾ ਮਤਲਬ ਕੀ ਸੀ ਜਿਹੜਾ ਸਰਕਾਰ ਦੀ ਨੌਕਰੀ ਕਰਦਾ ਉਹ ਤਨਖਾਈ ਆ ਪੰਥ ਨੂੰ ਫਿਰ ਤਨਖਾਹ ਲਾ ਕੇ ਵਾਪਸ ਉਹਨੂੰ ਜਿਵੇਂ ਭਾਈ ਸ਼ਵੇਕ ਸਿੰਘ ਨੂੰ ਦਾਤਨਾ ਦੀ ਤਨਖਾਹ ਲਾਤੀ ਜਾਂ ਕੋਈ ਐਵੀ ਜੀ ਤਨਖਾਹ ਲਾਤੀ ਉਹਨੂੰ ਫਿਰ ਸ਼ਾਮਲ ਕਰਦਾ ਇਹ ਪੰਥ ਦੀ ਮਰਿਆਦਾ ਸੀ ਜੇ ਬਿਨਾਂ ਦੱਸੇ ਕੋਈ ਘਰੇ ਜਾਂਦਾ ਬਿਨਾਂ ਦੱਸੇ ਜਹੇਦਾਰ ਨੂੰ ਜਾਂ ਸਿੰਘ ਸਾਹਿਬ ਨੂੰ ਦੱਸੇ ਘਰੇ ਗਿਆ ਉਹਨੂੰ ਫਿਰ ਸਜ਼ਾ ਲੱਗੂਗੀ ਪੰਥ ਜਦੋਂ ਦੁਬਾਰੇ ਆਊਗਾ ਸੋ ਇਹ ਪੰਥ ਦੀ ਪੁਰਾਣੀ ਮਰਿਆਦਾ ਚੱਲੀ ਹੁੰਦੀ ਐ ਇੱਥੇ ਮੈਨੂੰ ਯਾਦ ਆ ਬਾਬਾ ਜੀ ਬੈਠੇ ਇੱਕ ਦਿਨ ਤੇ ਇੱਥੇ ਬਾਬਾ ਬੋੜ ਸਿੰਘ ਜੀ ਆਇਆ ਇੱਕ ਤੇ ਕਿਤੇ ਉਹ ਘਰੇ ਚਲੇ ਗਏ ਤੇ ਜਦੋਂ ਵਾਪਸ ਆਏ ਤੇ ਸਿੰਘਾਂ ਨੇ ਕਿਹਾ ਵੀ ਬਾਬਾ ਬੋਟ ਸਿੰਘ ਜੀ ਵਾਪਸ ਆ ਕੇ ਬਾਬਾ ਜੀ ਨੇ ਸਦਿਆ ਬਾਬਾ ਕਦੇ ਸਿੰਘ ਨੇ ਕਹਿੰਦੇ ਜੀ ਤੁਸੀਂ ਚਲੇ ਗਏ ਸੀ ਬਿਨਾ ਦੱਸੇ ਤੋਹੋ ਗੱਲ ਬੜੀ ਮਤਲਬ ਉਹਨਾਂ ਨੇ ਉਵੇਂ ਕੀਤੀ ਵੀ ਬਾਬਾ ਜੀ ਦਾ ਵੀ ਹਨਾ ਕਹਿੰਦੇ ਵੀ ਤੁਸੀਂ ਚਲੇ ਗਏ ਸੀ ਜੀ ਬਿਨਾ ਦੱਸੇ ਚਲੇ ਗਏ ਉਹ ਕਹਿੰਦੇ ਮੈਂ ਮਹਾਰਾਣੀ ਨੂੰ ਦੱਸ ਕੇ ਗਿਆ ਸੀ ਫਿਰ ਤਾਂ ਅਰਦਾਸ ਕਰਤੀ ਸੀ ਮਹਾਰਾਣੀ ਕੋਲੇ ਤੁਸੀਂ ਮੈਨੂੰ ਦੱਸੇ ਨਹੀਂ ਮੈਂ ਮਹਾਰਾਣੀ ਨੂੰ ਦੱਸ ਗਿਆ ਹੀ ਬਾਬਾ ਜੀ ਕਹਿੰਦੇ ਵੀ ਤਾਂ ਨਾ ਜੇ ਤੁਸੀਂ ਮਹਾਰਾਣੀ ਨੂੰ ਦੱਸ ਗਏ ਫਿਰ ਪਰ ਇਹ ਬਾਬਾ ਜੀ ਦੇਖੋ ਵੀ ਇਹ ਮर्याਦਾਾਂ ਹੀ ਚਲਦੀ ਆਉਂਦੀ ਆ ਮੈਂ ਇੱਥੇ ਜਦੋਂ ਵਿਚਰਦਾ ਹੁੰਦਾ ਸੀ ਤੇ ਮੈਂ ਜਿੱਤੇ ਸਿੰਘ ਆਪਦੇ ਸਰਬਲੋਹ ਦੇ ਬਾਟ ਹੁਣ ਉਸ ਗੱਲ ਦਾ ਕੋਈ ਗੁੱਸਾ ਨਹੀਂ ਇਹ ਉਹੀ ਮਰਿਆਦਾ ਹੈ ਜਿਹੜੀ ਭਾਈ ਸੁੱਖਾ ਸਿੰਘ ਨੂੰ ਵੀ ਪੈ ਜਾਂਦੇ ਸੀ ਭੱਜ ਗਏ ਭਾਈ ਸੁੱਖਾ ਸਿੰਘ ਤੇ ਇਹ ਦੋਸ਼ ਲੱਗ ਗਿਆ ਵੀ ਉਹਨੇ ਕੁੜੀ ਮਾਰਦਾ ਇੱਕ ਦੋਸ਼ ਲੱਗਿਆ ਹਾਲਾਂਕਿ ਕੋਈ ਸਾਬਤ ਨਹੀਂ ਹੋਈ ਗੱਲ ਭਾਈ ਸੁੱਖਾ ਸਿੰਘ ਕਿੱਡਾ ਯੋਧਾ ਆਪਾਂ ਪਹਿਲਾਂ ਵੀ ਸਾਖੀਆਂ ਗੱਲ ਕਰਕੇ ਆਏ ਬਸੇ ਰੰਗੜ ਦਾ ਸਿਰ ਲਾਉਣ ਵਾਲਾ ਯੋਧਾ ਤਾਂ ਸਿੰਘਾਂ ਨੂੰ ਕਿਸੇ ਨੇ ਇਹ ਗੱਲ ਕਹਿਤੀ ਵੀ ਇਹਦੇ ਬੱਚੀ ਹੋਈ ਸੀ ਜੀ ਘਰੇ ਵੀ ਲਿਖਾ ਸੀਗਾ ਵੀ ਇਹਨੇ ਮਾਰੀ ਐ ਇਹਦੇ ਬੱਚੇ ਪਰਿਵਾਰ ਨੇ ਮਾਰੀ ਐ ਕਿ ਕੁਦਰਤੀ ਮੌਤ ਮਰੀ ਐ ਪਰ ਇੱਕ ਅਫਵਾਹ ਤਾਂ ਉੱਡ ਗਈ ਤੇ ਭਾਈ ਸੁੱਖਾ ਸਿੰਘ ਐਡਾ ਸੂਰਮਾ ਸਿੰਘ ਜਿਹੜਾ ਦਲਪੰਥ ਚ ਮੂਹਰੇ ਵਿਚ ਵਿਚ ਕੇ ਸੇਵਾ ਕਰਦਾ ਹੁੰਦਾ ਸੀ ਐਡਾ ਮਹਾਨ ਕੀਰਤਨੀਆ ਸਿੰਘ ਸੀ ਸੂਰਮਾ ਸੀ ਕਹਿੰਦੇ ਵੀ ਜਦੋਂ ਸਿੰਘ ਤਿਆਰ ਹੁੰਦੇ ਹੁੰਦੇ ਸੀ ਕਮਰਕਸਾ ਕਰਦੇ ਸੀ ਪੱਪਾ ਸੁੱਖਾ ਸਿੰਘ ਦਾ ਨਾਂ ਲੈਂਦੇ ਹੁੰਦੇ ਸੀ ਇਹੋ ਜਿਹਾ ਯੋਧਾ ਸਿੰਘ ਸੀ ਪਰ ਜਦੋਂ ਇੱਕ ਦੋਸ਼ਨ ਲੱਗਿਆ ਤਾਂ ਉਹਨੂੰ ਪੰਥ ਨੇ ਪੰਡਾ ਤਿਆਗਤਾ ਹਨ ਚੜ੍ਹ ਨਹੀਂ ਦਿੰਦੇ ਹੁੰਦੇ ਸੀ ਸੋ ਇਹ ਉਹੀ ਮਰਿਆਦਾ ਚੱਲੀ ਆਉਂਦੀ ਹੈ ਮੈਨੂੰ ਬਾਬਾ ਜੀ ਨੇ ਰੋਕਿਆ ਕਹਿੰਦੇ ਤੁਸੀਂ ਨਹੀਂ ਚੜ੍ਹ ਸਕਦੇ ਜੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਸਰਬ ਲੋਕ ਕਹਿੰਦੇ ਹੋਵੇ ਤੁਹਾਡਾ ਸਰਬ ਲੋਕ ਪਤਾ ਨਹੀਂ ਸਟੀਲ ਨਾਲ ਸ਼ੋਇਆ ਹੈ ਕਿਹਦੇ ਨਾਲ ਸ਼ੋਇਆ ਐਨੀ ਸਖਤ ਕਰੜੀ ਮਰਿਆਦਾ ਤੇ ਇਹਦਾ ਕੋਈ ਆਈ ਨਹੀਂਗਾ ਵੀ ਇਹ ਕੋਈ ਇਹਨਾਂ ਤੇ ਪ੍ਰਭਾਵ ਵੀ ਨਹੀਂ ਪਿਆ ਦੁਨਿਆਵੀ ਜਿਹੜਾ ਆਪਾਂ ਕਹਿੰਦੇ ਹਾਂ ਜੀ ਕੰਪਰੋਮਾਈਜ਼ ਦਾ ਹੋਰ ਜਿਹੜੀ ਆਪਾਂ ਪਹਿਲਾਂ ਗੱਲਾਂ ਕਰਦੇ ਉਹ ਪ੍ਰਭਾਵ ਨਹੀਂ ਇਹਨਾਂ ਤੇ ਸੋ ਇਹ ਹੈ ਇਹੀ ਗੱਲ ਹੈ ਮਨੋ ਜਗਦੀਪ ਸਿੰਘ ਜੀ ਜਿੱਦਾਂ ਹੁਣ ਦੇਖੋ ਅੱਜ ਵੀ ਬਹੁਤ ਸਾਰੇ ਜਿਹੇ ਸਾਡੇ ਕੌਮ 'ਚ ਆਗੂ ਹੈਗੇ ਆ ਜਿਹੜੇ ਤਾਕੇ ਪਾਸੇ ਮਰਿਆਦਾ ਜਿਹੜੀ ਆ ਹੁਣ ਉਹਨਾਂ ਲਈ ਕੁਝ ਹੋ ਰਿਹਾ ਮਤਲਬ ਜਿੱਥੇ ਮਨ ਲੋ ਕਿਤੇ ਪੰਥ ਦੀ ਰਹਿਣੀ ਬਹਿਣੀ ਦੇ ਵਿੱਚ ਉਹਨਾਂ 'ਚ ਕਮੀਆਂ ਨੇ ਸਾਡੇ 'ਚ ਕਮੀਆਂ ਦਾ ਸਾਡੇ ਵਾਸਤੇ ਗੱਲ ਹੋਰ ਆ ਉਹਨਾਂ ਵਾਸਤੇ ਕੁਝ ਹੋਰ ਆ ਜੇ ਅੱਜ ਵੀ ਇੱਕੋ ਮਰਿਆਦਾ ਹੋਵੇ ਸਾਰਿਆਂ ਵਾਸਤੇ ਤੇ ਜਿਹੜੇ ਹੁਣ ਅਸੀਂ ਮਤਲਬ ਆਹ ਭੰਬਲ ਪੂਸਿਆਂ 'ਚ ਪਏ ਹੋਏ ਆ ਵੀ ਸਿੱਖੀ ਨੂੰ ਖਤਰਾ ਹੋ ਗਿਆ ਸਿੱਖੀ 'ਚ ਨਿਗਹਾਰ ਆ ਗਿਆ ਇਹ ਵੀ ਪ੍ਰੋਬਲਮ ਸਾਡੀ ਇਹ ਵੀ ਸਾਡੀ ਤਾਂ ਸਾਰਿਆਂ ਦਾ ਹੀ ਮਤਲਬ ਮਸਲਾ ਹੀ ਹੱਲ ਹੋ ਜਵੇ ਸਾਰਿਆਂ ਵਾਸਤੇ ਇੱਕੋ ਹੋਵੇ ਹਾਂ ਇਹ ਸੋਹਣੀ ਗੱਲ ਈ ਬੱਬਾ ਜੀ ਚਲੋ ਇਹ ਆਪਣੇ ਵਸਦੀਆਂ ਖੇਡਾਂ ਨਹੀਂ ਨਾ ਹੀ ਆਪਾਂ ਕਿਸੇ ਤੇ ਕਮੈਂਟ ਕਰ ਸਕਦੇ ਆ ਪਰ ਇਹ ਸੋਹਣੀ ਗੱਲ ਆ ਜੇ ਪੰਥ ਦੀ ਮਰਿਆਦਾ ਇੱਕੋ ਹੋਵੇ ਪ ਹੈਨਾ ਮਤਲਬ ਮੈਂ ਦੇਖਿਆ ਕਈ ਵਾਰੀ ਬਾਹਰ ਕਦੇ ਵਿਚਰਦੇ ਹੋਈ ਆ ਤਾਂ ਲੋਕ ਮਤਲਬ ਇੱਕ ਦੋ ਵਾਰੀ ਆਏ ਵੀ ਕਿਸੇ ਨੇ ਕਿਹਾ ਉਹ ਫਲੌਣੇ ਜੀ ਸਿੰਘ ਉਹ ਸਰਬਲੋਹ ਜੀ ਛਕੀ ਜਾਂਦੇ ਆ ਤਾਂ ਇਹਦੀ ਜੀ ਸਮੱਸਿਆ ਕੀ ਆ ਉਹਨੇ ਪ੍ਰਾਤਨ ਤਾਂ ਉਹਨਾਂ ਨੇ ਸਾਹਮਣੇ ਰੱਖੀ ਵੀ ਆ ਸਰਬਲੋਹ ਛਕ ਰਹੇ ਆ ਤਾਂ ਉਹ ਮਹਾਰਾਜ ਦੇ ਉਹਨਾਂ ਹੀ ਨੇੜੇ ਆ ਕਿਉਂਕਿ ਉਹ ਕਹਿੰਦੇ ਆ ਵੀ ਮਹਾਰਾਜ ਸਰਬਲੋਹ ਛਕਦੇ ਹੁੰਦੇ ਸੀ ਇੱਥੋਂ ਤੱਕ ਦਲਪੰਥਾਂ 'ਚ ਮਸ਼ਹੂਰ ਆ ਗੱਲਾਂ ਵੀ ਭਾਈ ਮਣੀ ਸਿੰਘ ਹੋਰਾਂ ਦੀਆਂ ਏਡੀਆਂ ਏਡੀਆਂ ਸ਼ਹਾਦਤਾਂ ਤਾਂ ਹੋਈਆਂ ਭਾਈ ਮਣੀ ਸਿੰਘ ਮਹਾਰਾਜ ਦੇ ਬਾਟੇ ਛਕਦੇ ਰਹੇ ਕਾਲੀ ਗਿੱਦਰ ਬੇਟਾ ਜੀ ਦੇ ਬਾਟੇ ਦੇ ਵਿੱਚ ਛੱਕਦੇ ਰਹੇ ਭਾਈ ਮਨੀ ਸਿੰਘ ਤਾਂ ਉਹ ਕਹਿੰਦੇ ਵੀ ਅਸੀਂ ਉਹੀ ਮਰਿਆਦਾ ਸਾਹਮ ਕੇ ਰੱਖੀ ਵੀ ਹੈ ਸਾਨੂੰ ਮੈਂ ਕਹਿੰਦਾ ਸਮੱਸਿਆ ਤਾਂ ਸਾਡੇ ਚਾ ਕਿਤੇ ਜਿਹੜੇ ਚੀਨੀ ਦੇ ਭਾਂਡਿਆਂ ਚ ਖਾਣ ਲੱਗੇ ਕੰਚ ਦੇ ਭਾਂਡਿਆਂ ਚ ਖਾਣ ਲੱਗੇ ਸਟੀਲਾਂ ਚ ਖਾਣ ਲੱਗੇ ਅਸੀਂ ਇੰਨਾਂ ਜਗਾ ਤੋਂ ਕੱਢੀਏ ਇਹ ਤਾਂ ਉਹੀ ਪ੍ਰਾਤਨਤਾ ਸਾਹਮ ਕੇ ਰੱਖੀ ਬੈਠੇ ਐ ਸੋ ਇਹ ਕਈ ਵਾਰੀ ਮੈਂ ਆਪਦੇ ਆਪ ਨੂੰ ਸੱਚਾ ਸਾਬਤ ਕਰਨ ਖਾਤਰ ਕਹਿ ਦੂੰਗਾ ਵੀ ਓਏ ਯਾਰ ਉਤੋ ਹੀ ਤਰੋੇ ਫਿਰਦੇ ਇਹ 18ਵੀਂ ਸਦੀ ਤੋਂ ਰੇ ਫਿਰਦੇ ਉਹ ਕਹਿੰਦੇ ਅਸੀਂ ਖੁਸ਼ ਹਾਂ 18ਵੀਂ ਸਦੀ ਚ ਰਹਿ ਕੇ ਦੇਖਾਂ ਮੈਂ ਖੁਸ਼ ਹੈਗਾ ਕਿ ਨਹੀਂ ਜਿਹੜਾ ਮੈਂ ਆਪ ਹਣਾ ਮੈਂ ਬਹੁਤ ਮਾਡਰਨ ਹੋ ਗਿਆ ਹਾਲਾਂਕਿ ਮੈਂ ਕਹਿੰਦਾ ਉਹਨਾਂ ਵੀ ਮਾਡਰਨ ਹੋਣਾ ਵੀ ਇਹੀ ਹੈ ਵੀ ਤੁਸੀਂ ਵੈਸਟਵਾਲ ਨੂੰ ਭੱਜ ਰਹੇ ਹੋ ਹੈਨਾ ਗੋਰੇ ਕੀ ਕਰ ਰਹੇ ਆ ਤੁਸੀਂ ਉਹ ਕਰ ਰਹੇ ਆ ਉਹਨੂੰ ਹੁਣ ਤੁਸੀਂ ਮਾਡਰਨ ਕਹਿ ਰਹੇ ਆ ਹੈਨਾ ਸੋ ਮੈਂ ਆਪਦੇ ਕੰਚ ਦੇ ਭਾਂਡੇ ਮੈਂ ਆਪਦੇ ਸਟੀਲ ਦੇ ਭਾਂਡੇ ਮੈਂ ਆਪਦੇ ਚੀਨੀ ਦੇ ਭਾਂਡੇ ਜਸਟੀਫਾਈ ਕਰਨ ਮਾਰਾ ਮੈਂ ਕਹ ਦੂੰਗਾ ਜੀ ਉਹ ਜੀ ਸਰਬਲੋ ਜੀ ਛਕੀ ਜਾਂਦੇ ਪਤਾ ਨਹੀਂ ਕਿਹੜੀ ਦੁਨੀਆ ਚੰਦੇ ਕਮਾਲ ਦੀ ਗੱਲ ਹੈ ਇਹ ਬਾਬਾ ਜੀ ਇਹਨਾਂ ਨੇ ਬਰਿਆਦਾ ਸੰਭ ਕੇ ਰੱਖੀ ਵੀ ਨਮਨ ਹੈ ਇਹਨਾਂ ਬੰਦਿਆਂ ਨੂੰ ਇਹਨਾਂ ਦੇ ਇਹਨਾਂ ਦੇ ਇਹਨਾਂ ਦੇ ਰਹਿਣੀ ਬਹਿਣੀ ਨੂੰ ਇਹਨਾਂ ਦੇ ਸਰਬਲੋ ਦੇ ਬਾਟਿਆਂ ਨੂੰ ਇਹਨਾਂ ਦੇ ਲੰਗਰ अपना ਮੱਥਾ ਹੀ ਟਿਕਣਾ ਚਾਹੀਦਾ ਇਹਨਾਂ ਨੂੰ ਸਾਰਿਆਂ ਇਹ ਹੈ ਸਿੱਖ ਇਤਿਹਾਸ ਤੇ ਨਾਵਲ ਹੰਨਾ ਹੰਨੇ ਪਾਤਸ਼ਾਹੀ ਸਿੱਖ ਇਤਿਹਾਸ ਦੇ ਵਿੱਚ ਜਿੱਥੇ ਸਿੱਖ ਸੂਰਬੀਰਾਂ ਸਿੱਖ ਯੋਧਿਆਂ ਬਹਾਦਰਾਂ ਦਾ ਜ਼ਿਕਰ ਆਉਂਦਾ 18ਵੀਂ ਸਦੀ ਚ ਖਾਸ ਕਰਕੇ ਤਾਂ ਉਥੇ ਘੋੜਿਆਂ ਦਾ ਜਿਹੜਾ ਹੈਗਾ ਉਹ ਬਹੁਤ ਸਾਰੇ ਜਿਹੜਾ ਲਗਾਵਿਆ ਜਾਂ ਯੋਗਦਾਨ ਹੈ ਘੋੜਾਂ ਦਾ ਸਿੱਖਾਂ ਦੇ ਉਹਨਾਂ ਜੰਗਾਂ ਦੇ ਵਿੱਚ ਬਹੁਤ ਜ਼ਿਆਦਾ ਤਾਂ ਭਾਈ ਜਗਦੀਪ ਸਿੰਘ ਜੀ ਹੰਨਾ ਹੰਨੇ ਪਾਤਸ਼ਾਹੀ ਹੰਨੇ ਦਾ ਸਬੰਧ ਵੀ ਘੋੜੇ ਨਾਲ ਆ ਤੇ ਜਿਹੜਾ ਕਿਤਾਬ ਦਾ ਅਗਲਾ ਪੇਜ ਆ ਜਿਹੜਾ ਹਨਾ ਉਹਨਤੇ ਵੀ ਕੋਡੇ ਦੀ ਫੋਟੋ ਨਾਲ ਸਿੰਘ ਦੀ ਨਿਸ਼ਾਨ ਸਾਹਿਬ ਦੀ ਫੋਟੋ ਆ ਤਾਂ 18ਵੀਂ ਸਦੀ ਚ ਜ ਜਿਹਨਾਂ ਨੇ ਅੰਗ ਸਿੰਘ ਕੋਡੇ ਨੂੰ ਜਾਣ ਪਾਈ ਵੀ ਕਹਿੰਦੇ ਆ ਨਾ ਕਿੰਡੀ ਖਾਸ ਗੱਲ ਆ ਇਹਨਾਂ ਦਾ ਇਸ ਜੰਗ ਦੇ ਵਿੱਚ ਯੋਗਦਾਨ ਪਹਿਲਾਂ ਤਾਂ ਇਹ ਜਿਹੜੀ ਪੇਂਟਿੰਗ ਆ ਬੱਬਾ ਜੀ ਇਹ ਭਾਈ ਪਰਮ ਸਿੰਘ ਹੋਰਾਂ ਨੇ ਬਣਾਈ ਆ ਜਿਹੜੇ ਕੈਨੇਡਾ ਰਹਿੰਦੇ ਨੇ ਉਹਨਾਂ ਨੇ ਜਦੋਂ ਇਹ ਪੇਂਟਿੰਗ ਬਣਾਈ ਸੀ ਮੈਂ ਉਹਨਾਂ ਨੂੰ ਕਿਹਾ ਸੀ ਵੀ ਆਪਾਂ ਨੂੰ ਟਾਈਟਲ ਚਾਹੀਦਾ ਹਨੇ ਹਨੇ ਪਾਸ਼ਾ ਹੀ ਲਈ ਉਹਨਾਂ ਨੇ ਮੈਨੂੰ ਇਹੀ ਪੇਂਟਿੰਗ ਭੇਜੀ ਸੀ ਇਹ ਪੇਂਟਿੰਗ ਦਾ ਨਾਮ ਸੀਗਾ ਪੰਜਵਾਂ ਤਖਤ ਚਾਰ ਤਖਤ ਪੰਥ ਦੇ ਤੇ ਪੰਜਵਾਂ ਤਖਤ ਮੰਨ ਲੋ ਦਲ ਪੰਥ ਜੀ ਨੂੰ ਆਪਾਂ ਕਹਿੰਦੇ ਆਂ ਜਾਂ ਬੁੱਢਾ ਦਲ ਤਾਂ ਇਸ ਪੇਂਟਿੰਗ ਦਾ ਨਾਮ ਪੰਜਵਾਂ ਤਖਤ ਸੀ ਜਿਹੜਾ ਘੋੜਾ ਆ ਉਹਨੂੰ ਜਾਨਪਾਈ ਕਹਿੰਦਾ ਸਿੰਘ ਪ੍ਰਾਤਨ ਸਮੇਂ ਤੋਂ ਹੀ ਇਹ ਕੰਮ ਚੱਲਦਾ ਆ ਰਿਹਾ ਹੈ ਮਤਲਬੀ ਘੋੜੇ ਨੂੰ ਆਪਦਾ ਭਰਾ ਜਾਣਿਆ ਜਾਂਦਾ ਹੈ ਨਾ ਦੀ ਜਾਨ ਦਾ ਭਰਾ ਜਾਣਿਆ ਜਾਂਦਾ ਜਦੋਂ ਘੋੜੇ ਤੇ ਸਵਾਰੀ ਵੀ ਕਰਨ ਕਰਨ ਵਾਸਤੇ ਸਿੰਘ ਆਉਂਦਾ ਤਿਆਰੀ ਕਰਦਾ ਤਾਂ ਉਹ ਉਹਨੂੰ ਮੱਥਾ ਟੇਕ ਕੇ ਹੀ ਚੜਦਾ ਘੋੜੇ ਦੇ ਉੱਤੇ ਜਦੋਂ ਸਵਾਰ ਵੀ ਹੁੰਦਾ ਤਾਂ ਘੋੜੇ ਜਿਹੜੀਆਂ ਮੱਲਾਂ ਪੰਥ ਨੇ ਮਾਰੀਆਂ ਨੇ ਸਿੰਘਾਂ ਸੂਰਮਿਆਂ ਨੇ ਜਿਹੜੀਆਂ ਮੁਹਿੰਮਾਂ ਸਰਕਿਤੀਆਂ ਨੇ ਉਹ ਸਾਰੀਆਂ ਨਹੀਂਆਂ ਸਾਰੀਆਂ ਘੋੜੇ ਉਹਨਾਂ ਦੇ ਵੱਡੇ ਸਾਥੀ ਰਹੇ ਨੇ ਉਹਦੇ ਵਿੱਚ ਉਹਨਾਂ ਦੇ ਨਾਮ ਬਾਬਾ ਸੁੱਖਾ ਸਿੰਘ ਜੀ ਭਾਈ ਸੁੱਖਾ ਸਿੰਘ ਜਿਹਨਾਂ ਨੂੰ ਆਪਾਂ ਕਹਿੰਦੇ ਆ ਮਸੇ ਰੰਗੜ ਦਾ ਸਰ ਵੱਡਿਆ ਸੀ ਜਦੋਂ ਜਿਹੜਾ ਉਹਨਾਂ ਨੇ ਗਿਲਜੇ ਨਾਲ ਇੱਕ ਉਹਨਾਂ ਦਾ ਦਵੰਦ ਯੁੱਧ ਦਾ ਜ਼ਿਕਰ ਆਉਂਦਾ ਹੈ ਵੀ ਇੱਕ ਥਾਂ ਤੇ ਗਿਲਜੇ ਜਦੋਂ ਅਫਗਾਨੀ ਫੌਜੀ ਆ ਜਿਹੜੇ ਅਫਦਾਲੀ ਦੇ ਬਹੁਤ ਨੇੜੇ ਵਾਲੇ ਗਿਲਜੇ ਉਹਨਾਂ ਨੂੰ ਜਦੋਂ ਪਤਾ ਲੱਗਿਆ ਸਿੰਘਾਂ ਬਾਰੇ ਵੀ ਇਹ ਸੂਰਮੇ ਹੁੰਦੇ ਆ ਸ਼ੇਰ ਹੁੰਦੇ ਆ ਤੇ ਉਹ ਇਹਨਾਂ ਨੂੰ ਲਬਦੇ ਲਬਦੇ ਆਏ ਸਿੰਘਾਂ ਨੂੰ ਸਿੰਘ ਰਾਵੀ ਦਰਿਆ ਦੇ ਪਾਰਲੇ ਪਾਸੇ ਬੈਠੇ ਸੀ ਤਾਂ ਉਹਨਾਂ ਨੇ ਆ ਕੇ ਵੰਗਾਰਿਆ ਸਿੰਘਾਂ ਨੂੰ ਵੀ ਤੁਸੀਂ ਸਾਡੇ ਨਾਲ ਟੱਕਰ ਲਾਓ ਸਿੰਘ ਚਾਹੁੰਦੇ ਨਹੀਂ ਸੀ ਵੀ ਬਿਨਾਂ ਗੱਲ ਤੋਂ ਕਿਸੇ ਟੱਕਰ ਚ ਜਾਂ ਉਹਦੇ ਚ ਪੈਣਾ ਤਾਂ ਉਹ ਸਿੰਘ ਜੰਗਲ ਨੂੰ ਗਾਂ ਨੂੰ ਤੁਰੇ ਤਾਂ ਉਹਨਾਂ ਨੇ ਵੰਗਾਰਿਆ ਵੀ ਅਸੀਂ ਤਾਂ ਸੁਣਿਆ ਸੀ ਤੁਸੀਂ ਸ਼ੇਰ ਐ ਤੁਸੀਂ ਤਾਂ ਗਿੱਦੜਾਂ ਵਾਂਗੂ ਭੱਜਣ ਲੱਗ ਗਏ ਉੱਥੇ ਫਿਰ ਬਾਬਾ ਚੜਤਸੋਂ ਮਾਰੇ ਰਣਜੀਤ ਸਿੰਘ ਦੇ ਦਾਦਾ ਜੀ ਬਾਬਾ ਚੜਤਸੋਂ ਪਚੰਗੀ ਹੁੰਦੇ ਸੀ ਉਹ ਕਹਿੰਦੇ ਵੀ ਮੈਂ ਜਾਣਦਾ ਵੀ ਮੈਂ ਇਹਨਾਂ ਦੇ ਬੋਲ ਸਹਾਰ ਨਹੀਂ ਸਕਦਾ ਇਹ ਗਿਲਜੇ ਸਾਨੂੰ ਐ ਬੋਲ ਰਹੇ ਆ ਬਾਬਾ ਸੁੱਖਾ ਸਿੰਘ ਜੀ ਫਿਰ ਉਹਦੇ ਕੋਲੇ ਆਏ ਉਹ ਆਪਦੇ ਘੋੜੇ ਨੂੰ ਨਾਲ ਲੈ ਕੇ ਤੇ ਕਹਿੰਦੇ ਵੀ ਤੂੰ ਭਜੰਗੀ ਤੂੰ ਛੋਟਾ ਤੂੰ ਮੈਂ ਇਸ ਮੁਹਿੰਮ ਤੇ ਮੈਂ ਜਾਨਾ ਜਿਹੜੇ ਬੋਲ ਆਪਾਂ ਨੂੰ ਗਿਲਜਾਣੇ ਮਾਰੇ ਆ ਮੈਂ ਉਹਦਾ ਜਵਾਬ ਦੇਣ ਵਾਸਤੇ ਜਾਨਾ ਚਲੋ ਇਧਰੋਂ ਚਿੱਠੀ ਪੱਤਰ ਚੱਲਿਆ ਉਹ ਲੰਬੀ ਵਾਰਤਾ ਹੈ ਸਾਰੀ ਉਹ ਬਾਬਾ ਦਰਬਾਰਾ ਸਿੰਘ ਜੀ ਕਹਿੰਦੇ ਵੀ ਤੁਸੀਂ ਇਧਰੋਂ ਪੰਜਾਂ ਨੂੰ ਭੇਜੋ ਅਸੀਂ ਆਪਦੇ ਕੱਲੇ ਸਿੰਘ ਨੂੰ ਭੇਜਦੇ ਆਏ ਚੰਗੀ ਗੱਲਬਾਤ ਲੰਬੀ ਹੋਈ ਚਲੋ ਫੈਸਲਾ ਇਹ ਹੋਇਆ ਵੀ ਉਧਰੋਂ ਵੀ ਗਿਲਜਾ ਆਊਗਾ ਇਧਰੋਂ ਬਾਬਾ ਸੁੱਖਾ ਸਿੰਘ ਜੀ ਜਾਣਗੇ ਤੇ ਉਹਨਾਂ ਦਾ ਇੱਕ ਜੁੱਧ ਹੋਊਗਾ ਆਪਸ ਚ ਦੋਵਾਂ ਦਾ ਉਹ ਕਹਿੰਦੇ ਸੀ ਵੀ ਇਹ ਬੰਦੂਖਣਾ ਵਰਤਨ ਹਨਾ ਇਹ ਖਾਸੀਆਂ ਗੱਲਾਂ ਉਹਦੇ ਚ ਲੰਬੀਆਂ ਜੋੜ ਚੱਲ ਜਿੰਦੀਆਂ ਜਿਹੜੀ ਮੈਂ ਗੱਲ ਕਰਨੀ ਹੈ ਜਦੋਂ ਬਾਬਾ ਜੀ ਚੱਲੇ ਉਥੇ ਦਵੰਦ ਯੁੱਧ ਕਰਨ ਵਾਸਤੇ ਗਿਲਜੇ ਨਾਲ ਜਦੋਂ ਘੋੜਾ ਘੋੜਾ ਕਹਿੰਦੇ ਵੀ ਬਾਬਾ ਜੀ ਤੋਂ ਵੀ ਫੁਰਤੀ ਨਾਲ ਜਾ ਰਿਹਾ ਸੀ ਬਾਬਾ ਸੁਖਾ ਸਿੰਘ ਤੋਂ ਵੀ ਜਾਦੇ ਫੁਰਤੀ ਕਹਿੰਦੇ ਘੋੜੇ 'ਚ ਸੀ ਉਥੇ ਪਹੁੰਚਣ ਦੀ ਬਾਬਾ ਜੀ ਕਹਿ ਕੇ ਗਏ ਸੀ ਬਾਬਾ ਚੜ ਤਾਂ ਸੋ ਨੂੰ ਕਹਿੰਦੇ ਵੀ ਤੂੰ ਚੰਡੀ ਦੀ ਵਾਰ ਸ਼ੁਰੂ ਕਰ ਜੇ ਚੰਡੀ ਦੀ ਵਾਰ ਸਮਾਪਤ ਹੋਣ ਤੋਂ ਬਾਅਦ ਮੈਂ ਮੁੜਿਆ ਮੈਨੂੰ ਹਾਰਿਆ ਜਾਣਿਓ ਉਦੋਂ ਪਹਿਲਾਂ ਪਹਿਲਾਂ ਮੈਂ ਉਹਦਾ ਸਿਰ ਵੱਢ ਕੇ ਲੈ ਕੇ ਆਉਂਗਾ ਤੇ ਕਹਿੰਦੇ ਵੀ ਜਦੋਂ ਉੱਥੇ ਦੋਨਾਂ ਦਾ ਯੁੱਧ ਹੁੰਦਾ ਉਹ ਗਿਲਜੇ ਦਾ ਤੇ ਬਾਬਾ ਸੁੱਖਾ ਸਿੰਘ ਦਾ ਯੁੱਧ ਹੁੰਦਾ ਤੇ ਘੋੜੇ ਨੇ ਇੰਨੀ ਕਿ ਜ਼ਿਆਦਾ ਤੁਸੀਂ ਕਹੋ ਬਾਬਾ ਸੁੱਖਾ ਸਿੰਘ ਦੀ ਮਦਦ ਕੀਤੀ ਉਸ ਜੰਗ ਦੇ ਵਿੱਚ ਤੁਸੀਂ ਹਨੇਨੇ ਪਾਸੇ ਜੋ ਇੱਕ ਚੈਪਟਰ ਹੁੰਦਾ ਉਹ ਤੁਸੀਂ ਪੜੋਗੇ ਵੀ ਵੀ ਵਾ ਪੂਰੀ ਵਾ ਲੱਗਦੀ ਕਹਿੰਦੇ ਵੀ ਪੂਰਾ ਜ਼ਖਮੀ ਹੋ ਗਿਆ ਤੇ ਉਹ ਪਰ ਖੜਾ ਰਿਹਾ ਉਹਦੇ ਫੱਟ ਵੀ ਲੱਗੇ ਕਿਰਪਾਨਾਂ ਦੇ ਬਰਛਾ ਵੀ ਵੱਜਿਆ ਘੋੜੇ ਦੇ ਹਨਾ ਹੋਰ ਫੱਟ ਵੀ ਬਹੁਤ ਲੱਗੇ ਪਰ ਉਹ ਖੜਾ ਰਿਹਾ ਉਹਨੇ ਕਹਿੰਦੇ ਵੀ ਸਰੀਰ ਚੋਂ ਲਹੂ ਵਹਿ ਰਿਆ ਸੀ ਸਾਰੇ ਘੋੜੇ ਦੇ ਕਈ ਥਾਂ ਤੋਂ ਲਹੂ ਵਹਿ ਰਿਆ ਸੀ ਪਰ ਉਹਨੇ ਬਾਬਾ ਸੁੱਖਾ ਸੋਹ ਦਾ ਸਾਥ ਨਹੀਂ ਛੱਡਿਆ ਘੋੜੇ ਫਿਰ ਜਦੋਂ ਬਾਬਾ ਸੁੱਖਾ ਸੋਹ ਨੇ ਗਿਲਜੇ ਦਾ ਉੱਥੇ ਤੁਸੀਂ ਕਹੋ ਵੀ ਉਹਨੂੰ ਸੋਧਤਾ ਗਿਲਜੇ ਨੂੰ ਉਦੋਂ ਬਾਅਦ ਵੀ ਜਿਹੜਾ ਘੋੜਾ ਹੈ ਬਾਬਾ ਜੀ ਨੂੰ ਉਹਨੇ ਦਲ ਤੱਕ ਪਹੁੰਚਾਇਆ ਬਹੁਤ ਸੋਹਣੇ ਤਰੀਕੇ ਉਹਨੂੰ ਤੁਸੀਂ ਕਹੋ ਵੀ ਇੱਕ ਤਰੀਕੇ ਨਾਲ ਬਾਬਾ ਸੁੱਖਾ ਸਿੰਘ ਦਾ ਭਰਾ ਬਣ ਕੇ ਹੀ ਉਹਦੀ ਸੱਜੀ ਬਾਹ ਬਣ ਕੇ ਹੀ ਨਾਲ ਉਹਨੂੰ ਦੁਆਰੇ ਪੰਥ ਚ ਦਲ ਚ ਲੈ ਕੇ ਆਏ ਤੇ ਜਿਹੜੀ ਗੱਲ ਬਾਬਾ ਜੀ ਕਹਿ ਕੇ ਗਏ ਸੀ ਜਾਂਦੇ ਹੋਏ ਚਰਤ ਸਿੰਘ ਨੂੰ ਵੀ ਤੁਸੀਂ ਚੰਡੀ ਦੀ ਵਾਰ ਦਾ ਪਾਠ ਕਰੋ ਤੇ ਮੈਂ ਉਦੋਂ ਪਹਿਲਾਂ ਪਹਿਲਾਂ ਮੁੜੂੰਗਾ ਜੇ ਉਦੋਂ ਬਾਅਦ ਮੁੜਿਆ ਤਾਂ ਤੁਸੀਂ ਮੈਨੂੰ ਮਰਿਆ ਹੀ ਜਾਣਿਓ ਜਾਂ ਤੁਸੀਂ ਮੈਨੂੰ ਹਾਰਿਆ ਜਾਣਿਓ ਤਾਂ 17ਵੀਂ ਪੌੜੀ ਚੱਲ ਰਹੀ ਸੀ ਹਜੇ 55 ਪੌੜੀਆਂ ਨੇ ਜਾਂ ਤੁਸੀਂ ਕਹੋ 54 ਪੌੜੀਆਂ ਨੇ ਇੱਕ ਦੌਰ ਹੈ ਚੰਡੀ ਦੀ ਵਾਰ ਦਾ 17ਵੀਂ ਪੌੜੀ ਚੱਲ ਰਹੀ ਸੀ ਉਦੋਂ ਤੱਕ ਬਾਬਾ ਜੀ ਉਹ ਉਹਦੇ 'ਚ ਜਿਹੜੀ ਫੁਰਤੀ ਸੀ ਉਹ ਘੋੜੇ ਨੇ ਬਹੁਤ ਤਗੜੇ ਤਰੀਕੇ ਦਿਖਾਈ ਦੂਜੀ ਜਿਹੜੀ ਸਾਖੀ ਇੱਕ ਬਾਬਾ ਸੁੱਖਾ ਸੋਂਧੀ ਆਉਂਦੀ ਆ ਮੈਨੂੰ ਘੋੜੇ ਨਾਲ ਜੁੜਦੀ ਜਿਹੜੀ ਗੱਲ ਯਾਦ ਆਉਂਦੀ ਆ ਛੋਟੇ ਘੱਲੂ ਘਰੇ ਵੇਲੇ ਜਦੋਂ ਬਾਬਾ ਜੀ ਨੇ ਬਾਬਾ ਜੀ ਦੇ ਮਨ 'ਚ ਇਹ ਗੱਲ ਆ ਗਈ ਬਾਬਾ ਸੁੱਖਾ ਸਿੰਘ ਜੀ ਦੇ ਵੀ ਮੈਂ ਲੱਖੂ ਨੂੰ ਸੋਧਣਾ ਹੈ ਲੱਖੂ ਖੱਤਰੀ ਲਖਪਤਰਾਏ ਜੀ ਨੂੰ ਕਹਿੰਦੇ ਸੀ ਆਪਾਂ ਦਲਚੋਣੂ ਲੱਖੂ ਖੱਤਰੀ ਕਰਕੇ ਲੱਖੂ ਤੇ ਜਸੂ ਦੋਵੇਂ ਭਰਾ ਸੀ ਪੰਥ ਨਾਲ ਬਹੁਤ ਵੈਰ ਰਿਆ ਉਹਨਾਂ ਦਾ ਬਾਬਾ ਜੀ ਜਦੋਂ ਘੱਲੂ ਘਰੇ 'ਚ ਸੋਚਦੇ ਆ ਵੀ ਮੈਂ ਉਹਨੂੰ ਸੋਧਣਾ ਹੈ ਤੇ ਨੇੜੇ ਜਾਣ ਦੀ ਕੋਸ਼ਿਸ਼ ਕਰਦੇ ਸਿੰਘ ਰੋਕਦੇ ਵੀ ਆ ਵੀ ਲੱਖੂ ਦੇ ਆਲੇ-ਦੁਆਲੇ ਤੋਪਾਂ ਬੀੜੀਆਂ ਵੀ ਆ ਬਾਬਾ ਜੀ ਨਾ ਜਾਓ ਤੇ ਪਰ ਬਾਬਾ ਜੀ ਚਲੋ ਕਹਿੰਦੇ ਵੀ ਮੈਂ ਲੱਖੂ ਨੂੰ ਸੋਧਣਾ ਹੈ ਜਦੋਂ ਨੇੜੇ ਜਾਂਦੇ ਆ ਤਾਂ ਜਿਹੜੀਆਂ ਲੱਖੂ ਦੇ ਇੱਕ ਗੋਲਾ ਬਾਬਾ ਜੀ ਦੀ ਲੱਤ ਤੇ ਵੱਜ ਗਿਆ ਬਾਬਾ ਸੁਖਾ ਸਿੰਘ ਦੇ ਉਹਨਾਂ ਨੇ ਉਹ ਲੱਤ ਉਵੇਂ ਚੱਕ ਕੇ ਲਮਕ ਗਈ ਲੱਤ ਗੋਲਾ ਵੱਜ ਗਿਆ ਤੋਪ ਦਾ ਗੋਲਾ ਹੈ ਲਮਕ ਗਈ ਲੱਤ ਉਹ ਚੱਕ ਕੇ ਉਹਨਾਂ ਨੇ ਉਵੇਂ ਹੀ ਘੋੜੇ ਦੇ ਹਾਨੇ ਨਾਲ ਉੱਤੇ ਬੰਨ ਲਈ ਤੇ ਉਹ ਜੰਗ ਲੜਦੇ ਰਹੇ ਜੰਗ ਫਿਰ ਉਹ ਕੋਈ ਆਏ ਨਹੀਂ ਵੀ ਇੱਕ ਦਿਨ ਲੜਦੇ ਰਹੇ ਦੋ ਦਿਨ ਲੜਦੇ ਰਹੇ ਤਿੰਨ ਦਿਨ ਲੜਦੇ ਰਹੇ ਕਹਿੰਦੇ ਵੀ ਉਹ ਲੱਤ ਉਹਨਾਂ ਨੇ ਫਿਰ ਲਗਭਗ 3 ਮਹੀਨੇ ਬੰਨੀ ਰੱਖੀ ਉਦੋਂ ਬਾਅਦ ਫਿਰ ਜਦੋਂ ਕੱਲੂ ਘਾਰੇ ਤੋਂ ਬਾਅਦ ਜਦੋਂ ਸਿੰਘਾਂ ਨੇ ਅਡੜ ਥਾਵਾਂ ਤੇ ਪੜਾ ਕੀਤੇ ਤਾਂ ਬਾਬਾ ਸੁੱਖਾ ਸਿੰਘ ਨੇ ਗੰਗ ਸਰ ਜੈਤੋ ਜਿਹੜਾ ਆਪਣੇ ਨੇੜੇ ਕੋਟਕਪੂਰੇ ਦੇ ਨੇੜੇ ਹੈ ਨਾ ਜੈਤੋ ਉੱਥੇ ਪੜਾ ਕੀਤਾ ਉੱਥੇ ਫਿਰ ਘੋੜੇ ਨੇ ਇੰਨਾ ਸਾਥ ਦਿੱਤਾ ਵੀ ਉੱਥੋਂ ਤੁਰੇ ਵੀ ਬਾਬਾ ਜੀ ਉਤਰੇ ਨਹੀਂ ਘੋੜੇ ਦੇ ਲੱਤ ਬੰਨੀ ਵੀ ਆਪਦੇ ਹੰਨੇ ਤੇ ਆਪਦੀ ਲੱਤ ਬੰਨੀ ਵੀ ਹੈ ਉਸੇ ਤਰੀਕੇ ਘੋੜੇ ਨੇ ਉਹਨਾਂ ਨੂੰ ਜੈਤੋ ਪਹੁੰਚਾਇਆ ਤਿੰਨ ਮਹੀਨੇ ਤੋਂ ਵੀ ਵੱਧ ਦਾ ਸਫ਼ਰ ਬਣ ਜਾਂਦਾ ਹੈ ਫੇਰ ਉੱਥੇ ਚਲੋ ਸਿੰਘਾਂ ਨੇ ਸੇਵਾ ਸੰਭਾਲ ਬਾਬਾ ਜੀ ਦੀ ਕੀਤੀ ਤੇ ਸੋ ਇਹ ਆ ਵੀ ਘੋੜੇ ਦੀ ਜਿਹੜੀ ਹੈਗੀ ਆ ਪੰਥ ਦੀਆਂ ਮੁਹਿੰਮਾਂ ਜਿਹੜੀਆਂ ਸਰ ਕੀਤੀਆਂ ਪੰਥ ਨੇ ਉਹਦੇ ਚ ਘੋੜੇ ਦੀ ਵੱਡੀ ਮਹਾਨਤਾ ਰਹੀ ਹੈ ਘੋੜੇ ਨੇ ਵੱਡਾ ਯੋਗਦਾਨ ਦਿੱਤਾ ਤੇ ਘੋੜੇ ਨੂੰ ਭਰਾ ਕਰਕੇ ਹੀ ਸਿੱਖ ਜਾਂਦਾ ਆਪਦਾ ਸਿੰਘ ਆ ਜਿਹੜੇ ਹਨ ਅੱਜ ਵੀ ਜਦੋਂ ਦਲਪੰਥ ਚੜਾਈ ਕਰਦਾ ਤੇ ਘੋੜਿਆਂ ਦੀ ਇੱਕ ਵੱਖਰੀ ਤੁਸੀਂ ਕਹੋ ਵੀ ਇੱਕ ਇੱਕ ਜਲਵਾ ਪੈਦਾ ਹੁੰਦਾ ਹੈ ਨਾ ਜਾਂ ਜਥੇਦਾਰ ਹੈ ਨਾ ਜਾਂ ਸਿੰਘ ਸਾਹਿਬ ਪੰਥ ਪਾਸ਼ਾ ਜਿਹਨਾਂ ਨੂੰ ਆਪਾਂ ਕਹਿੰਦੇ ਆ ਉਹ ਗੱਡੀਆਂ ਵਾਲੇ ਘੋੜਿਆਂ ਤੇ ਸਵਾਰ ਹੁੰਦੇ ਨੇ ਨਾ ਗੱਡੀ ਲੱਗੀ ਮਹਾਰਾਜ ਦੀ ਗੱਡੀ ਆਸਤੇ ਘੋੜਾ ਰੱਖਿਆ ਜਾਂਦਾ ਸੋ ਇਹ ਸਵਾਰੀ ਨੂੰ ਦਲਪੰਥਾਂ ਚ ਬਹੁਤ ਅਸੀਂ ਜਿਹੜੇ ਦੁਨਿਆਵੀ ਜੇ ਤੌਰ ਤੇ ਵਿਚਰਦੇ ਲੋਕ ਆ ਸਾਨੂੰ ਸ਼ਾਇਦ ਇਹ ਗੱਲਾਂ ਸਮਝ ਨਾ ਆਉਣ ਦਲਪੰਥਾਂ ਚ ਇਹਦੀ ਬਹੁਤ ਮਹਾਨਤਾ ਹੈ ਨਾ ਘੋੜੇ ਦੇ ਗੋਡੀ ਹੱਥ ਲਾਉਂਦੇ ਆ ਜੀ ਜਦੋਂ ਨੇੜੇ ਆਉਂਦੇ ਆ ਨਾ ਮੱਥਾ ਟੇਕਦੇ ਆ ਘੋੜੇ ਨੂੰ ਵੱਡੇ ਮਹਿੰਮਾ ਇਹਨਾਂ ਪੰਥ ਦੀਆਂ ਸਾਰ ਕਰਵਾਈਆਂ ਨੇ ਹਾਂਜੀ ਤੇ ਜਿਵੇਂ ਦਲ ਪੰਥ ਨਿਹੰਗ ਸਿੰਘ ਜਦੋਂ ਮੱਲਾ ਨਿਕਲਦਾ ਆਸ਼ੀਰ ਬੇਸ਼ਕ ਆਨੰਦਪੁਰ ਸਾਹਿਬ ਦਾ ਹੋਵੇ ਜਾਂ ਕੋਈ ਬਾਕੀ ਜਿਹੜੇ ਵੱਡੇ ਸ਼ਹੀਦੀ ਜੋੜ ਮੇਲੇ ਜਾਂ ਹੋ ਰਿਹਾ ਤਾਂ ਉੱਥੇ ਜਿੱਦਾਂ ਜਿਹੜਾ ਗੱਦੀ ਵਾਲਾ ਘੋੜਾ ਹੁੰਦਾ ਉਹਦੇ ਬਾਰੇ ਜਰੂਰ ਸਾਨੂੰ ਦੱਸੋ ਕਿ ਉਹਨਾਂ ਤੇ ਜਿੱਦਾਂ ਇੱਕ ਘੋੜਾ ਹੁੰਦਾ ਉੱਤੇ ਕੋਈ ਵੀ ਸਿੰਘ ਸਵਾਰੀ ਨਹੀਂ ਕਰਦਾ ਹਾਂਜੀ ਤੇ ਬਹੁਤ ਸਾਰੀ ਸੰਗਤ ਉਹਨੂੰ ਸੀਸ ਨਵਾਉਂਦੀ ਆ ਮੱਥਾ ਟੇਕਦੀ ਆ ਤਾਂ ਉਹ ਸੀਨੇ ਬਸੀਨੇ ਕੁਝ ਘੋੜੇ ਜਿੱਦਾਂ ਹਜ਼ੂਰ ਸਾਹਿਬ ਕੁਝ ਜਿਹੜੇ ਮਹਾਰਾਜ ਸਾਹਿਬ ਦੇ ਉਹ ਘੋੜਿਆਂ ਦੀ ਜਿਹੜੀ ਅਨਸਬੰਧ ਸਿਆਗੀ ਉਹ

ਨਾ ਦੇਮੀ ਆਪਾਂ ਕਹਿੰਨੇ ਨਾ ਵੀ ਇੱਕ ਸਿੱਧੀ ਫੌਜ ਐ ਜਿਹਨੂੰ ਗੁਪਤ ਫੌਜ ਪੰਥ ਕਹਿੰਦ ਹੁੰਦਾ ਵੀ ਉਹ ਵਿਚਰਦੀ ਐ ਸਾਨੂੰ ਕਈ ਵਾਰੀ ਆਪਾਂ ਕਹਿੰਨੇ ਵੀ ਸਿੰਘ ਕੱਲਾ ਸਿੰਘ ਕੱਲਾ ਨਹੀਂ ਹੁੰਦਾ ਆਪਾਂ ਕੱਲ ਵੀ ਗੱਲ ਕਰਦੇ ਸੀ ਜਿਉ ਸਵਾ ਲੱਖ ਹੁੰਦਾ ਸਿੱਧੀ ਫੌਜ ਦਾ ਨਾਲ ਹੈਗੀ ਹੋਈ ਐ ਤਾਂ ਉਵੇਂ ਹੀ ਮਹਾਰਾਜ ਦਾ ਜਦੋਂ ਅਰਦਾਸ ਹੁੰਦੀ ਐ ਦਲ ਪੰਥ ਚੜਾਈ ਕਰਦਾ ਤਾਂ ਇੱਕ ਘੋੜਾ ਮਹਾਰਾਜ ਵਾਸਤੇ ਰੱਖਿਆ ਜਾਂਦਾ ਉਹ ਮਹਾਰਾਜ ਦੀ ਗੱਦੀ ਦਾ ਘੋੜਾ ਹੁੰਦਾ ਹੈ ਹਨ ਤੁਸੀਂ ਕਹੋ ਵੀ ਸੱਚੇ ਪਾਤਸ਼ਾਹ ਸਵਾਰੀ ਕਰਦੇ ਨੇ ਉਸ ਘੋੜੇ ਤੇ ਤਾਂ ਇਹ ਹਜੂਰ ਸਾਹਿਬ ਤੁਸੀਂ ਦੇਖੋ ਜਾਂ ਦਲ ਪੰਥ ਵੀ ਜਦੋਂ ਚੜਾਈ ਕਰਦਾ ਉਹ ਘੋੜਿਆਂ ਚ ਗੱਦੀ ਵਾਲੇ ਘੋੜੇ ਦਾ ਵਤੀਰਾ ਬ ਇਹ ਆਮ ਤੌਰ ਤੇ ਬਹੁਤ ਸੰਗਤਾਂ ਇਹ ਦੇ ਦਰਸ਼ਨ ਕਰਦੀਆਂ ਨੇ ਵੀ ਜਦੋਂ ਉਹਦੀ ਅਰਦਾਸ ਹੋ ਜਾਂਦੀ ਹੈ ਵੀ ਮਹਾਰਾਜ ਤੁਹਾਡੀ ਸਵਾਰੀ ਦਾ ਘੋੜਾ ਤਿਆਰ ਹੈ ਤਾਂ ਉਹਦਾ ਬਿਹੇਵੀਅਰ ਬਦਲ ਜਾਂਦਾ ਉਹਦਾ ਵਤੀਰਾ ਬਦਲ ਜਾਂਦਾ ਸੰਗਤ ਦਾ ਨਾ ਸੰਗਤ ਭਾਵੇਂ ਉਹਦੇ ਪੈਰਾਂ 'ਚ ਵੀ ਲਿੱਟੀ ਜਾਵੇ ਉਹਨੇ ਆਈ ਨਹੀਂ ਵੀ ਕਿਸੇ ਦੇ ਉੱਤੋਂ ਦੀ ਲੰਘ ਜੂ ਜਾਂ ਹੋਰ ਸੋ ਇਹ ਆ ਵੀ ਇਹ ਪੰਥ ਦੀ ਮਰਿਆਦਾ ਪ੍ਰਾਣੀ ਇਹ ਸਾਡੀਆਂ ਮਾਨਤਾਵਾਂ ਨੇ ਹਨਾ ਅਸੀਂ ਰਿਸਪੈਕਟ ਕਰਦੇ ਹਾਂ ਇਹਨਾਂ ਮਾਨਤਾਵਾਂ ਦੀ ਇਹਨਾਂ ਕਰਕੇ ਹੀ ਪੰਥ ਜਿਉਂਦਾ ਹੈ ਹਾਂਜੀ ਮੈਂ ਤਾਂ ਬੀਤੇ ਦਿਨ ਤੁਸੀਂ ਇੱਕ ਸੋਸ਼ਲ ਮੀਡੀਆ ਤੇ ਪੋਸਟ ਵੀ ਪਾਈ ਹਨਾ ਹਨਾ ਪਾਤਸ਼ਾਹੀ ਦਾ ਜਦੋਂ ਜ਼ਿਕਰ ਹੋ ਰਿਹਾ ਵਾਰ-ਵਾਰ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਜਿਹੜਾ ਕਿ ਉਹਨਾਂ ਥਾਵਾਂ ਦੇ ਉੱਤੇ ਤਾਂ ਜੱਸਾ ਸਿੰਘ ਰਾਮਗੜੀਆ ਦੀ ਪੋਸਟ ਸੀਗੀ ਹਾਂਜੀ ਹਾਂਜੀ ਜੱਸਾ ਸਿੰਘ ਰਾਮਗੜੀਆ ਬਾਰੇ ਆਪਾਂ ਪੋਸਟ ਪਾਈ ਸੀ ਸਰਦਾਰ ਜੱਸਾ ਸਿੰਘ ਰਾਮਗੜੀਆ ਬਾਰੇ ਕਿ ਉਹ ਉੜਦਾ ਹੋਇਆ ਤੀਰ ਛੂਕਦਾ ਇੱਕ ਰਾਮਰੌਣੀ ਦੇ ਕਿਲੇ ਚ ਆਇਆ ਤਾਂ ਮੈਨੂੰ ਕਈ ਸਿੰਘਾਂ ਨੇ ਪੁੱਛਿਆ ਵੀ ਰਾਮਰੌਣੀ ਦੇ ਕਿਲੇ 'ਚ ਸਿੰਘ ਬੈਠੇ ਸੀ ਜੱਸਾ ਸਿੰਘ ਰਾਮਗੜੀਆ ਬਾਹਰ ਕਿਉਂ ਸੀ ਦੇ ਅੰਦਰ ਸਾਰੇ ਸਿੰਘ ਅੰਦਰ ਸੀ ਬੱਬਾ ਸੁੱਖਾ ਸੋਂ ਬੱਬਾ ਚੜਤ ਸੋਂ ਬੱਬਾ ਜੱਸਾ ਸਿੰਘ ਆਲੂ ਵਾਲੀਆ ਨਵਾਬ ਕਪੂਰ ਸੋਂ ਸਾਰੇ ਸਿੰਘ ਇਹ ਅੰਦਰ ਸੀ ਤੇ ਜੱਸਾ ਸਿੰਘ ਰਾਮਗੜੀਆ ਬਾਹਰ ਕਿਉਂ ਸੀ ਹੋਇਆ ਇਹ ਕਿ ਕੋਈ ਕਾਰਨ ਇਹੋ ਜਿਹਾ ਬਣ ਗਿਆ ਕਿ ਬੱਬਾ ਜੱਸਾ ਸਿੰਘ ਰਾਮਗੜੀਆ ਤੇ ਦੋਸ਼ ਲੱਗ ਗਿਆ ਵੀ ਕੁੜੀ ਮਾਰ ਦੇਖੋ ਇਹ ਪੁਰਾਣੀਆਂ ਗੱਲਾਂ ਚੱਲਦੀਆਂ ਆ ਰਹੀਆਂ ਸਾਡੀਆਂ ਆ ਤਾਂ ਹੁਣ ਚੱਲਿਆ ਕੰਮ ਗੁੰਮਾਹਾ ਭਰੂਣ ਹੱਤਿਆ ਵਾਲਾ ਤੇ ਜੀ ਫੈਮਿਲੀਜ਼ਮ ਤੇ ਇਹ ਸਾਰਾ ਕੁਝ ਜੈ ਅਸੀਂ ਪੁਰਾਣੀਆਂ ਇਹਨਾਂ ਚੀਜ਼ਾਂ ਬਾਰੇ ਸੋਚਦੇ ਆ ਰਹੇ ਹਾਂ ਵੀ ਸੁੱਖਾ ਸਿੰਘ ਬਾਰੇ ਵੀ ਬੱਬਾ ਜੀ ਬਾਰੇ ਗੱਲ ਕੀਤੀ ਆਪਾਂ ਵੀ ਕੁੜੀ ਮਾਰਦਾ ਦੋਸ਼ ਲੱਗਿਆ ਸੀ ਸਾਬਤ ਨਹੀਂ ਹੋਇਆ ਸੀ ਤੇ ਜਸਾ ਸਿੰਘ ਰਾਮ ਗੜੀਏ ਤੇ ਵੀ ਦੋਸ਼ ਲੱਗ ਗਿਆ ਬੱਬਾ ਜੀ ਕਹਿੰਦੇ ਵੀ ਮੈਂ ਨਹੀਂ ਕੀਤੀ ਇਹ ਮਤਲਬ ਮੇਰੇ ਤੋਂ ਗਲਤੀ ਨਹੀਂ ਹੋਈ ਚਲੋ ਪਰ ਦੋਸ਼ ਲੱਗ ਗਿਆ ਤਾਂ ਪੰਥ ਨਾਲੋਂ ਕੋਈ ਬੇਰੁਖੀ ਹੋ ਗਈ ਹੈਨਾ ਰੋਸਾ ਹੋ ਗਿਆ ਰੋਸਾ ਹੋ ਗਿਆ ਤੇ ਬੱਬਾ ਜਸਾ ਸਿੰਘ ਰਾਮ ਗੜੀਆ ਜੀ ਮਦੀਨਾ ਬੇਗਨਾ ਰਲਗੇ ਜਲੇ ਜਲੰਧਰ ਦਾ ਸੂਬੇਦਾਰ ਸੀ ਉਹਦੇ ਨਾਲ ਰਲਗੇ ਜਾ ਕੇ ਜਦੋਂ ਸਿੰਘਾਂ ਨੇ ਰਾਮਰੌਣੀ ਦਾ ਕਿਲਾ ਬਣਾਉਣਾ ਸ਼ੁਰੂ ਕੀਤਾ ਅਮਰਸਰ ਸਾਹਿਬ ਤੇ मीर मनू नु ਪਤਾ ਲੱਗਿਆ ਤਾਂ ਦੀਵਾਨ ਕੌੜਾ ਮਲ ਨੂੰ ਮੀਰ ਮਨੂ ਕਹਿੰਦਾ ਵੀ ਤੁਸੀਂ ਜਾ ਕੇ ਘੇਰਾ ਪਾਓ ਦੀਵਾਨ ਸਾਹਿਬ ਕਹਿੰਦੇ ਦੀਵਾਨ ਸਾਹਿਬ ਪੰਥ ਨੂੰ ਬਹੁਤ ਸ਼ਰਮੌਰ ਸਮਝਦੇ ਹੁੰਦੇ ਸੀ ਪੰਥ ਦੇ ਭਲੇ ਦੀ ਗੱਲ ਬਹੁਤ ਕਰਦੇ ਹੁੰਦੇ ਸੀ ਪੰਥ ਦੇ ਹਿੱਤ ਦੀ ਗੱਲ ਬਹੁਤ ਕਰਦੇ ਸੀ ਦੀਵਾਨ ਸਾਹਿਬ ਕਹਿੰਦੇ ਵੀ ਆਪਾਂ ਕਾਹਤੋ ਜੀ ਬਿਨਾਂ ਗੱਲ ਤੋਂ ਮਤਲਬ ਹਜੇ ਕਿਹੜਾ ਉਹਨਾਂ ਨੇ ਕੋਈ ਆਪਣੇ ਤੇ ਹੱਲਾ ਕੀਤਾ ਜਾ ਉਹ ਕਹਿੰਦੇ ਨਹੀਂ ਵੀ ਇਹਨਾਂ ਕੋਲੇ ਕੋਈ ਰਾਜ ਨਹੀਂ ਵਾਸਤਾ ਨਹੀਂ ਇਹ ਕਿਲੇ ਬਣਾ ਰਹੇ ਆ ਸਾਡੀ ਸلطਨਤ ਦੇ ਵਿੱਚ ਹੀ ਇਹ ਕਿਲੇ ਬਣਾ ਰਹੇ ਆ ਦੀਵਾਨ ਸਾਹਿਬ ਨੇ ਕੋਸ਼ਿਸ਼ ਕੀਤੀ ਦੀਵਾਨ ਸਾਹਿਬ ਨੂੰ ਦੀਵਾਨ ਸਾਹਿਬ ਜਦੋਂ ਪੰਥ ਦੇ ਹੱਕ 'ਚ ਬੋਲਦੇ ਹੁੰਦੇ ਸੀ ਇਸੇ ਕਰਕੇ ਪੰਥ ਉਹਨਾਂ ਨੂੰ ਮਿੱਠਾ ਮੱਲਵੀਂ ਕਹਿੰਦਾ ਸੀ ਨਾ ਜਾਂ ਉਹ ਮਿੱਠੀਆਂ-ਮਿੱਠੀਆਂ ਕਹਿੰਦੇ ਵੀ ਦੇਗਾਂ ਲਿਆ ਕੇ ਸਿਕਾਉਂਦੇ ਹੁੰਦੇ ਸੀ ਪੰਥ ਨੂੰ ਤਾਂ ਮਿੱਠਾ ਮੱਲ ਕਹਿੰਦੇ ਸੀ ਪਰ ਦੀਵਾਨ ਸਾਹਿਬ ਦੀ ਗੱਲ ਨਹੀਂ ਸੁਣੀ ਮੀਰ ਮੰਨੂ ਨੇ ਉਹ ਕਹਿੰਦਾ ਘੇਰਾ ਪਾਓ ਜਾ ਕੇ ਉਹਨੇ ਫਿਰ ਅਦੀਨਾ ਬੇਗ ਨੂੰ ਤੇ ਦੀਵਾਨ ਸਾਹਿਬ ਨੂੰ ਕਿਹਾ ਵੀ ਮੀਰ ਮੰਨੂ ਦੂਜਾ ਮੀਰ ਮੰਨੂ ਨੇ ਕਿਹਾ ਵੀ ਆ ਰਾਮਰੌਣੀ ਦੇ ਕਿਲੇ ਨੂੰ ਘੇਰਾ ਪਾਓ ਅਦੀਨਾ ਬੇਗ ਜਲੰਧਰ ਦਾ ਸੂਬੇਦਾਰ ਜਦੋਂ ਆਇਆ ਤਾਂ ਉਹ ਫੇਰ ਜਦੋਂ ਇਹ ਘੇਰਾ ਲੰਬਾ ਚੱਲਦਾ ਚੱਲਦਾ ਰਿਹਾ ਤੇ ਅੰਦਰ ਸਿੰਘਾਂ ਦਾ ਰਸਦ ਪਾਣੀ ਮੁੱਕਣ ਲੱਗ ਗਿਆ ਤਾਂ ਜਸਾ ਸਿੰਘ ਰਾਮਗੜੀਏ ਨੇ ਨਵਲਚੇ ਸਾਖੀ ਆਉਂਦੀ ਐ ਇੱਕ ਥਾਂ ਤੇ ਵੀ ਕੋਈ ਸੂਰਮਾ ਸਿੰਘ ਭਚੰਗੀ ਸਿੰਘ ਆਇਆ ਸੀ ਬਾਹਰ ਤੇ ਉਹਨੇ ਕਮੰਦ ਕੋੜਾ ਐ ਘਮਾਇਆ ਬਾਹਰ ਆ ਕੇ ਵੀ ਮੁਗਲਾਂ ਦੇ ਲਾਸ਼ਾਂ ਦੇ ਢੇਰ ਲਾਤੇ ਉੱਥੇ ਕਿ ਜਦੋਂ ਜਸਾ ਸਿੰਘ ਰਾਮਗੜੀਆ ਅਦੀਨਾ ਬੇਗ ਜੀ ਨਾਲ ਉਹ ਬਾਹਰ ਅਦੀਨਾ ਬੇਗ ਨਾਲ ਬਾਹਰ ਆ ਕੇ ਖੜ ਗਏ ਘੇਰਾ ਪਿਆ ਤੇ ਜਦੋਂ ਸਿੰਘਾਂ ਦਾ ਅੰਦਰ ਰਸਦ ਪਾਣੀ ਮੁੱਕ ਗਿਆ ਤੇ ਜਸਾ ਸਿੰਘ ਗਰਾਮ ਗੜੀਏ ਨੂੰ ਪਤਾ ਲੱਗਿਆ ਵੀ ਅੰਦਰ ਸਿੰਘਾਂ ਦਾ ਰਸਦ ਪਾਣੀ ਮੁੱਕ ਗਿਆ ਉਹ ਇੱਕ ਪਚੰਗੀ ਸਿੰਘ ਆਇਆ ਸੀ ਰਾਮਰੌਣੀ ਦੇ ਕਿਲੇ ਤੋਂ ਬਾਹਰ ਆਇਆ ਉਹਨੇ ਆ ਕੇ ਕਮੰਦ ਕੋੜਾ ਕਮਾਇਆ ਕਮੰਦ ਕੋੜਾ ਕਮਾਇਆ ਤੇ ਕਈ ਮਤਲਬ ਜਿਹੜਾ ਰਾਮਰੌਣੀ ਦੇ ਕਿਲੇ ਦੇ ਗੇਟ ਤੇ ਜਿੰਨੇ ਮੁਗਲ ਸਪਾਈ ਤੇ ਹੋਰ ਸੈਨਾ ਖੜੀ ਸੀ ਉਹਨੇ ਢੇਰ ਕਰਤੀ ਜਸਾ ਸਿੰਘ ਗਰਾਮ ਗੜੀਏ ਨੂੰ ਕਿਤਨਾ ਕਿਤੇ ਇਹ ਚੀਜ਼ਾਂ ਨੇ ਮਤਲਬ ਤੁਸੀਂ ਕਹੋ ਅੰਦਰੋਂ ਟੰਬਿਆ ਮੈਂ ਆਪਣੇ ਭਰਾਵਾਂ ਦੇ ਉਲਟੀ ਖੜਾ ਇਸ ਥਾਂ ਤੇ ਆ ਕੇ ਉਹ ਕਹਿੰਦੇ ਵੀ ਉਹਨਾਂ ਨੇ ਆਪਦੇ ਸਾਥੀ ਸਿੰਘਾਂ ਨਾਲ ਵਿਚਾਰ ਕੀਤੀ ਵੀ ਮੈਂ ਆਪਦੇ ਭਰਾਵਾਂ ਦੀ ਉਲਟਾ ਪੱਖ ਖੜੇ ਆ ਆਪਾਂ ਨੂੰ ਪੰਥ ਜਵਾਬ ਮੰਗੂਗਾ ਜਾਂ ਕਲਗੀਧਰ ਪਿਤਾ ਜੀ ਜਵਾਬ ਮੰਗਣਗੇ ਆਪਣੀ ਤਰਫ ਆਪਾਂ ਕੀ ਜਵਾਬ ਦੇਵਾਂਗੇ ਤੇ ਉਹ ਕਹਿੰਦੇ ਨਾਲ ਦੇ ਸਾਥੀ ਸਿੰਘ ਵੀ ਰਾਜੀ ਹੋ ਗਏ ਹਾਂ ਜੀ ਆਪਾਂ ਜਿਵੇਂ ਤੁਸੀਂ ਕਹੋਗੇ ਜਸਾ ਸਿੰਘ ਜੀ ਆਪਾਂ ਉਵੇਂ ਹੀ ਕਰਾਂਗੇ ਬਾਬਾ ਜਸਾ ਸਿੰਘ ਤੀਰ ਚੜਾਉਣ ਲੱਗਦੇ ਆਂ ਹੈਨਾ ਕਮਾਨ ਤੇ ਜਦੋਂ ਤੀਰ ਚੜਾਇਆ ਤੇ ਇੱਕ ਸਿੰਘ ਕਹਿੰਦਾ ਵੀ ਤੁਸੀਂ ਸਮਝੌਤੇ ਦੀ ਗੱਲ ਕਰ ਰਹੇ ਹੋ ਨਾਲੇ ਤੀਰ ਛੱਡ ਰਹੇ ਹੋ ਉਹ ਕਹਿੰਦੇ ਵੀ ਤੀਰ ਹਰ ਵਾਰੀ ਹਮਲਾ ਕਰਨ ਵਾਸਤੇ ਨਹੀਂ ਛੱਡਿਆ ਜਾਂਦਾ ਹੁੰਦਾ ਬਹੁਤ ਵਾਰੀ ਸਮਝੌਤੇ ਵਾਸਤੇ ਵੀ ਉਹ ਚਿੱਠੀ ਜਿਹੜੀ ਫਿਰ ਮੈਂ ਉਸ ਦਿਨ ਗੱਲ ਲਿਖ ਕੇ ਪਾਈ ਸੀ ਉਹ ਚਿੱਠੀ ਦੀ ਇਬਾਰਤ ਇਹੀ ਸੀ ਵੀ ਮੈਂ ਆਪਦੀਆਂ ਪੁਰਾਣੀਆਂ ਗਲਤੀਆਂ ਦੀ ਭੁੱਲਾਂ ਦੀ ਮਾਫੀ ਮੰਗਦਾ ਜੇ ਮੇਰੇ ਤੋਂ ਹੋਈਆਂ ਜੇ ਨਹੀਂ ਵੀ ਹੋਈਆਂ ਅਣਜਾਣੇ ਜਾਣੇ ਜੇ ਹੋਈਆਂ ਜਾਂ ਨਹੀਂ ਹੋਈਆਂ ਭਾਵੇਂ ਮੇਰੇ ਤੋਂ ਦੋਸ਼ ਵੀ ਲੱਗਿਆ ਤਾਂ ਮੈਂ ਉਹਦੀ ਪੰਥ ਤੋਂ ਮਾਫੀ ਮੰਗਦਾ ਹਾਂ ਪੰਥ ਮੈਨੂੰ ਵਾਪਸ ਅਸੀਂ ਮਾਫੀ ਮੰਗ ਕੇ ਸ਼ਾਮਲ ਹੋਣਾ ਚਾਹੁੰਦੇ ਹਾਂ ਉਧਰ ਫਿਰ ਨਵਾਬ ਸਾਹਿਬ ਹੋਰਾਂ ਨੇ ਚਿੱਠੀ ਭੇਜੀ ਵੀ ਪੰਥ ਸ਼ਰਨ ਆਿਆਂ ਨੂੰ ਸਦਾ ਕੰਠ ਲਾਉਂਦਾ ਤੁਸੀਂ ਆਓ ਸੋ ਰਾਮਰੌਣੀ ਦੇ ਕਿਲੇ ਦੇ ਵਿੱਚ ਪਰ ਇਹ ਸਾਰੇ ਵਰਤਾਰੇ 'ਚ ਮੈਨੂੰ ਜਿਹੜੀ ਇੱਕ ਗੱਲ ਵੱਡੀ ਲੱਗਦੀ ਹੈ ਉਹ ਹੈਗੀ ਆ ਘਟਨਾ ਕੋਈ ਐਵਜੀ ਵਾਪਰ ਸਕਦੀ ਹੈ ਵੀ ਕੁਝ ਸਿੰਘਾਂ ਨਾਲ ਦੂਜੇ ਸਿੰਘਾਂ ਦੇ ਮਤਭੇਦ ਹੋ ਸਕਦੇ ਆ ਸਾਡੇ ਚਾਹੇ ਵੱਡੀ ਸਮੱਸਿਆ ਹੋ ਗਈ ਅਸੀਂ ਕਈ ਵਾਰੀ ਪੰਥਵਾਲ ਨੂੰ ਪਿੱਠ ਕਰਨ ਲੱਗ ਗਏ ਨੇ ਕਈ ਵਾਰੀ ਕਿ ਬਹੁਤੇ ਵਾਰੀ ਹੈ ਨਾ ਇਹੋ ਜਿਹਾ ਕੁਝ ਹੋਣ ਲੱਗ ਗਿਆ ਪੰਥ ਪ੍ਰਥਮ ਹੈ ਹਮੇਸ਼ਾ ਸਾਡੇ ਲਈ ਜੇ ਸਾਡੇ ਦੋਵਾਂ 'ਚ ਕੋਈ ਮੰਨ ਲਓ ਆਪਸ 'ਚ ਮਤਭੇਦ ਹੈ ਪੰਥ ਤੇ ਕੋਈ ਮਾੜੀ ਨਿਗਾਹ ਨਾਲ ਦੇਖਦਾ ਤਾਂ ਅਸੀਂ ਉੱਥੇ ਇਕੱਠੇ ਹੋਣਾ ਆਪਦੇ ਮਤਭੇਦ ਪਿੱਛੇ ਛੱਡ ਕੇ ਸਰਦਾਰ ਜਸਤਾ ਸਿੰਘ ਰਾਮਗੜਗੀ ਵਾਲੀ ਇਹ ਜਿਹੜੀ ਘਟਨਾ ਵਾਪਰੀ ਹੈ ਰਾਮਰੌਣੀ ਦੇ ਕਿਲੇ ਤੋਂ ਬਾਹਰ ਜਦੋਂ ਅੰਦਰ ਗਏ ਆ ਉਹ ਇਹੀ ਵਾਪਰੀ ਹੈ ਵੀ ਜੇ ਮੇਰੇ ਨਾਲ ਪੰਥ ਦਾ ਕੋਈ ਰੋਸ ਹੈ ਜਾਂ ਮੇਰਾ ਪੰਥ ਨਾਲ ਕੋਈ ਰੋਸ ਹੈ ਤਾਂ ਮੇਰਾ ਸਿੰਘਾਂ ਨਾਲ ਆਪਸ ਚ ਹੈਗੀ ਇਹ ਗੱਲਬਾਤ ਪੰਥ ਤੇ ਜੇ ਕੋਈ ਚੜ ਕੇ ਆਊਗਾ ਉੱਥੇ ਨਹੀਂ ਅਸੀਂ ਮਤਲਬ ਉੱਥੇ ਆড্ডা ਨਹੀਂ ਰਵਾਂਗੇ ਉੱਥੇ ਤਾਂ ਅਸੀਂ ਇਕੱਠੇ ਹੋ ਕੇ ਮਿਸਲਾਂ ਵੇਲੇ ਆ ਹੀ ਹੁੰਦਾ ਰਿਆ ਨਾ ਮਿਸਲਾਂ ਆਪਸ ਚ ਕੋਈ ਨਹੀਂ ਲੜਾਈ ਲੜਦੀਆਂ ਰਹੀਆਂ ਸਿੱਖ ਮਿਸਲਾਂ ਦਾ ਆਪਸ ਚ ਵੀ ਰੌਲਾ ਪਿਆ ਪੰਥ ਵਾਸਤੇ ਖੜ ਜੰਦੀ ਸੀ ਸੋ ਇਹ ਪੰਥ ਪ੍ਰਥਮ ਰੱਖਣਾ ਹੈ ਜਿਹੜਾ ਉੱਥੇ ਫਿਰ ਤੁਹਾਨੂੰ ਆਪਦੇ ਨਿੱਜੀ ਹਿੱਤ ਛੱਡਨੇ ਪੈਣਗੇ ਹੁਣ ਹੋ ਸਕਦਾ ਹੈ ਦੀਨਾ ਬੇਗ ਨਾਲ ਜਿਦਾ ਜੱਸਾ ਸੰਗਰਾਮ ਕਰੀਆ ਜੀ ਰਲ ਕੇ ਕਰਦੇ ਰਹਿੰਦੇ ਮਤਲਬ ਉਹਦੀ ਉੱਥੇ ਨੌਕਰੀ ਕਰਦੇ ਰਹਿੰਦੇ ਸਾਰਾ ਕੁਝ ਹੋ ਸਕਦਾ ਉਹਨਾਂ ਨੂੰ ਅਹੁਦੇ ਹੋਰ ਮਿਲਦੇ ਹੋ ਸਕਦਾ ਉਹਨਾਂ ਕੋਲੇ ਉਹਨਾਂ ਨੂੰ ਕੋਈ ਤਨਖਾਹਾਂ ਜਾਂ ਹੋਰ ਪੈਸਾ ਜ਼ਿਆਦਾ ਮਿਲਣ ਲੱਗ ਜਾਂਦਾ ਪਰ ਉੱਥੇ ਪੰਥ ਸਰਮੌਰ ਰੱਖਣਾ ਜ਼ਰੂਰੀ ਸੀ ਸੋ ਉਹਨਾਂ ਨੇ ਫਿਰ ਪੰਥ ਨੂੰ ਪ੍ਰਥਮ ਰੱਖਿਆ ਤੇ ਫਿਰ ਉਹ ਕਿਲੇ ਚ ਦਾਖਲ ਹੋਏ ਫਿਰ ਉਹ ਕਿਲਾ ਜਿਹੜਾ ਹੈਗਾ ਉਹ ਉਹ جنگ ਹੈ ਜਿਹੜੀ ਫਿਰ ਉਹ ਸਿੰਗਲ جنگ ਤਾਂ ਲੜੀ ਨਹੀਂ ਗਈ ਉਹਦੋਂ ਉਹ ਅਮਨ ਸ਼ਾਹ ਅਦਾਲੀ ਚੜਾਈ ਕਰਕੇ ਆ ਗਿਆ ਤੇ ਉਹ ਥੋਕੇ ਕੇਹਰਾ ਚੱਕ ਲਿਆ ਸੀ ਮੀਰ ਮੰਨੂ ਦੀਆਂ ਫੌਜਾਂ ਨੇ ਤਾਂ ਉਹ ਖੈਰ ਮੈਦਾਨ ਖਾਲਸੇ ਦੇ ਹੱਥ ਰਿਆ ਤੇ ਜੱਸਾ ਸਿੰਘ ਰਾਮਗੜੀਏ ਨੂੰ ਉੱਥੋਂ ਰਾਮ ਰਗੜੀਆ ਕਹਿਣਾ ਸ਼ੁਰੂ ਕੀਤਾ ਉਹ ਰਾਮ ਰੌਣੀ ਦੇ ਕਿਲੇ ਦਾ ਨਾਮ ਰਾਮਗੜ੍ਹ ਪੈ ਗਿਆ ਰਾਮਗੜ੍ਹ ਤੋਂ ਫਿਰ ਜੱਸਾ ਸਿੰਘ ਕੋਲੇ ਉਹਦੀ ਸਾਮ ਸੰਭਾਲ ਸੀ ਉਹ ਜੱਸਾ ਸਿੰਘ ਰਾਮਗੜੀਆ ਉੱਥੋਂ ਜੱਸਾ ਸਿੰਘ ਰਾਮਗੜੀਆ ਬਣਿਆ ਸੀ ਜੀ ਬਿਲਕੁਲ ਤਾਂ ਪੰਥ ਪ੍ਰਥਮ ਹੈ 18ਵੀਂ ਸਦੀ ਦਾ ਬਹੁਤ ਸਾਰਾ ਇਤਿਹਾਸ ਬਹੁਤ ਸਾਰੀਆਂ ਜਿਹੜੀਆਂ ਸਾਖੀਆਂ ਉਸ ਹਨਹਨੇ ਪਾਤਸ਼ਾਹੀ ਦੇ ਵਿੱਚ ਮੌਜੂਦ ਨੇ ਅਸੀਂ ਉਹਨਾਂ ਥਾਵਾਂ ਦੇ ਉੱਤੇ ਬਹਿ ਕੇ ਇਸ ਕਿਤਾਬ ਦੇ ਬਾਰੇ ਇਸ ਨਾਵਲ ਦੇ ਬਾਰੇ ਚਰਚਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਇੱਕ ਖਾਸ ਗੱਲ ਹੈ ਹੁਣ ਸਾਡੀ ਜ਼ਿੰਦਗੀ ਦੇ ਵਿੱਚ 18ਵੀਂ ਸਦੀ 'ਚ ਵੀ ਇਹ ਕੁਝ ਹੁੰਦਾ ਰਿਹਾ ਮਿਸਲਾਂ ਦੇ ਆਪਸ ਦੇ ਵਿੱਚ ਜਿਹੜੇ ਵੰਡ ਪਈ ਰਹੀ ਬਹੁਤ ਕੁਝ ਹੁੰਦਾ ਰਿਹਾ ਪਰ ਜਦੋਂ ਕੋਈ ਆੜਵੀ ਜਾਂ ਕੋਈ ਹਮਲਾਵਰ ਜਾਂ ਕੋਈ ਵੈਰੀ ਜਾਂ ਕੋਈ ਦੁਸ਼ਟ ਜਿਹੜਾ ਉਹ ਗੁਰੂ ਪਾਤਸ਼ਾਹ ਦੇ ਪੰਥਵਾਲ ਦੇਖਦਾ ਸੀ ਜਾਂ ਪੰਥ ਦੀ ਮਰਿਆਦਾ ਤੇ ਪੰਥ ਦੀ ਜਿਹੜੇ ਕਿ ਰਹਿਣੀ ਸਹਿਣੀ ਤੇ ਜਾਂ ਪੰਥ ਦੀਆਂ ਕਿਸੇ ਜਿਹੜਾ ਕਿ ਯਾਦਾਂ ਤੇ ਕਿਸੇ ਗ੍ਰੰਥ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਸੀਗਾ ਤਾਂ ਪੰਥ ਇਕੱਠਾ ਹੋ ਜਾਂਦਾ ਸੀ ਅੱਜ ਜਿਹੜੀ ਇਦਾਂ ਮਹਿਸੂਸ ਹੁੰਦਾ ਵੀ ਬਹੁਤ ਸਾਰੇ ਹੋ ਸਕਦਾ ਲੋਕ ਜਿਹੜੇ ਉਹ ਪੰਥ ਨੂੰ ਪਿਆਰ ਕਰਦੇ ਹੁਣ ਸਾਡੀਆਂ ਜਿਹੜੀਆਂ ਇਸ ਵਕਤ ਧੜਿਆਂ ਦੇ ਵਿੱਚ ਵੰਡੀਆਂ ਹੋਈਆਂ ਸੰਸਥਾਵਾਂ ਨੇ ਗੁਰੂ ਤੇ ਸਾਰੇ ਆ ਦਾ ਹੀ ਗੁਰੂ ਗ੍ਰੰਥ ਸਾਹਿਬ ਜੀ ਹੈ ਨਾ ਪਰ ਇੱਕ ਜਿਹੜੀ ਕਬੀ ਮਹਿਸੂਸ ਹੁੰਦੀ ਹੋएगी ਵਿੱਚ ਅਸੀਂ ਵੀ ਇੰਚ ਸ਼ਾਮਲ ਹੋਵਾਂਗੇ ਜਦੋਂ ਗੱਲ ਪੰਥ ਤੇ ਆਉਂਦੀ ਹੈ ਤਾਂ ਉਹਦੋਂ ਅਸੀਂ ਪੰਥ ਨੂੰ ਪ੍ਰਥਮ ਛੱਡ ਕੇ ਜਾਂ ਪੰਥ ਨੂੰ ਪ੍ਰਥਮ ਨਾ ਮੰਨ ਕੇ ਆਪਣੀ ਧਿਰ ਨੂੰ ਪ੍ਰਥਮ ਜਿਹੜਾ ਮੰਨਦੇ ਆ ਤਾਂ ਇੱਥੋਂ ਜਿਹੜੀਆਂ ਵੰਡੀਆਂ ਪੈ ਰਹੀਆਂ ਨੇ ਤਾਂ ਜਪਦਾ ਵੀ ਹੁਣ ਵੀ ਜੇ ਅਸੀਂ ਅੱਜ ਵੀ ਗੁਰੂ ਪਾਤਸ਼ਾਹ ਦੇ ਦਰ ਤੇ ਚਰਣਾ ਚਰਦਾਸ ਬੇਨਤੀ ਕਰੀਏ ਵੀ ਸੱਚੇ ਪਾਤਸ਼ਾਹ ਉਹ ਵੀ ਦਿਨ ਵੇਖੇ ਜਿੱਦਾਂ ਸਾਨੂੰ ਸਿੰਘਾਂ ਦੇ ਪਿੱਛੇ ਸਾਖੀ ਸੁਣਾਈ ਪਈ ਹਜ਼ੂਰ ਸਾਹਿਬ ਜਿਹੜਾ ਨਿਸ਼ਾਨ ਸੱਭ ਨੇ ਇੱਥੇ ਬੰਨਿਆ ਹੋਇਆ ਸੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਗਲੇ ਪਾਸੇ ਇਹ ਕਿੰਨਾ ਬੰਨਿਆ ਸੀ ਪਿੱਛੇ ਨਗਾਰਾ ਸੀ ਦੋ ਸਿੰਘ ਬਿਲਕੁਲ ਦੋ ਸਿੰਘਾਂ ਨੇ ਅੱਗੇ ਪੰਜਾਬ ਦੇ ਵਿੱਚ ਫਿਰ ਪੰਥ ਦੀ ਚੜ੍ਹਦੀ ਕਲਾ ਕੀਤੀ ਧੜਾ ਬਾਬਾ ਜੀ ਮਹਾਰਾਜ ਬਾਣੀ 'ਚ ਬਹੁਤ ਸਪਸ਼ਟ ਕਰਦੇ ਆ ਕਿਸੇ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ ਕਿਸੇ ਹੀ ਧੜਾ ਕੀਆ ਸਿੱਖਦਾਰ ਚੌਧਰੀ ਨਾਲ ਆਪਣੇ ਸਵਾਈ ਹਮ ਹਰਸਿਓਂ ਧੜਾ ਕੀਆ ਹਨਾ ਫਿਰ ਮਹਾਰਾਜ ਕਹਿੰਦੇ ਮੈਂ ਹਰ ਬਿਨ ਪਖ ਧੜਾ ਅਵਰਨਾ ਕੋਈ ਪਰਮਾਤਮਾ ਬਿਨਾ ਸਾਡਾ ਕੋਈ ਧੜਾ ਨਹੀਂ ਸਾਡਾ ਧੜਾ ਉਹੀ ਹੈ ਜਿਵੇਂ ਆਪਾਂ ਗੱਲ ਕਰਦੇ ਸੀ ਨਾ ਵੀ ਧੰਗ ਸਿੰਘ ਨੂੰ ਕਿਸੇ ਨੇ ਪੁੱਛਿਆ ਵੀ ਤੇਰਾ ਲੀਡਰ ਕੌਣ ਹੈ ਉਹ ਕਹਿੰਦਾ ਅਕਾਲ ਸਾਡਾ ਧੜਾ ਅਕਾਲ ਨਾਲ ਹੈ ਸਾਡਾ ਧਰਾ ਧੜਾ ਪੰਥ ਨਾਲ ਹੈ ਹੈਨਾ ਸਾਡਾ ਸਾਡਾ ਧੜਾ ਕਲਗੀਧਰ ਮਹਾਰਾਜ ਨਾਲ ਹੈ ਸਾਡਾ ਉਹ ਧੜਾ ਹੈ ਉੱਥੇ ਸਾਡੀ ਸਾਂਝ ਹੈ ਤੇ ਜਿਹੜੀਆਂ ਦੂਜੀਆਂ ਧੜੇ ਇਹ ਇਹ ਚੱਲਦਾ ਰਹਿੰਦਾ ਬਾਬਾ ਜੀ ਸੌਮੀ ਹੁੰਦੇ ਸੀ ਬ੍ਰਹਮਦੇਵ ਉਦਾਸੀ ਮਹਾਂਪੁਰਸ਼ ਬਹੁਤ ਦਸਮ ਰਾਜ ਤੇ ਬਹੁਤ ਸੋਹਣੀ ਪਕੜ ਸੀ ਉਹਨਾਂ ਦੀ ਬਹੁਤ ਸੋਹਣੇ ਕੰਮ ਕੀਤੇ ਉਹਨਾਂ ਨੇ ਉਹ ਕਹਿੰਦੇ ਹੁੰਦੇ ਜੀ ਤੁਸੀਂ ਇਹਨਾਂ ਗੱਲਾਂ ਤੇ ਬੋਰਡ ਆ ਤੁਸੀਂ ਕਹ ਲੋ ਪੰਥ ਤੇ ਜਿਹੜੀਆਂ ਸੰਪਰਦਾਵਾਂ ਨੇ ਉਹ ਸ਼ਖਾਵਾਂ ਨੇ ਬੋਰਡ ਦੀਆਂ ਬਸ ਇਹ ਵੀ ਕੋਈ ਸੰਪਰਦਾ ਆਪ ਦੇ ਆਪ ਨੂੰ ਬੋਰਡ ਨਾ ਸਮਝਣ ਲੱਗ ਜੇ ਉੱਥੇ ਪ੍ਰੋਬਲਮ ਹੋ ਜੂਗੀ ਸਮੱਸਿਆ ਉੱਥੇ ਆ ਜੂਗੀ ਜਦੋਂ ਕੋਈ ਸੰਪਰਦਾ ਕਹੂਗੀ ਵੀ ਪੰਥ ਪ੍ਰਥਮ ਨਹੀਂ ਸੰਪਰਦਾ ਪ੍ਰਥਮ ਹੈ ਉੱਥੇ ਸਮੱਸਿਆ ਹੋ ਜੂਗੀ ਨਹੀਂ ਤਾਂ ਇਹ ਬੋਰਡ ਦੀਆਂ ਜੜ ਰੁੱਖ ਚ ਆਪਾਂ ਬੈਠਿਆ ਰੁੱਖ ਦੀ ਛਾਂ 'ਚ ਇਹਦੀਆਂ ਸਾਰੀਆਂ ਸ਼ਖਾਵਾਂ ਨੇ ਇਹ ਜੜ ਉਹਦੀ ਉਹੀ ਹੈ ਉਹ ਜੜ ਹੀ ਸਾਰੇ ਕਿਤੇ ਪਾਣੀ ਪਿਚਾ ਰਹੀ ਹੈ ਨਾ ਉਹ ਪਾਣੀ ਹੈ ਜਿਹੜਾ ਸਾਰੀਆਂ ਇਹਨਾਂ ਨੂੰ ਫਲਣ ਫੁੱਲਣ ਦੀ ਹਨਾ ਥਾਂ ਦੇ ਰਿਹਾ ਹੁਣ ਇਹ ਕਿਸੇ ਟਾਣੇ ਚੋਂ ਦਰਖਤ ਚੋਂ ਜੜ੍ਹ ਥੱਲੇ ਨਿਕਲ ਕੇ ਇੱਕ ਹੋਰ ਬਣ ਜੇ ਤੇ ਉਹ ਕਹਵੇ ਮੈਂ ਅੱਡ ਟਾਣਾ ਉੱਥੇ ਸਮੱਸਿਆ ਹੋ ਜਾਂਦੀ ਹੈ ਸੋ ਜਿਵੇਂ ਜਿਵੇਂ ਮੈਂ ਉਹ ਮੈਨੂੰ ਬਹੁਤ ਚੰਗਾ ਸ਼ੇਅਰ ਲੱਗਦਾ ਹੈ ਸਰੇਂਦਰ ਸਿੰਘ ਰਮਤੇ ਦਾ ਪਿਛਲੀ ਵਾਰੀ ਵੀ ਮੈਂ ਪੜਿਆ ਸੀਗਾ ਮੈਨੂੰ ਬਹੁਤ ਕਮਾਲ ਲੱਗਦਾ ਉਹ ਉਹ ਇਹਦੀ ਬਹੁਤ ਤਰਜਮਾਨੀ ਕਰਦਾ ਹੈ ਇਸ ਗੱਲ ਦੀ ਉਹ ਕਹਿੰਦਾ ਵੀ ਬੇਸ਼ੱਕ ਜਮਾਨੇ ਦੇ ਝਖੜਾਂ ਵਿੱਚ ਬਣ ਗਏ ਪੰਥ ਦੇ ਵਿੱਚ ਵੀ ਧੜੇ ਕਿੰਨੇ ਵੇਖਣ ਵਾਲੀ ਇਹ ਗੱਲ ਨਹੀਂ ਝੜੇ ਕਿੰਨੇ ਵੇਖਣ ਵਾਲੀ ਇਹ ਗੱਲ ਕਿ ਅੜੇ ਕਿੰਨੇ ਚੋਂਡ ਨਿਕਲਦੇ ਜਦੋਂ ਪਰਵਾਨਿਆਂ ਦੇ ਦੁਨੀਆ ਪਰਖ ਦੀ ਸ਼ਮਾਂ ਤੇ ਸੜੇ ਕਿੰਨੇ ਦੇਗੀ ਕੜੇ ਕਿੰਨੇ ਸੂਲੀ ਚੜੇ ਕਿੰਨੇ ਗਏ ਵਿੱਚ ਦੀਵਾਰਾਂ ਦੇ ਮੜੇ ਕਿੰਨੇ ਅਸੀਂ ਅੱਜ ਵੀ ਮੀਰਾਂ ਆਸ਼ਿਕਾਂ ਦੇ ਆਪਣੇ ਯਾਰ ਦੀ ਰਮਜ਼ ਪਛਾਣਦੇ ਹਾਂ ਅਸੀਂ ਅੱਜ ਵੀ ਤਲੀ ਤੇ ਸੀਸ ਧਰ ਕੇ ਗਲੀ ਯਾਰ ਦੀ ਪਹੁੰਚਣਾ ਜਾਣਦੇ ਸਾਂ ਕਦੇ ਮਰੇ ਸਾਂ ਝੂਠੇ ਮੁਕਾਬਲਿਆਂ ਵਿੱਚ ਜੇਲ੍ਹਾਂ ਵਿੱਚ ਵੀ ਬਾਣੀ ਦਾ ਜਾਪ ਕੀਤਾ ਪਰ ਅਸੀਂ ਪੰਥ ਵਿੱਚ ਗੰਗੂ ਨਹੀਂ ਰਹਿਣ ਦਿੱਤੇ ਭਾਵੇਂ ਪੁੰਨ ਕੀਤਾ ਮੇ ਪਾਪ ਕੀਤਾ ਸੁੱਤੜੇ ਬੰਦੀਆਂ ਤੋਂ ਉੱਤੇ ਉਠੋਂਗੇ ਤਾਂ ਪੰਥ ਬ੍ਰਾਤ ਪੰਥ ਪ੍ਰਥਮ ਹੀ ਸਾਨੂੰ ਧੜੇ ਬੰਦੀਆਂ ਤੋਂ ਉੱਤੇ ਟਾਊਗਾ ਜੇ ਅਸੀਂ ਸੰਪਰਦਾਵਾਂ ਤੋਂ ਉੱਚਾ ਉੱਠ ਕੇ ਸੋਚਣਾ ਤਾਂ ਪੰਥ ਸਰਮੌਰ ਹੈ ਸੰਪਰਦਾਵਾਂ ਮਬਾਰਕ ਨੇ ਸਾਰੀਆਂ ਸੰਪਰਦਾਵਾਂ ਨੂੰ ਸਾਡਾ ਸਿਰ ਝੁਕਦਾ ਜਿੰਨੀਆਂ ਟਕਸਾਲਾਂ ਜਾਂ ਹੋਰ ਸੰਪਰਦਾਵਾਂ ਨਿਹੰਗ ਸਿੰਘ ਜਿੱਥੇ ਬੰਦੀਆਂ ਸਾਰੀਆਂ ਨੂੰ ਹੀ ਆਪਣਾ ਸਾਰਿਆਂ ਦਾ ਹੀ ਸਿਰ ਝੁਕਣਾ ਚਾਹੀਦਾ ਹੈ ਹਨਾ ਪਰ ਸਾਰੀਆਂ ਰਲ ਕੇ ਪੰਥ ਬਣਦੀਆਂ ਹਨਾ ਪੰਥ ਦੇ ਨਾਲ ਹੀ ਇਹ ਸਾਰੀਆਂ ਧੜੇ ਬੰਦੀਆਂ ਧੜੇ ਜੁੰਨੇ ਵੀ ਜਾਂ ਸੰਪਰਦਾਵਾਂ ਜਿੰਨੀਆਂ ਇਹ ਪੰਥ ਦੇ ਨਾਲ ਹਣਾ ਪੰਥ ਆਡ-ਆਡ ਹੋ ਕੇ ਇਹਨਾਂ ਦਾ ਕੋਈ ਆਏ ਨਹੀਂ ਵੀ ਸਾਡੇ ਆਡੜ ਪੰਥ ਪੰਥ ਕੀ ਜਿੱਤ ਤਾਂ ਉਹਦੋਂ ਵਜੇ ਸਾਰਿਆਂ ਦੀ ਜਿੱਤ ਹੈ ਜੇ ਆਪਸ 'ਚ ਜੇ ਹੁਣ ਇਹਨਾਂ ਦੇ ਆਪਸ 'ਚ ਹੀ ਕੋਈ ਧੜੇ ਆ ਵੀ ਉਹਦੀ ਹੁੰਦੀ ਹੁੰਦੀ ਨਾਲ ਲੜਾਈ ਹੋ ਕੋਈ ਵੀ ਆ ਜਿੱਥੇ ਬੰਦੀ ਜਿੱਤ ਗਈ ਆ ਹਾਰ ਗਈ ਇਹ ਹੁੰਦਾ ਰਹਿੰਦਾ ਬਾਬਾ ਜੀ ਇਹ ਵੀ ਕੋਈ ਆਏ ਨਹੀਂ ਗਾ ਵੀ ਜੇ ਆਪਸ 'ਚ ਸਾਡੀ ਕੋਈ ਧੜੇ ਬੰਦੀ ਜਿਵੇਂ ਉਹ ਕਹਿੰਦੇ ਆ ਨਾ ਵੀ ਪੁਰਾਤਨ ਗ੍ਰੰਥਾਂ 'ਚ ਉਹ ਪੜ੍ਹਦੇ ਆ ਜਾਤ ਗੋਤ ਸਿੰਘਣ ਕੀ ਦੰਗਾ ਦੰਗਾ ਹੀ ਇਨ ਗੁਰਤੇ ਮੰਗਾ ਪਚੇਨ ਅੰਨ ਕਰੇ ਬਿਨ ਦੰਗਾ ਔਰਨ ਨਹੀਂ ਤੋ ਆਪਣਾ ਸੰਗਾ ਉਹ ਤਾਂ ਹੁਣ ਅਨਰਜੀ ਮਾਰ ਹੀ ਨਹੀਂ ਦਿੱਤੀ ਹੈ ਨਾ ਊਰਜਾ ਹੀ ਮਾਰ ਹੀ ਨਹੀਂ ਦਿੱਤੀ ਹੈ ਪਰ ਜੇ ਆਪਸ ਚ ਹੈਗਾ ਵੀ ਹੈ ਉਹ ਚੱਲਦਾ ਰਹੂਗਾ ਸਾਡਾ ਇਹ ਮਹਾਰਾਜ ਰਣਜੀਤ ਸਿੰਘ ਵੇਲੇ ਵੇਖੋ ਕਿੰਨਾ ਕੁਸ਼ ਆਪਸ ਚ ਅਸੀਂ ਹੈ ਨਾ ਕਲੈਸ਼ ਪਰ ਜਦੋਂ ਪੰਥ ਦੀ ਗੱਲ ਆਊਗੀ ਉਦੋਂ ਇਕੱਠੇ ਹੋ ਜਾਗੇ ਸਾਰੇ ਅਸੀਂ ਉਦੋਂ ਸਾਰੇ ਜਦੋਂ ਅੰਗਰੇਜ਼ ਹੁਣ ਬਾਬਾ ਫੂਲਾ ਸੋਂਦੇ ਕਿੰਨੇ ਵਿਚਾਰਕ ਮਤਭੇਦ ਰਹੇ ਹੈ ਮਹਾਰਾਜਾ ਰਣਜੀਤ ਸਿੰਘ ਨਾਲ ਸਜਾ ਵੀ ਲਾਈ ਕਿੰਨੀ ਵਾਰੀ ਕੁੱਟ ਵੀ ਦਿੰਦੇ ਸੀ ਮਹਾਰਾਜਾ ਸਾਹਿਬ ਨੂੰ ਪਰਤ ਜੀ ਦੇਖੋ ਵੀ ਜਦੋਂ ਪੰਥ ਦੀ ਗੱਲ ਆਉਂਦੀ ਹੈ ਉਹਨਾਂ ਨੇ ਕਿਹਾ ਜਦੋਂ ਅੰਗਰੇਜ਼ ਆਏ ਵੀ ਇਹ ਪੰਥ ਨੂੰ ਖਤਰਾ ਹੈ ਜੇ ਆਉਣਗੇ ਤਾਂ ਬਾਬਾ ਫੂਲਾਸੋ ਪਹਿਲੇ ਉਹਨਾਂ ਸਿੰਘਾਂ ਚੋਂ ਸੀ ਜਿਹੜੇ ਕਹਿੰਦੇ ਸੀ ਬਿੱਲਿਆਂ ਦੇ ਦਵਾਰ ਨਾ ਕਰੀ ਹੈਨਾ ਸੋ ਉੱਥੇ ਪੰਥ ਸਰਮੌਰ ਸੀ ਉਹਨਾਂ ਨੇ ਇਹ ਨਹੀਂ ਕਿਹਾ ਵੀ ਮੇਰੇ ਕੋਈ ਮਤ ਪੇਜ ਦਾ ਮਹਾਰਾਜ ਅਨਜੀਤ ਸਿੰਘ ਨਾ ਤਾਂ ਮੈਂ ਇਹਦੇ ਨਾਲ ਗੱਲ ਹੀ ਨਹੀਂ ਕਰਨੀ ਨਾ ਨਾ ਇੱਥੇ ਪੰਥ ਸਰਮੌਰ ਹੈ ਜਿੱਥੇ ਪੰਥ ਸਰਮੌਰ ਹੋਊਗਾ ਉੱਥੇ ਤੁਹਾਨੂੰ ਬਾਕੀ ਸਾਰਾ ਕੁਝ ਛੱਡਣਾ ਪਊਗਾ ਸਹੀ ਗੱਲ ਬਿਲਕੁਲ ਤਾਂ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਇਸ ਤੋਂ ਕਈ ਗੁਣਾ ਵੱਧ ਕੇ ਗੱਲਾਂ ਬਾਤਾਂ ਰਹਿ ਵੀ ਗਈਆਂ ਹੋਣਗੀਆਂ ਤਾਂ ਜਾਂਦੇ ਜਾਂਦੇ ਇਹ ਜਰੂਰ ਦੱਸ ਦਿਓ ਜਿਹੜਾ ਇਹ ਨਾਵਲ ਦਾ ਜਿਹੜਾ ਕਾਲ ਹੈਗਾ ਔਰ ਇਹ ਤੋਂ ਅਗਲੇ ਹਿੱਸੇ ਦੀ تیاری ਆ ਉਹ ਚ ਕਿਹੜਾ ਕਿਹੜਾ ਆਊਗਾ ਔਰ ਕੀ ਉਹ ਹੁਣ ਤੱਕ ਵੀ ਇਤਿਹਾਸ ਤੱਕ ਜਦੋਂ ਤੱਕ ਅਸੀਂ ਵਿਚਰ ਰਹੇ ਹਾਂ ਜਾਂ ਸਾਡੇ ਅੱਜ ਤੋਂ 30 ਸਾਲ ਪਹਿਲਾਂ ਜਿਹੜੇ ਕੁਝ ਹਾਦਸੇ ਹੋਏ ਆ ਪੰਤੇ ਵਿੱਚ ਕੁਝ ਵੱਡੀਆਂ ਸ਼ਹੀਦੀਆਂ ਹੋਈਆਂ ਨੇ ਉਹ ਤੱਕ ਆਊਗਾ ਇਹ ਬਾਬਾ ਜੀ ਮਹਾਰਾਜ ਦੇ ਹੱਥ ਹੈ ਮੈਨੂੰ ਮੈਨੂੰ ਡਰ ਲੱਗਦਾ ਇਹ ਗੱਲ ਕਹਿੰਦੇ ਨੂੰ ਜੇ ਆਪਾਂ ਦਾਵਾ ਕਰਾਂਗੇ ਵੀ ਹਾਂ ਜੀ ਮੈਂ ਆ ਵੀ ਕਰੂੰਗਾ ਇਹ ਪੋਸਿਬਿਲਟੀ ਨਹੀਂ ਕਿਉਂਕਿ ਮੈਂ ਤਾਂ ਆ ਵੀ ਨਹੀਂ ਕਰਨ ਆਇਆ ਸੀ ਹਣਾ ਇਹ ਤਾਂ ਮਹਾਰਾਜ ਦੇ ਹੱਥ ਹੈ ਸਿਧਾਂ ਸਿੰਘਾਂ ਦੇ ਹੱਥ ਹੈ ਪਰ ਇਹ ਗੱਲ ਜ਼ਰੂਰ ਹੈ ਵੀ ਸੋਚਿਆ ਜ਼ਰੂਰ ਹੈ ਵੀ ਐਸ ਤਰੀਕੇ ਹੋਰ ਗੱਲਾਂ ਜਿਵੇਂ ਹੁਣ ਸੰਗਤ ਦਾ ਏਡਾ ਮਤਲਬ ਮੈਂ ਆਪਾਂ ਪਹਿਲਾਂ ਵੀ ਗੱਲ ਕਰ ਹਟੇ ਆ ਵੀ ਐਂ ਨਹੀਂ ਸੋਚਿਆ ਸੀ ਵੀ ਪੰਡਤ ਦਾ ਜਿਹੜੀ ਸੰਗਤ ਹੈ ਉਹ ਹੰਗਾਰਾ ਇਸ ਤਰੀਕੇ ਦੇਊਗੀ ਵੀ ਸਾਨੂੰ ਜਿਹੜੀ ਨਾਵਲ ਦਾ ਦੂਜਾ ਐਡੀਸ਼ਨ ਹੈ ਹਨਾ ਇਸੇ ਨਾਵਲ ਦਾ ਦੂਜਾ ਐਡੀਸ਼ਨ ਹੈ ਜਿਹੜਾ ਉਹ ਆਪਾਂ ਨੂੰ 1.5 ਮਹੀਨੇ ਬਾਅਦ ਹੀ ਛਪਣਾ ਪਊਗਾ ਇਹ ਨਹੀਂ ਸੋਚਿਆ ਸੀ ਕਦੇ ਵੀ ਤਾਂ ਹਾਂ ਮਤਲਬ ਹੁਣ ਸ਼ੁਰੂ ਕਰਤਾ ਆਪਾਂ ਦੂਜਾ ਭਾਗ ਲਿਖਣਾ ਦੂਜਾ ਐਡੀਸ਼ਨ ਇਹਦਾ ਆ ਗਿਆ ਹਨਾ ਉਹ ਪਹਿਲਾ ਐਡੀਸ਼ਨ ਆਪਣਾ ਇੱਕ 1.5 ਮਹੀਨੇ ਦੇ ਵਿੱਚ ਵਿੱਚ ਉਹਦੀ ਸਮਾਪਤੀ ਹੋ ਗਈ ਸੀ ਹੁਣ ਦੂਜਾ ਐ ਉਹ ਦੂਜਾ ਐਡੀਸ਼ਨ ਦੇਖੋ ਹੁਣ ਕਿੰਨੀ ਛੇਤੀ ਵਰਤ ਜਾਂਦਾ ਤੇ ਇਹਦਾ ਦੂਜਾ ਭਾਗ ਹੈ ਜਿਹੜਾ ਉਹ ਲਿਖਣਾ ਆਪਾਂ ਸ਼ੁਰੂ ਕਰਤਾ ਦੂਜਾ ਭਾਗ ਹੈ ਜਿਹੜਾ ਉਹ ਸਿੱਖ ਮਿਸਲਾਂ ਤੇ ਹੋਊਗਾ ਸਿੱਖ ਮਿਸਲਾਂ ਜਿਵੇਂ ਦਿੱਲੀ ਫਤਿਹ ਤੱਕ ਦਾ ਮੈਨੂੰ ਲੱਗਦਾ ਉਹਦੇ ਵਿੱਚ ਸਾਰਾ ਇਤਿਹਾਸ ਆਜੂ ਬਾਬਾ ਦੀਪ ਸਿੰਘ ਜੀ ਜਾਂ ਬਾਬਾ ਬਗੇਲ ਸਿੰਘ ਜੀ ਜਸਾ ਸਿੰਘ ਆਲੂ ਵਾਲੀਆ ਜਾਂ ਇਹਨਾਂ ਸਿੰਘਾਂ ਨੇ ਜਦੋਂ ਦਿੱਲੀ ਤੇ ਹਮਲਾ ਕੀਤਾ ਫਿਰ ਉਹ ਦਿੱਲੀ ਦੇ ਗੁਰੂ ਘਰਾਂ ਦੀ ਜਿਹੜੀ ਹਨਾ ਉਹ ਰਾਜੇ ਤੋਂ ਉੱਥੇ ਉਹਨਾਂ ਨੇ ਕਰਵਾਈ ਸੇਵਾ ਉਹ ਸਾਰਾ ਇਤਿਹਾਸ ਹੁਣ ਇਹ ਜਿਹੜੀਆਂ ਸਿੱਖ ਮਿਸਲਾਂ ਆ ਉਹ ਕੱਠੀਆਂ ਹੋ ਕੇ ਰਾਜ ਦਾ ਮੋਢ ਬੱਜ ਲਈ ਹੈ ਬੱਜ ਰਿਹਾ ਕਿਸੇ ਤਰੀਕੇ ਨਾਲ ਜਿਹੜੀ ਸਿੱਖ ਮਿਸਲਾਂ ਨੇ ਫਸਲ ਬੀਜੀ ਸੀ ਉਹ ਮਹਾਰਾਜਾ ਰਣਜੀਤ ਸਿੰਘ ਨੇ ਗਾਣਾ ਜਾ ਕੇ ਵੱਡੀ ਹੈ ਹਨਾ ਸਿੱਖ ਮਿਸਲਾਂ ਦਾ ਕਾਲ ਹੈ ਜਿਹੜਾ ਸਾਰਾ ਉਹ ਇਹਦੇ ਵਿੱਚ ਆਜੂਗਾ ਉਦੋਂ ਬਾਅਦ ਫਿਰ ਤੀਜਾ ਜਿਹੜਾ ਨਾਵਲ ਉਹ ਮਹਾਰਾਜਾ ਰਣਜੀਤ ਸਿੰਘ ਤੇ ਫਿਰ ਆਪਾਂ ਸ਼ੁਰੂ ਕਰਾਂਗੇ ਵੀ ਕਿੱਡਾ ਇੱਕ ਵੱਡਾ ਮਹਾਰਾਜਾ ਸੀ ਤੇ ਕਿੱਡੀਆਂ-ਕੋਦੀਆਂ ਪ੍ਰਾਪਤੀਆਂ ਸੀ ਕਿੱਡੀ ਕਿੱਡਾ ਕੋ ਦਾ ਰਤਬਾ ਸੀ ਵੀ ਫਰਾਂਸ ਦਾ ਲੁਈਸ ਫਿਲਿਪ ਰਾਜਾ ਸੀ ਜਿਹੜਾ ਉਹਨੂੰ ਚਿੱਠੀਆਂ ਲਿਖਦਾ ਹੁੰਦਾ ਸੀ ਹੈਨਾ ਕਿੱਡਾ ਕੋ ਰਤਬਾ ਸੀ ਵੀ ਵੱਡੇ-ਵੱਡੇ ਜਿਹੜੇ ਤੁਸੀਂ ਕਹੋ ਫੌਜਾਂ ਦੇ ਜਰਨੈਲ ਯੂਰਪੀਅਨ ਹੈਨਾ ਉਹ ਆ ਕੇ ਉਹਦੀ ਫੌਜ ਚ ਭਰਤੀ ਹੁੰਦੇ ਸੀ ਤਾਂ ਉਹ ਫਿਰ ਤੀਜੇ ਨਾਵਲ ਦਾ ਹਿੱਸਾ ਬਣੂਗਾ ਹਾਂ ਇਹਦੇ ਚ ਮਤਲਬ ਆਪਾਂ ਇੱਕ ਕੁਝ ਪਾਤਰਾਂ ਦਾ ਸਹਾਰਾ ਲਿਆ ਜਿਹਦੇ ਚ ਦੋ ਪਾਤਰ ਆਪਾਂ ਯਥਾਰਥ ਚੋਂ ਹੀ ਲਏ ਹੋਏ ਆ ਹਨਾ ਬਾਬਾ ਇੰਦਰ ਸਿੰਘ ਕਰਨਾਲ ਤੇ ਬਾਬਾ ਦਰਬਾਰਾ ਸਿੰਘ ਇੱਕ ਪਾਤਰ ਹੈ ਜਿਹੜਾ ਹਜੇ ਕਲੀਅਰ ਨਹੀਂਗਾ ਉਹ ਹੁਣ ਦੇ ਸਮਿਆਂ ਤੱਕ ਦਾ ਹੀ ਆ ਇਹ ਸਮੇਂ ਦਾ ਸਮਕਾਲੀ ਪਾਤਰ ਹੀ ਆਪਣਾ ਉਹ ਦੇਖੋ ਵੀ ਹੁਣ ਉਹਦੇ ਨਾਲ ਹੀ ਕਥਾ ਕਿਥੋਂ ਤੱਕ ਆਉਂਦੀ ਹੈ ਜਾਂ ਮਹਾਰਾਜ ਕਿੰਨੀ ਕੀ ਸੇਵਾ ਕਿਵੇਂ ਲੈ ਲੈਂਦੇ ਆ ਇਹਦੇ ਬਾਰੇ ਦਾਵਾ ਤਾਂ ਨਹੀਂ ਪਰ ਸੋਚਿਆ ਜਰੂਰ ਹੈ ਵੀ ਆਊਗਾ ਇਹ ਹਨਾ ਸਾਡੇ ਸਮਕਾਲ ਦੇ ਵਿੱਚ ਕਿਉਂਕਿ ਉਹ ਕਹਿੰਦਾ ਨਾ ਰਸੂਲ ਹਮਜ਼ਾ ਤੋਂ ਆਵਦੀ ਕਿਤਾਬ ਚ ਮੇਰਾ ਦਾਗਿਸਤਾਨ ਚ ਕਹਿੰਦਾ ਜੇ ਤੁਸੀਂ ਬੀਤੇ ਉੱਤੇ ਪਿਸਤੌਲ ਨਾਲ ਗੋਲੀ ਚਲਾਓਗੇ ਭਵਿੱਖ ਤੁਹਾਨੂੰ ਤੋਪ ਨਾਲ ਹੁੰਡੇਗਾ ਹਨਾ ਕਵੀਕਰਨੈਲ ਸਿੰਘ ਪਾਰਸ ਦੀ ਉਹ ਤਾਂ ਕਹਿੰਦਾ ਵੀ ਤਾਗਾ ਤਾਗਾ ਹੋ ਜਾਂਦੀ ਕਬੀਲਦਾਰੀ ਜੇਕਰ ਗੰਡ ਇਤਫਾਕ ਦੀ ਖੁੱਲ ਜਾਵੇ ਪਾਰਸ ਮਿਟ ਜਾਂਦੀ ਅੱਖਰ ਗਲਤ ਵਾਂਗਰ ਜਿਹੜੀ ਕੌਮ ਨੂੰ ਇਤਿਹਾਸ ਨੂੰ ਭੁੱਲ ਜਾਵੇ ਸੋ ਇਹ ਯਾਦ ਤਾਂ ਰੱਖਣਾ ਪਊਗਾ ਇਹ ਇਤਿਹਾਸ ਤੋਂ ਸੇਧ ਲੈ ਕੇ ਹੀ ਅਸੀਂ ਅੱਗੇ ਆਵਦਾ ਭਵਿੱਖ ਰਚਣਾਵਾਂਗੇ ਤਾਂ ਸੋਚਿਆ ਇਹੀ ਆ ਵੀ ਹੁਣ ਤੱਕ ਆਊਗਾ ਹੀ ਅੱਗੇ ਮਾਰੇ ਨੂੰ ਪਤਾ ਨਹੀਂ ਕੀ ਸੇਵਾ ਬਿਲਕੁਲ ਤਾਂ ਹਨ ਹਨੇ ਪਾਤਸ਼ਾਹੀ ਸਾਡੀਆਂ ਪੰਥਕ ਜਿਹੜਾ ਕਿ ਉਹ ਪੋਥੀਆਂ ਦੇ ਵਿੱਚ ਲਿਖਿਆ ਹੋਇਆ ਤੇ ਇਹ ਜੱਗ ਦਾ ਵੀ ਖੂਨ ਦੇ ਵਿੱਚ ਜਿਹੜਾ ਉਹ ਘੱਟੂ ਘੱਟ ਸਿੱਖਾਂ ਦੇ ਬੱਚਿਆਂ ਦੇ ਵਿੱਚ ਉਹ ਹੈਗਾ ਬੇਸ਼ੱਕ ਉਹ ਅੱਜ ਕਿਤੇ ਨਾ ਕਿਤੇ ਮਾਹੌਲ ਦੀ ਹਵਾ ਦੇ ਵਿੱਚ ਉਹ ਕੇਸਾਂ ਤੋਂ ਵੀ ਅਧੂਰੇ ਹੋਣ ਮਰਿਆਦਾ ਤੋਂ ਵੀ ਅਧੂਰੇ ਹੋਣ ਪਰ ਘੱਟੂ ਘੱਟ ਗੁਰੂ ਜਿਹੜਾ ਉਹ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹੋਣ ਜਿਵੇਂ ਹੁਣ ਸਾਡੇ ਹੁਣ ਅਸੀਂ ਜਾਂਦੇ ਜਾਂਦੇ ਗੱਲ ਕਰ ਲਈਏ ਜਿਹੜੇ ਸਮੇਂ ਚ ਵਿਚਰ ਰਹੇ ਪਿਛਲੇ ਸਮੇਂ ਦੇ ਵਿੱਚ ਕੁਝ ਨੌਜਵਾਨ ਕੌਮ ਦੇ ਵਿੱਚ ਪੈਦਾ ਹੋਏ ਉਹਨਾਂ ਦੀਆਂ ਉਮਰਾਂ ਬੇਸ਼ੱਕ ਥੋੜੀਆਂ ਰਹੀਆਂ ਹਣਾ ਪਰ ਉਹਨਾਂ ਤੋਂ ਸੁਨੇਹਾ ਬੜਾ ਚੰਗਾ ਗਿਆ ਤੇ ਜਦ ਦਾ ਵੀ ਕਿਤੇ ਨਾ ਕਿਤੇ ਇਹ ਪਾਤਸ਼ਾਹ ਦੀ ਇਹ ਵੀ ਇੱਕ ਖੁਸ਼ੀ ਆ ਵੀ ਉਹਨਾਂ ਨੇ ਥੋੜੇ ਸਮੇਂ ਵਿੱਚ ਵੱਡੇ ਸਨੇਹ ਦੇ ਕੇ ਜਾੜੇ ਇਹ ਬਾਬਾ ਜੀ ਇੱਕ ਇੱਕ ਥਾਂ ਤੇ ਜਦੋਂ ਮੀਰ ਮੰਨੂ ਦੀ ਕੈਚ ਛੋਟੇ ਭਚੰਗੀ ਸ਼ਹੀਦ ਹੋ ਰਹੇ ਨੇ ਨਾ ਤਾਂ ਇੱਕ ਭਚੰਗੀ ਪੰਜਾਂ ਚਾਰਾਂ ਸੱਤਾਂ ਸਾਲਾਂ ਦਾ ਹੋਣਾ ਪੰਜਾਂ ਅੱਠਾਂ ਬਸ ਇੰਨੇ ਇਸ ਉਮਰ ਦਾ ਹੈਗਾ ਉਹ ਭਚੰਗੀ ਪੰਜਾਂ ਕਿ ਸਾਲਾਂ ਦਾ 6ਾਂ ਸਾਲਾਂ ਦਾ 7ਾਂ ਸਾਲਾਂ ਦਾ ਉਹ ਆਪਦੀ ਮਾਤਾ ਨੂੰ ਪੁੱਛਦਾ ਹੈ ਉਹ ਕਹਿੰਦਾ ਵੀ ਇਹਨਾਂ ਨੂੰ ਮਾਰਕਾ ਤੋਂ ਰਹੇ ਆ ਉਹਦੇ ਉਹਦੇ ਨਾਲ ਦੇ ਸਾਥੀਆਂ ਨੂੰ ਉਹ ਖੇਡ ਰਹੇ ਆ ਇਕੱਠੇ ਸਾਰੇ ਭਚੰਗੀ ਮਾਈਆਂ ਚੱਕੀ ਪੀ ਰਹੀਆਂ ਕੁਛ ਭਚੰਗੀ ਮੈਨੂੰ ਬਹੁਤ ਕਮਾਲ ਦੀਆਂ ਸਾਖੀਆਂ ਲੱਗਦੀਆਂ ਨੇ ਇੱਕ ਛੋਟਾ ਬੱਚਾ ਆ ਛੋਟਾ ਜਿਹਾ ਤੇ ਉਹ ਆਪਦੀ ਮਾਤਾ ਦੇ ਨਾਲ ਉਹਦੀ ਸਹਾਇਤਾ ਕਰ ਰਿਹਾ ਚੱਕੀ ਫੇਰਨ ਚ ਉਹ ਐ ਚੱਕੀ ਫੇਰ ਰਿਹਾ ਉਹਦੇ ਨਾਲ ਜਦੋਂ ਚੱਕੀ ਉਹਦੀ ਮਾਤਾ ਦੇ ਇਸ ਤੱਕ ਪਹੁੰਚ ਜਾਂਦੀ ਫਿਰ ਮਾਤਾ ਦੀ ਆਪਦੀ ਦੀ ਪ੍ਰਕਰਮਾ ਕਰਕੇ ਫਿਰ ਚੱਕੀ ਫੇਰਦੇ ਹੁਣ ਐਡੇ ਛੋਟੇ ਛੋਟੇ ਭਚੰਗੀ ਆ ਉਹ ਆਪਸ ਵਿੱਚ ਖੇਡ ਵੀ ਰਹੇ ਆ ਉਹ ਇੱਕ ਭਚੰਗੀ ਆ ਆਪਦੀ ਮਾਤਾ ਨੂੰ ਕਹਿੰਦਾ ਵੀ ਦੂਜਿਆਂ ਨੂੰ ਕਾਹਤੋਂ ਮਾਰ ਰਹੇ ਆ ਸਾਡੇ ਮੇਰੇ ਨਾਲ ਦੇ ਹਨਾ ਮਿੱਤਰਾਂ ਨੂੰ ਮੇਰੇ ਬੇਲੀਆਂ ਨੂੰ ਉਹ ਚੱਕ ਕੇ ਆ ਮਾਰ ਕਾ ਤੁਰੇ ਆ ਤਾਂ ਉਹਦੀ ਮਾਤਾ ਕਹਿੰਦੀ ਆ ਵੀ ਪੁੱਤ ਮਾਰ ਨਹੀਂ ਰਹੇ ਇਹ ਸੂਰਮੇ ਭਚੰਗੀ ਸ਼ਹੀਦ ਹੋ ਰਹੇ ਆ ਹਨਾ ਬਹੁਤ ਫਰਕ ਹੁੰਦਾ ਮਰ ਜਾਣ ਤੇ ਸ਼ਹੀਦ ਹੋਣ ਚ ਸ਼ਹੀਦ ਤਾਂ ਜਿਉਂਦੇ ਹੀ ਹੁੰਦੇ ਆ ਤਾਂ ਸ਼ਹੀਦ ਹੋ ਰਹੇ ਆ ਉਹ ਕਹਿੰਦਾ ਵੀ ਪਰ ਹਾਂ ਫਿਰ ਵੀ ਇਹਦੇ ਛੋਟੇ ਛੋਟੇ ਕਿਉਂ ਸ਼ਹੀਦ ਹੋ ਰਹੇ ਆ ਉਹਦੀ ਪੁੱਤੇ ਵੀ ਪ੍ਰੀਖਿਆ ਹੀ ਹੈ ਹੈਨਾ ਤੁਸੀਂ ਜਦੋਂ ਜਕਾਰੇ ਛੱਡਦੇ ਸ਼ਹੀਦ ਹੋਮੋਗੇ ਤਾਂ ਗਾਂ ਆਉਣ ਵਾਲੇ ਟਾਈਮ ਤੇ ਆਉਣ ਵਾਲੇ ਸਮੇਂ 'ਚ ਆਉਣ ਵਾਲੇ ਜਨਮਾਂ 'ਚ ਹੈਨਾ ਤੁਸੀਂ ਜਨਮ ਲਿਆ ਕਰੋਗੇ ਤਾਂ ਇਹ ਤੁਹਾਡੀ ਪ੍ਰਾਪਤੀ ਹੋਊਗੀ ਵੀ ਤੁਸੀਂ ਇੰਨੀਆਂ ਛੋਟੀਆਂ ਉਮਰਾਂ 'ਚ ਸ਼ਹੀਦ ਹੋਏ ਸੀ ਆਉਣ ਵਾਲੇ ਸਮੇਂ 'ਚ ਤੁਸੀਂ ਜਨਮ ਲਿਆ ਕਰੋਗੇ ਤਾਂ ਪੰਥ ਤੁਹਾਡੀ ਗੱਲ ਮੰਨਿਆ ਕਰੂਗਾ ਪੰਥ ਤੁਹਾਡੀਆਂ ਕੀਤੀਆਂ ਗੱਲਾਂ ਤੇ ਮਤਲਬ ਫੁੱਲ ਚੜਾਇਆ ਕਰੂਗਾ ਸੋ ਇਹ ਹੈ ਵੀ ਉਹ ਵਰਤਾਰੇ ਸਾਡੇ ਸਮਝ ਤੋਂ ਨਹੀਂ ਆਏ ਕਿਉਂਕਿ ਅਸੀਂ ਜਿਹੜੀ ਪੜ੍ਹਾਈ ਕਰਨ ਲੱਗੇ ਨਾ ਉਹ ਲੌਜੀਕ ਤੇ ਵਾਲੀ 베ਸਡ ਹੋਗੀ ਤਾਂ ਅਸੀਂ ਉਹ ਲੋਕ ਆ ਜਿਹਨਾਂ ਨੂੰ ਮੱਥਾ ਟੇਕਣਾ ਹੀ ਆਉਂਦਾ ਹੈ ਨਾ ਅਸੀਂ ਅਰਦਾਸ ਕਰੀਏ ਮਹਾਰਾਜ ਅੱਗੇ ਵੀ ਸਾਨੂੰ ਮੱਥਾ ਟੇਕਣਾ ਹੀ ਆ ਜੀ ਹੋਰ ਕੁਝ ਨਾ ਆਵੇ ਅਸੀਂ ਤਾਂ ਮੰਗ ਬਹੁਤ ਕੁਝ ਰਹੇ ਆ ਨਾ ਮਹਾਰਾਜ ਤੋਂ ਹੋਰ ਚੀਜ਼ਾਂ ਬਹੁਤ ਮੰਗ ਰਹੇ ਆ ਪੜ੍ਹਾਈਆਂ ਵੀ ਮੈਂ ਕਈ ਵਾਰ ਸੋਚਦਾ ਹੁੰਦਾ ਵੀ ਜੋਕ ਸਾਇੰਸ ਦੇ ਪੇਪਰ ਚੋਂ ਪਾਸ ਹੋਣ ਵਾਸਤੇ ਮਹਾਰਾਜ ਨੂੰ ਕਹੀ ਹਾਲਾਂਕਿ ਉਹਨੇ ਦੂਰ ਕਰਨਾ ਉਹ ਉਹ ਚੀਜ਼ਾਂ ਕਿਉਂਕਿ ਉਹ ਜਿਹੜੀ ਦੁਨੀਆਵੀ ਪੜ੍ਹਾਈ ਆ ਉਹ ਕਿੰਨਾ ਕਿਤੇ ਤੁਹਾਨੂੰ ਲੌਜੀਕ ਬਾਲਾ ਸਿਖਾ ਰਹੀ ਹੈ ਨਾ ਤਾਂ ਲੌਜੀਕ ਨੇ ਤੁਹਾਨੂੰ ਇਕ ਇਕਬਾਲ ਦਾ ਸ਼ੇਰ ਹੈ ਸ਼ਾਇਦ ਕਹਿੰਦਾ ਤਫਲ ਮੇ ਬੂ ਆਏ ਕਾ ਮਾਂ ਬਾਪ ਕੇ ਕਿਰਦਾਰ ਕੀ ਦੁੱਧ ਤੋਂ ਡੱਬੇ ਕਹ ਹੈ ਤਾਲੀਮ ਹੈ ਸਰਕਾਰ ਕੀ ਉਹ ਜਿਹੜਾ ਕੁਝ ਤੁਹਾਨੂੰ ਪੜ੍ਹਾ ਰਿਹਾ ਹੈ ਫਿਰ ਉਹੀ ਤੁਸੀਂ ਪੜ੍ਹ ਰਹੇ ਆ ਤਾਂ ਫਿਰ ਉਹ ਲੌਜੀਕ ਜਦੋਂ ਆ ਜਾਂਦਾ ਉਹ ਫਿਰ ਤੁਹਾਨੂੰ ਪਰੰਪਰਾ ਮਤ ਦੂਰ ਕਰਦਾ ਹੈਨਾ ਫਿਰ ਜਵਾਬ ਨੂੰ ਸਿੱਖਣਾ ਪੈਂਦਾ ਹੀ ਆ ਉਹ ਛੋਟੇ ਹੁੰਦਿਆਂ ਨੂੰ ਸੋ ਇਸ ਕਰਕੇ ਇਹ ਜਿਹੜੀਆਂ ਪਰੰਪਰਾਵਾਂ ਨੇ ਸਾਡੀਆਂ ਸਾਡੀਆਂ ਮਰਿਆਦਾਵਾਂ ਨੇ ਜਿਵੇਂ ਮੈਂ ਕਹਿੰਦਾ ਵੀ ਸਾਨੂੰ ਮੱਥੇ ਟੇਕਣੇ ਆ ਜਾਣ ਉਹ ਸਾਨੂੰ ਇੱਥੋਂ ਹੀ ਆਊਗਾ ਜੇ ਜਿਹੜੀ ਦੂਜੀ ਥੋੜੀ ਪੜ੍ਹਾਈ ਆ ਉਹ ਤੁਹਾਨੂੰ ਲੌਜੀਕ ਕਰਨਾ ਸਿਖਾ ਦੇਗੀ ਤੇ ਉਹਦੇ ਚ ਫਿਰ ਉਹ ਸਾਡੇ ਅੰਦਰ ਐਵੀਆਂ ਚੀਜ਼ਾਂ ਪੈਦਾ ਹੋਣ ਲੱਗ ਜਾਣਗੀਆਂ ਜਿਹੜੀਆਂ ਸ਼ੱਕ ਸ਼ੁਭੇ ਪੈਦਾ ਕਰਨਗੀਆਂ ਪਰ ਸਮੇਂ-ਸਮੇਂ ਤੇ ਮਹਾਰਾਜ ਸੇਵਾ ਲਾਉਂਦੇ ਰਹਿਣਗੇ ਕਿਸੇ ਸਿੰਘ ਦੀ ਹੈਨਾ ਉਹ ਆਉਂਦੇ ਰਹਿਣਗੇ ਵਾਰੀ-ਵਾਰੀ ਥੋੜੇ ਥੋੜੇ ਸਮੇਂ ਬਾਅਦ ਆਉਂਦੇ ਰਿਆ ਕਰਨਗੇ ਪੰਤ ਨੂੰ ਹਲੂਨਾ ਦੇ ਕੇ ਜਗਾਉਂਦੇ ਰਿਆ ਕਰਨਗੇ ਉਹੀ ਸੂਰਮੇ ਸਿੰਘ ਹੋਣਗੇ ਉਦੋਂ ਉਮਰ ਦਾ ਫਰਕ ਨਹੀਂ ਹੁੰਦਾ ਕਾਲ ਦੇ ਪਜਾਰੀ ਆ ਉਮਰਾਂ ਦੇ ਬੰਦਨ ਚ ਹੀ ਹੈ ਨਹੀਂਗੇ ਤਾਂ ਉਹ ਉਮਰਾਂ ਦਾ ਕੋਈ ਉਹਨਾਂ ਦੇ ਮਸਲਾ ਨਹੀਂ ਹੁੰਦਾ ਉਮਰਾਂ ਤਾਂ ਮਤਲਬ ਜੇ ਹੁਣ ਆਪਾਂ ਸਿੱਖ ਹਿਸਟਰੀ ਦੀ ਗੱਲ ਕਰਨ ਲੱਗ ਜਾਾਂਗੇ ਤਾਂ ਬਾਬਾ ਅਜੀਤ ਸਿੰਘ ਪਤਾ ਵੀ ਨਹੀਂ ਜ਼ਿੰਦਗੀ 'ਚ ਕੁਝ ਬੋਲੇ ਹੋਵੇ ਕਿ ਨਾ ਪਰ ਜਿੰਨਾ ਪ੍ਰਚਾਰ ਬਾਬਾ ਅਜੀਤ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੇ ਪਛੰਗੀ ਆ ਉਹਨਾਂ ਨੇ ਕਰਤਾ ਜਾਂ ਮੀਰ ਮੰਨੂ ਦੀ ਕੈਜ ਜਿਹੜੀਆਂ ਬੀਬੀਆਂ ਦੇ ਪਛੰਗੀ ਹੈ ਨਾ ਉੱਥੇ ਸ਼ਹੀਦ ਹੁੰਦੇ ਆ ਉਹਨਾਂ ਨੇ ਜਿਹੜਾ ਪ੍ਰਚ ਇਸੇ ਤਰੀਕੇ ਤਾਂ ਹਨ ਹਨੇ ਪਾਤਸ਼ਾਹੀ ਨਾਵਲ ਵਿਸ਼ਵ ਭਰ ਦੇ ਵਿੱਚ ਤੁਹਾਡੇ ਕੋਲ ਪਹੁੰਚ ਚੁੱਕਿਆ ਤੁਸੀਂ ਇਹਨੂੰ ਲੈ ਸਕਦੇ ਹੋ ਆਨਲਾਈਨ ਵੀ ਖਰੀਦ ਸਕਦੇ ਹੈਗੇ ਹੋ ਜੰਦ ਜੰਦੇ ਸੁਨੇਹਾ ਦੇ ਦੋ ਜਿਹੜਾ ਦੂਜਾ ਐਡੀਸ਼ਨ ਕਿਉਂਕਿ ਬਹੁਤ ਸਾਰੇ ਸਾਨੂੰ ਵੀ ਸੁਨੇਹੇ ਆਉਂਦੇ ਆ ਸੋਸ਼ਲ ਮੀਡੀਆ ਤੇ ਕਿ ਉਹਨਾਂ ਨੂੰ ਕਿਤਾਬ ਚਾਹੀਦੀ ਹੈ ਨਾਵਲ ਚਾਹੀਦਾ ਤਾਂ ਹੁਣ ਮੌਜੂਦ ਇਹ ਕਿਹੜੇ ਕਿਤੇ ਆਨਲਾਈਨ ਕਿਹੜੀ ਕਿਹੜੀ ਜਗ੍ਹਾ ਤੇ ਔਰ ਇਹ ਆਪਾਂ ਬਾਬਾ ਜੀ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਪਿਛਲੀ ਇੰਟਰਵਿਊ ਚ ਵੀ ਆਪਾਂ ਖੁੱਲੀਆਂ ਦੁਕਾਨਾਂ ਜੀਆਂ ਤੇ ਨਹੀਂ ਰੱਖਿਆ ਸੀ ਨਾਵਲ ਕਿਉਂਕਿ ਇਸ ਭਾਵਨਾ ਨਾਲ ਲਿਖਿਆ ਨਹੀਂ ਗਿਆ ਸੀ ਤਾਂ ਉਹ ਉਹਨਾਂ ਲੋਕਾਂ ਕੋਲੇ ਰੱਖਿਆ ਵੀ ਨਹੀਂ ਗਿਆ ਜਿਹੜੇ ਉਹ ਜੀ ਭਾਵਨਾ ਵਾਲੇ ਲੋਕ ਸੀ ਇਹ ਆਪਾਂ ਕੋਸ਼ਕ ਚੁਨਿੰਦਾ ਪ੍ਰਕਾਸ਼ਕਾਂ ਕੋਲੇ ਰੱਖਿਆ ਸੀ ਹਨਾ ਸਿੰਘ ਬ੍ਰਦਰਜ਼ ਹੋ ਗਏ ਅੰਮ੍ਰਿਤਸਰ ਵੱਡਾ ਪਾ ਉਹਨਾਂ ਨੂੰ ਹੀ ਇਹਦਾ ਉਹ ਦਿੱਤਾ ਸੀਗਾ ਹਿੱਸਾ ਤੇ ਲਾਹੌਰ ਬੁੱਕ ਸ਼ਾਪ ਆ ਜੜੇ ਬਾਕੀ ਜਿਹੜਾ ਜਿਨ੍ਹਾਂ ਨੇ ਛਾਪਿਆ ਸੀ ਮਾਈਕਰੋ ਗਲੋਬਲ ਸੰਸਥਾ ਜਿਹੜੀ ਉਹਨਾਂ ਦੇ ਸਾਰੇ ਦਫ਼ਤਰ ਜਗਰਾਉ ਲੁਧਿਆਣਾ ਸਮਰਾਲਾ ਮੋਗਾ ਹਨਾ ਜਿੱਥੇ-ਜਿੱਥੇ ਦੁਰਾਹਾ ਉਹਨਾਂ ਦੇ ਖੰਨਾ ਜਿੱਥੇ-ਜਿੱਥੇ ਉਹਨਾਂ ਦੇ ਦਫ਼ਤਰ ਨੇ ਮਾਨਸਾ ਉੱਥੇ-ਉੱਥੇ ਰੱਖਿਆ ਗਿਆ ਫਿਰ ਇਹ ਐਮਾਜ਼ਨ ਤੇ ਮਤਲਬ ਉਪਲਾਬਧਾ ਹੈਗਾ ਜਦੋਂ ਕਿਸੇ ਨੇ ਲੈਣਾ ਹੋਵੇ Amazon ਤੇ ਮੈਨੂੰ ਇਹ ਖੁਸ਼ੀ ਵੀ ਹੈ ਇਹ ਗੱਲ ਕਹਿਣ ਦੀ ਵੀ ਜਦੋਂ ਮੈਂ ਕਦੇ ਕਿਤਾਬ ਕੋ ਖਰੀਦਦਾ ਹੁੰਦਾ ਸੀ Amazon ਤੋਂ ਦੇਖਦਾ ਹੁੰਦਾ ਸੀ ਪਹਿਲੇ ਨੰਬਰ ਤੇ ਕਿਹੜੀ ਕਿਤਾਬ ਚੱਲ ਰਹੀ ਹੈ ਤਾਂ ਇਹ ਪਿਛਲੇ ਮਿਲਦਾ ਲਗਭਗ ਡੇਢ ਦੋ ਹਫ਼ਤੇ ਤੋਂ ਹੰਨੇ ਹੰਨੇ ਪਾਸ਼ਾ ਹੀ ਪਹਿਲੇ ਨੰਬਰ ਤੇ ਚੱਲ ਰਿਹਾ Amazon ਤੇ ਤੇ ਕੁਝ ਹੋਰ ਫਿਰ ਆਪਣੇ ਕੁਝ ਮਿੱਤਰ ਨੇ ਜਿਵੇਂ ਸ਼ਾ ਕਿਤਾਬ ਘਰ ਹੈ ਪਟਿਆਲੇ ਉਹਦੀ ਵੀ ਵੈਬਸਾਈਟ ਆਪਦੀ ਤੁਸੀਂ shaqitabghar.com ਤੋਂ ਵੀ ਲੈ ਸਕਦੇ ਹੋ ਸੋ ਇਹ ਅਡੜਤਾਵਾਂ ਤੇ ਹੈਗੀ ਹੈ ਮਤਲਬ ਆਪਾਂ ਅਪਰੋਚ ਦੇ ਵਿੱਚ ਸੰਗਤ ਦੀ ਚ ਰੱਖਿਆ ਹੋਇਆ ਕੈਨੇਡਾ ਦਾ ਆਪਾਂ ਨੰਬਰ ਕਈ ਵਾਰੀ ਕਰ ਦਿੰਦੇ ਨੇ ਵੀ ਕੈਨੇਡਾ ਵੀ ਕਿਸੇ ਥਾਂ ਤੇ ਪਿਆ ਹੈ ਅਮਰੀਕਾ ਵੀ ਇੱਕ ਥਾਂ ਤੇ ਪਿਆ ਹੈ ਨਿਊਜ਼ੀਲੈਂਡ ਵੀ ਇੱਕ ਥਾਂ ਤੇ ਪਿਆ ਆਸਟ੍ਰੇਲੀਆ ਵੀ ਪਿਆ ਉਹ ਫਿਰ ਜਿਵੇਂ ਜਿਵੇਂ ਆਪਾਂ ਨੂੰ ਕੋਈ ਸੰਗਤ ਪੁੱਛਦੀ ਆਪਾਂ ਨੂੰ ਨੰਬਰ ਦੱਸ ਦਿੰਨੇ ਹੁੰਦੇ ਆ ਸੋ ਤਕਰੀਬਨ ਇਸ ਤਰੀਕੇ ਆਪਾਂ ਸਾਰੇ ਕਿਤੇ ਅਵੇਲੇਬਲ ਕਰਵਾਇਆ ਜੀ ਬਿਲਕੁਲ ਤਾਂ ਇਤਿਹਾਸ ਨੂੰ ਪੜਨਾ ਚਾਹੀਦਾ ਤਾਂ ਸਮਾਂ ਕੱਢ ਕੇ ਪੜਨਾ ਚਾਹੀਦਾ ਜੇ ਤੁਸੀਂ ਹੋਰ ਬਹੁਤ ਸਾਰਾ ਇਤਿਹਾਸ ਨਹੀਂ ਪੜ ਸਕਦੇ ਜਾਂ ਨਹੀਂ ਪੜਨ ਜੋਗੇ ਹੋਏ ਤਾਂ ਕੋਸ਼ਿਸ਼ ਕਰਕੇ ਹਨ ਹਨੇ ਪਾਤਸ਼ਾਹੀ ਜਿਹੜਾ ਨਾਵਲ ਆ ਇਹ ਆਪਣੇ ਬੱਚਿਆਂ ਨੂੰ ਆਪਣੇ ਵੱਡਿਆਂ ਨੂੰ ਤੇ ਆਪ ਜਰੂਰ ਪੜੋ ਸਾਡੇ ਚ ਪਾਤਸ਼ਾਹੀ ਦੇ ਦਾਵੇ ਜਿਹੜੇ ਆ ਉਹ ਸਮਝ ਵਿੱਚ ਆ ਜਾਣਗੇ ਤੇ ਇਹ ਸਮਝ ਵਿੱਚ ਆ ਜਾਊਗਾ ਕਿ ਪੰਥ ਕਿੰਨਾ ਡਰਾਲਾ ਤੇ ਪੰਥ ਪ੍ਰਥਮ ਕਿਸ ਤਰ੍ਹਾਂ ਤੇ ਸ਼ਹਾਦਤਾਂ ਦੇ ਪਿੱਛੇ ਹੰਨਾ ਹੰਨੇ ਪਾਤਸ਼ਾਹੀ ਦੀ ਕੀ ਦਾਵੇਦਾਰੀ ਹੈ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਕੱਢਿਆ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ